ਲੱਗਦਾ ਤੈਨੂੰ ਐਂ ਕਹਿੰਦਾ ਤੀ ਵੀ ਕਿਵੇਂ ਲੱਗਦਾ ਤੈਨੂੰ ਟਿਕਾਣਾ ਜਾ ਮੈਨੂੰ ਤਾਂ ਕੁਛ ਸੂਤ ਜਿਹਾ ਹੀ ਲੱਗਦਾ ਹੈਗਾ ਹਨਾ ਕੀ ਗੱਲ ਤੈਨੂੰ ਮਾਂ ਤੇਜ ਲੱਗਦੀ ਹੈ ਹਾਂ ਉਹ ਬੁੜੀਆਂ ਤਾਂ ਸਵਾਈ ਹੁੰਦੇ ਨੇ ਨਾਲੇ ਆਪਾਂ ਨੇ ਕਿਹੜਾ ਮਾਂ ਤੋਂ ਪੇੜੇ ਲੈਣੇ ਨੇ ਆਪਾਂ ਨੂੰ ਮੁੰਡਾ ਸਿੱਧਾ ਚਾਹੀਦਾ ਉਹ ਪਤਾ ਕੀ ਆ ਕੁੜੀ ਨੂੰ ਤੇਰੇ ਵਾਂਗੂ ਸਾਰਾ ਦਿਨ ਤੰਗ ਕਰੀ ਜਾਊਗੀ ਉਹ ਆ ਦੇਖ ਲੈ ਹਾਂ ਤੂੰ ਹੁਣ ਮੈਥੋਂ ਅਗਲੇ ਦੇ ਹੁੰਦੇ ਨਾ ਕੁਛ ਕਹਾ ਲਈ ਚੁੱਪ ਕਰਕੇ ਬਹਿ ਜਾ ਸੁਣ ਵੇ ਕਾਲਿਆ ਹਾਂ ਚਾਚੀ ਕੋਠੀ ਤਾਂ ਤੂੰ ਸੁੱਖ ਨਾ ਵੇਖ ਹੋਈ ਮੈਂ ਆਪੇ ਕਰ ਲੂੰ ਗੱਲ ਕਰ ਲੂੰ ਆਪੇ ਗੱਲ ਕੋਈ ਆਹੋ ਮੈਨੂੰ ਪਤਾ ਕੋਠੀ ਬੜੀ ਵੱਡੀ ਹੈ ਕਿੱਲੇ ਦੀ ਕੋਠੀ ਪੂਰੀ ਹਾਂ ਕੋਈ ਲੈ ਤੂੰ ਕਿੱਲੇ ਦੀ ਕੀ ਗੱਲ ਕਰਦਾ ਆ ਦੋ ਕਿੱਲੇ ਨਾਲ ਲੱਗ ਮੇ ਲਏ ਨੇ ਬੇ ਹੋਰ ਤਾਂ ਹੋਰ ਤੇਰੇ ਚਾਚੇ ਨੇ ਇੱਕ ਟਰਾਲਾ ਪਹਿਲਾਂ ਸੀ ਆ ਜਿਹੜੇ ਤੇ ਹੁਣ ਗੇੜਾ ਲਾਉਣ ਗਿਆ ਹੋਇਆ ਉਹ ਹੁਣ ਨਵਾਂ ਲਿਆ ਸੀ ਚਲੋ ਕੋਈ ਤਾਂ ਵਧੀਆ ਹੋਊਗਾ ਮਿਹਨਤ ਕਰਦਾ ਬੰਦਾ ਇਹਨਾਂ ਦਾ ਹੁੰਦੀ ਆ ਫਿਰ ਨਾਲ ਟਰਾਲਾ ਤਾਂ ਟਰਾਲਾ ਭਾਈ ਗੱਲ ਰਹੀ ਆ ਸੋਨੇ ਸਪੜੇ ਦੀ ਆ ਦੇਖ ਇਧਰ ਐ ਤਾਂ ਚੰਗਾ ਭਲਾ ਐ ਤਾਂ ਇੰਨਾ ਕੁ ਸੋਨਾ ਤਾਂ ਮੈਂ ਘਰੇ ਹੀ ਪਾ ਕੇ ਰੱਖ ਲਈ ਕੋਈ ਨਹੀਂ ਆਪਾਂ ਸਾਰੇ ਚੱਲ ਕੋਈ ਨਾ ਭਾਈ ਇਹਦੇ ਕਿਹੜਾ ਲਿਖਿਆ ਵੀ ਮੁੱਲ ਦਾ ਕੋ ਨਾ ਟਰਾਲੇ ਦੁਨੀਆ ਲਈ ਫਿਰਦੇ ਆਪਾਂ ਨੇ ਇਹਨਾਂ ਗੱਲਾਂ ਤੋਂ ਕੀ ਲੈਣਾ ਨਹੀਂ ਆਏ ਆ ਜੇ ਟਰਾਲੇ ਤਾਂ ਦੇਖ ਦੁਨੀਆ ਲਈ ਫਿਰਦੀ ਆ ਪਰ ਜਿਹੜਾ ਟਰਾਲਾ ਸਾਡੇ ਆ ਉਹ ਤਾਂ ਤੁਸੀਂ ਐ ਦੇਖੋਗੇ ਵੀ ਐ ਜਾਂਦਾ ਮੇਲਦਾ ਪੂਰਾ ਵੀ ਡਰਾਈਵਰੀ ਕਰਦਾ ਹੈ ਕਿਵੇਂ ਜੀ ਸਾਡਾ ਆਪ ਦਾ ਟਰਾਲਾ ਆਪ ਚਲਾਉਂਦੇ ਅਸੀਂ ਚੱਲ ਕੋਈ ਨਾ ਆਪਾਂ ਨਹੀਂ ਕੀ ਰੱਖਿਆ ਇੱਕ ਹੋਰ ਦਾਣੇਦਾਰ ਦਾ ਚੱਲ ਕੋਈ ਨਾ ਹੁਣ ਆਏ ਤਾਂ ਇੰਨਾ ਕੁ ਸੋਨਾ ਤਾਂ ਮੈਂ ਵਿਆਹ ਤੁਹਾਨੂੰ ਪਤਾ ਹੀ ਹੈ ਘਰੇ ਪਾਈ ਫਿਰਦੀ ਵਿਆਹ 'ਚ ਤਾਂ ਕਿੰਨਾ ਪਾਉਂਗੀ ਜਦੋਂ ਆਪਣੀ ਸਾਰੀ ਗੱਲ ਹੋ ਗਈ ਉਹਦਾ ਆਪਾਂ ਸਾਰੀ ਕਰਾਂਗੇ ਸੋਨੇ ਸੱਪੇ ਦੀ ਜਿਹੜਾ ਕੁਝ ਹੋਊਗਾ ਸਾਡਾ ਵਾ ਉਹ ਸਾਰਾ ਕਰਾਂਗੇ ਆਪਾਂ ਕੋਈ ਨਹੀਂ ਮੈਂ ਆਏ ਕਹਿੰਦੀ ਸੀ ਇੱਕ ਵਾਰ ਜੇ ਕੁੜੀ ਨੂੰ ਬੁਲਾ ਕੇ ਦਿਖਾ ਦਿੰਦੇ ਤੁਹਾਡੇ ਵਰਗੀ ਰੀਸ ਨਹੀਂ ਕੁੜੀ ਉਹਰੇ ਚਾਹ ਲੈ ਕੇ ਆਉਣੀ ਆਪਣੇ ਕੋਲੇ ਆਪਾਂ ਕਰਦੇ ਆ ਦੇਖ ਯਾਰ ਹਾਂ ਠੀਕ ਆ ਠੀਕ ਆ ਉਹ ਲਿਆਓ ਭਾਈ ਜਵਾਕੋ ਚਾਹ ਲਿਆਓ ਬਹੁਤ ਟਾਈਮ ਲੱਗਦਾ ਉਸ ਤਾਂ ਪਾਪੀ ਦੇਖੀ ਵੀਰੇ ਹੁਰੀ ਹਜੇ ਤੱਕ ਨਹੀਂ ਆਏ ਬਾਪੂ ਨੇ ਚਾਹ ਨੂੰ ਵੀ ਆਵਾਜ਼ ਮਾਰਤੀ ਹੁਣ ਦੱਸ ਰੁੱਖੀ ਚਾਹ ਪਿਆ ਦੀ ਉਹਨਾਂ ਨੂੰ ਮੈਂ ਦੱਸ ਕੀ ਕਰਾਂ ਮੈਂ ਤਾਂ ਆਪ ਨਹੀਂ ਸਮਝ ਆ ਰਹੀ ਚੱਲ ਖੜ ਜਾ ਮੈਂ ਬਾਪੂ ਨੂੰ ਪੁੱਛਦੀ ਆ ਹਾਂ ਬਾਬੀ ਤੂੰ ਜਾ ਮੈਂ ਖੜਦੀ ਆ ਜਾ ਕੋਲ ਬਾਪੂ ਜੀ ਓਏ ਹਾਂ ਭਾਈ ਮਾੜਾ ਜਿਹਾ ਇੱਧਰ ਆਇਓ ਆ ਗਿਆ ਭਾਈ ਆ ਗਿਆ ਹਾਂ ਮੱਲਾ ਕੀ ਗੱਲ ਬਾਪੂ ਜੀ ਚਾਹ ਤਾਂ ਬਣ ਗਈ ਪਰ ਹਾਲੇ ਤੱਕ ਇਹ ਨਹੀਂ ਆਏ ਹੁਣ ਜਾ ਕੇ ਰੁੱਖੀ ਧਰਦੀ ਉਹਨਾਂ ਮੂਰੇ ਉਹ ਜਵਾਕੋ ਮੈਂ ਕੀ ਦੱਸਾਂ ਥੋੜੀ ਜਾਨ ਨੂੰ ਇੰਨਾ ਰੋਇਆ ਤੁਸੀਂ ਨਾ ਭੇਜਿਆ ਕਰੋ ਇਹਨੂੰ ਦੱਸਾਂ ਹੈ ਹੁਣ ਖਾਵਰਾ ਉਹ ਕਿੱਥੇ ਉਜੜੇ ਹੋਣਗੇ ਉਹ ਤਾਂ ਆਪਦੀ ਬਾਣ ਬੁੱਧ ਪੂਰੀ ਕਰਕੇ ਆਉਣਗੇ ਭਾਈ ਹੁਣ ਉਹ ਬਾਪੂ ਜੀ ਮੈਨੂੰ ਕੀ ਪਤਾ ਸੀ ਵੀ ਅੱਜ ਦੇ ਦਿਨ ਵੀ ਉਹ ਟਿਕਦੇ ਨਹੀਂ ਹੈਗੇ ਉਹ ਦੱਸੋ ਥੱਲੇ ਕਹਾਣ ਲੱਗ ਰਹੇ ਨੇ ਕਰਨ ਕਹਿੰਦੇ ਲਿਆਓ ਭਾਈ ਚਾਹ ਲਿਆਓ ਅਸੀਂ ਜਾਣਾ ਕਹਿੰਦੇ ਛੇਤੀ ਫਿਰ ਹੁਣ ਮੈਂ ਕੀ ਕਰਾਂ ਇਹ ਚਾਹ ਲਿਆਵਾਂ ਚੱਲ ਭਾਈ ਚੱਕ ਲਿਓ ਹੋਰ ਕੀ ਆਈ ਚੱਕ ਲਿਓ ਰੁੱਖੀ ਚਾਹ ਹੁਣ ਕੀ ਇਲਾਜ ਬਣਦਾ ਦੱਸ ਉਹਨਾਂ ਦਾ ਬੇਇੱਜ਼ਤੀ ਕਰਾਉਣ ਤੇ ਤੁਲੇ ਹੋਏ ਨੇ ਤਾਂ ਮੇਰੀ ਬੇਇੱਜ਼ਤੀ ਕਰਾਉਣ ਤੇ ਨਹੀਂ ਤੁਲੇ ਹੋਏ ਮਲੰਗ ਟੋਲਾ ਇਕੱਠਾ ਹੋ ਰਿਹਾ ਐ ਪ੍ਰਾਹੁਣਿਆ ਇਹ ਕਿਹੜੇ ਰਸਤੇ ਪਾ ਲਈਦਾ ਹੁਣ ਉਧਰ ਦੀ ਆਏ ਤੇ ਵਧੀਆ ਛੜਕ ਛੜਕ ਆ ਰਹੇ ਤੇ ਤਾਂ ਇਹਦਾ ਪਹੇ ਜੇ ਚ ਪਾ ਲਿਆ ਪਤਾ ਕੀ ਆ ਇੱਧਰ ਦੀ ਨੇੜੇ ਪੈਂਦਾ ਉੱਧਰ ਦੀ ਆਪਾਂ ਨੂੰ ਪੈਂਦਾ ਦੂਰ ਲੈ ਮਾੜਾ 2 ਮਿੰਟ ਖੜ ਮੈਂ ਆਇਆ ਉਹ ਕੀ ਹੋ ਗਿਆ ਤੈਨੂੰ ਉਹ ਕੰਮ ਆ ਥੋੜਾ ਜਿਹਾ ਤੂੰ ਖੜ ਜਾ 2 ਮਿੰਟ ਪਤਾ ਨਹੀਂ ਕੀ ਕਰੀ ਜਾਂਦਾ ਉੱਪਰ ਦੀ ਘੁੰਮ ਗਿਆ ਪਰਾਂ ਦੀ ਹੋ ਜਾਂਦਾ ਲੈ ਮੈਨੂੰ ਕੀ ਪਤਾ ਤੀ ਹੈਂ ਜਿੰਦਾ ਠੋਕਿਆ ਪਿਆ ਪਤੰਦਰ ਨੇ ਪੂਰੀ ਹੋਣੀ ਕਿਤੇ ਚਾਬੀ ਚੁਬੀ ਵੀ ਦੇਖ ਲੈਂਦੇ ਇੱਥੇ ਮੈਂ ਤਾਂ ਦੇਖਦਾ ਵੀ ਨਹੀਂ ਕਿਸੇ ਪਾਸੇ ਕੰਚਰ ਗਿਆ ਕਿੱਧਰ ਐ ਤਾਂ ਔਖਾ ਹੋ ਜੂ ਵਗਰਾ ਤੇਰਾ ਉਹ ਆ ਜਾ ਗੁਰੂਆ ਕੀ ਕਰਨ ਲੱਗ ਗਿਆ ਤੂੰ ਉਰੇ ਲੈ ਦੇਖ ਉਹ ਕਿਵੇਂ ਫਿਰਦਾ ਮੈਨੂੰ ਨਾ ਇਹਦਾ ਤਾਂ ਕੁਛ ਖੋ ਗਿਆ ਬਾਈ ਉਰੇ ਆ ਜਾ ਹੁਣ ਓਏ ਆ ਗਿਆ ਪਤੰਦਰਾ ਐਡੀ ਕਿਤਰੀ ਬੇਲ ਚ ਬਾ ਗਈ ਆਉਣਾ ਖੜ ਜਾ ਤੂੰ ਹੀ ਬਾਜਾਂ ਮਰਿਆ ਬਿਨਾਂ ਗੱਲ ਤੋਂ ਤੈਨੂੰ ਕਹਿੰਦਾ ਆ ਗਿਆ ਜਦੋਂ ਮੈਂ ਆ ਗਿਆ ਉਹ ਥੱਲੇ ਦਾ ਦੇਖ ਲਿਆ ਕਰ ਸੁੱਡਲਾ ਉਹ ਕੁਛ ਨਹੀਂ ਹੋਇਆ ਭੱਜਿਆ ਆਉਣਾ ਕੁਛ ਨਹੀਂ ਹੋਇਆ ਜੇ ਤੈਂ ਬਾਜ ਮਾਰਿਆ ਤਾਂ ਡਿੱਗਿਆ ਮੈਂ ਹੁਣ ਆ ਜਾ ਕਿਨਾ ਆ ਗਿਆ ਤੈਨੂੰ ਦੱਸਿਆ ਸਮਾਨ ਤੀ ਉਰੇ ਕੋਈ ਮੇਰਾ ਕੁੜੀ ਚਾਹ ਬਣ ਗਈ ਹਾਂ ਭਾਬੀ ਬਣ ਗਈ ਚੱਲ ਆ ਜਾ ਫਿਰ ਚਲੋ ਨਾਲੇ ਮੇਰੀ ਇੱਕ ਗੱਲ ਸੁਣ ਲੈ ਬਾਲਾ ਬੋਲੀ ਨਾ ਜਾ ਕੇ ਉੱਥੇ ਚੁੱਪ ਕਰਕੇ ਬੈਠੀ ਰਹੀ ਭਾਬੀ ਮੈਨੂੰ ਤਾਂ ਨਾ ਤੀਵੀਂ ਜੀ ਬਾਹਲੀ ਕੌੜ ਲੱਗੀ ਕਿਵੇਂ ਬੈਠੀ ਤੀ ਭੁਸਰੇ ਸਾਂਡ ਵਾਂਗੂ ਨਹੀਂ ਚੱਲ ਬਸ ਕਰ ਐ ਨਹੀਂ ਬੋਲੀਦਾ ਹੁੰਦਾ ਤੇਰੀ ਹੋਣ ਵਾਲੀ ਸੱਸ ਆ ਭਾਬੀ ਮੈਨੂੰ ਤਾਂ ਜਮੀ ਨਹੀਂ ਬਦਲ ਲੱਗਦੀ ਕਿਵੇਂ ਆ ਫੁਕਰੀ ਜੀ ਦਿਖਣ ਨੂੰ
नहीं चल तू केड़ा व्याह एदे ना कराना तू तो मुंडे ना कराना तै की लेना है तो चार दिन की मेहमान होगी कोई नहीं ठीक है भाभी हाँ चल बड़ा ना बोली तेन दसता मैं चुप करके बह जी ठीक है जी आ जा कुड़ी भाभी तू ही बड़ाया देखी जा मैं तो संग लगी जाती है मैं नहीं जाती ले हद है संग दी की गल है देख भाभी बन के तू फड़ाया ना 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 तेन तो नाल जाना पूगा नाले हले तो मुंडे दी मां देखन आई है जे मुंडा आया हुंदा फिर पता नहीं तू किन्नी संग दी भाभी बहुत संग ला दिया तुसी भी नाल ही चलो फिर मेरे नहीं हां बोली जी नाल ही जाऊंगी मैं तेरे तू तो ऐ संग रही है जिवें तेरा हुणी रोका कर दी है असीं हुणी तेन चुन्नी चढ़ा के भेजन लगे होई है नहीं इन्ना नहीं संगी का हुंदा नाले मैनू देखन नहीं आ रहे मुंडे ले तेनू देखना रे तू ही चाह लैके जांदी चंगी लगेगी इक तां भाभी मैनू मुंडे दी मां नहीं वधिया लगी चंगी जा गुत्त ते जा जूड़ा तारी ओए ओ तारी ओ लिकड़े बार जे बिच बैठा मैं आ मगर आ जा मेरे अर देखे आ कदों करदा हुन्ना तू ओ की देखी जन्ना प्रौणा किनू बोल मारी जन्ना तू रे तू घरे चल उथे डिकन लग रहे हुणे ओ घरे जाके अंडिया ते बैठेगा तू यार पर आपदा हिला दा कर ला कोई हिला की कर रहा तू कोई जंगाड़ दा कर रहा कोई प्रबंध कोई मता अच्छा होर हुण हैगा कहना डुब्बी ता जे सान आया जे बंदा मिलू फेरे करांगे कोई अच्छा फिर तो देख ला जे बनता कम है नहीं तो हम सारे बाजा मार के देख लिया है तो है नहीं बंदा रे कोई हूँ अपना मैं की करा हूँ होर देख ला हूँ किसे पास जे बनता कम अपना ना ना बई हूँ तो गऊ गड़ गई गारे च हूँ तो पहला जाना बू दैड़ा ते जान ते भी घंट चल दें इन्हें रिश्ते नंगे आने वाले घरों गाला खावे फिर आया पै जा तू हूँ चल फिर करीम बाग चल होर हूँ फिर देखा जे दौ लगे फिर दुबारे चल फिर देख हाँ गल सुन पुत की नाम है तेरा नाम तो मेरा निशु है जी चल कोई नी भाई देख ना ता ब्याह तो बाद जाऊगा बदलिया आ गल सुन बचोलिया कुड़ी दे थोड़े जे साइडां ने दंद उच्चे ने अंदरले ठीक ने गे नाले भाई तैनू पता ही है देख मेरे मुंडे नू सुख नाल 12 किले जमीन दे आउंदे ने ठीक और रह गल पैसे ते ले दी पैसा ते लता सुख ना आईना 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 सांभया नहीं जांदा मेरी गल सुन शकलां दे मुल नहीं पैंदे हुंदे मुल तो अकलां दे पैंदे हुंदे ने मैनू आए दस घट कदी है बथेरा तेरी सेवा करूगी सेवा तो जी ठीक है हूं ब्याह तो बाद ही पता लगूगी भी सेवा साड़ी करूगी घर की करूगी है ना वो तो समा ही दस दे काम तो तेन पता दोनों करने पैंदे ने अजकल जमाने नू सारा कुछ करदा है सीबो तू पिंड दा पुछ ला केड़ा मैं इनू पुछया काले नू काले दस मैनू केड़े पिंड लेके आ तन्नां ले ते अपने पिंड आ है तेन पहला नी पता सी ले देख ला सूट तो पछाण लो जे सूट तो नहीं पछाण आई तो मैं दस दिनी मैं कद्दू खाने दी नो आ कद्दू खाने दी मर जाना ना हो किथे जाके सिर कढ़िया चार झट पवाउंदा फिरदा मेरे मैं जानदा ओदा ब्लैकी ने पूरे ऐना चोटी दे लै फिर की हो गया जी ब्लैकी ता ब्लैक कोई माड़ा टेड़ा कर लूगा
ਆਏ ਕਰੋ ਲੈ ਤੁਸੀਂ ਕੋਈ ਚੁੰਡੀ ਨੂੰ ਹੱਥ ਲਾ ਕੇ ਦਿਖਾਓ ਜੇਰੇ ਵਾਲਾ ਕਰਦਾ ਬਲੈਕ ਜੇਰੇ ਵਾਲਾ ਹੋਰ ਦੇਖ ਲੈ ਬਸ ਕਰ ਵੀ ਅਸੀਂ ਨਹੀਂ ਬਲੈਕੀਆਂ ਦੇ ਕੁੜੀ ਵਿਆਹ ਨਹੀਂ ਆਉਂਦੇ ਹਾਂ ਅਸੀਂ ਭਲੇ ਮਾਨਸ ਬੰਦੇ ਸ਼ਰੀਫ ਬਸ ਕਰੋ ਸਾਡੇ ਬਾਰੇ ਵੀ ਪੁੱਛ ਕੇ ਦੇਖੋ ਦੁਨੀਆਂ ਨਾਲ ਸਲਾਮਾ ਕਰਦੀ ਆ ਆ ਮੈਂ ਕਹਿੰਦੀ ਆ ਬੰਗਲੇ ਵਰਗੀ ਕੋਠੀ ਪਾਈ ਆ ਬੰਗਲੇ ਵਰਗੀ ਅਸੀਂ ਮੈਂ ਦੇਖਦਾ ਦੀ ਕੀ ਇਹਨਾਂ ਟੈਪੂ ਖੜਾ ਰਹਿੰਦੀ ਥੋੜੇ ਬਾਹਰ ਮੂਰੇ ਪੁਰਸਾਣਾਂ ਦਾ ਬੰਗਲੇ ਦੇ ਦੋ ਨੰਬਰ ਦੇ ਪਾਈ ਆ ਪੁਰਸਾਣਾਂ ਤਾਂ ਸਾਡੇ ਨਾਨਕੇ ਵਾਲਾ ਕੰਮ ਹੁੰਦਾ ਜੀ ਜੇਲਾ ਜੂਲਾ ਵੀ ਆ ਗਏ ਮੁੜ ਗਏ ਲੋ ਪੁਰਸਾਣਾਂ ਕੀ ਗੱਲ ਦੇ ਅਸੀਂ ਕਾ ਮੁੰਡਾ ਹੋਊਗਾ ਇਹਦਾ ਲੈ ਦੇਖ ਲੈ ਆਪਣਾ ਤਾਂ ਮਰਜ਼ਾਦਾ ਵਾਲਾ ਘਰ ਹੈ ਕਹਿੰਦਾ ਕੁੱਤੇ ਦੇ ਲੱਗੇ ਮਜ਼ਾਕ ਕਹਿੰਦਾ ਰਸ਼ ਕੇ ਤੂੰ ਡਰੇ ਅਸੀਂ ਤਾਂ ਡਰਦੇ ਆ ਬਾਈ ਇਸ ਕੰਮ ਤੋਂ ਮਲੇਕਾ ਬਲੂਕਾਂ ਤੋਂ ਕਿਵੇਂ ਮਾਰਦੇ ਜਬਰ ਜਬਰ ਗੱਲਾਂ ਉਹ ਇਹ ਜਾਂ ਮੁੰਡਾ ਹੋਣਾ ਜਿਹੀ ਜੀ ਆਪਾਂ ਹੈ ਇਸ ਤੇ ਆਪਾਂ ਹੋਰ ਦੇਖਾਂਗੇ ਇਸ ਤੇ ਬਾਦੂ ਆਪਣੇ ਕੋਲੇ ਬੇ ਪਹਿਲਾਂ ਮਰ ਜਾਣੇ ਥਾਂ ਟਿਕਾਣਾ ਤਾਂ ਪੁੱਛ ਲਿਆ ਕਰੋ ਵੀ ਮੁੰਡੇ ਵਾਲੇ ਜਾਂ ਕੁੜੀ ਵਾਲੇ ਕਿੱਥੋਂ ਦੇ ਨੇ ਮੈਂ ਸ਼ਾਂਪ ਨਹੀਂ ਹੈਰੀ ਕਰਮਾਂ ਚ ਕੋਈ ਨਾ ਵੇ ਸ਼ਾਂਪ ਨਹੀਂ ਹੈਗੀ ਤੈਨੂੰ ਤਾਂ ਅੱਗ ਲੱਗੀ ਹੋਈ ਹੈ ਸ਼ਾਂਪ ਦੀ ਹੋਰ ਦੇਖ ਬਾਈ ਆ ਚ ਬਾਈ ਕਰਾਂ ਆਪਾਂ ਹੋਰ ਜਾਵਾਂਗੇ ਕਿਤੇ ਹੋਰ ਕੋਈ ਨਹੀਂ ਆਹੋ ਆਪੇ ਹੀ ਹੋਰ ਕਿਤੇ ਜਾਏਗਾ मैनू की पता मर जाना भी तेरे नानके जा खड़ूगा किते होर दिखाऊगा मैनू ताई ती पिंड दा नाम तैनू मैंने पहले दसे ही नहीं तैनू कानू दसे पिंड दा नाम ने तू तो पुछ ला गल जा भी तू केड़े पिंड तो दस ਚਾਕੇ ਬੂਥਾ ਬੁਲਾ ਲੈ ਉਰੇ ਬੇ ਮੈਂ ਕੀ ਕਰਾਂ ਮੇਰੇ ਤਾਂ ਆਪ ਦਿਮਾਗ ਤੇ ਪੜਦਾ ਪੈ ਗਿਆ ਮੈਂ ਤਾਂ ਉਹਨਾਂ ਨੂੰ ਪਿੰਡ ਪੁੱਛਣਾ ਹੀ ਭੁੱਲ ਗਈ ਕਾਨੂੰ ਪਿਆ ਪੜਦਾ ਤੇਰੇ ਦਿਮਾਗ ਤੇ ਜਾਣ ਕੇ ਖਤਰ ਵਿਧੀਆਂ ਕਰਦੀਆਂ ਮੈਂ ਜਾਣਦਾ ਤੇਰੇ ਲੱਛਣਾਂ ਨੂੰ ਮੈਂ ਬੇ ਮੈਂ ਕਾਨੂੰ ਖਾਜਰ ਵਿਧੀਆਂ ਕਰਦੀਆਂ ਉਹਨੂੰ ਕਿਹੜਾ ਪਤਾ ਨਹੀਂ ਵੀ ਸੀਬੋ ਤੇ ਲਾਉ ਲੈ ਰਹੀ ਐ ਨੀ ਮਾਂ ਇਹਦੇ ਨਾਲ ਤਾਂ ਜਿਹੜਾ ਮੈਂ ਰਿਸ਼ਤਾ ਕਰਾ ਰਹੀ ਸੀ ਉਹਨੀ ਵਧੀਆ ਸੀ ਉਹ ਚੱਲ ਜਵਾਖੋ ਕੋਈ ਨਾ ਹੁਣ ਤੁਸੀਂ ਦੇਖ ਲਓ ਆਪਾਂ ਰਾਏ ਨਾਲ ਕਰਾਂਗੇ ਜੇ ਇੱਥੇ ਕਰਨਾ ਕਿਤੇ ਹੋਰ ਹੁਣ ਇਹ ਤਾਂ ਜਿਹੇ ਜੇ ਕੰਮ ਕਰਦੀ ਐ ਕਰਦੀ ਆ ਕੋਈ ਨਾ ਪੁੱਤ ਹੁਣ ਕਿਹੜਾ ਮੰਗਾ ਕਿਧਰੇ ਵਗ ਗਿਆ ਆਪਾਂ ਉਹਦੀ ਰਹਿਣਾ ਇਸ ਤਰ੍ਹਾਂ ਕਰਾਂਗੇ ਨਾਲੇ ਕੀ ਪਤਾ ਲੱਗਦਾ ਮੰਗੇ ਤੇ ਇੱਥੇ ਹੋਣਾ ਹੋਵੇ ਉਹ ਤਾਂ ਹੈਗਾ ਬੱਬੇ ਕੋਈ ਨਹੀਂ ਦੇਖ ਲੈਣੇ ਆ ਉਹ ਭਾਈ ਇਹ ਤਾਂ ਆਏ ਆ ਮੱਲਾ ਅਗਲੇ ਨੂੰ ਪੁੱਛੋ ਪਹਿਲਾਂ ਵੀ ਭਾਈ ਕਿਹੜਾ ਪਿੰਡ ਆ ਤੇਰਾ ਕੀ ਗੋਤ ਆ ਕੀ ਨਾਂ ਥੇ ਆ ਹੈ ਸਾਰੀ ਅਲੀ ਜਾਣਕਾਰੀ ਲਓ ਫੇਰ ਕਹੋ ਇਹਨੇ ਤਾਂ ਉਹੀ ਸੁਣਨ ਵਾਲੀ ਗੱਲ ਕਰਦੀ ਦੱਸ ਹੋਰ ਬਾਪੂ ਬੇਬੇ ਤਾਂ ਜਮੀ ਕੱਚੀਆਂ ਗੱਲਾਂ ਕਰਦੀ ਹੈਗੀ ਦੇਖ ਦੇਖ ਕਿਵੇਂ ਮੈਨੂੰ ਅੱਡੋ ਅੱਡੀ ਰਾਇਆਂ ਦੇਣ ਲੱਗ ਰਹੇ ਨੇ ਹਾਲ ਤਾਂ ਇੱਕ ਦਿਨ ਵੀ ਨਹੀਂ ਹੋਇਆ ਐਡੀ ਬੌਲੀ ਨਹੀਂ ਹੈਗੀ ਮੈਂ ਹੋਰ ਤੈਨੂੰ ਸਿਆਣੀ ਵੀ ਕਿਨੇ ਬਣਾਇਆ ਦੇਖਿਆ ਤੀ ਉਹ ਕਿਵੇਂ ਲੱਗ ਰਹੀ ਦੀ ਭੌਂਕਣ ਚਾਬਰ ਚਾਬਰ ਲੱਗ ਰਹੀ ਦੀ ਗੱਲਾਂ ਮਾਰਨ ਹੈ ਕਹਿੰਦੀ ਸਾਡੇ ਆਹ ਕੁਸਾ ਸਾਡੇ ਆਹ ਕੁਸਾ ਉਹਦੇ ਮੂਹਰੇ ਤੇ ਤੇਰੀ ਹਾਕ ਨਹੀਂ ਪਟੀ ਘਰੀ ਭੌਂਕਣ ਨੂੰ ਆ ਤੂੰ ਘਰੀ ਨਹੀਂ ਭੌਂਕਣ ਨੂੰ ਹੈਗੀ ਬਈ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਦਾ ਚਪੇੜਾ ਨਾਲ ਮੂੰਹ ਲਾਲ ਕਰ ਦਿੰਦੀ ਮੈਂ ਕੁੜੀ ਕਰਕੇ ਚੁੱਪ ਕਰ ਗਈ ਵੀ ਜੇ ਰਿਸ਼ਤਾ ਜੁੜ ਗਿਆ ਕਿ ਨਹੀਂ ਮੇਰੀ ਧੀ ਨੂੰ ਮਿਹਣ ਨਾ ਮਿਲ ਉਹਦੇ ਮੈਂ ਕਿਹੜੇ ਆਉਂਦੀ ਟਰਾਲੇ ਬਣਾ ਕੇ ਦਿੰਦੀ ਉਹਦੀ ਜੁਨੀਆਂ ਨਾ ਨਹੀਂ ਆਹੋ ਮੈਨੂੰ ਤਾਂ ਪਹਿਲੀ ਤੇਰੀ ਬਦਲਵਾਈ ਦਿੰਦੀ ਤੀ ਵੀ ਤੂੰ ਆਹੀ ਚੰਦ ਚੜੇਗੀ ਲੜਾਈ ਤੋਂ ਬਿਨਾਂ ਤੇਰੇ ਲਵ ਹੈ ਨਹੀਂ ਕੁਛ ਹੋਰ ਨਾ ਮੈਂ ਕੀ ਚੰਦ ਚੜਦਾ ਤੂੰ ਮੇਰੇ ਉਹੀ ਸਿਰ ਚੜੀ ਜਾਣਾ ਤਾਂ ਕਸਰ ਕੀ ਛੱਡੀ ਆ ਨਾ ਲੋਕ ਕੀ ਕਹਿਣਗੇ ਵੀ ਕੁੜੀ ਦੇਖਣ ਆਏ ਤੇ ਛੱਡ ਗਏ ਪਤਾ ਨਹੀਂ ਇਹਨਾਂ 'ਚ ਕਾਣ ਮੀਣਾ ਕੋਈ ਬਸ ਕਰੋ ਬਾਪੂ ਜੀ ਹੁਣ ਤੁਸੀਂ ਦੋਵਾਂ ਆਪਸ 'ਚ ਕਿਉਂ ਖੇਬੜੀ ਜਾਂਦੇ ਹੋ ਚੁੱਪ ਕਰ ਨਹੀਂ ਤੂੰ ਮੈਨੂੰ ਗੱਲ ਕਰ ਲੈਣ ਦੇ ਮੇਰੀ ਗੱਲ ਸੁਣ ਲੈ ਐਂ ਤਾਂ ਅਗਲਾ 20 ਵਾਰੀ ਦੇਖਣ ਆਉਂਦਾ ਹੁੰਦਾ ਨਹੀਂ ਫਿੱਟ ਆਇਆ ਕੋਈ ਨਾ ਆਉਣ ਦੇ ਨਹੀਂ ਇਹ ਜਵਾਕਾਂ ਦਾ ਖੇਡ ਨਹੀਂ ਹੈਗਾ ਕੋਈ ਇਹ ਅਗਲਾ ਪੱਕੇ ਪੈਰੀ ਆਉਂਦਾ ਤੈਨੂੰ ਤਾਂ ਕਹਿਤਾ ਨਹੀਂ ਆਉਂਦਾ ਨਾ ਆਉਣ ਦੇ ਮਾਰਦੀ ਆ ਗੱਲਾਂ ਮੈਂ ਚੰਗਾ ਕਿਹੜਾ ਤੇਰੇ ਨਾਲ ਮੱਥਾ ਮਾਰੇ ਮੈਥੋਂ ਨਹੀਂ ਪਕਾਈ ਹੁੰਦੀ ਤੇਰੇ ਨਾਲ ਆ ਕੀ ਕਹਿੰਦੀ ਮੱਥਾ ਮਾਰੇ ਨਾ ਤੂੰ ਗਲਤੀ ਮੰਨ ਗਿਆ ਫਿਰ ਤੂੰ ਹੀ ਕਾਹਨੂੰ ਭੌਂਕੀ ਜਾਂਦੀ ਆ ਫਿਰ ਕੀ ਗੱਲ ਗਲਤੀ ਨੂੰ ਮੈਂ ਕਤਲ ਕਰਤਾ ਹੋਰ ਹੁਣ ਉਹ ਚੱਲ ਬਸ ਕਰੋ ਅੰਦਰ ਚੱਲ ਤੂੰ ਆ ਜਾ ਚਲ ਅੰਦਰ ਆ ਜਾ ਕਿਸੇ ਦੀ ਗੱਲ ਕਿਸੇ ਦੀ ਬਾਤ ਹਲੇ ਲੈਣਾ ਨਹੀਂ ਦੇਣਾ ਨਹੀਂ ਹੁਣ ਹੀ ਮੈਂ ਜਿੰਬੜ ਕੇ ਖੜ ਜੂਗਾ ਮੁੜ ਕੇ ਖੜ ਜੂ ਨਾਲੇ ਆ ਜਾ ਬੇਬੇ ਤੇ ਤੋ ਇਹ ਜਿਹਾ ਕੰਮ ਹੁੰਦਾ ਨਹੀਂ ਤੂੰ ਤਾਰਾਂ ਨੂੰ ਪੰਗੇ ਛੇੜਦੀ ਤੂੰ ਹਾਂ ਕਰੀਏ ਨਾ ਕਰੀਏ ਅਸੀਂ ਕਿਤੇ ਦੱਸ ਗੱਲ ਕੋਈ ਦੇਖ ਲੈ ਹਲੇ ਪੰਗੇ ਹੀ ਦੱਸਦਾ ਮੈਂ ਕਿਹਾ ਕੀ ਇਹਨੂੰ ਬਿੰਦੇ ਬਿੰਦੇ ਗੱਲਾਂ ਛੇੜਦਾ ਹੈ ਲੜਾਈ ਵਾਲੀਆਂ ਤਾਂ ਹੀ ਤਾਂ ਮੈਂ ਥੋੜੇ ਨਾਲ ਹੀ ਰੱਖ ਕੇ ਰਾਜੀ ਚਲ ਅੱਲਾ ਇਹ ਕਿ ਦਿਨ ਕੱਟਣ ਦਿੰਦਾ ਮੈਨੂੰ ਤੂੰ 20 ਵਾਰ ਨਾ ਰਲ ਸਕਦਾ ਤੈਨੂੰ ਹਾੜੇ ਕੱਢਦਾ ਤੇਰੇ ਕੋਈ ਹਾੜੇ ਨਹੀਂ ਕੱਢਦਾ ਆਪੇ ਰਮ ਕੇ ਲੱਗ ਰਹੀਆਂ ਮੈਂ ਤੁਹਾਡੇ ਨਾਲ ਰਹੂੰਗੀ ਤੁਹਾਡੇ ਨਾਲ ਰਹੂੰਗੀ ਕਿੱਥੇ ਮਲੰਗਣੀ ਐ ਲਹੂ ਪੀਤਾ ਮਾਂ ਕਾਹਨੂੰ ਐਵੀਂ ਚੱਲ ਸੁਲਾ ਹੋਈ ਹਵਾਈ ਨੂੰ ਇਹਨੂੰ ਨਹੀਂ ਮੈਂ ਹੁਣ ਸ਼ਾਂ ਪਾਣ ਦਾ ਤੇਰੇ ਸਮਾਰ ਕੇ ਫਿਰ ਦੀਆ ਚਾਂਬਲੀ ਮੇਰੀ ਗੱਲ ਸੁਣ ਲੈ ਮੈਂ ਇੱਥੇ ਤੋਏ ਦਾ ਕਰਾਂ ਨਾ ਕਰਾ ਕੇ ਪਵਾ ਲਈ ਸਿਰ ਭਾਰ ਦੂੰਗੀ ਕਿਸੇ ਦਾ ਆਉਣਾ ਕਿਸੇ ਦਾ ਜਾਣਾ ਨੌਤੀ ਸੇ ਦੇਖ ਦੇਖ ਮੁਰਦਾ ਇਹਨੇ ਮਲੰਗ ਨੇ ਉਹੀ ਗਾਹ ਪਾਰ ਕੇ ਘਰ ਚ ਕੰਜਰ ਨੇ ਉਹ ਜਵਾਖੋ ਤੁਸੀਂ ਅੰਦਰ ਲੈ ਜਾਓ ਇਹਨੂੰ ਹੈ ਉਹੀ ਰਾਵਣ ਮੰਗੂ ਵੱਧਦੀ ਜਾਂਦੀ ਐ ਇਹ ਮੈਂ ਤਾਂ ਹੋਰ ਖਰਖਰਾ ਕਰਾਉਗੀ ਮਾਰਦੀ ਐ ਗੱਲਾਂ ਜਮੀਨ ਹੀ ਟਿਕਦੀ ਹੈਗੀ ਵੀ ਟਿਕਦੀ ਆ ਹੈ ਕੱਲਾ ਕੋਈ ਹੈ ਛੱਡ ਮੈਨੂੰ ਇਹਦਾ ਦੇਖਣ ਇਹਨਾਂ ਚੌੜਾ ਮੈਨੂੰ ਮੈਨੂੰ ਕਿਸੇ ਵੇਲੇ ਨੂੰ ਤਾਂ ਕਿਉਂ ਗਏ ਤੁਸੀਂ ਕੰਜਰ ਨੂੰ ਸਰ ਨੂੰ ਛੋਟੀਆਂ ਚੱਕਦਾ ਮੈਂ ਦੇਣਾ ਕੁਛ ਬੇਬੇ ਅਸੀਂ ਕਿਹੜਾ ਤੈਨੂੰ ਵੀ ਕੁਛ ਕਿਹਾ ਨਾਲੇ ਆ ਚੇ ਹੈ ਨਾਲੇ ਨਾ ਕਿਹਾ ਹਰ ਟਾਈਮ ਨਹੀਂ ਹਰਦਾ ਦੇਖ ਲੈ ਕਿਵੇਂ ਖੇਖਣਾ ਚੁੱਪ ਕਰ ਜਾ
ਉਹ ਮਲ ਖੇਖਣ ਕਰਦੀ ਆ ਸਾਰੇ ਇਹ ਖੇਖਣਾ ਕਿਤੇ ਆ ਜਾ ਦੇਖੀ ਜੋ ਜਿਹੜਾ ਕੁਝ ਮਨ ਹੁੰਦਾ ਹਾਂ ਮਾਰੀ ਤੀ ਸਮਝਦਾ ਮੈਨੂੰ ਇਹ ਸਾਰਾ ਦਿਨ ਹੁਣ ਤਾਂ ਬੁੜੀ ਹੋ ਗਈ ਹੁਣ ਤਾਂ ਖੜ ਜਾ ਕੇ ਹੁਣ ਤਾਂ ਖੜ ਜਾ ਤੂੰ ਚੌੜਿਆ ਤੂੰ ਨਹੀਂ ਖੜਦਾ ਮੈਂ ਕਿਵੇਂ ਖੜਾਂ ਖੜ ਜਾ ਨਾਲ ਹੱਦ ਹੋ ਰਹੀ ਤੇਰੇ ਵਾਲੀ ਹੈ ਤੂੰ ਨਹੀਂ ਮੁੜਿਆ ਹੋਇਆ ਵੀ ਮੈਂ ਬੁੜੀ ਹੋ ਗਈ ਮਰਤ ਪਾ ਲੈ ਸ਼ਰਮੇ ਨਹੀਂ ਮੰਨਦਾ ਕਿਸੇ ਵੇਲੇ ਦੀ ਹੁਣ ਤਾਂ ਖੜ ਜਾ ਜਵਾਕ ਕੀ ਕਹਿਣਗੇ ਵੀ ਹੁਣ ਵੀ ਨਹੀਂ ਲੜਨ ਨੂੰ ਹੜਦੇ ਬੁੜੇ ਹੋਏ ਕਿਉਂ ਲੜਦੇ ਲੜਨ ਨੂੰ ਹੋਰੀ ਨੇ ਬਦੀਨ ਕਰ ਲੈ ਬਦੀਨ ਨਹੀਂ ਕਰ ਲੈ ਮੈਂ ਕਾਲੇ ਮੂੰਹ ਵਾਲੀ ਨੇ ਪਰੋਣੇ ਨਿਬੜ ਗਿਆ ਕੰਮ ਉਹ ਚੱਕ ਸਮਾਨ ਕੀ ਗੱਲ ਹੋ ਗਈ ਬਾਪੂ ਰੌਲਾ ਜਿਹਾ ਪਰ ਖਿਆ ਦੀ ਮੈਂ ਸਾਲੇ ਇੱਟ ਮਾਰੂੰਗਾ ਪਗ ਜਾ ਮੇਰੀ ਅੱਖਾਂ ਤੋਂ ਪਰਾਂ ਪਗ ਜਾ ਸਾਲੇ ਨੇ ਬਦੀਨ ਕਰ ਲਿਆ ਮੈਂ ਕੀ ਕਹਿਤਾ ਤੈਨੂੰ ਨਾਲੇ ਰਿਸ਼ਤੇਦਾਰ ਕਿੱਧਰ ਗਏ ਆਏ ਨਹੀਂ ਹੈਗੇ ਤੇ ਉਹ ਬਾਹਰ ਕੌਣ ਸੀ ਇੱਕ ਬੰਦਾ ਜਾਂ ਇੱਕ ਤੀਵੀ ਜੀ ਸਾਲਾ ਬਣਿਆ ਰਿਸ਼ਤੇਦਾਰਾਂ ਦਾ ਮਸਾਂ ਲੈ ਦੇ ਕੇ ਕੁੜੀ ਨੂੰ ਦੇਖਣਾ ਹੈ ਤੇ ਸਾਲੇ ਅਸੀਂ ਕਿਹਾ ਸਮਾਨ ਲੈਣ ਜਾਂਦੇ ਆ ਆਹ ਸਿਰ 'ਚ ਮਾਰ ਮੇਰੇ ਸਮਾਨ ਇਹ ਉਹ ਮਸੜਾ ਇਹ ਜੋ ਸਾਡੀ ਕੀ ਗਲਤੀ ਆ ਤੂੰ ਹੀ ਗਰਮ ਹੋਈ ਚਾ ਆਪਾਂ ਪਾ ਕੇ ਲਿਆਉਣਾਵਾਂਗੇ ਫਿਰ ਖਾ ਪੀ ਲਵਾਂਗੇ ਹਾਂ ਹਾਂ ਪਰੋਣੇ ਪਾ ਲਿਆ ਉਹ ਕਾਨੂੰ ਮੱਲਾ ਆਪਦੀ ਮਾੜੇ ਨੇ ਕਿਸੇ ਦਾ ਕੀ ਖੋਟਾ ਆਪਦੀ ਨਹੀਂ ਮਾੜੇ ਹੈਗੇ ਦੱਸ ਆ ਉਹ ਠੰਡਾ ਰਿਹਾ ਗਰਮ ਮਸੜਾ ਉਹ ਠੰਡਾ ਕੀ ਰਹਾ ਮੱਲਾ ਇਹਦਾ ਖਾਣ ਕੁੱਤਾ ਖਾਣ ਕੁੱਤਾ ਨਹੀਂ ਹੈਗਾ ਜਿੱਧਰ ਕਹੇ ਉੱਧਰ ਹੀ ਉੱਡ ਲਾਉਂਦਾ ਇਹ ਉਹ ਕੁਛ ਨਹੀਂ ਹੁੰਦਾ ਗੱਲ ਨਹੀਂ ਬਾਲਦੀ ਹੁੰਦਾ ਘਰਾਂ 'ਚ ਉਹ ਤੈਨੂੰ ਪਤਾ ਮੱਲ ਕਿੰਨੀ ਬੇਇੱਜ਼ਤੀ ਹੋਈ ਆ ਤੁਸੀਂ ਤਾਂ ਮਾਰਦੇ ਹੋ ਗੱਲਾਂ ਗੱਲਾਂ ਨਹੀਂ ਮਾਰਦੇ ਇੱਕ ਆਹ ਮੱਗਰ ਦੀ ਮਾਂ ਕੱਢੋ ਵੱਢੜੀ ਇਹੀ ਜੀ ਇਹ ਆ ਹੈ ਆਪਦੇ ਪੇਕਿਆਂ ਤੋਂ ਬੁਲਾ ਲਏ ਰਿਸ਼ਤੇ ਵਾਲੇ ਦੱਸ ਲੈ ਹਾਂ ਲੈ ਇਹ ਜਿਹਾ ਪਚੋਲਾ ਸੀ ਉਹ ਹੋਰ ਹੁਣ ਪਚੋਲਾ ਭੁੱਕੀ ਖਾਣਾ ਪਚੋਲਾ ਦੀ ਉਹਨੂੰ ਕੀ ਪਤਾ ਜੀ ਮੈਂ ਕਿੱਥੋਂ ਬੁਲਾਉਣਾ ਕਿੱਥੋਂ ਨਾ ਬੁਲਾਉਣਾ ਬਾਪੂ ਬਾਕੀ ਗੱਲ ਬਾਅਦ 'ਚ ਕਰ ਲੈ ਬੱਤਾ ਪੀ ਲਾ ਹੋਲਾ ਬਣਾ ਬੱਤੇ ਦਾ ਬਗ ਜਾ ਉੱਜੜ ਮੇਰੀ ਅੱਖਾਂ ਤੋਂ ਪਰਾਂ ਹੋ ਜਾ ਮਾਰਦਾ ਸਾਲੇ ਦੇ ਖੁੰਡਾ ਮੈਂ ਤੂੰ ਮੇਰੇ ਦੇ ਗੁੱਸਾ ਕਰਦਾ ਬਿਨਾਂ ਗੱਲ ਤੋਂ ਉਹ ਨਾਲੇ ਹੋਰ ਕਰਦਾ ਲੱਗਾ ਡਿੱਕਣ ਵੀ ਕਾ ਹੁਣ ਵੀ ਆਏ ਹੁਣ ਵੀ ਆਏ ਖਰਾ ਕਿਹੜੇ ਖੂਹ 'ਚ ਨਿੱਜ ਗਏ ਤੁਸੀਂ ਦੱਸ ਉਹ ਮਸੜਾ ਠੰਡਾ ਰਹੇ ਉਹਦਾ ਕੰਮ ਹੋ ਗਿਆ ਤੀ ਤਾਂ ਟਾਈਮ ਲੱਗ ਗਿਆ ਉਹ ਕਾਹਨੂੰ ਮੱਲ ਠੰਡੇ ਵਾਲੀ ਗੱਲ ਨਹੀਂ ਸਭ ਕਿਤਲਾ ਵਗੈਰਾ ਦੀ ਇੱਕ ਗੱਲ ਆ ਤੁਹਾਡੀ ਸਾਰੀ ਹਾਂ ਇੱਕ ਗੱਲ ਨਹੀਂ ਹੈਗੀ ਨਿਸ਼ੂ ਮਸਾ ਟਿਕਿਆ ਬੇਬੇ ਭਾਬੀ ਤੈਨੂੰ ਪਤਾ ਅੱਜ ਕੀ ਦਿਨ ਹੈਗਾ ਵੀਰਵਾਰ ਹੈ ਫਿਰ ਭਾਬੀ ਡੀਪੂ ਤੋਂ ਕੱਪੜੇ ਲੈ ਕੇ ਆਈਏ ਸੇਲ ਲੱਗੀ ਹੋਈ ਹੈ ਨਹੀਂ ਕੁੜੀਏ ਪਹਿਲਾਂ ਘਰ ਦਾ ਮਾਹੌਲ ਤਾਂ ਦੇਖ ਲਿਆ ਕਰ ਭਾਬੀ ਘਰ ਦੇ ਮਾਹੌਲ ਨੂੰ ਮਾਰ ਗੋਲੀ ਤੂੰ ਵੀਰਵਾਰ ਕਿਹੜਾ ਰੋਜ਼ ਰੋਜ਼ ਆਉਂਦਾ ਹੈਗਾ ਇੱਕ ਸੂਟ ਦਵਾ ਲਿਆ ਦੱਸ ਹੱਦ ਕਰਦੀਆਂ ਕੁੜੀਏ ਤੂੰ ਵੀ ਤੈਨੂੰ ਤਾਂ ਸੁੱਟ ਦੀ ਪਈ ਪਈ ਆ ਬਸ ਕਿਉਂਕਿ ਭਾਬੀ ਦਵਾ ਲਿਆ ਇੱਕ ਸੂਟ ਦੱਸ ਕੇ ਹੋ ਜੂਗਾ ਚੱਲ ਦਵਾ ਲੈਣੀ ਆ ਪਰ ਬਾਪੂ ਤਾਂ ਪੈਸੇ ਫੜ ਲਾ ਤੂੰ ਮੈਂ ਨਹੀਂ ਭਾਬੀ ਤੂੰ ਕਰਕੇ ਆ ਗੱਲ ਬਾਪੂ ਨਾਲ ਪੈਸਿਆਂ ਦੀ ਨਹੀਂ ਕੁੜੀਆਂ ਮੈਂ ਥੋੜਾ ਨਾ ਮੰਗੂੰਗੀ ਭਾਬੀ ਨਹੀਂ ਹੈਗੀ ਮੇਰੀ ਜਾ ਜਾ ਦੇਖ ਤੂੰ ਮੈਨੂੰ ਫਸਾ ਦਿੰਦੀ ਆ ਭਾਬੀ ਬਣ ਕੇ ਵਗ ਜਾ ਚੱਲ ਦੇਖਦੀ ਆ ਮਤਲਬ ਮੜਿਆ ਪਰਾਂ ਨੂੰ ਕਰ ਮੰਜਾ ਧੁੱਪ ਆ ਗਈ ਉਰੇ ਹਨਾ ਉਧਰੋਂ ਖਿਚੜਾ ਮੜਿਆ ਕਰ ਲੈਂਦਾ ਚਾਰੇ ਚਿੜਾ ਪੁੱਤ ਬਾਪੂ ਜੀ ਹਾਂ ਭਾਈ ਨਾਲੇ ਨਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਬੇਬੇ ਨਾਲ ਲੜਿਆ ਨਾ ਕਰੋ ਮਸਾਂ ਤਾਂ ਉਹ ਬੋਲਣ ਲੱਗੀ ਆ ਉਹ ਨਹੀਂ ਮਤਲਬ ਤੁਹਾਨੂੰ ਨਹੀਂ ਪਤਾ ਮੜੇ ਇੰਨਾ ਕਦਾ ਰੋਬ ਰੱਖਣਾ ਚਾਹੀਦਾ ਹੈ ਐ ਤਾਂ ਉਹੀ ਸਿਰ ਚੜ ਜੂਗੀ ਫਿਰ ਉਹ ਹੋਰ ਹੁਣ ਕਿਤੇ ਰੋਬ ਰੋਬ 'ਚ ਤੁਸੀਂ ਉਹੀ ਨਾਲ ਗੱਲ ਵਧਾ ਦਿਓ ਨਹੀਂ ਮਤਲਬ ਐਂ ਕੁਛ ਨਹੀਂ ਹੁੰਦਾ ਇਹ ਤਾਂ ਮੜਾ ਜਿਹਾ ਡਰਾਬਾ ਰੱਖਣਾ ਚਾਹੀਦਾ ਹੋਰ ਹੁਣ ਚੱਲ ਪਾਪਾ ਜੀ ਉਹ ਤਾਂ ਠੀਕ ਹੈ ਹਾਂ ਭਾਈ ਆਪਣੇ ਨਾ ਪਿੰਡ ਡਿਪੂ ਆਇਆ ਹੋਇਆ ਸੀ ਨਿਸ਼ੂ ਕਹਿੰਦੀ ਮੈਂ ਸੂਟ ਲੈਣਾ ਪੈਸੇ ਦੇ ਦਿਓ ਇੱਥੋਂ ਸਿਆਪਾ ਹੋਇਆ ਉਹ ਗੱਲ ਨਹੀਂ ਬਾਤ ਨਹੀਂ ਹੁਣ ਤਾਂ ਜੋਝੇੜਾ ਪਾ ਰੱਖਿਆ ਖਰਚਾ ਪਤਾ ਨਹੀਂ ਇਹਨਾਂ ਨੂੰ ਕਈ ਮਿਲਦਾ ਕਲੇਸਾਂ ਨਾਲ ਹਲੇ ਕਹਿੰਦੇ ਨੇ ਬੁੜੀ ਬੋਲਦੀ ਹੈ ਸਾਰਾ ਦਿਨ ਇਹਨਾਂ ਦੇ ਦੇਖ ਲਓ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਕਰਨਾ ਹੈ ਨਾ ਹੋਰ ਕੀ ਆ ਔਰ ਕਿਹੜੇ ਸੇਲ ਸੂਲ ਹੁੰਦੇ ਆਪਾਂ ਦਰਬੇ ਕਹਿੰਦੀ ਦਰਬੇ ਬਾਅਦ ਚੱਲਦੇ ਆਪਾਂ ਉੱਥੇ ਲਿਆਈਓ ਦੇਖ ਕੇ ਲਿਆਉਣਾ ਜਿਹੜਾ ਕੁਛ ਤੁਸੀਂ ਨੇ ਕੀ ਗੱਲ ਹੈ ਕਾਹਦੀ ਰਾਇਜੀ ਕਰਨ ਲੱਗ ਰਹੇ ਹੋ ਉਹ ਰਾਇ ਤਾਂ ਕੁਛ ਨਹੀਂ ਉਹ ਤਾਂ ਮੰਗਾ ਕਹਿੰਦਾ ਬਾਪੂ ਕਹਿੰਦਾ ਚੱਲ ਤੈਨੂੰ ਮੈਂ ਦਵਾਈ ਦਵਾ ਲਿਆਉਣਾ ਗੱਡੀ ਲਿਆ ਰੱਖੀ ਉਰੇ ਮੈਂ ਤੂੰ ਕਿੱਥੇ ਬੱਸ ਧੱਕੇ ਖਾਵੇਂਗਾ ਉਹ ਚੱਲ ਮੈਂ ਜਵਾਕਾਂ ਨੂੰ ਕਹਿਤਾ ਭਾਈ ਤੁਸੀਂ ਵਗ ਚਲੋ ਚੱਲ ਜੁੱਤੀ ਜੋੜਾ ਤੁਸੀਂ ਪਾ ਲਿਓ ਨਾਲ ਹੋਰ ਵਗ ਚਲੋ ਨਾਲੇ ਕੋਈ ਕੱਪੜੇ ਲੈ ਜਾਓ ਆਪਦੇ ਭਾਈ ਗਾਂ ਗਰਮੀ ਦੀ ਰੁੱਤ ਜਾ ਰਹੀ ਆ ਨਾ ਕੀ ਗੱਲ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਤੌੜੀ ਦੋ ਢਿੱਡ ਤੂੰ ਮੇਰੇ ਨਾਲ ਦਰਿਆਂਤ ਕਰਨ ਲੱਗ ਰਿਹਾ ਹੈ ਦੇਖ ਲੈ ਇਹਨਾਂ ਨੂੰ ਸਿਰ ਤੇ ਚੜਾਈ ਜਾਂਦਾ ਕੱਪੜੇ ਦਵਾਉਣਾ ਕੀ ਗੱਲ ਮੇਰੇ ਵਾਰੀ ਪੈਸੇ ਮੁੱਕ ਗਏ ਵੀ ਬੋਲੀਏ ਤਾਂ ਇਹ ਕਿੱਥੇ ਜਾਣਾ ਜਵਾਕਾਂ ਦਾ ਰੋਜ਼ ਬਾਹਰ ਅੰਦਰ ਜਾਣਾ ਦੱਸ ਕਿਉਂ ਹੋਇਓਗੇ ਹੋਰ ਹੀ ਹੈ ਉਹ ਲੀਸ਼ੂ ਰੋਜ਼ ਪੜਨ ਜਾਂਦੀ ਹੈ ਮਾੜਾ ਕੱਪੜਾ ਨਹੀਂ ਪਾਇਆ ਜਾਂਦਾ ਦੱਸ ਬਾਹਰ ਚੱਲ ਕੋਈ ਨਾ ਤੇਰਾ ਵੀ ਲਿਆ ਦਾਂਗੇ ਦੇਖ ਕੇ ਕੋਈ ਕੋਈ ਨਾ ਚਲੋ ਤਿਆਰ ਹੋ ਜਾਓ ਭਾਈ ਚਲੋ ਚੱਲੀਏ ਤਿਆਰ ਹੋ ਜਾਏ ਬਾਪੂ ਜੀ ਹੋ ਜਾਓ ਤਿਆਰ ਹੋ ਚੱਲ ਕੋਈ ਨੀਸ਼ੂ ਚੱਲ ਚੱਲੀਏ ਹੋ ਜਾ ਮਾਲਾ ਫਿਰ ਬੇਬੇ ਦੇ ਲਿਆਣਗੇ ਕਹਿੰਦਾ ਕੋਈ ਹੋਰ ਹੁਣ ਕੀ ਪੈ ਫਰਕ ਪੈਂਦਾ ਮੇਰੀ ਗੱਲ ਸੁਣ ਲੈ ਮੈਂ ਤਾਂ ਨਾ ਜਾਊਂ ਕੱਪੜੇ ਲੈਣ ਮੈਂ ਨਹੀਂ ਆਪਦੇ ਪਸੰਦ ਤੋਂ ਬਿਨਾਂ ਪਾਉਂਦੀ ਨਾ ਮੈਂ ਕਦੇ ਮਾੜਾ ਕੱਪੜਾ ਪਾਇਆ ਨਾ ਮੈਂ ਪਾਵਾਂ ਨਾ ਮੇਰੇ ਕਿਸੇ ਦਾ ਲਿਆਂਦਾ ਹੋਇਆ ਸਰਦਾਰ ਜੀ ਪਸੰਦਾ ਵੀ ਨਹੀਂ ਬੋਲੀਏ ਘਰ ਹੀ ਨਹੀਂ ਹੈਗਾ ਕੋਈ ਤੇਰੇ ਚਾਰ ਭਾਂਡੇ ਨੇ ਇਕੱਠੇ ਕਰਕੇ ਲੈ ਜੂ ਅਗਲਾ ਹੈ ਨਾਲੇ ਮੱਕਰ ਦੀ ਕਿੱਥੇ ਨਿਸ਼ਾ ਕੀ ਕਰ ਲਏ ਉਰੇ ਮੈਂ ਤੈਨੂੰ ਸਾਂ ਹੈ ਅਸੀਂ ਲਿਆਵਾਂ ਕੋਈ ਨਾ ਦੇਖ ਕੇ ਆਪੀ ਤੈਨੂੰ ਕੋਈ
ਬਈ ਮੇਰੀ ਗੱਲ ਸੁਣ ਲੈ, ਮੈਂ ਕੱਪੜਿਆਂ ਨੂੰ ਨੀ ਰੋਂਦੀ, ਨਾਲੇ ਕਬੀਲਦਾਰੀ ਹੈ, ਨਹੀਂ ਆਉਣਗੇ ਮੈਨੂੰ ਤਾਂ ਕੀ ਹੋਜੂ, ਇਹ ਤਾਂ ਜਵਾਕ ਨੇ, ਮੇਰੇ ਨਾਲ ਤਾਂ ਉਹੀ ਮਿੱਠੇ 'ਤੇ ਰੱਖ ਲਿਆ ਕਰੋ, ਉਹੀ ਬਥੇਰੀ ਹੈ, ਨਾਲੇ ਬਹੂ ਮੁੰਡੇ ਹੁੰਦੇ ਤੂੰ ਲੜਦਾ ਹੈ, ਮਾੜੀ ਮੋਟੀ ਸ਼ਰਮ ਮੰਨਿਆ ਕਰ, ਉਹ ਤਾਂ ਮੇਰੇ ਸਿਰ 'ਤੇ ਚੜ ਜਾਣਗੇ, ਵੀ ਬੁੜਾ ਬੁੜੀ ਦਾ ਕਿਹੜਾ ਇੱਕ ਹੈ, ਬੁੜਾ ਬੁੜੀ ਦੀ ਬਣਦੀ ਤਾਂ ਹੈ ਨਹੀਂ, ਵੀ ਆਪਾਂ ਵੀ ਢਾਲੋ ਨਾ ਦੋ ਜਾਣਿਆਂ ਨੂੰ, ਤੂੰ ਹੀ ਘੱਟ ਨਹੀਂ, ਤੂੰ ਹੀ ਅੜਵਾਤੇ ਕਰਦੀ ਆ, ਹੈ ਜਵਾਕਾਂ ਜਾਣ ਜਾਣ ਸਾਹਮਣੇ ਲੜੇਗੀ, ਮੈਂ ਬੁੜੇ ਦੀ ਬੇਇੱਜ਼ਤੀ ਕਰਾਂ ਤਾਂ ਤੈਨੂੰ ਕੀ ਮਿਲਜੂ ਬੇਇੱਜ਼ਤੀ ਕਰਕੇ ਮੇਰੀ, ਐਂ ਦੱਸ, ਐਂ ਤਾਂ ਹੈ ਨਹੀਂ ਵੀ ਅਸੀਂ ਰਲ ਮਿਲ ਕੇ ਰਹੀਏ ਮਾੜਾ ਮੋਟਾ, ਵੀ ਮੈਂ ਬੁੜੇ ਨੂੰ ਕੋਈ ਠੰਡਾ ਦਿੱਤਾ ਪਾਣੀ ਤਾਂ ਨਹੀਂ, ਉਹ ਕਰਾਂ ਦੱਸ, ਆਪਦੇ ਆਪ ਨਹੀਂ ਆਉਂਦੀ, ਮੈਂ ਕੀ ਕਹਾਂ ਤੈਨੂੰ, ਹਾਂ ਉਹ ਮਾਸੜਾ ਇਹ ਤਾਂ ਲੋਟ ਹੀ ਨਹੀਂ ਆਉਂਦੀ ਹੁੰਦੀਆਂ ਬੁੜੀਆਂ, ਜੇ ਤਾਂ ਇਹਨਾਂ ਨੂੰ ਦਬਾਉਂਦੇ ਚੀਜ਼ ਤਾਂ ਨਹੀਂ ਲੋਟ, ਜੇ ਨਹੀਂ ਦਬਾਉਂਦੇ ਤਾਂ ਨਹੀਂ ਲੋਟ, ਉਹ ਕਾਹ ਨੂੰ ਮਤਲਬ ਚੌਧਰ ਨਹੀਂ ਛੱਡਦੀਆਂ, ਹੋਰ ਕੋਈ ਗੱਲ ਨਹੀਂ, ਸਭ ਚੌਧਰ ਦਾ ਰੌਲਾ ਹੈ, ਸਹੀ ਗੱਲ ਆ ਮਾਸੜਾ, ਐਂ ਤਾਂ ਇਹ ਨਹੀਂ ਵੀ ਚੱਲ ਅਸੀਂ ਕੀ ਆ ਝੁੱਗਾ ਪਤਾ ਦੋ ਪਾੜਾਂਗੇ ਪਤਾ ਇੰਨਾ ਵੀ ਰਲ ਕੇ ਰਹੀਏ, ਨਾਲੇ ਮਾਸੜਾ ਉਹ ਕਹਾਵਤ ਨਹੀਂ ਹੈਗੀ ਜਿੱਥੇ ਤੀਵੀਂ ਦੀ ਪੁੱਗਦੀ ਆ ਉਹ ਘਰ ਵੱਸਦੇ ਨਹੀਂ, ਬਿਲਕੁਲ ਉਹ ਨਹੀਂ ਵੱਸਦਾ ਹੁੰਦਾ ਕਦੇ ਵਾਸਤੇ ਦੇਖ ਲਈ, ਹੋਰ ਇਹਨੂੰ ਬਥੇਰਾ ਸਮਝਾਈਦਾ ਫੇਰ ਹੀ ਸਮਝਦੀ ਹੈਗੀ, ਹੈ ਦੱਸ ਬੋਲੀਏ ਤੈਂ ਕੀ ਲੈਣਾ, ਜਵਾਕਾਂ ਨੂੰ ਉਹਦਾ ਪੰਜ ਕਰਨ ਦੇ ਪੰਜਾਹ ਕਰਨ ਦੇ, ਆਪਾਂ ਦੋ ਮੰਨੀਆਂ ਨੇ ਛੱਡੀ, ਚੱਲ ਤੂੰ ਚੱਲਦੀ ਉੱਪਰ ਦੀ ਬੋਝ, ਆਹ ਦੇਖ ਲੈ ਕਹਿੰਦੀ ਸੱਦੀ ਨਾ ਬੁਲਾਈ ਮੈਂ ਲੜ ਜਿਤਾਈ, ਜੇ ਨਹੀਂ ਲੜਦੇ ਤਾਂ ਆਹ ਲੜਾ ਜਾਂਦਾ ਵਿੱਚ ਕੰਜਰ ਆ ਕੇ, ਹੈ ਮੈਂ ਚੰਗੀ ਗੱਲ ਤੈਨੂੰ ਕੀ ਕਹਿਣੀ ਹੈ, ਸਮਾਂ ਉਹਦੇ ਲਵੇ ਬੈਠਾ ਮੇਰੇ ਚੁਗਲੀਆਂ ਕਰਦਾ ਵੀ ਮੇਰੇ ਕੰਨੀ ਨਹੀਂ ਹਨ ਜਿਵੇਂ, ਹੈ ਆਪਦਾ ਤਾਂ ਤੂੰ ਸਮਾਰਿਆ ਨਹੀਂ ਜਾਂਦਾ, ਫੇਰ ਕਹਿੰਦਾ ਮੈਨੂੰ ਫੜ ਲੈਂਦੇ ਨਾਲ ਮੇਰੀ ਭੈਣ ਨੂੰ ਫੜ ਲੈਂਦੀ ਹੈ, ਤੁਸੀਂ ਇਸੇ ਕੰਮ ਜੋਗਰੇ ਹੋ, ਮੈਂ ਇੱਥੋਂ ਸਾਵਾ ਸੇ ਲੈਣ ਜੋਗੇ ਤੁਸੀਂ ਹੈ ਹੀ ਨਹੀਂ, ਧੀਏ ਤੱਕਣੇ ਇਹਦੇ ਤਾਂ ਕਾਹਤੋਂ ਜਾਂਦੀ ਹੈ, ਤਾਂ ਤੂੰ ਸਵਾਈ ਕੀ ਗੱਲ ਕਰਦਾ ਦੱਸ, ਸਵਾਈ ਕੀ ਗੱਲ ਕੋਈ ਨਹੀਂ ਕਰਦਾ, ਸਵਾਦ ਲੈਂਦਾ ਲੜਾਈ ਦਾ ਸਵਾਦ, ਵੀ ਗੱਲ ਕਰ ਦਿੰਦੀ ਆ ਜਾ ਕੋਈ ਆ ਚੱਲੀਏ, ਚਲੋ ਚੱਲੀਏ, ਇਹਦਾ ਲੜਾਈ ਦਾ ਗੱਡਾ ਹੋ ਰਿਹਾ, ਇਹਨੂੰ ਕੰਮ ਨਹੀਂ ਹੈ ਕੋਈ, ਚੱਲ ਭਈ ਚੱਲ ਮੁੜ ਲੈ ਜਾਓ ਪਰਾਂ ਪੈਂਦੀਆਂ ਮੈਂ ਤਾਂ ਆਪ, ਵਧੀਆ ਚਾਚੀ ਤੂੰ ਸੁਣਾ ਹੋਰ ਘਰੇ ਠੀਕ ਨੇ ਸਾਰੇ, ਠੀਕ ਨੇ ਪੁੱਤ, ਕਰਦੇ ਤੇਰੀ ਮਾਂ ਕਿਵੇਂ ਆ, ਠੀਕ ਆ ਮਾਂ ਨੂੰ ਕੀ ਹੋਣਾ, ਬਥੇਰਾ ਟੱਲੀ ਵਾਂਗੂ ਖੜਕਦੀ ਹੈ, ਟੱਲੀ ਮੂੰਹ ਖੜਕ, ਕੱਲ ਤਾਂ ਤੇਰੀ ਮਾਂ ਮੈਨੂੰ ਐਂ ਲੱਗੀ ਪੁੱਤ ਜਿਵੇਂ ਨੰਬਰਦਾਰ ਦੇ ਘਰੋਂ ਕੁਛ ਲੈ ਕੇ ਨਿਕਲੀ ਹੁੰਦੀ ਆ, ਉਹਦੇ ਤਾਂ ਮਾਂ ਕਰਾਏ ਪੈ ਰਹੇ ਤੇ ਨਾ ਤਾਂ ਮੁੰਡੇ, ਦੋ ਮੁੰਡੇ ਤੇ ਉਹਨਾਂ ਦੇ ਪਤਾ ਨਿੱਕ ਨਿਕਣ ਦੋ ਮੁੰਡੇ ਦੇ ਬਹੂ ਨਾਲੇ ਬੁੜਾ ਉਹਨਾਂ ਦਾ ਖੁੰਡਾ ਚੱਕੀ ਫਿਰੇ ਮਗਰ, ਅੱਛਾ ਉਹ ਤਾਂ ਪੁੱਤ ਉਹ 20 ਤੱਕ ਛੱਡ ਕੇ ਗਏ ਨੇ ਉਹਨੂੰ, ਨਾ ਚਾਚੀ ਤੈਨੂੰ ਹੀ ਭੁਲੇਖਾ ਪੈ ਗਿਆ ਹੋਣਾ, ਮੇਰੀ ਮਾਂ ਨੂੰ ਦੱਸਦੀ ਨਾ ਪਹਿਲਾਂ, ਪੁੱਤ ਤੈਨੂੰ ਦੱਸਿਆ ਨਹੀਂ ਹੋਣਾ ਤੇਰੀ ਮਾਂ ਨੇ, ਚੱਲ ਜਾ ਕੇ ਤੇਰੀ ਮਾਂ ਨੂੰ ਪੁੱਛੀ ਵੀ ਨਾ ਤੂੰ ਹੁਣ, ਲੜੀ ਨਾ ਮੇਰੇ ਪਿੱਛੇ ਕਿਤੇ ਕਹੇ, ਮੇਰੇ ਤਾਈ ਨੇ ਕਹਿਤਾ ਮੈਨੂੰ, ਮੈਂ ਤਾਂ ਦੇਖੀ ਤੀ ਪੁੱਤ ਉਹ ਤਾਂ ਨਾ ਉੱਥੇ 20 ਤੱਕ ਉਹਦੇ ਤਾਂ ਮਗਰ ਨਾ ਖੁੰਡਾ ਲੈ ਕੇ ਪੈ ਰਿਹਾ ਬੁੜਾ ਬਹੂ ਮੁੰਡਾ ਉਹਨਾਂ ਦਾ, ਮੇਰੀ ਗੱਲ ਸੁਣ ਫਿਰ, ਮੇਰੀ ਮਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਐਡੀ ਗੱਲ ਹੋ ਗਈ ਤੀ, ਪੁੱਤ ਮੈਨੂੰ ਨਹੀਂ ਪਤਾ ਗੱਲ, ਗਾਹਾਂ ਜਾ ਕੇ ਤੂੰ ਲੜੀ ਤੇਰਾ ਸਵਾਹ ਹੋੜੇ ਤਲਕਾ, ਪੁੱਤ ਤੇਰੀ ਮਾਂ ਨਾਲ ਤੂੰ ਪੁੱਛੀ ਵੀ ਨਾ, ਮੇਰੀ ਗੱਲ ਸੁਣ ਚਾਚੀ, ਮੈਂ ਕਿਹੜਾ ਤੇਰਾ ਨਾਂ ਧਰਨਾ, ਮੈਂ ਤਾਂ ਊਂ ਪੁੱਛ ਲੂੰਗੀ ਵੀ ਕੱਲ ਕੀ ਗੱਲ ਹੋਈ ਤੀ ਮਾੜਾ ਜਿਹਾ, ਇੱਧਰ ਰੌਲਾ ਜਿਹਾ ਪੈ ਰਿਹਾ ਸੀਗਾ ਨੰਬਰਦਾਰਾਂ ਦੇ ਘਰ ਕਨੀ, ਪੁੱਤ ਮੇਰਾ ਨਾਂ ਤਾਂ ਲਈ ਨਾ ਚੁਗਲੀ ਵੱਜਣ ਜੇ ਕਹੇ ਦੁਆਰਾ ਕਹਿੰਦਾ ਚੁਗਲੀ ਕਰਤੀ ਉਹਨੇ, ਮੇਰੀ ਗੱਲ ਸੁਣ ਤੂੰ ਨਾ ਫਿਕਰ ਕਰ, ਮੈਂ ਤੇਰਾ ਨਾਂ ਭੋਰਾ ਨਹੀਂ ਲੈਂਦੀ, ਹਾਂ ਚੱਲ ਪੁੱਤ ਮੈਂ ਤਾਂ ਫਿਰ ਪਾਥੀਆਂ ਜਿਹਾ ਪਾ ਕੇ ਲਿਜਾਵਾਂ ਘਰੇ, ਹਾਂ ਚੱਲ ਠੀਕ ਹੈ ਚਾਚੀ ਚੰਗਾ, ਹਾਂ ਚੱਲ ਠੀਕ ਹੈ, ਚੱਲ ਮੇਰਾ ਨਾਂ ਲੈ ਪੁੱਤ, ਤੇਰਾ ਸਵਾਹ ਤੜਕਾ ਕਿਤੇ ਲੜ ਪਏ ਜਾ ਕੇ, ਨਾ ਨਾ ਕੋਈ ਨਾ, ਲੈ ਦੇਖ ਲੈ ਮੇਰੀ ਮਾਂ ਨੇ ਮੈਨੂੰ ਦੱਸਿਆ ਕਾਹਤੋਂ ਨਹੀਂ, ਕੋਈ ਨਾ ਜਾ ਕੇ ਨਹੀਂ ਮੈਂ ਨੰਬਰਦਾਰਾਂ ਦੇ ਪੁੱਛਦੀ ਹਾਂ ਮੈਂ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ, ਕੀ ਗੱਲ ਵੀ ਮੇਰੀ ਮਾਂ ਦੇ ਸਾਰਾ ਟੱਬਰ ਮਗਰ ਪੈ ਗਿਆ, ਮੇਰੀ ਗੱਲ ਸੁਣ ਪਾਥੀਆਂ ਮੈਂ ਫੇਰੇ ਲਿਜਾਊਂ, ਪਹਿਲਾਂ ਮੈਂ ਇਹਨਾਂ ਦੀ ਜਾ ਕੇ ਆਉਂਦੀ ਹਾਂ, ਪੁੱਤ ਖਾ ਲਈ ਬਾਕੀ ਪਾਥੀਆਂ 'ਚ ਪਾ ਲੈਂਦੀ ਮੈਂ ਚੁਕਾ ਦਿੰਦੀ ਤੈਨੂੰ,
चाची मैं पाथिया फिर ले जूंगी, मैं घरे जानी हूं, माड़ा जहा कम याद आ गया मैनू। ले तो हूँ कुड़ी ना लड़ूगी जाके तो पड़कगी मन करे। ले मैं तो उ गल छेड़ी थी, चल है तो कुड़ी तेज आ मां वर्गी, जानते सिबो का पता लगूगा। अरे सारे मेरे ने लाई दी आडे, हूँ पता लगू सिबो न भी, ये तो हम सीधी सिबो के बजूगी हूँ कुड़ी। हूँ देखी पेंदे ने पड़ाके उन्होंने सिबो ना। ਉਹ ਭਾਈ ਜਵਾਕੋ ਸਾਨੂੰ ਮੈਂ 20 ਵਾਰੀ ਕਿਹਾ ਵੀ ਉਹਦੇ ਹੁੰਦੇ ਨਾ ਕਿਆ ਕਰੋ ਤੁਸੀਂ ਕੋਈ ਚੀਜ਼ ਲੈਣੀ ਆ, ਹੈ ਉਹਦਾ ਸਰੀਕਾ ਕਰਦੀ ਹੈ ਬੋਲੀਏ ਆਪ ਮੰਗਦੀ ਹੈ ਦੱਸ। ਉਹਨੂੰ ਪੁੱਛੇ ਤੂੰ ਨਿਆਣੀ ਆ ਭਲਾ ਸੂਟਾਂ ਨੂੰ, ਹੁਣ ਜਵਾਕਾਂ ਦਾ 100 ਥਾਵੇਂ ਜਾਣਾ ਉਮਰ ਇਹਨਾਂ ਦੀ, ਉਹਦੇ ਹੁੰਦੇ ਨਾ ਤੁਸੀਂ ਕਿਹਾ ਕਰੋ ਕੋਈ ਵੀ ਚੀਜ਼ ਲੈਣੀ ਆ। ਠੀਕ ਹੈ ਬਾਪੂ ਜੀ, ਹੁਣ ਨਹੀਂ ਬੇਬੇ ਮੂਹਰੇ ਗੱਲ ਕਰਦੇ। ਉਹ ਭਾਈ ਜਵਾਕੋ ਮੈਂ ਤਾਂ ਇਹ ਕਹਿੰਦੀ ਆ ਜਿਹੜੇ ਪੈਸੇ ਲਏ ਨੇ 50,000 ਆਪਾਂ ਤੋਂ, ਇਹਨੇ ਕਿਸੇ ਹਿਸਾਬ ਨਾਲ ਲੈ ਲਓ, ਇਹਤੋਂ ਸਾਰੀ ਊਈ ਨਾ ਕਿਤੇ ਗਾਹਾਂ ਦੀ ਗਾਹਾਂ ਚਲਾ ਦੇ ਇਹ, ਹੋਰ ਇਹਦਾ ਕੋਈ ਪਤਾ ਨਹੀਂ, ਵੜਿਆ ਭਲੋ ਕੇ ਲੈ ਲੈਣ ਹੁਣ ਤਾਂ ਆਪਣੇ ਤੇ ਤੀਜੀ ਹੋਈ ਆ ਨਾਲ ਤਾਂ ਇਹ। ਪਰ ਬਾਪੂ ਜੀ ਉਹ ਕਿਵੇਂ ਮੰਗਾਂਗੇ? ਉਹ ਭਾਈ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਦੇਖੋ ਤੁਸੀਂ ਕਿਵੇਂ ਲੈਣੇ ਨੇ, ਕਿਸ ਹਿਸਾਬ ਨਾਲ ਕਢਾ ਲਓ ਬਸ। ਹੋਰ ਨੂਰੇ ਕੀ ਲੈਣੇ ਔਖੇ ਨੇ, ਹੋਰ ਉਹੀ ਤਾਂ ਗੱਲਾਂ, ਮਤਲਬ ਕਿਤੇ ਹੋਰ ਹੀ ਨਾ ਚਾੜਦੇ ਕਿਸੇ ਪਾਸੇ ਮੁੰਡਾ ਡਰ ਆਉਂਦਾ। ਹੋਰ ਮਸੜਾ ਇਹਦੇ ਆ, ਉਹ ਭਤੀਜੀਆਂ ਹੀ ਵੀ ਬਹੁ ਆਉਂਦੀਆਂ ਨੇ, ਇੱਕ ਜਾਂਦੀ ਇੱਕ ਆਉਂਦੀ ਆ, ਹੋਰ ਕਿਤੇ ਲੈ ਜਾਣਾ, ਘਰ ਦਾ ਕੰਮ ਘਰ ਚ ਰਹਿ ਜੂਗਾ ਹੁਣ ਤਾਂ ਆਪਣੇ ਨਾਲ। ਹੋਰ ਨਾਲੇ ਹੁਣ ਤਾਂ ਆਪਣੇ ਤੇ ਦਿਆਲ ਹੋ ਰਹੀ ਆ, ਉਹ ਇਹਦਾ ਕੀ ਪਤਾ ਕਦ ਛਾਲ ਮਰ ਜੇ ਨਾਲੇ। ਹੋਰ ਹੁਣ ਵੜਿਆ ਕੇ ਲੈ ਲਓ, ਬੋਚ ਵੜਿਆ ਕੇ। ਹਾਂ ਅਸੀਂ ਜੀ ਸੁਭਾਅ ਦੀ ਆ ਇਹ ਨਾਲੇ। ਚਲੋ ਦੇਖਾਂਗੇ ਬਾਪੂ ਜੀ ਫਿਰ ਹੁਣ। ਬੇ ਮਗਰਾ ਪਾਣੀ ਲੈ ਕੇ ਆਈ ਮੇਰੇ ਵਾਸਤੇ ਗੁਟਕਾ ਲੈ ਜੇ, ਲਿਆ ਨਾ ਬੇਬੇ ਲਿਆ ਨਾ। ਕਿਹੜੇ ਬੀੜਿਆਂ ਦਾ ਗਿਆ ਹੋਇਆ, ਹੁਣ ਤੱਕ ਮੁੜ ਕੇ ਨਹੀਂ ਆਇਆ, ਦੋ ਜਾਣਿਆਂ ਨੂੰ ਨਾਲ ਲੈ ਗਿਆ ਉਹ। ਮੈਨੂੰ ਤਾਂ ਐਂ ਸ਼ੱਕ ਲੱਗਦੀ ਹੈ, ਦਿਲ ਧੜਕਦਾ ਕਿਤੇ ਜ਼ਮੀਨ ਨਾ ਉਹਨਾਂ ਦੇ ਨਾਂ ਕਰਾਉਂਦਾ ਫਿਰਦਾ ਹੋਵੇ, ਨਾਲੇ ਮੈਨੂੰ ਕਿਹੜਾ ਦੱਸੂਗਾ ਇਹਨੇ ਮੇਰੇ ਨਾਲ ਕਿਹੜਾ ਰਾਏ ਕਰਨੀ ਹੈ। ਚੌਰਾ ਇਹਨਾਂ ਦਾ ਤਾਂ ਬਣਿਆ ਹੋਇਆ, ਮੇਰੀਆਂ ਕਾਸ ਹੁੰਦਾ ਉਹ। ਲੈ ਬੇਬੇ। ਬੇ ਮਗਰਾ ਮੈਨੂੰ ਐਂ ਦੱਸ ਵੀ ਤੇਰਾ ਬਾਪੂ ਕਿਹੜੇ ਵੇਲੇ ਦਾ ਗਿਆ ਹੋਇਆ, ਇੰਨੀ ਕਿਉਂ ਨੇ ਵਰੀ ਖਰੀਦਣੀ ਹੈ, ਦੋ ਤਾਂ ਸੂਟੜੇ ਲੈਣੇ ਤੇ ਹੁਣ ਤੱਕ ਆਇਆ ਹੀ ਨਹੀਂ। ਉਹ ਬੇਬੇ ਆ ਜਾਣਗੇ, ਕਈ ਵਾਰੀ ਟਾਈਮ ਲੱਗ ਜਾਂਦਾ, ਕਈ ਵਾਰੀ ਦੁਕਾਨ 'ਤੇ ਗਾਹਕ ਵੱਧ ਹੁੰਦੇ ਨੇ ਤਾਂ ਕਰਕੇ ਟਾਈਮ ਲੱਗ ਗਿਆ ਹੋਣਾ ਮਾੜਾ ਮੋਟਾ ਉੱਥੇ। ਲੈ ਗਾਹਕ ਨੂੰ ਕਿਉਂ, ਉਹਨਾਂ ਨੇ ਕਿਸੇ ਨੇ ਕਿਹਾ ਹੈ ਕਿ 42 ਵਾਰੀ ਖਰੀਦਣੀ ਸੀ ਵੀ ਟਾਈਮ ਲੱਗ ਗਿਆ। ਉਹ ਤੁਹਾਡੇ ਬੁੜਿਆਂ ਦੇ ਕਿਹੜਾ ਸੂਟ ਪਸੰਦ ਆਉਂਦੇ ਨੇ ਫਿਰ, ਆ ਨਹੀਂ ਦੇਖਣਾ ਆ ਦਿਖਾ ਦੇ, ਆ ਨਹੀਂ ਦੇਖਣਾ ਆ ਦਿਖਾ ਦੇ, ਉਹ ਤਾਂ ਐਂ ਕਰੀ ਉਹਨੇ ਬੈਠੀਆਂ ਫਿਰ। ਤੂੰ ਤਾਂ ਗੱਲ ਤਾਂ ਮੈਨੂੰ ਉੱਤੇ ਹੀ ਨਹੀਂ ਆਉਣ ਦਿੰਦਾ, ਛੋਟੀਆਂ ਦਾ ਗਿੱਦੜਾ ਵਗੈਰਾ ਦੀ ਇੱਕੋ ਹੀ ਗੱਲਾਂ ਨੇ, ਮੇਰੀ ਗੱਲ ਕੌਣ ਸੁਣਦਾ ਹੈ? ਨਹੀਂ ਬੇਬੇ ਤੂੰ ਕਿਉਂ ਸਾਰਾ ਦਿਨ ਭਰਿੰਡਾਂ ਨੂੰ ਤੜਕਾ ਲਾਈ ਰੱਖਦੀ ਹੁੰਦੀ ਆ, ਕਹਿਤਾ ਠੰਡੀ ਹੋ ਜਾਇਆ ਕਰ। ਹੋਈ ਵੀ ਆ ਠੰਡੀ, ਤੂੰ ਤਾਂ ਆਪ ਉਹਨਾਂ ਦੇ ਨਾਲ ਦੈ, ਪਰ ਚੱਕ ਮੇਰੇ ਮੰਜਾ ਛਾਵੇਂਡਾ, ਮੈਂ ਤਾਂ ਗੱਲ ਦੀ ਖੋਜ ਕੱਢ ਕੇ ਛੱਡਦੀ ਹੁੰਦੀ ਆ, ਮੈਨੂੰ ਤਾਂ ਸ਼ੱਕ ਪੈ ਜਾਂਦੀ ਹੈ ਸਾਰਾ ਦਿਨ। ਤੈਨੂੰ ਤਾਂ ਰਹਿੰਦੀ ਆ ਜੇ ਤੁਸੀਂ ਜੁੜ ਜੁੜ ਪੈਂਦੇ ਹੋ। ਸਾਰਾ ਦਿਨ ਤੁਹਾਡੇ ਹੱਕ ਚ ਬੋਲਦਾ, ਤੁਹਾਡੇ ਹੱਕ ਚ ਨੀ ਬੇਬੇ ਜੇ ਤੂੰ ਲੜਦੀ ਆ ਤਾਂ ਬੋਲਦਾ। ਉਹ ਬੋਲੀ ਜਾਂਦੇ ਮੈਂ ਕੀ ਗੋਲਦੀ ਆ ਬੇ, ਮੈਂ ਤਾਂ ਸਾਰੇ ਟੱਬਰ ਨੂੰ ਨੀ ਗੋਲਦੀ ਕੱਲੀ ਜਾਣੀ। ਮੈਂ ਕਿਹੜਾ ਮੱਥਾ ਮਾਰੇ ਤੇਰੇ ਨਾਲ, ਦੇਖ ਲੈ ਮੇਰੀ ਮਾਂ ਭੋਲੀ ਤਾਂ ਰੱਖੀ ਆ, ਖਾ ਕੇ ਛਿੱਤਰ ਕਰੇ ਜਾ ਬੜੀ, ਵੀ ਤੂੰ ਮੈਨੂੰ ਤਾਂ ਦੱਸ ਦੇ ਵੀ ਮੇਰੇ ਨਾਲ ਇਹਨਾਂ ਨੇ ਇਹੋ ਜਿਹੀ ਕੁੱਤੇ ਖਾਣੀ ਕਰੀ ਆ, ਆਪਦੇ ਆਪ ਨੂੰ ਵੱਡੇ ਖੱਬੀ ਖਾਨ ਕਹਾਉਂਦੇ ਨੇ, ਹੋਰਾਂ ਤੋਂ ਉਈ ਸਮਝਦੇ ਨੇ ਵੀ ਉਈ ਤੁਰੇ ਫਿਰਦੇ ਨੇ, ਕੋਈ ਨਾ ਪੁੱਛਦੀਆਂ ਜਾ ਕੇ। ਆ ਬੁੜੀ ਤਾਂ ਮੈਂ ਸਮਾਰ ਕੇ ਲਾ ਕੇ ਜਾਊਂਗੀ ਅੱਜ, ਪੱਟੂ ਇਹਦਾ ਝਾਟਾ ਚੰਗੀ ਤਰ੍ਹਾਂ, ਆਪਦੇ ਆਪ ਨੂੰ ਬਾਲੀ ਕਹਾਉਂਦੀ ਆ ਇਹ, ਜੰਮੀ ਸ਼ਰਮ ਲਾ ਰੱਖੀ ਹੈ, ਕਿਸੇ ਨੂੰ ਜਿਉਂਦਿਆਂ ਨੂੰ ਦੇਖ ਕੇ ਰਾਜ਼ੀ ਨਹੀਂ ਹੈਗੀ। ਕੋਈ ਨਾ ਆਉਂਦੀ ਹਾਂ ਮੈਂ, ਕਰਦੀ ਹਾਂ ਇਹਦੀ ਕੰਢ ਝਾੜ ਸਮਾਰ ਕੇ, ਸਾਰੇ ਟੱਬਰ ਦਾ ਕੱਢੂ ਚੰਗੀ ਤਰ੍ਹਾਂ ਜਲੂਸ, ਕਿੱਥੇ ਦੁੱਖ ਦਿੱਤਾ ਨਾ ਪੁੱਤਿਆਂ ਨੇ। ਚਾਚੀ ਚਾਚੀ ਹਾਂ ਪੁੱਤ ਆ ਜਾ, ਕੁੜੇ ਕਿਹੜੀ ਹੈ ਚਾਚੀ ਵਾਲੀ, ਆ ਬੈਠੀ ਹੈ ਚਾਚੀ ਤਾਂ, ਆ ਜਾ ਲੰਘਿਆ। ਹੋਰ ਚਾਚੀ ਠੀਕ ਹੈ? ਹਾਂ ਠੀਕ ਹਾਂ ਪੁੱਤ, ਤੂੰ ਦੱਸ ਮੈਨੂੰ? ਠੀਕ ਠਾਕ ਵਧੀਆ। ਹੋਰ ਗੋਡੇ 'ਚ ਦੁਖਦੇ ਤੇ ਹੁਣ ਠੀਕ ਹੈ? ਪਹਿਲਾਂ ਨਾ ਗੋਡੇ ਤਾਂ ਠੀਕ ਨੇ, ਮੈਂ ਤਾਂ ਘੋੜੇ ਵਰਗੀਆਂ, ਤਾਂ ਮਾੜਾ ਮੋਟਾ ਕੁਛ ਨਾ ਕੁਛ ਦੁਖਦੇ ਰਹਿੰਦਾ ਬੁੜੇ ਬੰਦਿਆਂ ਦਾ। ਹੋਰ ਜੇ ਘੋੜੇ ਵਰਗੀਆਂ ਤਾਂ ਇਹਦਾ ਲੋਕਾਂ ਨੇ ਲੱਤਾਂ ਬਾਹਾਂ ਤੋੜਦੀ ਫਿਰਦੀ ਹੈ। ਲੱਤਾਂ ਬਾਹਾਂ ਤੋੜਦੀ ਫਿਰਦੀ ਹੈ, ਮੈਂ ਤੇਰੀ ਗੱਲ ਸਮਝੀ ਨਹੀਂ, ਤੂੰ ਕੀ ਕਹਿੰਦੀ ਹੈ? ਨਾ ਮੇਰੀ ਮਾਂ ਦੀ ਬਾਂਹ ਤੋੜਤੀ ਤੇ। ਅੱਛਾ ਤੂੰ ਤਾਂ ਪਟਵਾਰ ਦੀ ਕੁੜੀ ਹੈ, ਕੀ ਗੱਲ? ਇੱਕ ਤਾਂ ਹੁਣ ਤਾਂ ਤੈਨੂੰ ਪਤਾ ਨਿਗਾਹ ਘੱਟ ਗਈ, ਦਿਸਦਾ ਵੀ ਨਹੀਂ ਹੈਗਾ ਚੱਜੇ ਨਾਲ, ਸਿਆਣ 'ਚ ਨਹੀਂ ਆਉਂਦਾ ਕੋਈ। ਮੇਰੀ ਗੱਲ ਸੁਣ ਲੈ, ਤੂੰ ਕਹਿੰਦੀ ਮੇਰੀ ਮਾਂ ਦੀ ਬਾਂਹ ਤੋੜਤੀ, ਤੇਰੀ ਮਾਂ ਕਿਹੜਾ ਘੱਟ ਹੈ? ਹੈਂ ਮੈਂ ਇੱਕ ਦਿਨ ਦਵਾਈ ਲੈਣ ਵਗੀ, ਮੇਰੇ ਪਿੱਛੋਂ ਆ ਗਈ, ਪਤਾ ਨਹੀਂ ਵੀ ਕਾਹਦੇ ਬਹਾਨੇ ਤਾਂ ਆਈ ਕਾਹਦੇ ਨਾ ਆਈ, ਚੁਗਲੀਆਂ ਕਰ ਕਰਕੇ ਨਾ ਸਮਾਂ ਸਾਡੇ ਘਰ 'ਚ ਕਲੇਸ਼ ਪਵਾਤਾ, ਫਿਰ ਮੈਂ ਮਾਰਾਂ ਨਾ ਕੱਟ। ਤੂੰ ਵੀ ਨਹੀਂ ਚਾਚੀ, ਪੰਗੇ ਤੂੰ ਵੀ ਲੈਂਦੀ ਹੋਣੀ, ਮੇਰੀ ਸੁਣ ਲੈ ਗੱਲ,
जे अज तो बाद मेरी मां नु कुछ कहे ना फिर ए ना कही मैं तो कट करूंगी और कट कट दू सारे टब्बर का जलूस। नहीं मेरी गल सुन कुड़िए, मेरी तो जो गल नहीं सुन दी, तू साढ़े सारे टब्बर का जलूस कढ़न फिर दी है, तेरी माँ का जलूस ना कढ़े जिहड़ी छौं छौं चुगलियां लाउंदी फिर दी है, उहनू भी समझा के जा भी लोगों के घर नहीं पट्टी दे हुंदे, चज दी गल कर कोई चज दी, धीआं भैणां तो सारे पिंड दे सांझियां हुंदियां ने, तू मेरे नाल लड़न आ गई। खड़ जा देखा भला चल रहा कम, ये होर राय लैंदी आटे चल वधिया पट्टू झट के इहदी कुड़ी हुण पतंदर नहीं आई थी पूरे ये तो मेरे नाल लैंदी आटे हुण लगू पता चल अपन की लैणा जाऊ घर आपदे पता। हाँ जे तू इन्नी चंगी थी कल का तो सारा टब्बर उहदे मगर खुंडा लैके पै रहा थी कल, ये गल्लां तू की करदी है? नहीं कल तो मैं घरे भी नहीं थी, क्यों इकरियां चार चार लाउनी है? चार चार चाची मैं नहीं लाउंदी हैगी, जे तुसी इहो जिहे कम करदे सानू मैं तां कहनी आ, उह तां मेरे बाप नू नहीं पता लग्गिया, ना लग्गिया मेरी भरजाई नू पता, नहीं तां सानू दिखाउंदे फिर पंजी दा पौण। उहो नहीं देगा गल्लां देख कीड़ियां करदी है, असीं नेगी चूड़ियां पारखियां ते मूहरे देखता लै हंकारी होई जट्टी, पता नहीं सानू सारे टब्बर नू कहदा हंकार हो रहा जिहड़ा किसे नू जिउणी नहीं दिंदे। नहीं मेरी गल सुन लै, मैनू कहदा हंकार है, नाले मैं तां कल घरे नहीं थी, एवीं नवें नाल वध घट जवान लड़ा, तू कुड़ी है फिर भी, मैं तैनू कुछ नहीं कहिंदी, मैं तैनू दसां ਉਹਨਾਂ ਨੂੰ ਆ ਜਾਣ ਦੇ, ਉਹਨਾਂ ਨੇ ਮਾਰੀ ਜਿਹੜੀ ਚੱਕਲ ਜਿਹੜੀ ਮਾਰਨੀ ਹੈ, ਕਿਵੇਂ ਆਈ ਹੈ ਮੇਰੇ ਸਿਰ ਤੇ ਚੜ ਕੇ। ਨਹੀਂ ਆਵਾਂ ਨਾ ਹੋਰ ਕੀ ਕਰਾਂ, ਜਦੋਂ ਤੁਸੀਂ ਤੰਗ ਕਰਦੇ ਕਿਸੇ ਨੂੰ ਜਿਉਣ ਨਹੀਂ ਦਿੰਦੇ, ਆਈ ਹੈ ਵੱਡੀ ਭੈੜੇ ਮੂੰਹ ਆਈ ਹੈ। ਮੇਰੀ ਗੱਲ ਸੁਣ ਲੈ, ਭੈੜੇ ਮੂੰਹ ਵਾਲੀ ਹੋਣੀ ਤੇਰੀ ਮਾਂ, ਤੈਨੂੰ ਮੈਂ ਕੀ ਕਹਾਂ, ਤੈਨੂੰ ਤਾਂ ਨਹੀਂ ਬੋਲਣ ਦੀ ਅਕਲ, ਮੈਂ ਤਾਂ ਕੁਛ ਕਹਿ ਨਹੀਂ ਸਕਦੀ ਤੈਨੂੰ, ਨਾਲੇ ਦੂਜੀ ਗੱਲ ਮੈਂ ਤਾਂ ਕੱਲ ਘਰੇ ਵੀ ਨਹੀਂ ਸੀ, ਜਦ ਤੇਰੀ ਮਾਂ ਸਾਡੇ ਘਰੋਂ ਛਿੱਤਰ ਖਾ ਕੇ ਨਿਕਲੀ ਹੈ, ਉਹੀ ਕੰਮ ਤੂੰ ਕਰਾਵੇਂਗੀ, ਮਾਰ ਕੇ ਨਾ ਚਪੇੜ ਮੂੰਹ ਪਰਲੇ ਪਾਸੇ ਲਾ ਦੂੰ, ਜੇ ਕੰਮ ਮਾਰਾ ਨਾ ਖੁੱਦੀ ਜਾਏਂਗੂ ਰਹੇਗੀ ਮੈਂ ਮਾਰੇ। ਹਾਂ ਖੜੀ ਰਹਿ ਤੂੰ, ਆਪੀ ਆਪ ਨੂੰ ਵੱਡੀ ਮਾਰ ਕਰਾਈ ਹੈ, ਖੜੀ ਸਮਝਦੀ ਹੈ ਤੂੰ, ਕਹਿਣਾ ਹੀ ਹੈ ਕਿ ਮੈਨੂੰ ਹਾਂ ਕਹਿਣਾ ਹੀ ਹੈ, ਦੋਨੇ ਕੰਮ ਕਰਨਾ ਹੀ ਹੈ, ਮੈਂ ਤਾਂ ਜੇ ਨਹੀਂ ਸਮਝ ਕੇ ਪਰ ਖੱਲੂੰਗੀ ਵੀ ਫੜ ਕੇ। ਮੇਰੀ ਗੱਲ ਸੁਣ ਲੈ, ਤੈਨੂੰ ਤਾਂ ਤੇਰੀ ਮਾਂ ਨੂੰ ਦੋਨਾਂ ਨੂੰ ਕੋਟੇ ਥੱਲੇ ਦੇ ਲੂੰ। ਨਹੀਂ ਤੂੰ ਬਹਿ ਜਾ ਇਹ ਤਾਂ ਤੇਰਾ ਆਹੀ ਟੱਬਰ ਹੋਣਾ ਜਿਹੜਾ ਤੈਨੂੰ ਚੱਲੀ ਜਾਂਦਾ, ਫੜ ਕੇ ਮਾਂ ਸੁੱਟ ਦੂੰਗੀ। ਮੈਂ ਕਹਿੰਦਾ ਤੂੰ ਮੇਰੇ ਨਾਲ ਲੱਗ ਕੇ ਤਾਂ ਦੇਖ, ਤੈਨੂੰ ਪੁੱਛਣਾ ਸਮਝਾ ਲੈ, ਨਹੀਂ ਮੱਥਾ ਮਰ ਜੂਗੀ ਇਹ ਭੈਣੇ, ਤੂੰ ਬਾਹਰ ਸਮਝਾਉਂਗਾ, ਤੂੰ ਬਾਹਰ ਜਾ ਫਿਰ, ਮਾੜੀ ਮੋਟੀ ਤੇ ਸੁੱਕਲੀ ਪਾ ਲਓ ਤਾਂ ਨਾ, ਤੂੰ ਬੰਦੇ ਮਾਰਦੀ ਫਿਰਦੀ ਹੈ ਤੇ ਮੇਰਾ ਲਾਉਣੀ ਹੈ, ਚੱਲ ਭੈਣੇ ਜਾ, ਇਹਨੂੰ ਸੰਗਲ ਲਾ ਲੈ, ਕੋਈ ਨਾ ਆਪੇ ਲਾਉਂਗਾ, ਤੂੰ ਨਾ ਫੜਾ ਇਹਨੂੰ, ਮੈਂ ਕਰਾਂ ਸੂਟ ਆ, ਮੈਂ ਵੀ ਬੈਠਾ ਸੀ, ਤੂੰ ਬੈਠ ਰਹੀ ਬੈਠੀ ਹੋਈ ਆ, ਕੋਈ ਨਾ ਆਉਣੀਆਂ ਮੈਂ ਫਿਰ, ਆ ਜਾਣ ਦੇ ਉਹਨਾਂ ਨੂੰ, ਜਿਹੇ ਜੀ ਤਾਂ ਇਹਦਾ ਬੁੜੇ ਤਾਂ ਖਾਣੀਆਂ ਖੁੰਡੇ ਰੋਜ਼। ਨਹੀਂ ਵਗ ਜਾ ਤੇਰੇ ਵਰਗੀਆਂ ਥਣ ਮੈਂ 20 ਕੁੱਟੀਆਂ ਨੇ, ਗੋਡਿਆਂ ਥੱਲੇ ਲੈ ਲੂੰ, ਲੰਘ ਜਾ। ਕੋਈ ਨਾ ਹੰਕਾਰੀ ਫਿਰਦੇ ਜਾ ਦੇ, ਆ ਜਾਣ ਦੇ ਇਹਨਾਂ ਨੇ, ਜਿਹੜੇ ਕਹਿੰਦੀ ਅੱਗੇ ਬਾਜ਼ਾਰ ਗਏ ਹੋਏ ਨੇ ਕੱਪੜੇ ਲੈਣ ਗਏ ਨੇ, ਸਾਰੇ ਟੱਬਰ ਦੇ ਸਾਹਮਣੇ ਖੱਲ ਕੇ ਜਾਊਂ, ਨਾਲੇ ਦੀ ਨੂੰਹ ਆਊਗੀ, ਨਾਲੇ ਆਊਗੀ ਕੁੜੀ, ਫਿਰ ਲੱਗੂਗਾ ਇਹਦਾ ਪਤਾ, ਪੱਟੂਗੀ ਝਾਟਾ ਸਮਾਰ ਕੇ, ਆਪਦੇ ਆਪ ਨੂੰ ਬਾਹਲੀ ਜ਼ਿਆਦਾ ਕਹਾਉਂਦੀ ਹੈ, ਸਾਡੇ ਹਾਣ ਕਿਸੇ ਥਾਂ ਦੀ ਕਿਸੇ ਨੂੰ ਬੋਲਣੇ ਨਹੀਂ ਦਿੰਦੀ, ਇੱਕ ਵਾਰੀ ਬਸ ਆਪਦੀ ਗੱਲ ਮੂਹਰੇ ਰੱਖਦੀ ਹੈ, ਐਂ ਕਰ ਦੂੰ ਮੈਂ ਬਾਹ ਕਰ ਦੂੰ, ਵੀ ਦੱਸ ਤੂੰ ਚੀਜ਼ ਕੀ ਹੈ। ਉਹ ਬੇਬੇ ਬਸ ਕਰ, ਕਿਉਂ ਪਾਰਾ ਵਧਾਉਣੀਆਂ ਤੂੰ? ਮੈਂ ਮੇਰਾ ਪਾਰਾ ਕਾਹਨੂੰ ਵੱਧਦਾ ਕੰਜਰਾ, ਪਾਰਾ ਦਾ ਕੰਜਰ ਤੇਰਾ ਬਾਪ ਵਧਾਉਂਦਾ ਮੇਰਾ, ਆਹ ਦੇਖ ਲੈ ਜੀ, ਉਹ ਜੀ ਮਿਹਣਾ ਦਿੰਦਾ, ਮਿਹਣਾ ਦਾ ਬੋੜਾ ਇਹਦੇ ਨਾਲ ਲੜਦਾ, ਇਹਨੂੰ ਖੂੰਡਾ ਚੱਕਦਾ, ਜੇ ਉਹ ਘਰੇ ਪਿਆਰ ਨਾਲ ਬੋਲੇ ਲੋਕ ਮਿਹਣੇ ਕਿਉਂ ਦੇਣ, ਘਾਟ ਦਾ ਤੇਰੇ ਬਾਪੂ 'ਚ ਹੈ। ਮੈਨੂੰ ਐਂ ਦੱਸ, ਉਹ ਪਰਿਵਾਰ ਦੀ ਕੁੜੀ ਆ ਕੇ ਗਈ ਹੈ, ਕੱਲ੍ਹ ਉਹਨਾਂ ਦੀ ਬੁੜੀ ਦੇ ਮਗਰ ਕੌਣ ਪਿਆ ਤੀ? ਮੈਂ ਤਾਂ ਘਰੇ ਹੈ ਨਹੀਂ ਤੀ ਬੇਬੇ, ਕੋਈ ਨਹੀਂ ਪਿਆ ਮੰਗ ਰਹੇ, ਉਹ ਤਾਂ ਉਹੀ ਕਹੇਗੀ ਤੈਨੂੰ, ਐਂ ਉਹੀ ਕਿਵੇਂ ਕਹੇਗੀ, ਪਹਿਲਾਂ ਕੋਈ ਉਹੀ ਲਾਂਭਾ ਦਿੰਦਾ ਹੁੰਦਾ ਕੋਈ? ਨਾ ਬੇਬੇ, ਉਹਦੀ ਗੱਲ ਤਾਂ ਯਕੀਨ ਕਰ ਲਿਆ, ਮੇਰੀ ਗੱਲ ਤਾਂ ਯਕੀਨ ਨਹੀਂ ਕਰਦੀ ਹੈਗੀ ਬੇ, ਮੈਨੂੰ ਯਕੀਨ ਤਾਂ ਆਵੇ ਜੇ ਗੱਲ ਸੱਚੀ ਨਾ ਹੋਵੇ, ਗੱਲ ਸੱਚੀ ਹੋਵੇ ਜਿਹੜੀ ਉਹ ਕਹਿ ਕੇ ਗਈ ਹੈ, ਤਾਂ ਹੀ ਤਾਂ ਮੇਰਾ ਪਾਰਾ ਸਿਖਰੇ ਚੜਾ ਕੇ ਰੱਖ ਦਿਓ ਹਰ ਟਾਈਮ ਤੁਸੀਂ। ਉਹ ਆ ਗਏ ਲੈ, ਮੈਂ ਪੁੱਛਦੀ ਇਹਨਾਂ ਨੂੰ ਵੀ ਕੀ ਗੱਲ ਤੀ। ਰੋਕ ਦੇ ਭਾਈ ਰੋਕ, ਆ ਜਾ ਭਾਈ ਮੁੱਖ ਆ ਜਾ, ਆ ਗਏ ਦਿਰਬੇ ਤੋਂ? ਹਾਂ ਆ ਗਏ, ਹੋਰ ਜਾ ਚਲ। ਮੈਨੂੰ ਐਂ ਦੱਸ, ਆਪਣੇ ਘਰੇ ਕੱਲ੍ਹ ਪਟਵਾਰ ਨਾਲ ਆਈ ਤੀ, ਕੀ ਗੱਲ ਹੋਈ ਤੀ? ਨਾ ਨਾ ਆਪਣੇ ਘਰੇ ਕੋਈ ਨਹੀਂ ਆਈ ਪਟਵਾਰ ਨਾਲ, ਉਹੀ ਕਰੀ ਜਾਂਦੇ ਤੂੰ। ਦੇਖ ਲਓ ਆਈ ਹੋਣੀ। ਨਹੀਂ ਨਹੀਂ ਬੇਬੇ, ਕੋਈ ਨਹੀਂ ਆਈ, ਨਾਲੇ ਤੈਨੂੰ ਕਿਹਨੇ ਕਹਿਤਾ? ਨਹੀਂ ਆਈ ਕਿਉਂ ਨਹੀਂ, ਉਹਦੀ ਕੁੜੀ ਮੈਨੂੰ ਸਾਰੀ ਗੱਲ ਦੱਸ ਕੇ ਗਈ ਹੈ, ਨਾ ਇੰਨਾ ਮੇਰੇ ਨਾਲ ਲੜ ਕੇ ਗਈ ਹੈ, ਸੱਚੋ ਸੱਚ ਦੱਸੋ ਮੈਨੂੰ ਗੱਲ ਕੀ ਹੋਈ ਸੀ? ਅੱਛਾ ਅੱਛਾ ਠੀਕ ਲੈ, ਹਾਂ ਆਹੋ ਹਾਂ ਆਈ ਤੀ ਫਿਰਦੀ ਤੀ ਉਰੇ, ਉਹ ਬਸ ਕਹਿੰਦਾ ਕੀ ਆ, ਬਸ ਆ ਕੇ ਉਹੀ ਆਵਾ ਤਾਂ ਵਾਇਰ ਆ ਗਈ, ਬੋਲੋ ਫਿਰ ਕਿਉਂ ਜਵਾਕੋ? ਹਾਂ ਬੇਬੇ,
ਮੇਰੇ ਕੋਲ ਆ ਕੇ ਨਾ ਤੇਰੇ ਚੁਗਲੀਆਂ ਜੀ ਕਰਨ ਲੱਗੀ ਸੀ ਤੇ ਉਲਟਾ ਸਿੱਧਾ ਬੋਲਦੀ ਸੀਗੀ ਬਸ ਫਿਰ ਸਾਥੋਂ ਤਾਂ ਬਰਦਾਸ਼ਤ ਨਹੀਂ ਹੋਇਆ ਬਾਪੂ ਤਾਂ ਫਿਰ ਗੱਲ ਹੀ ਪੈ ਗਿਆ ਬਸ ਮੈਂ ਤਾਂ ਖੜਕਾਤੀ ਮਹਾਂ ਖੜ ਫੇਰਾ ਮਸਾਂ ਸੂਤ ਆਈ ਦੀ ਗੱਲ ਪਤਾ ਕੀ ਉਹ ਹੋਰੇ ਮਰੀ ਜਾ ਕੇ ਰਿਹਾ ਵਾ ਮਹਾਂ ਮਸਾਂ ਜੜ ਤੇ ਲਿਆਈ ਅੱਜ ਫਿਰ ਬਸ ਉਹ ਘਰੀ ਉਹਦੇ ਨਾਲ ਜਿਹੜੀ ਨਾ ਹੋਣੀ ਹੋਵੇ ਫਿਰ ਤਾਂ ਲੇਰ ਹੀ ਪਾਉਂਦੀ ਗਈ ਆ ਦੇਖ ਲਾ ਮੁੜ ਕੇ ਆਪਣੇ ਘਰੇ ਨੀ ਆਊਗੀ ਇਹ ਤੈਨੂੰ ਦੱਸਦੀ ਗੱਲ ਹੋਰ ਬੀਬੇ ਹੁਣ ਨੀ ਆਉਂਦੀ ਮੇਰੇ ਹਿਸਾਬ ਨਾਲ ਆਪਣੇ ਘਰੇ ਬਹੁਤ ਝਾੜ ਪੁੰਝ ਕਰਤੀ ਬਾਪੂ ਨੇ ਤਾਂ ਉਹਦੀ ਦੇਖ ਲਈ ਤੂੰ ਫਿਰ ਜੇ ਘਰੇ ਵੜ ਜੇ ਆਪਣੇ ਅੱਖੋਂ ਅੱਛਾ ਦੇਖ ਲੈ ਕਿਵੇਂ ਲਾਵਾ ਲੁਤਰਿਆ ਲਾਉਂਦੀ ਫਿਰਦੇ ਮੇਰੇ ਪਿਓ ਦੀ ਰਾਮਨਾ ਹੈ ਇੱਕ ਗੱਲ ਸੁਣ ਲੈ ਪਹਿਲਾਂ ਤਾਂ ਉਹ ਵੈਸੇ ਬਾਂਹ ਤੜਾ ਕੇ ਗਈ ਹੈ ਹੁਣ ਮੇਰੀ ਸੁੱਕਣੀ ਲੱਤ ਤੋੜ ਕੇ ਆਉਂ ਪਰੇ ਹੋ ਜਾ ਓ ਬੀਬੇ ਲੈ ਨੀ ਛੱਡ ਪਰੇ ਮੈਨੂੰ ਦੇਖ ਲੈ ਮੇਰੀ ਗੱਲ ਸੁਣ ਲੈ ਸਿਰ ਪਾੜ ਕੇ ਮੇਰੀ ਸੁੱਕਣ ਦਾ ਮੇਰੀ ਦਾ ਹੈ ਸੁਣ ਲੈ ਤੂੰ ਖੜ ਕੇ ਹੋਰ ਸੁਣੀ ਹੋਈ ਹੈ ਮੈਨੂੰ ਨਹੀਂ ਸਾਬਰ ਆਉਂਦਾ ਨਜ਼ਰ ਮੇਰਾ ਪਾਰਾ ਥੱਲੇ ਲੈਣਾ ਜਿੰਜਰ ਦਾ ਬੱਬਰ ਨਾ ਪਾਣਾ ਕੰਜਰੀ ਦਾ ਮੈਨੂੰ ਛੱਡ ਕੋੜੇ ਮੈਨੂੰ ਜਾਣ ਦੇ ਓ ਗਈ ਓਏ ਉਹ ਮਗਰਾ ਕੰਜਰਾ ਬਹਿ ਗਿਆ ਖੜਾ ਹੋ ਗਿਆ ਉਹ ਜਾਂਦੀ ਆ ਉਹ ਸਿਰ ਪੜਵਾ ਕੇ ਆਉਗੀ ਹੋਰ ਓਏ ਮਸ ਰਹਿਣ ਦੇ ਵਗ ਜਾਣ ਦੇ ਉਹ ਵੀ ਉਦੋਂ ਹੀ ਉਈ ਜੇ ਜਿਆਦੇ ਕਰਦੀ ਸੀ ਉਹ ਨਹੀਂ ਮਲਕ ਤੇ ਹੋਰ ਨਾ ਪੰਗਾ ਛੜ ਜੇ ਕੋਈ ਮੈਨੂੰ ਐਂ ਡਾਰਾ ਓ ਬਾਪੂ ਪਰਾ ਇੱਕ ਪਾਸਾ ਹੋ ਜਾਊਗਾ ਹੋਰ ਕੀ ਹੋਰ ਬੁੜੀਆਂ ਦੀ ਲੜਾਈ ਆਪੇ ਕਰਿਆਉਗੀ ਲੋਟਾ ਹੋਰ ਓਏ ਆਪਣੇ ਸਿਰ ਪੜਵਾ ਦੂ ਓਏ ਕਿਉਂ ਤੁਸੀਂ ਉਹਦਾ ਪਟਵਾਰੀ ਆ ਇੰਨੇ ਪੈਸੇ ਆਉਂਦੇ ਨੇ ਤੇਰੇ ਲਵੇ ਕੀ ਆ ਘਰੇ ਐਂ ਦੱਸ ਦੇ ਪਹਿਲਾਂ ਮੈਨੂੰ ਲੰਬੀ ਨਿਗਾਹ ਮਾਰ ਮਾਣੀ ਮੋਟੀ ਤੂੰ ਤੇ ਉਹਨੂੰ ਮੁੜ ਕੇ ਭੱਜ ਕੇ ਜਾ ਕੱਲ ਮੇਰੇ ਘਰ ਜੁਗਲੀਆਂ ਕਿਵੇਂ ਲਾ ਕੇ ਗਈ ਆ ਰਹਿਣ ਦੇ ਬੇਬੇ ਇੱਕੀ ਨੂੰ ਕੱਤੀ ਪਾ ਕੇ ਆਉਂ ਛੱਡ ਵੇਖ ਲੈ ਹੋ ਰਿਹਾ ਸੋਨੂੰ ਲੈ ਆ ਗਈ ਪੁੱਛੋ ਲੈ ਨੂੰ ਭਈ ਰਾਜਿਆਂ ਵਾਲਾ ਹਾਂ ਚਾਚਾ ਠੀਕ ਆ ਪਰ ਮੈਨੂੰ ਲੱਗਦਾ ਤੈਨੂੰ ਬਾੜੀ ਹੰਕਾਰ ਜਾ ਹੋ ਰਿਹਾ ਕੀ ਗੱਲ ਪੁੱਤ ਕਾਤੋਂ ਨਾ ਕਾਤੋਂ ਕਾਦੀ ਕੱਲ ਮੇਰੀ ਮਾਂ ਦੇ ਮਗਰ ਪੈ ਗਏ ਤੁਸੀਂ ਜੇ ਉਹਨੂੰ ਕੋਈ 19-21 ਗੱਲ ਹੋ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਨਾ ਭਈ ਅਸੀਂ ਤਾਂ ਨਹੀਂ ਕੋਈ ਗੱਲ ਪਿਆ ਦੇਖ ਲੈ ਦੇਖ ਲੈ 19-21 ਨੂੰ ਕਹਿਸੋ ਜੇ ਗੋਲੀ ਮਾਰੀ ਹੈ ਕੀ ਕਹਿਆ ਸੀ ਉਹਨੂੰ ਮੈਂ ਤਾਂ ਮੇਰੇ ਚਾਚੇ ਨੂੰ ਲਾਂਭਾ ਦੇਣੇ ਤੂੰ ਹੀ ਬਾੜ ਚ ਬੋਈਆ ਤੜਾਉਣੀ ਹੈ ਮੇਰੀ ਗੱਲ ਸੁਣ ਲੈ ਬੋਈਆ ਨਾਲ ਟੋਕਰਾ ਸਾਡਾ ਹੈ ਤੜਾਵਾਂ ਨਾ ਤੜਾਵਾਂ ਤੂੰ ਪੰਗੇ ਕਰ ਲੈਣੀ ਹੈ ਉਹ ਭਾਈ ਦੇਖ ਅਸੀਂ ਕੁਛ ਨਹੀਂ ਕਿਹਾ ਉਹ ਤਾਂ ਉਹੀ ਕਿਤੇ ਔਖੜ ਕੇ ਗਿਰ ਪਈ ਹੋਈ ਤਾਂ ਉਹਨੂੰ ਉਹਦੀ ਬਾਹ ਮੂ ਟੁੱਟ ਗਈ ਕਿਤੇ ਅੱਜ ਉਹੀ ਨੂੰ ਕਿਹੜਾ ਉਹ ਪਾਗਲ ਹੈ ਜੇ ਉਹਨੇ ਮੈਨੂੰ ਕਿਹਾ ਦੱਸਿਆ ਵੀ ਭਾਈ ਮੇਰੇ ਮਾਂਗਰ ਪੈ ਗਏ ਨਾਲੇ ਮੇਰੀ ਤੋੜੀ ਬਾਹ ਮੈਂ ਤਾਂ ਆਈਆਂ ਆਈਆਂ ਨਹੀਂ ਮੱਲਾ ਹੈ ਦੇਖ ਲੋ ਅਸੀਂ ਨੇ ਕੁਛ ਨਹੀਂ ਕਿਹਾ ਭਾਈ ਗੌਰ ਕਰੋ ਉਹਦੀ ਕਿਤੇ ਹੋਰ ਗਿਰ ਗੁਰ ਪਈ ਹੋਊਗੀ ਦੱਸਾਂ ਦੇਖ ਲੈ ਹਾਂ ਭੈਣੇ ਇੱਥੇ ਕੋਈ ਗੱਲ ਹੋਈ ਨਹੀਂ ਪਰ ਇੱਕ ਗੱਲ ਕਹਾਂ ਤੇਰੀ ਮਾਂ ਦੀ ਨਾ ਬਹੁਤ ਗੰਦੀ ਆਦਤ ਹੈ ਦੂਜੇ ਘਰੇ ਆ ਕੇ ਚੁਗਲੀ ਕਰਨ ਦੀ ਗੁੱਸਾ ਤਾਂ ਕਰੀ ਨਾ ਮੇਰੀ ਸੁਣ ਗੱਲ ਜੇ ਤੁਸੀਂ ਨਾਲ ਬਹਿ ਕੇ ਚੁਗਲੀਆਂ ਕਰਦੀ ਹੋ ਤਾਂ ਅਗਲੀ ਚੁਗਲੀਆਂ ਕਰਦੀ ਹੈ ਅਸੀਂ ਤਾਂ ਬੁਲਾਉਂਦੇ ਨਹੀਂ ਹੈਗੇ ਆ ਪੁੱਛ ਲੈ ਸਾਰਿਆਂ ਤੋਂ ਆਪੀ ਮੈਨੂੰ ਛੱਡ ਤੋਂ ਸਾਰੇ ਗਵਾਂਢੀਆਂ ਤੋਂ ਪੁੱਛ ਲੈ ਹਰ ਇੱਕ ਦੇ ਘਰ ਜਾ ਕੇ ਪਵਾੜੇ ਪਾਉਂਦੀ ਆ ਸਹੀ ਗੱਲ ਆ ਭੈਣੇ ਦੇਖ ਸਹੀ ਗੱਲ ਕਹਿੰਦੀ ਆ ਤੁਹਾਡੀ ਬੁੜੀ ਹੈ ਤਾਂ ਖਰਾਬ ਆ ਥੋੜੀ ਜੀ ਬਾਈ ਤੂੰ ਤਾਂ ਟਿਕ ਜਾ ਤੂੰ ਆਪਦੇ ਟੱਬਰ ਦੀ ਸੇਧੀ ਦਿੰਨਾ ਤੂੰ ਸਿਆਣੀ ਬਿਆਣੀ ਦੇ ਮੰਗਰ ਪਏ ਤੁਹਾਨੂੰ ਸ਼ਰਮ ਨਹੀਂ ਆਈ ਹੈਗੀ ਪਰ ਅਸੀਂ ਤਾਂ ਕੋਈ ਨਹੀਂ ਮਗਰ ਪਏ ਕੁੜੀਏ ਮੈਂ ਤੈਨੂੰ ਦੱਸਾਂ ਨਾਲ ਤਾਂ ਡੋਲੂ ਚੱਕੀ ਪੇ ਦੇ ਲੱਸੀ ਲੈ ਜਾਂਦੇ ਪਵਾ ਕੇ ਨਾਲੇ ਅਗਲੀ ਨੂੰ ਚੁਗਲੀਆਂ ਕਰ ਜਾਂਦੇ ਗੱਲ ਆਗੂ ਦੱਸੇ ਹੋਰ ਤਾਂ ਜੇ ਚੁਗਲੀਆਂ ਕਰਦੇ ਹੋ ਅਗਲੀ ਵੀ ਤਾਂ ਹੀ ਕਰਦੀ ਹੈ ਅੱਗੋਂ ਵੀ ਹੰਗਾਰਾ ਮਿਲਦੀ ਹੋਣਾ ਕੋਈ ਦੇਖ ਮੈਂ ਸਾਡੇ ਜਵਾਕ ਸਿਉਣੇ ਵਰਗੇ ਨੇ ਇਹ ਥੋੜੀ ਆ ਬਾਤਾਂ ਆ ਬੋਲਦੇ ਨੇ ਕਿਸੇ ਨੂੰ ਤੂੰ ਐਵੇਂ ਗੱਲ ਪਈ ਜਾਂਦੇ ਸੋਰੀ ਨਾ ਚਾਚਾ ਜੇ ਤੇਰੇ ਜਵਾਕ ਸਿਉਣੇ ਦੇ ਨੇ ਫਿਰ ਅਸੀਂ ਕਿਹੜਾ ਪਿੱਤਲ ਦੇ ਨਾ ਜੇ ਐਡੀ ਸਿਉਣੇ ਦੇ ਨੇ ਆ ਫਿਰ ਰੋਜ਼ ਖੁੰਡਾ ਚੱਕ ਕੇ ਇਹਨਾਂ ਨੇ ਮਗਰ ਕਿਉਂ ਪੈਂਦਾ ਸਾਡੇ ਘਰ ਦੀ ਲੜਾਈ ਤੋਂ ਕੀ ਲੈਣਾ ਉਹ ਤਾਂ ਸਾਡੇ ਮਗਰ ਰੋਜ਼ ਖੁੰਡਾ ਚੱਕੂ ਤੈਨੂੰ ਕੀ ਸਾਡੇ ਖੁੰਡੇ ਦਾ ਕੋਈ ਬੇਲ ਆਉਂਦਾ ਚੱਲ ਜੇ ਅਹੀਂ ਤਾਂ ਇਧਰੋਂ ਛਿੱਤਰ ਖਾਣੀ ਹੈ ਮੈਂ ਤਾਂ ਖਾਊਂਗੀ ਛਿੱਤਰ ਚੱਲ ਖਾਣੀ ਨਹੀਂ ਹੈ ਮੇਰਾ ਪਰਿਵਾਰ ਹੈ ਕਿਹੜਾ ਕੋਈ ਹੋਰ ਹੈ ਚੱਲ ਨਿਕਲ ਉਹ ਮਗਰਾ ਮੋੜ ਲਾ ਓਏ ਤੂੰ ਗਾਹਾਂ ਹੋ ਕੇ ਹੈ ਚੰਬਲੀ ਹੋਈ ਨਾ ਹੋਵੇ ਤਾਂ ਹੈ ਕਦੇ ਮਾਂ ਆ ਗਈ ਕਦੇ ਧੀ ਆ ਗਈ ਲਾਂਬਾ ਲੈ ਕੇ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਰਿਹਾ ਵੇਲੀਆਂ ਨੂੰ ਇਹਨਾਂ ਨੂੰ ਸਾਡਾ ਘਰ ਇੱਥੇ ਹੁੰਦਾ ਲਾਂਬੇ ਰਹਿਣ ਨੂੰ ਹੈ ਬਸ ਕਰ ਬੇਬੇ ਉਹ ਤੂੰ ਬਾਗ ਚੱਲ ਅੰਦਰ ਆ ਕਿਉਂ ਪੈਸੇ 'ਚ ਜਲੂਸ ਕੱਢੀ ਜਾਂਦੀ ਆ ਕੀ ਲੋਕ ਕੀ ਕਹਿਣਗੇ ਦੱਸਾਂ ਹੈ ਸੁਣੇ ਲੱਗਦਾ ਉਹਰੇ ਖੜੇ ਵਿਚਾਲੇ ਪੈਸੇ ਦੇ ਮੈਂ ਕੱਢੇ ਆ ਜਲੂਸ ਆ ਸ਼ਰਮ ਦਾ ਇਹਨਾਂ ਨੂੰ ਨਹੀਂ ਆਉਂਦੀ ਮੈਨੂੰ ਘਰੇ ਆ ਕੇ ਢਾਉਂਦੀਆਂ ਨੇ ਹੈ ਹਲੇ ਤੂੰ ਕਹਿੰਦੇ ਚੁੱਪ ਕਰ ਜਾ ਮਲੰਗਣੀ ਨਾ ਹੋਵੇ ਕਿਸੇ ਥਾਂ ਦੀ ਦੇਖ ਲੈ ਕਿਵੇਂ ਭੌਂਕਦੀ ਆ ਨਹੀਂ ਮਲੰਗਣੀ ਹੋਵੇਂਗੀ ਤੂੰ ਸੋਡਾ ਸਾਰਾ ਟੱਬਰ ਮਲੰਗਾ ਸੋਡਾ ਤਾਂ ਬੜੇ ਝੰਡੇ ਝੂਲਦੇ ਨੇ ਸ਼ਰਮ ਤਾਂ ਨਹੀਂ ਆਉਂਦੀ ਬੋਲਦੀ ਨੂੰ ਜੇ ਕਿਸੇ ਤੋਂ ਚੀਜ਼ ਲਿਆਉਣੇ ਉਹ ਨਹੀਂ ਤੁਸੀਂ ਮੋੜਦੇ ਜੇ ਕਿਸੇ ਤੋਂ ਪੈਸੇ ਲਏ ਉਹ ਨਹੀਂ ਤੁਸੀਂ ਮੋੜਦੇ ਨਹੀਂ ਜਣਾ ਖਣਾ ਸੋਡੇ ਬਾਹਰ ਕੇ ਮੰਗਣ ਆਉਂਦਾ ਪੈਸੇ ਹਲੇ ਤੂੰ ਬੋਲਣ ਨੂੰ ਮਰਦੀ ਐ ਨੀ ਭੈਣੇ ਚੁੱਪ ਕਰ ਜਾ ਪਹਿਲਾਂ ਮਸੇ ਇਹਨੂੰ ਟਿਕਾਇਆ ਹੁਣ ਤੂੰ ਲੱਗ ਜਾ ਅੱਛਾ ਮੈਂ ਚੁੱਪ ਕਰ ਜਾ ਇਹਨੂੰ ਨਾ ਪਤੰਦਰਨੀ ਨੂੰ ਚੁੱਪ ਕਰਾਈ ਮੈਨੂੰ ਕਰਾ ਤੇ ਚੁੱਪ ਨਹੀਂ ਮੈਂ ਨਹੀਂ ਬੋਲੂੰਗੀ ਤੂੰ ਮੈਨੂੰ ਕਿਉਂ ਚੁੱਪ ਕਰਾਏਂਗੀ ਤੇਰੀ ਮਾਂ ਨੂੰ ਪੁੱਛ ਕੇ ਦੇਖ ਸਾਰਾ ਸਾਡੇ ਘਰੋਂ ਵਿਆਹ ਹੋਇਆ ਉਹਨਾਂ ਦਾ ਹੈ ਕਦੇ ਕੁਛ ਮੰਗਣ ਆ ਗਈ ਕਦੇ ਕੁਛ ਮੰਗਣ ਆ ਗਈ ਸੋਹਣੇ ਹੈ ਕੀ ਡੀ ਮਲੰਗਾ ਦੇ ਕਿਹਦਾ ਮੈਂ ਕੁਛ ਦੱਬ ਲਿਆ ਲਿਆ ਮੇਰੇ ਕੋਲ ਇੱਕ ਬੰਦਾ ਫੜ ਕੇ ਲਿਆ ਮੈਂ ਕਿਹਦਾ ਦੇਣਾ ਕੁਛ ਦੇਉਂਗੀ ਲੈ ਦੇਖ ਤਾਂ ਲੈ ਹੰਕਾਰੀ ਹੋਈ ਜੱਟੀ ਨਹੀਂ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਹੰਕਾਰ ਤਾਂ ਵੱਡੇ ਵੱਡਿਆਂ ਦਾ ਨਹੀਂ ਰਿਹਾ ਤੂੰ ਕਿਹੜਾ ਬਾਗ ਦੀ ਮੂਲੀ ਹੈ ਨਹੀਂ ਮੈਨੂੰ ਕਹਦ
ਕੱਲਾ ਕੋਈ ਹੈ ਚਾਚਾ ਮੈਂ ਤਾਂ ਲਾਂਬਾ ਲੈ ਕੇ ਆਈ ਦੀ ਤੁਹਾਡੇ ਘਰੇ ਵੀ ਤੁਸੀਂ ਮੇਰੀ ਮਾਂ ਦੇ ਮਗਰ ਪੈ ਗਏ ਸਾਰੇ ਕੰਮ ਤਾਂ ਆਪ ਆਉਂਦੀ ਹੈ ਉਜੜੀਆਂ ਖੱਡਾਂ 'ਚ ਪਾਣੀ ਤਾਂ ਇਹ ਪਾਉਂਦੀ ਹੈ ਨਹੀਂ ਉਜੜੀਆਂ ਖੱਡਾਂ 'ਚ ਮੈਂ ਇਹੋ ਜਿਹਾ ਪਾਣੀ ਪਵਾਉਂਗੀ ਇੱਟ ਮਾਰ ਕੇ ਸਿਰ ਪਾੜ ਦੂੰ ਕਿਵੇਂ ਲੋਤਰ ਲੋਤਰ ਬੋਲਦੀ ਹੈ ਚੱਲਦੀ ਹੈ ਜੀ ਗਿੱਠ ਦੀ ਜ਼ਬਾਨ ਹਟਦੀ ਨਹੀਂ ਹੈਗੀ ਵੱਡੀ ਵਕੀਲਣੀ ਅੰਮਾ ਬਣ ਜਾਂਦੀ ਹੈ ਮੇਰੀ ਕਾਹਨੂੰ ਦੇਖੀ ਆ ਬਣਨੇ ਪੈਣੇ ਹੱਥ ਤੂੰ ਵਗ ਜਾ ਇੱਥੋਂ ਕਾਹਨੂੰ ਵਾਧਾ ਵਧਾਉਣੀ ਹੈਗੀ ਮਾੜੀ ਜੀ ਗੱਲ ਦਾ ਨਹੀਂ ਮੈਂ ਤਾਂ ਵਗ ਜੂੰਗੀ ਇਹਨੂੰ ਵੀ ਪੜਾਉਣ ਨੂੰ ਅੰਦਰ ਵਾੜ ਲਓ ਇਹਦੇ ਵੀ ਲਾ ਦੋ ਮੂੰਹ ਤੇ ਚੇਪੀ ਜਿਹਦੇ ਸਾਰਾ ਦਿਨ ਕੈਂਚੀ ਵਾਂਗੂ ਜਵਾਨ ਚੱਲਦੀ ਹੈ ਕਿਵੇਂ ਭੌਂਕਦੀ ਹੈ ਕੁੱਤੇ ਵਾਂਗੂ ਨਹੀਂ ਮੈਂ ਤਾਂ ਤੂੰ ਹੋਰ ਨਾ ਪਿੰਨੀਆਂ ਲੈ ਜੀ ਖੌਸੜੇ ਖਾ ਕੇ ਨਾ ਵਗ ਜੀ ਕਿਤੇ ਜਿਵੇਂ ਤੇਰੀ ਮਾਂ ਗਈ ਸੀ ਮੈਂ ਇੱਥੋਂ ਖੜ ਜਾ ਤੇਰਾ ਸਿਰ ਪਾੜ ਕੇ ਤੁਰਗਾ ਜਮੀਨ ਭਾਲਣ ਦੇ ਇੱਕਾ ਉਹ ਮਗਰਾ ਕੁੜੀ ਛੱਡਿਆ ਉਹ ਵਗ ਜੂ ਤੁਸੀਂ ਵਗ ਜੂ ਘਰੇ ਛੱਡ ਕੇ ਚੱਲ ਭਾਈ ਚੱਲੋ ਆ ਜਾ ਨਾ ਇੰਨੀ ਅਕਾਰੀ ਹੋਈ ਹੈ ਬਸ ਕਰ ਭੈਣੇ ਤੂੰ ਤੁਰ ਉਹ ਛੱਡਦੇ ਮੈਂ ਸੀ ਇੱਟ ਮੈਂ ਕਿਵੇਂ ਛੱਡਦਾ ਮੈਂ ਖੜ ਹੁਣਾ ਹੁਣ ਤੇ ਭੱਜਦੀਆਂ ਪੁਰਾ ਤੇਰਾ ਪਾੜਾ ਮੇਰਾ ਸਿਰ ਸਮਾਰ ਕੇ ਨਾਲੇ ਤੇਰੀ ਮਾਂ ਨੂੰ ਕਹਿੰਦੀ ਜੇ ਮੇਰੇ ਘਰ ਕਨੀ ਅੱਖ ਪਟ ਕੇ ਝੱਟੀ ਐ ਸਿਰ ਪਾੜ ਦੂੰ ਮੇਰੀ ਸੌਕਣ ਦਾ ਮੈਨੂੰ ਇਹ ਸੀਬੋ ਕਹਿੰਦੇ ਨੇ ਸੀਬੋ ਆਹੋ ਕਹਿੰਦੇ ਨੇ ਸੀਬੋ ਮੇਰੀ ਮਾਂ ਨੂੰ ਵੀ ਡੜਬੋ ਕਹਿੰਦੇ ਨੇ ਜਿੱਥੇ ਮਰਜ਼ੀ ਟੱਕਰ ਲਈ ਆਈ ਐ ਵੱਡੀ ਬਦਮਾਸ਼ਣੀ ਇਹ ਹਾਂ ਜੀ ਲੰਘ ਜਾ ਖੱਖਾ ਪਾੜ ਦੂੰ ਕੰਜਰੀ ਦੀਆਂ ਨਹੀਂ ਭੈਣੇ ਕਿਉਂ ਬਾਦਾ ਤੋਂ ਨਿੱਕੀ ਚੱਲ ਘਰੇ ਚੱਲੀ ਤੇਰੇ ਹੋਰ ਉਹਦਾ ਜਿਹੇ ਜੀ ਹੈਗੇ ਤੂੰ ਤਾਂ ਸਿਆਣੀ ਆ ਹੁਣ ਹੋਰ ਭੈਣੇ ਤੂੰ ਤਾਂ ਸਮਝਦਾਰ ਆ ਹੋਰ ਹੁਣ ਚੱਲ ਨਹੀਂ ਤੂੰ ਵਗ ਜਾ ਮੇਰਾ ਪਾਰਾ ਨਾ ਸਿਗਰੇ ਚੜਾ ਮੈਂ ਤੈਨੂੰ ਦੱਸਾਂ ਲੰਘ ਜਾ ਚੁੱਪ ਕਰਕੇ ਤੂੰ ਕਾ ਤੋਂ ਭਖਣ ਲੱਗੀ ਪਈਆਂ ਉਹ ਤਾਂ ਜ਼ਹਿਰ ਜੀ ਹੈਗੀ ਹੈਗੀ ਦੇਖ ਲੈ ਬਾਈ ਤੁਹਾਡੇ ਸਾਹਮਣੇ ਕਿੰਨਾ ਭੌਂਕਦੀ ਉਹ ਰੱਬ ਨੇ ਉਹਦੇ ਸੁੱਚ ਲਾਈ ਨਹੀਂ ਚੁੱਪ ਹੋਣ ਵਾਲੀ ਉਹ ਭੈਣੇ ਅਸ ਕੀ ਕਰੀਏ ਅਸ ਤਾਂ ਆਪ ਔਖੇ ਹੋ ਰਿਹਾ ਸਾਡਾ ਤਾਂ ਆਪ ਉਹਨੇ ਜਲੂਸ ਕੱਢ ਗਿਆ ਕੋਈ ਨਹੀਂ ਭੈਣੇ ਤੂੰ ਘਰੇ ਵਗ ਜਾ ਅਸੀਂ ਆਪੇ ਸਮਝਾਵਾਂਗੇ ਵਗ ਜਾ ਭੈਣੇ ਘਰੇ ਲੜਾਈ ਨੂੰ ਕਾਣੂ ਵਧਾਉਣਾ ਤੂੰ ਵਗ ਜਾ ਭੈਣੇ ਹੋਰ ਭਈ ਵਗ ਜਾ ਭਾਈ ਹਾਂ ਨਹੀਂ ਫਿਰ ਪੱਟਲੇ ਬਾਪੂ ਨੂੰ ਕਿਤੇ ਹੋਰ ਜੱਪ ਖਾਣਾ ਤੂੰ ਬਾਗ ਚੱਲ ਅੰਦਰ ਹੋਣਾ ਉਹ ਤਾਂ ਬਾਗੀ ਕਿਉਂ ਜੀ ਜੀ ਨਾਲ ਬੈਰ ਪਵਾਤਾ ਤੈਂ ਗੱਲਾਂ ਕੋਈ ਦੱਸ ਸ਼ਰਮ ਕਰ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਤੂੰ ਮੈਂ ਕੀ ਬੈਰ ਪਵਾਤਾ ਲੜਾਈਆਂ ਤੇ ਇਹ ਪਵਾਉਂਦੀ ਆ ਘਰੇ ਤਾਂ ਲੜਦੀ ਸੀ ਲੋਕਾਂ ਨਾਲ ਵੀ ਪੈਸਾ ਪਵਾਤਨੇ ਨੇ ਮਾਸੀ ਇਹਦਾ ਕੀ ਕਸੂਰ ਆ ਇਹਦਾ ਕੁਛ ਬੋਲੀ ਵੀ ਨਹੀਂ ਹੋਣਾ ਤੂੰ ਹਰੇ ਗੱਲ ਦਾ ਠੂਣਾ ਇਹਦੇ ਸਿਰ ਭੰਨ ਦਿੰਨੀ ਆ ਭਾਈ ਤੂੰ ਤਾਂ ਨਾ ਬੋਲ ਤਾਂ ਹੀ ਚੰਗਾ ਹੈ ਮੈਂ ਤੈਨੂੰ ਦੱਸਾਂ ਵੀ ਇਹ ਤੇ ਖੜੇ ਤੂੰ ਬੈਠੇ ਢਿੱਡ ਧਰੀ ਤੈਨੂੰ ਸ਼ਰਮ ਨਹੀਂ ਆਉਂਦਾ ਤੂੰ ਜਾਇਆ ਨਹੀਂ ਆਉਂਦਾ ਵਿਹਲੇ ਮਿਲੰਗ ਤੂੰ ਨਿੰਮਾ ਗੱਲ ਸੁਣ ਲੈ ਨਾਲੇ ਇਹ ਕਿਉਂ ਨਹੀਂ ਬੋਲੂਗਾ ਭਰਾ ਹੈ ਮੇਰਾ ਹੱਕ ਹੈਗਾ ਪੂਰਾ ਨਾਲੇ ਤੂੰ ਕਿਹਨੂੰ ਮਲੰਗ ਕਹਿੰਦੀ ਹੈ ਮਲੰਗ ਹੋਊਗਾ ਤੇਰਾ ਭਾਈ ਦੇਖ ਲੈ ਟੋਬੇ ਲੱਗ ਪਾ ਡੱਡੂ ਕਿਵੇਂ ਚਾਵਰ ਚਾਵਰ ਬੋਲਦੀ ਹੈ ਹੁਣ ਤੁਹਾਡੇ ਹੁੰਦੇ ਜੇ ਤੁਸੀਂ ਘਰੇ ਨਾ ਹੋਵੋ ਤਾਂ ਮੈਨੂੰ ਮਾੜੀ ਕਹਿ ਰਹੇ ਹੋ ਵੀ ਮਗਰ ਇਹ ਵੱਧ ਬੋਲਦੀ ਹੈ ਜਾਣਦੇ ਹੁਣ ਤਾਂ ਚੁੱਪ ਕਰ ਜਾ ਕਿਉਂ ਤੂੰ ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕੀਆਂ ਨੇ ਗੱਲਾਂ ਕੋਈ ਦੱਸ ਅੰਦਰ ਵਾੜਦੇ ਤੇ ਤਾਂ ਅੰਦਰ ਨਹੀਂ ਵਾੜਦੇ ਅਸੀਂ ਕੀ ਗੱਲ ਮੈਂ ਕਾਜ ਅੰਦਰ ਵਾੜਦੇ ਪਹਿਲਾਂ ਤਾਂ ਤੁਹਾਡੇ ਬੜੇ ਝੰਡੇ ਝੂਲਦੇ ਤੇ ਵੀ ਹੁਣ ਮੈਂ ਲੜਾਈਆਂ ਕਰਾਤੀਆਂ ਨਾਲੇ ਲੋਕਾਂ ਨੂੰ ਸੁਸੀ ਮੇਰੇ ਸਿਰ ਚੜਾਦਾ ਸਿਹਰਾ ਜੇ ਤੂੰ ਜੱਜਦਾ ਹੋਵੇਂ ਲੋਕ ਕਿਉਂ ਮੇਰੇ ਸਿਰ ਚੜਨ ਸਿਰ ਤਾਂ ਹੀ ਚੜੇ ਨੇ ਜੇ ਸਾਰਾ ਦਿਨ ਲਾਪਰ ਲਾਪਰ ਬੋਲੀ ਜਾਂਦੀਆਂ ਜਵਾਨ ਨੂੰ ਬਸ ਕਰ ਲਾ ਮਾੜਾ ਮੋਟਾ ਕਿਸੇ ਬੀਹੀ ਵਿਹੜੇ ਨਾਲ ਨਹੀਂ ਤੇਰੀ ਬਣਦੀ ਹੈਗੀ ਮੈਂ ਕੀ ਤੇਰੇ ਗੋਲੀ ਮਾਰਾਂ ਦੱਸ ਬਣਾ ਕੇ ਰੱਖ ਲੈ ਬਣਾ ਕੇ ਰੱਖ ਲਾ ਮੇਰੇ ਤਾਂ ਸਾਰੇ ਪਿੰਡ 'ਚ ਹਸਤਾ ਹਸਤ ਹੁੰਦੀ ਆ ਅਸਰੀ ਕਾਰ ਪਲਾ ਕੇ ਲੰਘਦੇ ਨੇ ਤੇਰੇ ਵਾਂਗੂ ਨਹੀਂ ਵੀ ਲੋਕ ਗਾਲਾਂ ਦੇ ਕੇ ਲੰਘਣਗੇ ਹਾਂ ਕੋਈ ਨਾ ਮੇਰੇ ਨਾਲ ਪਿਆ ਹੁਣ ਇਹਦਾ ਵਾਹ ਇਹਨੂੰ ਤਾਂ ਮੈਂ ਕਰੂੰ ਸਿੱਧੀ ਜਮਾਂ ਤੱਕਲੇ ਵਰਗੀ ਇਹ ਤਾਂ ਮੇਰੀ ਬੇਬੇ ਹੈ ਜਿਹੜੀ ਦੱਬ ਜਾਂਦੀ ਹੈ ਮੈਂ ਕੋਈ ਨਹੀਂ ਦੱਬਦੀ ਇਹਨਾਂ ਤੋਂ ਪੁੱਤ ਕੀ ਹੋ ਗਿਆ ਭੜਕੀ ਜੀ ਆਉਣੀ ਆ ਨਾ ਭੜਕਾਂ ਨਾ ਬੇਬੇ ਹੋਰ ਕੀ ਕਰਾਂ ਆਹੀ ਸੀਬੋ ਜ਼ਿਆਦੇ ਚਾਂਬਲੀ ਫਿਰਦੀ ਹੈ ਹਲੇ ਆਪਦੀ ਗਲਤੀ ਨਹੀਂ ਮੰਨਦੀ ਉਲਟਾ ਮੈਨੂੰ ਕਹਿੰਦੀ ਹੈ ਅਗੇ ਤੂੰ ਜ਼ਿਆਦੇ ਬੋਲਦੀ ਹੈ ਧੱਕੇ ਮਾਰ ਕੇ ਮੈਨੂੰ ਕਹਿੰਦੀ ਤੂੰ ਵਗ ਜਾ ਘਰੋਂ ਨਹੀਂ ਤੈਨੂੰ ਮੈਂ ਕੀ ਕਹਿ ਕੇ ਤੋਰਿਆ ਸੀ ਵੀ ਉਹਦੇ ਘਰ ਤਾਂ ਜਾਣਾ ਨਹੀਂ ਉਹ ਤਾਂ ਬਹੁਤ ਹਰਾਮਣਾ ਹੈ ਤੂੰ ਦੱਸ ਉਹਦੇ ਘਰੇ ਕੀ ਜਾਣ ਗਈ ਤੀ ਜਾਂ ਤੇਰੀ ਚਾਚੀ ਨਾਲ ਆਪਣੀ ਬਣਦੀ ਨਹੀਂ ਤੈਨੂੰ ਇਹਨਾਂ ਤਾਂ ਪਤਾ ਹੈਗਾ ਮਾਰ ਲਈ ਚਾਚੀ ਦੇ ਹੇਜ ਨੇ ਬੇਬੇ ਐਂ ਜੇ ਤੂੰ ਅੰਦਰ ਵੜ ਕੇ ਬਹਿ ਗਈ ਉਹ ਤਾਂ ਜਮੀ ਸਿਰ ਤੇ ਚੜ ਜੂਗੀ ਐਂ ਨਹੀਂ ਫਿਰ ਲੋਟ ਆਉਂਦੀ ਜਮੀ ਮੂੰਹ 'ਚ ਪਾਊਗੀ ਉਹ ਪੁੱਤ ਹੋਰ ਕੀ ਕਰੀਏ ਉਹਨੇ ਤਾਂ ਸ਼ਰਮ ਲਾ ਰੱਖੀ ਹੈ ਆਪਾਂ ਤਾਂ ਰੋਜ਼ ਲੜਦੇ ਨੂੰ ਵੀ ਸ਼ਰਮ ਆਉਂਦੀ ਹੈ ਉਹਨੂੰ ਤਾਂ ਨਹੀਂ ਹੈਗੀ ਬੇਬੇ ਘੱਟ ਤੂੰ ਵੀ ਨਹੀਂ ਹੈਗੀ ਨਾ ਤੈਨੂੰ ਕੀ ਲੋੜ ਉਹਨਾਂ ਦੇ ਘਰੇ ਜਾ ਕੇ ਚੁਗਲੀਆਂ ਕਰਨ ਦੀ ਕਿਉਂ ਤੂੰ ਵੱਧਵੀਂ ਘੱਟਵੀਂ ਕਰਦੀ ਹੈ ਫਿਰ ਅਗਲਾ ਤਾਂ ਗਾਲਾਂ ਦੇਊਗੀ ਤਾਂ ਹੀ ਤਾਂ ਛਿੱਤਰ ਖਾਨੀ ਹੈ ਫਿਰ ਪੁੱਤ ਤੈਨੂੰ ਪਤਾ ਹੈ ਪਹਿਲੇ ਦਿਨ ਉਹਨੂੰ ਲੱਗਦੀ ਹੈ ਤਾਂ ਮੇਰੇ 'ਤੇ ਬਹੁਤ ਕਾਲਕ ਦਾਸਣੀ ਖਰਾਬ ਹੈ ਤੈਨੂੰ ਐਵੇਂ ਲੱਗਦੀ ਹੈ ਸਭ ਝੂਠਾ ਦੂਸਣ ਲਾਉਂਦੀ ਹੈ ਮੈਂ ਕੋਈ ਕਿਸੇ ਚੁਗਲੀ ਨਹੀਂ ਕਰਦੀ ਮੈਂ ਕਾਹਤੋਂ ਕਰੂੰਗੀ ਸ਼ੁਕਰ ਹੈ ਵੀਰੇ ਉਹਨੂੰ ਤਾਂ ਛੱਡਿਆ ਹੀ ਕਰੇ ਹੋਰ ਹੁਣ ਉਹੀ ਸਿਆਪਾ ਜੇ ਨਵਾਂ ਤਾਂ ਬੇਬੇ ਨਹੀਂ ਘੱਟ ਹੈਗੀ ਹੋਰ ਵੀ ਪੁੱਤ ਰਾਵਾਗਾ ਤਾਂ ਮੈਂ ਤੁਹਾਡੇ ਬਾਰ 'ਚ ਨਾ ਨਾ ਚਾਚੀ ਸਾਡੇ ਤਾਂ ਕੋਈ ਰੋਲ ਨਹੀਂ ਪਿਆ ਹੈਗਾ ਰੋਲਾ ਤਾਂ ਇੰਨਾ ਪੈਤੀ ਪੁੱਤ ਤੁਹਾਡੇ ਬਾਅਦ ਨਾ ਚਾਚੀ ਤੁਹਾਨੂੰ ਉਹੀ ਲੱਗਿਆ ਉਹੀ ਤਾਂ ਕਿਉਂ ਲੱਗਿਆ ਕਿੰਨਾ ਤਾਂ ਖੁਰਦਮ ਪਿਆ ਪੁੱਤਰੇ ਉਹ ਚਾਚੀ ਤੈਨੂੰ ਉਹੀ ਲੱਗਿਆ ਕਿਸੇ ਪਾਸੇ ਹੋਰ ਆਉਣਾ ਸਾਡੇ ਕੋਲ ਰੋਲਾ ਪਿਆ ਕੋਈ ਚੱਲ ਭਾਈ ਨਹੀਂ ਹੋਣਾ ਤੁਹਾਡੇ ਪਾਸੇ ਜਾ ਹੋਰ ਹੁਣ ਆ ਜਾ ਵੀਰੇ ਮੈਨੂੰ ਚਾਰਦੇ ਨੇ ਮੈਂ ਤਾਂ ਲੋਕਾਂ ਨੂੰ ਚਾਰ ਕੇ ਨਾ ਰੱਜਾਂ
मैं कानू उन्हें कुछ कहनी हाँ सावा आपका लवा बना बना गल कर दी पहले दिनों चुगलखोर हैगी पहला पहला तेरे प्यो तो हड कटवा दी मेरे तीजे दिन लाला चुगलियाँ कोई ना मैं कडूँ वे तो जिब्बस मार के लगन दे मौका मेरे हथ आपदे आप बाली कहाँ दिए पता मैनू कि कुछ बोलीए सुनया नहीं ती जाता अज जो कुछ वह मैनू बोली है नीति ए उन तो नहीं शर्म आपन तो लोगों तो शर्म आँदी है आडा लाने आप वधिया नहीं लगते ना दूजी गल तेरा प्यो सरकारी मुलाजम है ये तीवी का की पता की दूषण ला दे जाके मां तू तो रहन दे तू तो घर ही बोलन जोगी है ऊँ तो सवाह नहीं उड़ती हैगी पुत लोग आप कह रोज आडा लाई रख दया ने गे ये गवाण च भी नहीं कटदिया है चल ऐ कर मैं नींबू पानी करके लिया तेरे वास्ते इन्ना ना गर्म हो आहो ऊँ तो लोगों को कानू पता लगता जो रोज गुत्त पटा के आई है कद बांह तड़ा के आ जानी है उदों नहीं लोग सुनते है भी इन्होंने घरें की होंगे खाई जा छित्र इन्हों के नहीं पुत की करिए इन तो शर्म ला रखी है ये तो अपने टब्बर से पुलिस लई थी आहो लई थी पुलिस ताई तो टब्बर के सिर पर चढ़ रही है कोई डंडे वाला नहीं टक्कर इनू अज तक ताई कर दी ये बरीकियां जो टक्कर हम तो देखा यह कुछ कर जाती कानू ये दिन देखने पैंते सच्ची गल है कुड़ी की तुम तो जमा मलंग हो उस मलंग मलंग परखी गई तुम मुँह नहीं देखी गए फड़ी नहीं गई वो शेर थी थोड़े मूहे नाबर बनी खड़ी थी ना तुम तो भावे मेरे को अंदर मार के सीट जे तू तो दाव नहीं गवाही भरता हूँ चुप करे बैठे बोल कुछ मैं कि सुहा बोलना मैं तो आपके कर्मा रोना बैठा भी वह कड़ी घड़ी थी जो तेरे मेरा वाह पै गया थी दस हाँ मार दया गल देख ल फिर उही गल मुड़ कुड़ बोती होर थले है लोगों का नुकस नहीं करता मैं कह तेरे मेरा वाह पै गया बेबे जी जो खोट होगा ना उस क्डा गे अब बिना गल तो किसी ने कुछ नहीं कह सकते नहीं तू टेके बह जा टकीर है की गल तू मगरों बुला बुला घरे गल कर दी है तेन को हेज मार दी चुगलिया कहू ढुट भरे पैटी औखी हो रही चीज वो बिना नी मां जो तो कोई घरे आके बैठ ही गया तो हम धक्के मार के तो कड़न तो रही मैं नहीं आप कहू आई है तय बुलाई है मेरे चुगलियां करनी वारी ने भी मैं गल्ला दसा बुढ़ी दियाँ भी वह कहाँ जाके पिंड च मेरे गल्ला फलावे है ना मैनू बदनाम कर दी फिर तू तू मोमो ठगनी है उत्तों कुछ होर है बिचों होर है बदनामी कर दी तू मेरी हर टाइम सीपो तू जान दे क्यों टिकी टकई गल दोबारे छेड़ी जानी है मसा कम हिसाब चाहिए जे गड्डी लीतो केरा उतर गई दोबारे गड्डी नहीं चढ़नी मेरी गल सुन ला तू फिर पछतावेगी जे ना पछतावे वे गल तो हूँ बिगड़ी है पई है जिन चर नहीं कंजर इतों निकलता उन्हें चर काम नहीं सूद आता चाहे तुम जोर ला लो ना एक ही निकलू इन्हें मैं भी जाऊँ तू रह ली उरे चोरी होके कली नहीं तू कि जानी है तू तो डराबे दिनी है ना तीए दिन इतने आ जाने मुड़के तेन रख दिया कौन है रहन दे मासी घर खराब हो जूगा जे केरा मैं लै गया फिर नहीं मुड़ता एक पासा करके ही छड़ा गे असं हूँ मंगया इन्हों की गलों का तू मेरे कहीं देख ला और रैन दे प्रौने तू भी इन्होंने नाल दी हाँ मेरे रा जूटी से जा रहा ना उन्होंने गलों और बस रैन दे बदनाम करता मैं इतने तै और मैं तो लैके जाऊँ हूँ चल कुड़िए वे लै जा हूँ तो इन्हें साढ़ा बहुत घर सामभ रखे रोज़ का मेरा ये अड्डा लाग रख दी है कलेस कर दी है लै जा ना तू लेके जाता नहीं मैं कितों कलेस तो तू कर दी हाँ सारा ठूना फिर मेरे से भन दी देख ला देख ला आ देख ला दोनों भैन भाई मेरे कुत्ते वाग चिंबड़े बैठे ने तू तो ज्यों मर गया कंजरा जवाखो पुत रोटी पानी तैयार कर लो ए बोली जाऊगी जिन्ना बुलाओगे कुत्ते वाला हड लगे है ए कानू छेड़े छेड़ दो होर भाभी घरे कलेस आई रहू ए नहीं मिटदा है हाँ। कलेस दा हथ मुक जे जे कंजर लगाड़ा घरों निकल जे मैं लिख के दिनी जे मुड़ के कलेस हो जे होर थोनू तो यही बुरा लगता मैनू तो व्यव वर्गा लगता है मैं इन्हू घर जल सकती देख मासी मेरे पिछे तो तुम हूँ लड़ो ना मैं तो हूँ भग जाना आपका चल कुड़ीए पा मेरा समान पूछ पूछ कर लग रहे भग जान दे तुसी दस गाह छड़वाने वेलड तो नहीं बस कर मां क्यों सारा दिन जवाक दे पिछे पई रहनी है तू नहीं तेनू यह जवाक लग रहा है यह पूरा कंजर है फिटड़िया का फेट जिन्ना कंजर कलेस करा सारा यही करा देख ला बापू किवें बोलन लगी भैया ओ पुत मैं की देखा एदा बदीन कर लिया बदीन नहीं कर लिया कि नहीं सुख का सह आया ए क्यों भी कि बंद सुख का सह जे सुख का सह ना कि तेन लैन दे दू यह जी करता है यह गल घुटदा मैं कंजर का फड़ के मेरी कोई बाह नहीं जाती जी तो मेरा जया करता तेरे गिटे गिटे तोड़दा मैं हाँ जे गिटे ना तोड़दा तेनू मेरे बिना किसी ने नहीं पुछना मार दिया गल् चाबर चाबर जी गल्ला नहीं मार दी मैनू तो तेरी पुछ किसी की लोड़ नहीं तू पुटा दियां ना बन के रह चमचा मैं इतों नहीं किसी मूहे निवे जाता मैं तो अपनी हैंगड़ी ना जाऊंगी हैंगड़ी रख कले चंगा हैंगड़ी रही पले किसी ने नहीं तेन सियान ना है हैंगड़ी हैंगड़ी ते आ गई कली
ਹੈਂਕੜੀ ਰਹੂਗੀ ਇਹਦੇ ਲਵੇ ਸਾਰਾ ਦਿਨ ਨੂੰਹ ਪੁੱਤ ਦਾ ਪੱਖ ਕਰੂਗਾ ਸਾਰਾ ਦਿਨ ਨੂੰਹਾਂ ਪੁੱਤਾਂ ਦਾ ਪੱਖ ਕਰੂਗਾ ਚੌਰਾ ਮੇਰੀ ਤਾਂ ਅੱਜ ਦਾ ਕਹਿੰਦੇ ਸੋਹਣੀ ਨਹੀਂ ਕੰਜਰ ਨੇ ਨੀ ਉਹ ਵੀ ਤੇਰੇ ਨੇ ਉਹ ਕਿਹੜਾ ਕਿ ਤੂੰ ਹੋਰ ਲਿਆਂਦੇ ਤੇ ਮੈਨੂੰ ਐ ਤਾਂ ਦੱਸ ਦੇ ਹੈਂ ਕਹੀ ਇਹਨੇ ਨੂੰਹ ਪੁੱਤ ਨੇ ਨੂੰਹ ਪੁੱਤਾ ਬਾਬੂ ਤੁਸੀਂ ਤੇਰੇ ਨਹੀਂ ਹੈਗੇ ਬੱਸੇ ਕਰ ਰਿਹਾ ਭਾਈ ਮੈਂ ਤਾਂ ਬੱਸ ਕੀ ਮੈਂ ਗੋਲੀ ਮਾਰਦਾ ਤੇ ਮੈਂ ਬੈਠੀ ਰਹਿਣੀ ਬੇਬੇ ਕੱਲੀ ਇੱਥੇ ਮਿੱਟੀ ਵਧੀਨ ਕਰ ਰੱਖੀ ਹੈ ਮੇਰੀ ਮਿੱਟੀ ਨੇ ਵਧੀਨ ਕਰ ਰੱਖੀ ਸਾਰਾ ਦਿਨ ਉਹਨਾਂ ਦੇ ਵਿੱਚ ਵੜਿਆ ਰਹਿੰਦਾ ਮੇਰੀ ਤਾਂ ਕੋਈ ਦੁੱਖ ਦੀ ਨਹੀਂ ਸੁੱਖ ਦੀ ਨਹੀਂ ਕੋਈ ਦਵਾਈ ਦੀ ਨਹੀਂ ਕੋਈ ਬੂਟੀ ਦੀ ਨਹੀਂ ਸਾਰਾ ਦਿਨ ਉਹਨਾਂ ਦਾ ਪੱਕ ਪੂਰੂ ਜਦੋਂ ਵੀ ਪੂਰੂਗਾ ਹੈ ਮੈਂ ਕਿਹੜਾ ਤੈਨੂੰ ਗਾਹ ਛਡਾਉਣਾ ਵੜਿਆ ਰਿਹਾ ਉਹਨਾਂ ਦੇ ਵਿੱਚ ਮੈਨੂੰ ਕੀ ਲੋੜ ਹੈ ਮੈਂ ਤਾਂ ਇਕੱਲੀ ਉਹ ਚੰਗੀ ਆ ਬਥੇਰੀ ਮੈਨੂੰ ਤਾਂ ਲੋੜ ਨਹੀਂ ਕਿਸੇ ਦੀ ਤੁਸੀਂ ਸਾਰਾ ਟੱਬਰ ਏਕਾ ਕਰਕੇ ਰੱਖੋ ਆਪਦਾ ਮੈਂ ਤਾਂ ਇਕੱਲੀ ਦਾਇੰਗੜੀ ਵਾਧੂ ਹਾਂ ਟਿਕਦੀ ਨਹੀਂ ਹੈਗੀ ਵੀ ਤੂੰ ਟਿਕਦੀ ਆ ਤੇਰੇ ਲੱਛਣ ਨਹੀਂ ਹੈਗੇ ਮੈਂ ਤਾਂ ਰੋਟੀ ਖਾਣੀ ਆ ਨੂੰਹ ਪੁੱਤਰਾਂ ਲਾ ਕੇ ਵੀ ਤੈਨੂੰ ਆਈ ਮੈਂ ਨਾ ਖਾ ਰੋਟੀ ਖਾਵਾਂ ਵੀ ਇਹਦੇ ਵੀ ਗੱਲ ਪੈ ਜਾਣ ਮੇਰੇ ਵਾਂਗੂ ਤੂੰ ਹੀ ਖਾ ਲੈ ਪਰੌਂਠੇ ਮੈਨੂੰ ਤਾਂ ਲੋੜ ਨੂੰਹਾਂ ਪੁੱਤਾਂ ਦੀ ਮੈਂ ਤਾਂ ਪਕਾ ਕੇ ਖਾ ਲੂੰਗਾ ਆਪਦੀਆਂ ਮੈਨੂੰ ਤਾਂ ਬਥੇਰੇ ਪਰੌਂਠੇ ਦਿੰਦੇ ਨੇ ਤਿੰਨ ਟਾਈਮ ਤਾਜ਼ੀ ਰੋਟੀ ਮਿਲਦੀ ਆ ਤੇਰੇ ਵਾਂਗੂ ਥੋੜ੍ਹੀ ਮੈਂ ਨਗੋਚਾ ਕੱਢਦਾ ਜਿਵੇਂ ਤੂੰ ਨਗੋਚਾ ਕੱਢਦੀ ਆ ਇਹ 'ਚ ਲੂਣ ਨਹੀਂ ਹੈਗਾ ਇਹ 'ਚ ਮਿਰਚ ਨਹੀਂ ਹੈਗਾ ਖਾਈ ਚੱਲ ਗਾਲਾਂ ਫਿਰ ਮੈਂ ਤਾਂ ਕਰੂੰਗੀ ਮੈਂ ਤਾਂ ਕਰਕੇ ਖਾ ਲੂੰਗੀ ਤੂੰ ਫਿਰੀ ਜਾ ਫਿਰੀ ਜਾ ਨਾਲੇ ਹੋਰ ਫਿਰੀ ਜਾ ਮਾਰਦੀਆਂ ਗੱਲਾਂ ਆ ਦੇਖ ਲੈ ਮੌਜਾਂ ਨਾ ਪੈਣੇ ਏਸੀ ਥੱਲੇ ਲੱਗਾ ਰਿਹਾ ਸੀਰੀ ਇਹਨਾਂ ਦਾ ਸੀਰੀ ਰਾਜਾ ਇਹਨਾਂ ਨਾਲ ਅਹੀ ਜੀ ਕਰਤੂਤ ਦੀ ਮਾਲਕਾ ਖਾਈ ਆ ਛਿੱਤਰਾ ਮੈਂ ਤਾਂ ਛਿੱਤਰੇ ਖਾ ਲੂੰਗਾ ਡੱਕਾ ਹੀ ਦੌੜ ਕੇ ਨਹੀਂ ਇਹਨਾਂ ਮੂਰੇ ਤੇਰੇ ਵਾਂਗੂ ਨਹੀਂ ਮੈਂ ਕੱਖ ਪਾਉਂਦੀ ਡੰਗਰਾਂ ਨੂੰ ਮੈਂ ਤੇਰੇ ਨੂੰ ਗਾਲਾਂ ਵੀ ਨਹੀਂ ਖਾਂਦਾ ਮੈਂ ਫਿਰ ਕਾਹਨੂੰ ਨਹੀਂ ਖਾਂਦਾ ਹੋ ਤਾਂ ਤੈਨੂੰ ਇਹ ਘਿਓ ਪਾਵਾ ਦਿੰਦੇ ਨੇ ਦੁੱਧ 'ਚ ਤੇਰੇ ਵਾਂਗੂ ਮੈਂ ਗਾਲਾਂ ਖਾਂਦਾ ਹਾਂ ਲੱਗਾ ਰਿਹਾ ਨੌਕਰ ਇਹਨਾਂ ਦਾ ਹਰ ਟਾਈਮ ਚੰਗਾ ਭੈਣੇ ਚੱਲਦਾ ਮੈਂ ਤਾਂ ਵੀਰੇ ਦੇਖੀ ਨਾ ਜਾ ਅੱਜ ਦੀ ਰਾਤ ਰਹਿ ਪਾ ਨਾ ਨਾ ਭੈਣੇ ਮੇਰੇ ਕਰਕੇ ਤੁਹਾਡੇ ਘਰੇ ਕਲੇਸ਼ ਹੁੰਦਾ ਹੁਣ ਮੈਨੂੰ ਜਾਣ ਦੇ ਵੀਰੇ ਦੇਖੀ ਤੇਰੇ ਕਰਕੇ ਤਾਂ ਮੇਰਾ ਜੀ ਲੱਗ ਰਿਹਾ ਇੱਥੇ ਨਹੀਂ ਇੰਨੇ ਕੰਜਰ ਕਲੇਸ਼ ਕਿੱਥੋਂ ਜੀ ਲੱਗਦਾ ਦੇਖੀ ਅੱਜ ਦਾ ਦਿਨ ਰੁਕ ਜਾ ਕੱਲੂ ਵਗ ਜੀ ਨਾ ਨਾ ਭੈਣੇ ਹੋਰ ਨਹੀਂ ਮੇਤੋਂ ਹੁਣ ਕਹਾ ਆ ਜਾਂਦਾ ਨਾਲੇ ਤੁਹਾਡੀ ਬੁੜੀ ਨਹੀਂ ਹੁਣ ਸੁਧਰਦੀ ਮੈਨੂੰ ਹੁਣ ਜਾਣ ਦੇ ਹੁਣ ਤਾਂ ਮੈਂ ਬਾਪੂ ਤੇ ਮਾਮੇ ਨੂੰ ਲੈ ਕੇ ਆਉਂ ਉਹੀ ਕਰਨਗੇ ਠੀਕ ਇਹਨੂੰ ਦੇਖ ਲੈ ਕੀ ਗੱਲਾਂ ਕਰਦਾ ਬੇ ਸੀਬੋ ਤਾਂ MLA ਤੋਂ ਸਿੱਧੀ ਨਹੀਂ ਹੁੰਦੀ ਰਹੀ ਤੇਰੇ ਮਾਮੇ ਦੀ ਤੇ ਤੇਰੇ ਪਿਓ ਦੀ ਗੱਲ ਜਿਹੋ ਜਿਹਾ ਤੂੰ ਮਲੰਗਾ ਉਹ ਜੋ ਉਹ ਮਲੰਗ ਨੇ ਕੰਜਰ ਚੰਗਾ ਬਈ ਹੁਣ ਤਾਂ ਮੈਂ ਜਾਣਾ ਮੈਥੋਂ ਨਹੀਂ ਕਿਹਾ ਸੁਣਿਆ ਜਾਂਦਾ ਹੋਣਾ ਹੁਣ ਮੈਨੂੰ ਜਾਣ ਦੇ ਦੇਖੀ ਵੀਰੇ ਨਾ ਜਾ ਦੇਖੇ ਤੂੰ ਰੋਨੀ ਕਾਹਤੋਂ ਆ ਮੈਂ ਜਾਣਾ ਹੁਣ ਦੇਖ ਲੈ ਕਿਵੇਂ ਪਖੰਡ ਕਰਦੀ ਹੈ ਕਿਵੇਂ ਨਵੀਂ ਵੀ ਅਹੀ ਆਈ ਹੁੰਦੀ ਹੈ ਵਗ ਜਾ ਵੀਰ ਆਪਦੇ ਘਰ ਨੂੰ ਤੇ ਤਾਂ ਜਾਣਾ ਹੀ ਹੈ ਇਹ ਤਾਂ ਆਈ ਰੁਸਕੀ ਜਾਊਗੀ ਬਸ ਬਸ ਤੂੰ ਕਾਹਤੋਂ ਰੋਨੀ ਆ ਤੇਰਾ ਘਰ ਆ ਇਹ ਤਾਂ ਤੈਨੂੰ ਕੱਟਣੀ ਪਊਗਾ ਉਰੇ ਗੱਲ ਸੁਣੀ ਕੁੜੀਏ ਜਾਂਦਾ ਵਗ ਜਾਣ ਦੇ ਤੂੰ ਘਰ ਮੀ ਜਾਨੀ ਹੈ ਮੈਂ ਨਹੀਂ ਜਾਂਦੇ ਰਾ ਉਹ ਤੂੰ ਚੁੱਪ ਕਰ ਸੀਬੋ ਮੇਰੀ ਗੱਲ ਸੁਣ ਲਾ ਤੈਨੂੰ 100 ਦੀ ਇੱਕ ਗੱਲ ਦੱਸ ਦੇਣਾ ਜਾਂ ਤਾਂ ਮੈਂ ਕੁਝ ਕਰ ਲੂੰਗਾ ਨਹੀਂ ਤੇਰਾ ਇੱਕ ਪਾਸਾ ਕਰ ਦੂੰਗਾ ਮੈਂ ਤੈਨੂੰ ਦੱਸਦੀ ਗੱਲ ਤੂੰ ਸੁਧਰ ਜਾ ਜੇ ਸੁਧਰ ਜਾਂਦਾ ਤੇ ਤੂੰ ਹਾਂ ਬੇ ਤੂੰ ਤਾਂ ਮੇਰੀ ਹਵਾ ਕੇ ਨਹੀਂ ਜਾਗ ਸਕਦਾ ਉਹ ਭਈਆ ਥਾਣੇ 'ਚ ਰਾਬਟ ਲਿਖਿਆਈ ਤੂੰ ਤਾਂ ਮੇਰੇ ਹੱਥ ਨਹੀਂ ਲਾ ਸਕਦਾ ਨਾਨੀ ਯਾਦ ਕਰਾ ਦੂੰ ਥੋੜੀ ਸਾਰਿਆਂ ਦੀ ਅਸਲੀ ਰੂਪ ਤੁਸੀਂ ਨੇ ਹਲੇ ਮੇਰਾ ਦੇਖਿਆ ਨਹੀਂ ਮਾਸੜਾ ਮੇਰੇ ਪਿੱਛੇ ਕਾਹਨੂੰ ਤੁਸੀਂ ਕਲੇਸ਼ ਕਰਦੇ ਹੋ ਮੈਨੂੰ ਜਾਣ ਦਿਓ ਹੁਣ ਬਹੁਤ ਦਿਨ ਹੋ ਗਏ ਮੈਨੂੰ ਆਏ ਨੂੰ ਇੱਥੇ ਚੰਗਾ ਬਾਈ ਮੰਗੇ ਮੇਰੀ ਗੱਲ ਸੁਣ ਕਾਹ ਤੋਂ ਬੜੀਆਂ ਕਰੀ ਜਾਣਾ ਯਾਰ ਜਿੱਥੇ ਇੰਨੇ ਦਿਨ ਲਾ ਤੇ ਇੱਕ ਦੋ ਹੋਰ ਲਾ ਜਾ ਦਿਨੇ ਰਹਿ ਜਾਣ ਇੱਕ ਦਿਨ ਹੋਰ ਹੋਰ ਹੁਣ ਨਾਲ ਇਹਦਾ ਜੀ ਲੱਗੂ ਵਿਚਾਰੀ ਦਾ ਮੰਨ ਲਿਆ ਕਰ ਗੱਲ ਨਾ ਨਾ ਬਰਾਉਣੇ ਆ ਜਾਣ ਦੇ ਪਤਾ ਨਹੀਂ ਕੀ ਇਹਨਾਂ ਦੇ ਸਿਰ 'ਚ ਪਾ ਰੱਖਿਆ ਕਿਵੇਂ ਸਾਰਾ ਟੱਬਰ ਇਹਦੀ ਪੂਛ ਪੂਛ ਕਰਨ ਲੱਗ ਰਿਹਾ ਜਾਂਦਾ ਵਗ ਜਾਣ ਦੋ ਤੁਸੀਂ ਦੱਸਿਆ ਤਾਂ ਤੁਸੀਂ ਘਰ ਖੜਾਉਂਗੇ ਮੈਂ ਤਾਂ ਆਪੀ ਜਾ ਰਿਹਾ ਮਾਸੀ ਮੈਂ ਕਾਹਨੂੰ ਰੁਕਦਾ ਨਾਲ ਤੂੰ ਹੀ ਕਾਹਨੂੰ ਖੌਰੂ ਪਾਈ ਜਾਂਦੀ ਆ ਸਾਨੂੰ ਤਾਂ ਜੇ ਪਹਿਲਾਂ ਪਤਾ ਹੁੰਦਾ ਅਸੀਂ ਕਾਹਨੂੰ ਰਿਸ਼ਤਾ ਕਰਦੇ ਇੱਥੇ ਮੈਂ ਨਾ ਕਰਦੇ ਮੇਰਾ ਕਿਹੜਾ ਕਮਾਰਾ ਫਿਰਦਾ ਜੀ ਉਹ ਤਾਂ ਤੇਰਾ ਬਾਪ ਹਾੜੇ ਕੱਢਦਾ ਦੀ ਕਹਿੰਦਾ ਮੇਰੀ ਕੁੜੀ ਦਾ ਰਿਸ਼ਤਾ ਲੈ ਲਓ ਰਿਸ਼ਤੇਦਾਰੀ ਬਣ ਜੂਗੀ ਰਿਸ਼ਤੇਦਾਰੀ ਦੇ ਵਿੱਚ ਹੁਣ ਕੱਟਿਆ ਵੀ ਨਹੀਂ ਜਾਂਦਾ ਤੈਨੂੰ ਬੜਾ ਪਤਾ ਮਾਸੀ ਹੁਣ ਮਾਰ ਰਹੀਆਂ ਗੱਲਾਂ ਆ ਮਾਸੜ ਨੂੰ ਪੁੱਛ ਉਦੋਂ ਕਿੰਨੇ ਬੰਦੇ ਭੇਜੇ ਤੇ ਸਾਡੇ ਘਰੇ ਰਿਸ਼ਤੇ ਵਾਲੇ ਵੀ ਤੁਹਾਡੀ ਕੁੜੀ ਦਾ ਰਿਸ਼ਤਾ ਦੇ ਦਿਓ ਉਹ ਭਾਈ ਕਾਹਨੂੰ ਤੁਸੀਂ ਹੋਰ ਗੱਲਾਂ ਲੈ ਕੇ ਬਹਿ ਗਏ ਤੁਸੀਂ ਟਾਈਮ ਲਗਾਉਣ ਵਾਲਾ ਕੰਮ ਕਰੋ ਦੱਸਾ ਹੈ ਗੱਲਾਂ ਨਹੀਂ ਕੋਈ ਇਹ ਤੁਹਾਡੀ ਜਿਹੜੇ ਤੁਸੀਂ ਕਰਦੇ ਹੋ ਨਾ ਨਾ ਮਾਸੜਾ ਹੁਣ ਟਾਈਮ ਤਾਂ ਲੰਘਦਾ ਨਹੀਂ ਆ ਦੇਖ ਲੈ ਕਿਵੇਂ ਟੱਪਦੀ ਆ ਵੇ ਤੇਰੇ ਮਾਸੜ ਤੋਂ ਸਵਾ ਨਹੀਂ ਉੱਡੀ ਆ ਮਾਰੀ ਅਣਪੜ ਮੱਥੇ ਮੇਰੇ ਹੈ ਡੰਗਰਾਂ ਵਰਗੀ ਹੈ ਖਾਣ ਦਾ ਨਹੀਂ ਪਤਾ ਇਹਨੂੰ ਪਹਿਨਣ ਦਾ ਨਹੀਂ ਪਤਾ ਨਾ ਉਹ ਤਾਂ ਸਾਰੇ ਤਰੀਕੇ ਵਿਲੇਜ ਕਹਿੰਦੀ ਮੇਰੀ ਨੂੰ ਇੰਨੀ ਸੋਹਣੀ ਆ ਮੇਰੀ ਨੂੰ ਇੰਨੀ ਪੜੀ ਹੋਈ ਆ ਹੈ ਅੱਜ ਇਹ ਬੋਲੀ ਹੋ ਗਈ ਅੱਜ ਮੈਂ ਸੋਹਣੀ ਸੋਹਣੀ ਨੂੰ ਕੀ ਕਰਾਂ ਬੋਲਣ ਦਾ ਤੈਨੂੰ ਪਤਾ ਨਹੀਂ ਹੈਗਾ ਹੈ ਮੇਰੇ ਮੱਥੇ ਮਾਰੀ ਤਾਂ ਲਿਆ ਕੇ ਸੋਹਣੀ ਨੂੰ ਚਾਰ ਪਾਲਾ ਸੋਹਣੀ ਦਾ ਤੈਨੂੰ ਜਿਆਦੇ ਪਤਾ ਬੋਲਣ ਦਾ ਨਹੀਂ ਪਤਾ ਹੈਗਾ ਮਾਰਦੀਆਂ ਗੱਲਾਂ ਤੈਨੂੰ ਬੜੀ ਆਖਲਾ ਬੁੜੀਏ ਹੁਣ ਤੂੰ ਮੇਰਾ ਮੂੰਹ ਖਲਾਵੇਂਗੀ ਮੇਰੇ ਚੁੱਪ ਕਰ ਜਾ ਚੱਲ ਤੂੰ ਅੰਦਰ ਚੱਲ ਇਹ ਤਾਂ ਬੋਲੀ ਜਾਓ ਇਹ ਤਾਂ ਆਪ ਤਾਂ ਗੰਦੀ
मैं भी देख रही हूं कौन कड्डूगा बाहर इनू मेरी भी अड़िया हूं रख के दिखाऊंगी कर ला जेड़ा कुछ हुंदा ना जो तेरी अड़ी है अड़ी मेरी भी है मैं भी इनू कट के सा लूंगी कि मैं बख्तियारी बनाया घर दा है पता नहीं की करे मेरे पे बिना गल तो देख ला मेरे का तो मारना हूं ना रोले पे ने कानू जमदे कानू आने कलेस पे है तू पंगे छेड़दा सारे तू पंगे नहीं छेड़दा है हरामी ना हो बंदे का पुत नहीं होगा देखी तेरे की बनता मुड़ के मैं भी घरे नहीं होगा जे बंदे का पुत होगा कंजरी ने लहू पी लिया लहू नहीं पी लिया किसे पास ही लगती ना मगर लगे ना मूहरे लगे है माल करती जमी तू मर जा बाहर निकले मर जाओ अंदर की कर दी देखो बापू घर छड़ के क्यों तू तेरे भाई मोर रख के घर आपका खराब कर लग रही है जब मोर रहा भेज दे तेरे भाई घरों बापू हो जा रहा है करो जाके तुसी लेके आओ बापू नु मोड़ के लेके आओ स्कूटरी लेना छेड़ के मैं स्कूटरी लिया छेती अरे चाबी किथे आ चा है नहीं है किथे ओए इथी होनी छड़ दो अंदर देख अंदर होनी चाबी दी ओकी पाया गया ओथे जी करो ओ ले आऊं दी जा हुन नु मोड़ तर मां मैं मिल गई बाबी कद बापू भज गया कद बेबे भज गई हेलो मैं तो बापू भी नहीं दिख रहा कि लंघ गया भाभी बापू तो गां हाय भाभी हूं की करा गे की कर सकते हैं ये टिकते ने दोनों ਇਹਨੂੰ ਤਾਂ ਇੰਨੇ ਵਾਰ ਕਿਹਾ ਬੇਬੇ ਨੂੰ ਵੀ ਚੁੱਪ ਕਰ ਜਾ ਕਰ ਜਾ ਕਰ ਕਿੱਥੇ ਚੁੱਪ ਕਰਦੀ ਆ ਇਹ ਹਰ ਤਾਂ ਸਿਰ ਭੇਜ ਹੀ ਪਏ ਹੁਣ ਚੱਲ ਬਹਿ ਜਾ ਦੇਖੀ ਜਾਊ ਇੰਨੀ ਚੰਦਰੀਏ ਆਹ ਵਾਗਿਆ ਤੇਰਾ ਬਾਪੂ ਹੁਣ ਦੇਖ ਲੈ ਬਾਹਰ ਨੂੰ ਪਤਾ ਨਹੀਂ ਕੀ ਕੁਛ ਕਰੂਗਾ ਕੀ ਚੰਦ ਚੜਾਊਗਾ ਸਾਰੇ ਤੇਰੇ ਸਿਆਪੇ ਬੀਜੇ ਹੋਏ ਨੇ ਇਹ ਤਾਂ ਤੇਰੇ ਨਹੀਂ ਮੇਰੇ ਕਾਹਨੂੰ ਸਿਆਪੇ ਬੀਜੇ ਹੋਏ ਨੇ ਅੱਡੇ ਤਾਂ ਤੂੰ ਲੈਣੀ ਰਹਿਣੀ ਹੈ ਸਾਰਾ ਦਿਨ ਬਾਪੂ ਨਾਲ ਉਹ ਬਾਹਰ ਨਹੀਂ ਜਾਊਗਾ ਭੱਜੂਗਾ ਨਹੀਂ ਹੋਰ ਦੱਸ ਕੀ ਕਰੂਗਾ ਨਹੀਂ ਜਿੱਦਾਂ ਨਹੀਂ ਤੂੰ ਕਰਾਈ ਨਹੀਂ ਘਰ ਚ ਆਈਆਂ ਉਹ ਦਿਨ ਸਿਆਪਾ ਬੀਜਿਆ ਪਿਆ ਇੱਕ ਦਿਨ ਸੁੱਖ ਦਾ ਸਾਹ ਨਹੀਂ ਆਇਆ ਮੈਨੂੰ ਤਾਂ ਨਹੀਂ ਮੈਂ ਤਾਂ ਪਛਤਾਉਣੀ ਆ ਇਹ ਘਰ ਚ ਆ ਕੇ ਇਹਦੇ ਨਾਲ ਤਾਂ ਮੈਨੂੰ ਖੁਦ ਧੱਕਾ ਦਿੰਦੇ ਉਹੀ ਚੰਗਾ ਸੀ ਨਹੀਂ ਬਸ ਕਰ ਜੋ ਫੇਰ ਲੜ ਲਿਓ ਪਹਿਲਾਂ ਬਾਪੂ ਦੀ ਗੌਰ ਕਰ ਲਓ ਨਹੀਂ ਹੁਣ ਕੀ ਗੌਰ ਕਰੋਂਗੀਆਂ ਉਦੋਂ ਤੁਸੀਂ ਅੰਦਰ ਵੜ ਕੇ ਬਹਿ ਗਈਆਂ ਜਦੋਂ ਉਹ ਬਾਹਰ ਨੂੰ ਭੱਜਿਆ ਤੀਗਾ ਉਦੋਂ ਕੋਈ ਛੋੜੇ ਅੱਖਾਂ ਪੁੱਟੀਆਂ ਤੀਆਂ ਨਹੀਂ ਭੱਜੇ ਵੀ ਤੇਰੇ ਕਰ ਕੀ ਐ ਅਸੀਂ ਦੱਸ ਕੀ ਕਰੀਏ ਹੁਣ ਨਹੀਂ ਮੈਂ ਕਿਹਾ ਤਾਂ ਡਾਂਗ ਮਾਰੀ ਐ ਮੈਂ ਕਿਹਾ ਉਹ ਫੜ ਕੇ ਘਰੋਂ ਕੱਢਿਆ ਤੂੰ ਮੇਰੇ ਤੇ ਚੜਦੀ ਐ ਨਹੀਂ ਹੋਰ ਚੜਾ ਨਾ ਹੋਰ ਦੱਸ ਕੀ ਕਰਾਂ ਭਾਬੀ ਕਿਉਂ ਲੜਦੀ ਆ ਬਾਪੂ ਦੀ ਗੌਰ ਕਰ ਲਓ ਵੀਰੇ ਨੂੰ ਫੋਨ ਲਾ ਕੇ ਪੁੱਛ ਆਜ ਆਪਾਂ ਦੇਖ ਕੇ ਆਈਏ ਹਾਂ ਬਾਹਰ ਗਿਆ ਫਿਰ ਉਹ ਤਾਂ ਗੌਰ ਨਹੀਂ ਕਰੀ ਕਿਸੇ ਨੇ ਉਹ ਤਾਂ ਲੜਾਈ ਦਾ ਤਮਾਸ਼ਾ ਦੇਖਣੀਆਂ ਹੋਈ ਜਾਂਦੀਆਂ ਪਤਾ ਤਾਂ ਹੋਣ ਲੱਗੂਗਾ ਜੇ ਕੁਛ ਬੋੜੇ ਨੂੰ ਹੋ ਗਿਆ ਨਾ ਸੋਨੂੰ ਨਹੀਂ ਮੈਂ ਜਿਉਂ ਦੇਉਂ ਨਿਸ਼ੂ ਕੀ ਬਣੂਗਾ ਮੈਂ ਤਾਂ ਸਮਝ ਹੀ ਨਹੀਂ ਆ ਰਹੀ ਮੈਂ ਫੋਨ ਲਾ ਕੇ ਪੁੱਛਦੀ ਆ ਭਾਬੀ ਦੇਖ ਕੀ ਕਹਿੰਦੇ ਨੇ ਹਾਂ ਮੜਾ ਗੇਟ 'ਚ ਦੇਖ ਲਈ ਆਪਾਂ ਕੀ ਗੱਲ ਚੱਕ ਨਹੀਂ ਰਹੇ ਫੋਨ ਇੱਕ ਮਿੰਟ ਦੁਬਾਰਾ ਲਾ ਕੇ ਦੇਖਦੀ ਹਾਂ ਦੇਖ ਦੁਬਾਰਾ ਲਾ ਕੇ ਮੜਾ ਗੇਟ 'ਚ ਦੇਖ ਲੈਣੇ ਉਹਨਾਂ ਦੇ ਕਿਤੇ ਗੇਟ 'ਚ ਨਾ ਹੋਣ ਹੋਇਆ ਨਾ ਭਾਬੀ ਫੋਨ ਤਾਂ ਚੱਕ ਨਹੀਂ ਰਹੇ ਹੈਗੇ ਭਾਬੀ ਮੇਰਾ ਤਾਂ ਦਿਲ ਜਾ ਕੇ ਰਹੀ ਜਾਂਦਾ ਪਤਾ ਨਹੀਂ ਕੀ ਗੱਲ ਹੋਣੀ ਆ ਨਹੀਂ ਤੂੰ ਕਾਹ ਤੋਂ ਟੈਨਸ਼ਨ ਲਈ ਜਾਂਦੀ ਆ ਬਾਪੂ ਆ ਜਾਊ ਕੋਈ ਨਹੀਂ ਸਹੀ ਸਲਾਮਤ ਕੋਈ ਗੱਲ ਨਹੀਂ ਗੁੱਸੇ ਹੋ ਕੇ ਗਿਆ ਥੋੜ੍ਹਾ ਟਾਈਮ ਤੱਕ ਆ ਜਾਊਗਾ ਤੂੰ ਐਂ ਕਰ ਅੰਦਰ ਚੱਲ ਆਰਾਮ ਕਰ ਲਾ ਚੱਲ ਕੋਈ ਟੈਨਸ਼ਨ ਲਈ ਜਾਂਦੀ ਆ ਬੋਲੀ ਜੀ ਚੱਲ ਭਾਬੀ ਕਿਉਂ ਭਾਲ ਲਈ ਆ ਬੁੜੇ ਨੂੰ ਕਿਵੇਂ ਫਿਰਦੀਆਂ ਨੇ ਹੁਣ ਲੂੰਦੀਆਂ ਫੋਨ ਨਹੀਂ ਚੱਕਿਆ ਬੇਬੇ ਵੀਰੇ ਨੇ ਪਤਾ ਨਹੀਂ ਕਿੱਥੇ ਹੋਣਾ ਬਾਪੂ ਬੇਬੇ ਗੱਲ ਸੁਣ ਲੈ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਆ ਤੇਰੇ ਨਾਲ ਹੀ ਲੜ ਕੇ ਗਿਆ ਨਹੀਂ ਉਹ ਨਹੀਂ ਹੁਣ ਮੁਰਦਾ ਉਹ ਜਿਹਦਾ ਇੰਨੀ ਆਕੜ ਹੈ ਉਹ ਤਾਂ ਪਹਿਲਾਂ ਜਦ ਮੈਂ ਆਈ ਆਈਆਂ ਰੁੱਸ ਕੇ ਭੱਜ ਜਾਂਦੀ ਸੀ ਮਹੀਨਾ ਮੈਂ ਨਹੀਂ ਘਰੇ ਵੜਦਾ ਸੀ ਮੇਰੀ ਸੱਸ ਕਹਿੰਦੀ ਇਹਦੀ ਜਿੰਨਾ ਤਾਂ ਕੋਈ ਖਰਾਬ ਨਹੀਂ ਟਰੱਕਾਂ ਤੇ ਜਾ ਵੜਦਾ ਖਾਨੀ ਕਿੱਥੇ ਵਗ ਜਾਂਦੇ ਕਿੱਥੇ ਨਾ ਤੁਸੀਂ ਉਹਨੂੰ ਕਿੱਥੇ ਵੜ ਲਉਂਗੀਆਂ ਬੇਬੇ
हजे भी नहीं मान, हजे भी आपां नूं बोल दिया, सारा कुछ आप कराया। छड़ परा निशु, तू चल अंदर। पहला कैसे फिर दिया, अखां नूं थुक्क लाउंदियां, हवे कुट्टणियां, ओह तां देख के नहीं बोलदियां, हुण बुढ़े दे मगर मगर भज्जियां फिरदियां ने, हुण बुढ़ा सानूं अंडा दे दूगा। मेरी भी हिंडा, जे मुड़ के पिंड च बड़ जा, देखी जो चाहे तेली ना तेरा बग जाना, पर मैं पिंड क नहीं बढ़ता। तपा लिया इन्हें माड़े टब्बर ने, तपा नहीं लिया है, पता नहीं कि मैं बुरा लगता इन्हों, दस बुरा नहीं लगता। चल आ रोड से चल खड़ते हैं, और जे मिल गया कोई ना कोई ना, दो पिंड गाह लंघ जाएंगे, चल देखते हैं। है हो आता मुंडा, चल देखते हैं, भला रोकूगा जे। आपे गेड़े खांदा आउंदा, ओ रोकी मल्ला, रोकी मल्ला, की हो गया? ओ रोक ला मल्ला, मड़ जा, की हो गया? रोकी मड़ जा, आजा आजा, ओ रोकी मल्ला, मड़ जा, लाड़ यार तकली झल्ली मेनू भाई, तू बजर अंदर बह जा। ओए ऐ लगदा मल्ला जिवें देखे आउंदा कि तेनू, हैं आ करी मड़ जा मुंह रानू, देखा भला ले लेना जरा, देख ला, मेरा तो काम यही है, अगे मैं होर दिखाउणा मुंडे कुड़ियां, हुण मेरा मुंह देख ला, तू ले देख ला मार। ओ तू किधरों आए, ओ काला ने हैगा तू, ओ कल वाला बचोला जेड़ा, हैं ऐ दस बोला मेनू। ओए हां महिया लणदरा, तू केड़ा भाई फफड़ लगदा मेन ता, हैं होर सासरी आ फफड़ा। ओ सासरी कार आ, हो ठीक ठाक हो? ओ ठीक आ पुत, ठीक आ, मेनू ऐ दस तू भले मानसा, हां तैं कल चंगी करी छड़न वाला, हां हैं ना, ओथी मैं बया होया, ओथी तू रिश्ता लै कुड़ी वास्ते, साडी वास्ते। ओ लणदरा मेनू ता भलेखा लग गया भाई, इदा सारी मेरी भुआ दी गलती आ, जे मैनू मेरी भूआ पहला कह दी वहां भी केड़ा पिंड की गल, वदा अपन नु बाल गल हो जांदी। ओ तेरी भूआ ता सतरोई आ, ओसे ता पंगे पाए होए ने सारे। चल हुण की गल होगी फिर, आपां होर देख ला रिश्ता, कोई गल नहीं। ओए होर ता देख लेगा तू, ओ गल किथे बणदी आ हुण, हैं भले मानसा। ओ चल कोई ना फफड़ा, होया की होणी यार कुछ, जे तेनू मेरी भूआ तड़फड़ करदी आपां नु हुण घरे जा के हुण तेरे पिंड च खड़े आ, चली आ जा। ओ नहीं नहीं मल, हुण किथे ਆਪਾਂ ਕਿਤੇ ਫੇਰ ਕਰਾਂਗੇ, ਹੁਣ ਤਾਂ ਮੈਨੂੰ ਕਹਾਲਾ ਥੋੜੀ ਜੀ, ਮੈਂ ਲਾੜੀਆਂ ਦੇ ਭੋਗ ਤੇ ਜਾ ਕੇ ਆਉਣਾ। ਚੱਲ ਬਗ ਜਾਾਂਗੇ ਆਪਾਂ, ਜੇ ਗੱਲ ਕਰਨੀ ਆਪਾਂ ਹੁਣ ਬਗ ਚੱਲ, ਮਿੰਟ ਕੇ ਲੱਗੂ ਆਪਾਂ। ਓ ਨਹੀਂ ਤੈਨੂੰ ਕਹਤਾ ਹੁਣ ਟਾਈਮ ਨਹੀਂ ਹੈਗਾ ਮੈਨੂੰ, ਫੇਰ ਮਾਰ ਲਈ ਗੇੜਾ ਆਉਂਦਾ, ਤੈਨੂੰ ਛੇੜ ਮੜ ਯਾਰ, ਬਹਿ ਜਾ ਯਾਰ, ਕੀ ਹੋਰ ਭਲੇ ਮਾਸਾ, ਮੈਂ ਤਾਂ ਲੇਟ ਹੋ ਰਿਹਾ। ਮੈਂ ਵੀ ਹੁਣ ਕਹਾਂ ਯਾਰ, ਮੈਨੂੰ ਕਹਾਂ ਕੰਮ ਨਿਕਲੋ, ਚੱਲ ਕਹਿੰਦਾ ਚੱਲ, ਇੱਕ ਦੋ ਪਾਰਟੀਆਂ ਨੂੰ ਲੈ ਜਾ ਕੇ ਆਉਣਾ ਮੈਂ ਕਹਾਂ। ਓ ਚੱਜ ਨਾਲ ਜਾਂਦੇ ਹੁੰਦੇ ਨੇ ਪਾਰਟੀਆਂ ਨਾਲ, ਤੇਰੇ ਮੌਕੇ। ਓਏ ਨਹੀਂ ਨਹੀਂ ਲਾਦਰ, ਆਪਣਾ ਹੀ ਚੱਲਦਾ ਕੰਮ, ਬਹਿ ਜਾ ਤੂੰ। ਹਾਂ ਹੀ ਚੱਲਦਾ ਕਹਿਤਾ ਤੇਰਾ, ਚੱਲ ਸਮਾਲ ਕੇ ਇੱਥੇ ਤੱਕ ਬਹਿ ਗਿਆ, ਚੱਲ ਠੀਕ ਆ, ਮੈਂ ਦੇਖਣਾ। ਹਾਂ ਆ ਜਾ ਯਾਰ, ਚੱਲ ਆ ਮਾਰਾਂ ਆਪਾਂ ਗੱਡੀ ਨੂੰ ਕੋਈ ਨਹੀਂ। ਗਿਆ ਕਿੱਧਰ ਪਤੰਦਰ ਨਾ ਆਪਣੀ ਮੋਟਰ ਤੇ, ਇੱਧਰ ਹੈਗਾ ਤੇ ਮੋਟਰ? ਨਾ ਇੱਧਰ ਨਹੀਂ ਹੈਗਾ ਯਾਰ, ਇੱਧਰ ਵੀ ਨਹੀਂ ਹੈਗਾ। ਨਾ ਲੈ ਯਾਰ, ਪ੍ਰਾਹੁਣੇ ਸੋਨੇ ਦਾ ਤਮਾਸਾ ਬਣਾ ਰੱਖਿਆ। ਕਿਉਂ? ਹੋਰ ਕਦੇ ਤੁਹਾਡੀ ਬੁੜੀ ਭੱਜ ਜਾਂਦੀ ਆ, ਕਦੇ ਤੂੰ ਭੱਜ ਜਾਣਾ, ਆ ਰਹਿੰਦੀ ਖੁੰਦੀ ਬੁੜੇ ਨੇ ਕੱਢਤੀ ਕਾਸਰਾ, ਹੁਣ ਰਹਿ ਗਏ ਮੇਰੀ ਭੈਣ ਤੇ ਤੇਰੀ ਭੈਣ, ਇਹਨਾਂ ਨੂੰ ਵੀ ਪਰਾਂ ਭਜਾ ਦੋ, ਕੰਮ ਨਿਬੜੂਗਾ। ਜਾ ਮੇਰਾ ਤਾਂ ਹੋਰੇ ਗੱਲਾਂ ਮਰ ਜਾਂਦਾ ਮੰਗਿਆ। ਹੋਰੇ ਕੀ ਯਾਰ, ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰਦਾ? ਕਹਿ ਜਿੱਦੇ ਦਾ ਘਰੇ ਤੂੰ ਆਇਆ, ਉਦੇ ਦੇ ਤੇ ਜੂ ਪੈ ਰਿਹਾ। ਲੈ ਮੇਰੇ ਕਰਕੇ ਕਿਉਂ ਝੱਜੂ ਪਿਆ? ਪਹਿਲਾਂ ਤੁਹਾਡੇ ਥੋੜਾ ਪੈ ਰਹੇ ਸੀ, ਕਹਿ ਤਾਂ ਤੁਹਾਡੇ ਮੈਂ ਫੈਸਲੇ ਨਿਬੜਿਆ ਏ, ਮੈਂ ਤਾਂ ਜਾ ਰਿਹਾ ਸੀ ਨਾਲੇ, ਮੈਨੂੰ ਤਾਂ ਮੇਰੀ ਭੈਣ ਨੇ ਨਹੀਂ ਜਾਣ ਦਿੱਤਾ, ਮੈਂ ਤਾਂ ਕਿੱਦਾਂ ਦਾ ਵਗ ਜਾਂਦਾ। ਉਹ ਚੱਲ ਮੇਰੇ ਦਾ, ਆਪਾਂ ਤਾਂ ਉਹੀ ਹੋਰੇ ਗੱਲਾਂ 'ਚ ਪੈ ਗਏ। ਚੱਲ ਆਪਾਂ ਬਿੱਲੂ ਕੀ ਮੋਟਰ ਤੇ ਦੇਖ ਕੇ ਉਹਨਾਂ ਤੂੰ ਬੈਠ ਪਏ। ਚੱਲ ਉਹਨੂੰ ਲੱਭ ਲੈ ਕਿਤੇ ਹੋਰ ਚੰਦ ਚੜ ਜੇ, ਉਹ ਗਿਆ ਵੀ ਗੁੱਸੇ ਏ ਇਸ਼ਤੀ। ਨਾਲੇ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਕਰ, ਪਤਾ ਕੀ ਆ, ਦੇਖ ਤੂੰ ਹੀ ਮੇਰਾ ਆੜੀ ਆ, ਮੈਂ ਤੇਰੇ 'ਤੇ ਗੁੱਸਾ ਲਾਉਣਾ ਹੁੰਦਾ। ਉਹ ਗੁੱਸਾ ਕਿਉਂ ਨਾ ਕਰਾਂ ਪ੍ਰਾਹੁਣਿਆ, ਤੁਸੀਂ ਤਾਂ ਸਾਰਾ ਟੱਬਰ ਮੇਰੇ ਬਾਅਦ ਪੈ ਗਿਆ, ਰਹਿਣਾ ਖਾਉਂਦਾ ਤੂੰ ਵੀ ਜਮੀ ਸਿਰੇ ਲਾਤੀ ਕਹਾਣੀ, ਉਲਟਾ ਮੈਨੂੰ ਇਹ ਕਹਿਣ ਲੱਗ ਗਿਆ ਹੁਣ। ਤੂੰ ਤਾਂ ਮੇਰਾ ਜਮੀ ਦੇਖੀ ਦਿਲ ਤੇ ਲੱਗ ਗਿਆ ਗੱਲ ਨੂੰ। ਉਹ ਦਿਲ ਤੇ ਲਾਉਣਾ ਹੀ ਆ ਗੱਲ, ਚੱਲ ਹੁਣ ਲੱਭੀਏ। ਚੱਲ ਲੱਭਦੇ, ਪਤਾ ਕੀ ਆ, ਮੈਂ ਵੀ ਔਖਾ, ਮੈਂ ਕੀ ਕਰਾਂ। ਨੀ ਕਰੀਆਂ ਭਣੇ, ਆ ਜਾ ਭਣੇ, ਕਰੀਆਂ ਮੈਂ ਤਾਂ ਕਰੀਆਂ, ਆ ਬੈਠੇ ਜਾ ਸਾਹਮਣੇ, ਚੱਲ ਆ ਗਈ ਭਣੇ, ਲੈ ਲੈ ਮਦਾਣਾ ਭਣੇ, ਮਦਾਣਾ ਇਹ ਕਾਹਦੀ ਖੁਸ਼ੀ 'ਚ ਲੈ ਕੇ ਆਈ ਹੈ? ਇਹ ਭਣੇ ਮੋਟਰਸਾਈਕਲ ਲਿਆਇਆ ਮੁੰਡਾ ਮੇਰਾ, ਆਪਣਾ ਮੁੰਡਾ ਮੋਟਰਸਾਈਕਲ ਲੈ ਕੇ ਆਇਆ? ਭਣੇ ਮੋਟਰਸਾਈਕਲ ਲੈ ਕੇ ਆਇਆ। ਵਧਾਈਆਂ ਭਣੇ ਤੈਨੂੰ, ਵਧੀਆ ਸਮਾਂ ਦੀ ਵੇਲੇ ਕ ਵੇਲੇ ਕਦੇ ਚੀਜ਼ ਦਾ ਭਾਅ ਹੀ ਆਏ, ਕਦੇ ਕੰਮ ਆ ਜਾਂਦੀ ਹੈ। ਚੱਲ ਪਰਮਾਤਮਾ ਸੋਨੇ ਵਧਾਵੇ ਭਣੇ, ਆ ਗੱਡੀ ਲਿਆ ਰੱਖੇ ਭਣੇ ਆਪਾਂ ਨੇ? ਹੈ ਨਹੀਂ, ਕਾਹਨੂੰ ਭਣੇ, ਅਸੀਂ ਕਾਹਨੂੰ ਲਿਆ ਰੱਖੀ ਹੈ, ਮੱਗਰ ਦਾ ਸਾਲਾ ਆ ਰਿਹਾ। ਮਿਲਣ ਆਇਆ ਹੋਊਗਾ। ਕਾਹਨੂੰ ਮਿਲਣ ਆਇਆ, ਉਹਨੂੰ ਸਮਝਾਉਣ ਆਇਆ, ਉਹਨੇ ਰੋਜ਼ ਦਾ ਕਲੇਸ਼ ਕਰ ਰੱਖਿਆ ਸਾਡੇ ਨਾਲ,
ਬਹੂ ਨੇ ਆਹੋ ਲੈ ਲੈਣ ਨੂੰ ਨਾ ਦੇਣ ਨੂੰ ਨਾ ਕਹਿੰਦੀ ਮੈਂ ਲਾੜੇ ਦੀ ਤਾਈ ਤੇ ਦੱਸ ਇਹੋ ਜਿਹਾ ਮਲੰਗ ਘਰ ਨਾਲ ਵਾਹ ਪਿਆ ਪੁੱਛ ਨਾ ਛੇੜਾ ਨਾ ਛੇੜ ਇੰਨੀ ਬਦੀਨ ਕਰ ਰੱਖਿਆ ਭੈਣੇ ਮੇਰਾ ਤਾਂ ਸਾਹ ਬੰਦ ਕਰ ਰੱਖਿਆ ਚੱਲ ਕੋਈ ਨਾ ਮਾਨ ਨਾ ਹੌਲਾ ਕਰ ਭੈਣੇ ਅਸੀਂ ਹੁੰਦਾ ਤਾਂ ਐਵੇਂ ਇਹ ਜਾ ਰਿਹਾ ਅੱਜ ਕੱਲ੍ਹ ਤਾਂ ਟਾਈਮ ਟਪਾਉਣਾ ਵੀ ਔਖਾ ਹੋ ਰਿਹਾ ਕੀ ਕਰਾਂ ਚੱਲ ਕੋਈ ਨਾ ਮਾਨ ਨਾ ਹੌਲਾ ਕਰ ਕੋਈ ਨਾ ਸਾਰਾ ਦਿਨ ਕੇਸ ਪਾ ਕੇ ਰੱਖਦੇ ਸਾਰਾ ਦਿਨ ਕਿਸੇ ਵੇਲੇ ਨਹੀਂ ਸੁੱਕਦਾ ਸਾਹ ਲੈਣ ਦਿੰਦੀ ਆਏ ਕਰ ਬਹਿ ਜਾ ਮੈਂ ਚਾਹ ਮੰਗਾਉਂਦੀ ਹਾਂ ਕੁੜ ਚਾਹ ਲੈ ਕੇ ਆਈ ਬਹੁ ਰਾਣੀ ਨੀ ਭੈਣੇ ਨਾ ਬਦੀਨ ਕਰਦੀ ਹੈ ਲੋੜਾ ਆ ਗਿਆ ਟਾਈਮ ਕੱਟਣੀ ਔਖਾ ਹੋ ਗਿਆ ਫਿਰ ਪੈ ਜਾਏ ਉਹ ਚਟਾ ਇਹੋ ਜਿਹਾ ਤਾਂ ਮਾੜਾ ਟਾਈਮ ਆ ਗਿਆ ਦੱਸ ਕੀ ਕਰੂਗਾ ਨੂੰ ਹਾਰਾ ਕਿਵੇਂ ਕੱਟੂਗਾ ਗਲਾ ਪੁੱਛੋ ਨਾ ਭੈਣੇ ਕਿਹੜੇ ਕੱਟ ਕਟਾਈਏ ਨੇ ਮੈਂ ਤਾਂ ਖਾ ਲਈ ਮਾੜੇ ਟੱਬਰ ਨੇ ਨਾ ਬੁੜਾ ਗੱਲ ਸੁਣਦਾ ਭੋਰਾ ਵੀ ਉਹ ਵੀ ਨੂੰ ਕੁੱਤੋਂ ਦੀ ਮੇਰ ਕਰਾਉਂਦਾ ਦੱਸ ਕਿਹੜੇ ਆ ਸਿਰੇ ਤੇ ਘਰੇ ਰਾਹ ਤੇਰੇ ਕਹਿੰਦੇ ਨੇ ਸੀਬੋ ਦੂਜੇ ਦਿਨ ਰੁਸਕੇ ਵਗ ਜਾਂਦੀ ਹੈ ਤੇ ਜਾਣਾ ਪੈਂਦਾ ਜਦ ਘਰੇ ਤਾਂ ਭੋਰਾ ਕਾਦਰ ਨਹੀਂ ਕੋਈ ਕਰਦਾ ਹੈ ਮੇਰੇ ਪੇਕਿਆਂ ਦਾ ਐਡੀ ਕਾਦਰ ਤੀ ਮੈਨੂੰ ਪੁੱਛ ਕੇ ਗੱਲ ਕਰਦੇ ਤੇ ਇਹ ਮਰ ਜਾਣੇ ਬੁੜੇ 'ਚ ਘੱਟਾਂ ਨੇ ਸਾਰੀਆਂ ਇਹ ਬੁੜੇ ਨੇ ਮੇਰੇ ਸਿਰ ਚੜਾਏ ਨੇ ਕਾਹਨੂੰ ਚੇੜੇ ਚੇੜਦੀਆਂ ਆ ਦੇਖ ਲੈ ਮਲੰਗ ਕਰਦੀ ਆ ਕੇ ਮੇਰੇ ਘਰ 'ਚ ਉੱਧਰ ਕਰਦੀ ਹੈ ਨਾ ਲੈਣ ਨੂੰ ਨਾ ਦੇਣ ਨੂੰ ਕਹਿੰਦੇ ਕੀ ਗੰਜੀ ਨਾ ਉਹ ਕੀ ਨਿਚੋੜੂ ਹੈਂ ਕੱਖ ਦਿੱਤਾ ਨਹੀਂ ਐਂ ਕਹਿੰਦੀ ਮੇਰੇ ਵਰਗੀ ਕੋਈ ਹੈ ਨਹੀਂ ਜੱਗ 'ਤੇ ਦੱਸ ਇਹਦਾ ਕੀ ਕਰਾਂ ਮੈਂ ਵਿਹਲੀ ਮਲੰਗਣੀ ਦਾ ਕੋਈ ਕੰਮ ਇਹਨੂੰ ਨਹੀਂ ਆਉਂਦਾ ਦੇਖੀ ਕਿਵੇਂ ਮੰਡੀਆਂ ਨੇ ਇਹ ਗੱਲਾਂ ਮਾਰ ਕਿਵੇਂ ਉਹਨਾਂ ਮੂੰਹ ਜੋੜ ਕੇ ਲੱਗੀਆਂ ਪਈਆਂ ਨੇ ਭਾਬੀ ਹੁਣ ਮੈਂ ਤਾਂ ਕੀ ਕਰ ਸਕਦੀ ਹਾਂ ਨਹੀਂ ਮੇਰਾ ਤਾਂ ਐਂ ਜੀ ਕਰਦਾ ਟਾਲਾ ਬਸ ਇਹਨੂੰ ਹੁਣੀ ਕੀ ਹੋ ਗਿਆ ਇਹਨੂੰ ਹੁਣ ਉਹ ਦੇਖੀ ਕੀ ਹੋ ਗਿਆ ਬਿਮਾਰੀ ਇਹਨੂੰ ਹੁਣ ਖਰਚਾ ਖਰਚਾ ਲਾਣ ਦਾ ਰੱਖ ਮਿੰਟ ਹੈ ਇਹਦਾ ਗਰਮ ਹੋ ਗਿਆ ਮੈਂ ਲੱਗਦਾ ਆਪਣਾ ਸਮਾਨ ਗਰਮ ਹੋ ਗਿਆ ਖਰਚਾ ਖਰਚਾ ਉਹ ਗਰਮ ਹੋਣ ਨੂੰ ਕਿ ਮੈਟਾ ਡੋਰ ਆਇਆ ਨਸ ਪਹਿਲਾਂ ਓਏ ਨਹੀਂ ਨਹੀਂ ਚਲਾਈ ਬਹੁਤੇ ਦੀ ਕਿੰਨੇ ਦੂਰ ਤਾਂ ਆਇਆ ਆਪਾਂ ਲੈਣ ਦਾ ਰਹਿਣ ਓਏ ਕਿੱਥੇ ਤਾਂ ਦਾ ਵਿਚਾਲੇ ਮੈਂ ਕਰ ਮੜਾ ਇਹਦਾ ਪਲੱਗ ਫੜੀ ਮੜਾ ਦੇਖੀ ਤੂੰ ਡੋਬਤਾ ਮੈਨੂੰ ਦੱਸ ਐਂ ਕਰੀ ਤੂੰ ਇਹਦਾ ਪਲੱਗ ਫੜਾ ਕਿੱਕ ਮਾਰਦਾ ਮੜੀ ਇਹਦੀ ਖਰਚਾ ਕਿੱਥੋਂ ਇਹ ਫੜਨਾ ਹਲੋ ਚਲੋ ਆ ਕੱਢ ਮੜਾ ਬੱਚੇ ਦਾ ਦੇਖੇ ਫਿਰ ਮੈਂ ਕਿਉਂ ਉਹਦਾ ਫੜ ਕੇ ਇੱਕ ਮਿੰਟ ਖੜ ਜਾ ਮੜਾ ਖੜ ਜਾ ਓਏ ਹਾਏ ਮਿੱਠਾ ਜੀ ਖੜ ਜਾ ਇਟਲੀ ਆਪਣੀ ਯੂਆ ਕੋਈ ਹੈਗੇ ਜੇ ਬਹਿ ਜਾ ਖੜ ਜਾ ਬੈਠ ਤਾਂ ਜਾਂ ਭਲੇ ਮਾਨਸਾ ਮੈਂ ਕਿਵੇਂ ਕਰਾਂ ਤੂੰ ਹੁਣ ਫਿਰ ਮਲੇ ਫੜ ਲਾ ਥੇ ਲਾਣਾ ਤੇ ਮੈਂ ਇੱਕ ਮਾਰ ਉਧਰੋਂ ਦੇਖੀ ਨਾ ਉਹ ਕੰਜਾ ਬਰਬਾਦ ਦਾਦੀ ਓਏ ਫੂਕ ਦਾਦੀ ਕੰਜਰੇ ਦੇ ਦੇਖ ਹੋ ਗਿਆ ਬਾਬੇ ਹੋਰ ਹੁਣ ਉਹਦਾ ਕੰਠ ਮਾਰਿਆ ਨੇ ਮੇਰੇ ਖੜ ਜਾ ਫਿਰ ਜੋ ਗੱਲ ਲੱਗਦਾ ਕੀ ਉਹ ਦੇ ਖੜ ਜਾ ਮੈਂ ਕਰਦਾ ਤਾਂ ਦੇਖ ਕੇ ਕੱਲਾ ਕੋਈ ਮੇਰਾ ਇੱਧਰ ਮੜਿਆ ਤੂੰ ਖੜ ਜਾ ਉਹ ਇੱਕ ਮਿੰਟ ਖੜ ਜਾ ਮੈਨੂੰ ਪਤਾ ਨਹੀਂ ਸਤਾ ਨਹੀਂ ਮੇਰੇ ਨਾਲ ਕਈ ਵਾਰ ਖੜੀ ਪਹਿਲਾਂ ਇਹ ਖੜ ਗਾ ਨਾਲੇ ਫਿਰ ਮੈਨੂੰ ਡੋਕਿਆਂ ਨੂੰ ਹੱਥ ਲਵਾਏ ਨੇ ਇੱਥੇ ਤਾਂ ਆਤੀ ਖੜ ਜਾ ਤੇਰੀ ਡੰਡੀ ਖੜ ਜਾ ਆਤੀ ਉਹ ਕਰਦੇ ਆ ਕਰਦੇ ਆ ਉਦੋਂ ਤਾਂ ਕਈ ਵਾਰੀ ਹੋ ਜਾ ਪਹਿਲਾਂ ਹੋ ਗਈ ਨੂੰ ਇੱਕ ਰੋਕੀ ਨੂੰ ਇਹ ਜਾ ਉਹ ਇਹ ਨਹੀਂ ਹੁੰਦੀ ਤੇਰੀ ਗਿਟਾਰ ਲੱਗਦੀ ਹੁਣ ਇਹ ਹੋਰ ਚੱਲ ਭਾਈ ਚੰਗਾ ਮੈਂ ਤਾਂ ਜਾਣਾ ਉਹਦਾ ਭੋਗ ਪਈ ਜਾਂਦੇ ਨੂੰ ਮੇਰਾ ਹੋਰ ਬਸ ਕਰਦੇ ਆਪਾਂ ਲਾਂਦੇ ਦਾ ਖੜ ਜਾ ਆ ਨੂੰ ਮੈਂ ਤਾਂ ਨਾਲੇ ਨਾਲੇ ਹੁਣ ਜਾ ਰਿਹਾ ਨਾ ਤੂੰ ਆ ਆ ਜੀ ਧੱਕੇ ਖਾ ਕੇ ਜਦੋਂ ਆਉਣਾ ਹੋਊਗਾ ਉਹ ਕਰ ਦਿੰਦੇ ਆਪਾਂ ਨੂੰ ਹੁਣ ਕਾਹ ਨੂੰ ਇਤਨੇ ਭੋਗ ਪਈ ਜੂ ਜਾਂਦੇ ਨੂੰ ਯਾਰ ਕੀ ਹੋ ਗਿਆ ਨੂੰ ਇਹ ਤਰ੍ਹਾਂ ਹੋਰ ਹੁਣ ਤਾਂ ਦੱਸ ਵਿਚਾਲੇ ਰੋਕਦਾ ਮੈਂ ਤਾਂ ਹੁਣ ਨੂੰ ਤੁਰੇ ਵੀ ਜਾ ਰਹਿੰਦਾ ਦੋ ਮਿੰਟ ਦਾ ਕੰਮ ਆਉਣ ਕਾਹ ਨੂੰ ਮੈਂ ਤਾਂ ਜਾਣਾ ਪਈ ਚੰਗਾ ਉਹ ਐਂ ਕਾਹ ਨੂੰ ਭੱਜਦਾ ਐ ਮੇਰੇ ਰਹਿ ਕਾ ਤੂੰ ਕਰਦਾ ਯਾਰ ਉਹ ਜਾਂਦੇ ਨੂੰ ਭੋਗ ਪੈ ਜੂ ਗੱਲਾਂ ਕੋਈ ਮੇਰੇ ਰਹੇ ਫੇਰ ਆਪਾਂ ਬਗ ਜਾਂਦੇ ਹੁਣ ਨਾ ਮੈਂ ਤਾਂ ਜਾਣਾ ਉਹ ਜਮੀ ਜਵਾਬ ਦੇ ਗਿਆ ਤਾਂ ਢੋਗਾ ਕਿਵੇਂ ਕਰਾਂ ਇਹਦਾ ਦੱਸ ਮੈਂ ਲੱਗਦਾ ਤੇਰੇ ਮੁੱਕਿਆ ਤਾਂ ਨਾ ਹੋਏ ਚੱਲ ਦੇਖਦੇ ਹਾਂ ਬੰਦਾ ਨਹੀਂ ਚੱਲ ਦੇਖਦਾ ਗਾਹਾਂ ਤੱਕ ਲਿਆਉਂਦੇ ਹਾਂ ਉਹ ਖੜਦਾ ਗੁਰੂ ਮੜਾ ਇੱਕ ਮਿੰਟ ਲੈਣ ਦਰਾ ਉਹ ਐਂ ਕਾਹਨੂੰ ਭੱਜਦਾ ਪੈਂ ਚੱਲ ਇੱਧਰ ਦੀ ਆ ਜਾ ਉਹ ਲੈਣ ਦਰਾ ਉਹ ਮੁੜਿਆ ਆਏ ਗੁਰੂ ਮੈਂ ਸੁਣਦੀ ਨਹੀਂ ਦੇਖ ਲੈ ਚੱਲ ਤੇਰੀ ਮਰਜ਼ੀ ਆ ਭਾਈ ਆਪਾਂ ਤਾਂ ਲੰਘ ਜਾਂਗੇ ਸਿੱਧਾ ਗਾਹਾਂ ਤੋਂ ਕੋਈ ਨਾ ਕੋਈ ਮਿਲ ਜੂਗਾ ਤੇਲ ਤੱਪਾ ਕੱਢ ਲਾਂਗੇ ਹੋਰ ਕੀ ਆਪਣਾ ਤੇਲ ਮੁੱਕਿਆ 'ਚ ਹੋਰ ਤਾਂ ਗੱਲ ਹੈ ਨਹੀਂ ਕੋਈ ਮੈਨੂੰ ਪਤਾ ਉਹ ਤਾਂ ਉਹਨੂੰ ਤਾਂ ਕਹਿਣਾ ਪੈਂਦਾ ਵੀ ਗਰਮ ਹੋ ਗਈ
तेरे बेइज्जती होगी पर नहीं ना नहीं जदों मेरे कोले कोई आके बैठ जांदा फिर तो तू चुगलियां परखन लग जांदी है जो तू आप करदी है उदों नहीं मेरी गल सुन तू बिठाउंदी सोहनी लगदी है मैं तो बुढ़िया बुढ़ी कोल 100 बुढ़ी आऊगी तू हुण हटावेगी मेरे घरे आउण बुढ़िया नूं हैं शर्म नहीं तेनूं मेरी बराबरी करदी नूं ना तू ऐ दस मेरे पेके नूं ऐ क्यों कहंदी सी वी आ नहीं दित्ता आ नहीं दित्ता ऐ तां दस घाट किस चीज़ दी छड्डी उहनां ने तेनूं नहीं मैनूं ऐ दस उहनां ने सानूं दित्ता की है आप तां 10 लख दी ओह गड्डी लई फिरदे ने मेरे पुत्त दे मत्थे मारे टुट्टा जा स्कूटर ना उहनां कोले ने 15 किले ਜੇ ਗੱਡੀ ਲੈਣ ਜੇ ਕੁਛ ਮਰਜ਼ੀ ਲੈਣ ਤੁਹਾਡੇ ਕੋਲੇ ਕੀ ਨੇ 3 ਕਿੱਲੇ ਉਹ ਤੇ ਸਕੂਟਰੀ ਮਿਲੂ ਨਾ ਕਿ ਜਹਾਜ਼ ਆਉਂਦਾ ਨਹੀਂ ਅੰਦ ਤੇਰੇ 15 ਕਿੱਲਿਆਂ ਦਾ ਫਿਰ ਤੇਰੇ ਪਿਓ ਨੇ 15 ਕਿੱਲੇ ਕਿਉਂ ਨਾ ਲੱਭੇ ਸਾਡੇ ਮੱਥੇ ਤੂੰ ਕਾਹਤੋਂ ਮਾਰੀ ਮੇਰੀ ਕਿਸਮਤ ਫੁੱਟ ਗਈ ਜੇ ਤੁਹਾਡੇ ਘਰ ਵਿਆਹ ਕੇ ਆ ਗਈ ਨਹੀਂ ਮੈਂ ਰੋਣੀ ਆਪਦੀ ਕਿਸਮਤ ਨੂੰ ਜੰਮਣ ਵਾਲਿਆਂ ਦੇ ਕਾਰਜੇ ਨੂੰ ਜਿਹੜੀ ਤੂੰ ਸਾਡੇ ਮੱਥੇ ਲੱਗੀ ਆ ਕੇ ਪਾਪੀ ਤੁਸੀਂ ਫੇਰ ਲੱਗ ਕੇ ਲੜਨਾ ਤੁਸੀਂ ਬਾਪੂ ਦੀ ਗੌਰ ਕਰ ਲਓ ਆ ਜਾ ਆਪਾਂ ਲੱਗ ਕੇ ਆਉਂਦੇ ਹਾਂ ਲਿਓ ਇਧਰ ਬਾਪੂ ਵਗ ਦੇ ਤੁਸੀਂ ਮਰ ਜਾਓ ਇਹ ਚੁੱਪ ਕਰ ਜਾ ਮੇਰੇ ਬਈ ਤੂੰ तेन की लोड़ सी दुबारे लड़न दी उहदे नाल पता नहीं कित्थे होऊ बापू मैं कानू लड़ती हां नहीं वैसे तेरी बुढ़ी दी लतरो लगी हुई नहीं टिकदी मंडिया ते तुरके बग जांदे तां गल्ले कुछ नहीं भले मानसा तू है गल्ला कोई मेरा रे आए हाए और आके मरिया सह आया वे सौ च हवा चल रही यार तो चल इतों मत्थे लग गया है बुढ़ा आया है संदे खराब हो गया तेरा तो देखी और खड़के जो तो बंदा बंदा मिले किसी क्ढ़ी तेल है पौवा तेल घट लगता मैं तला तेल खड़कता नहीं है ना तेल तो पाया तेल 50 रुपया किधर पा के कंजर का वो कि घर ले गए जवाख जो खड़ते कंजर दे ना चलो अरे बहने 10 मिनट ਹੋਰ ਪਾਵੇ ਅਸੀਂ ਲੰਘੋ ਜਿਸ ਤਰ੍ਹਾਂ ਕੱਲ੍ਹ ਦੀ ਕੱਲ੍ਹ ਅਸੀਂ ਲੰਘ ਗਿਆ ਅੱਜ ਫਿਰ ਲੰਘ ਜੂ ਕੰਮ ਦੱਸ छोटे भाई हां जी प्रौणे देखिया लगता बंदा देख लो भाई देख लो जेड़ा कल अपने घरे आया थी बचोला हां ਨਾ ਮੇਰੇ ਯਾਰ ਅਸੀਂ ਤੇਰੇ ਵਾਸਤੇ ਇੰਨਾ ਸਮਾਨ ਲਿਆ ਕੇ ਰੱਖਿਆ ਠੰਡਾ ਲਿਆ ਕੇ ਰੱਖਿਆ ਤੂੰ ਪਹਿਲੀ ਭੱਜਿਆ ਆ ਉਹ ਮੇਰਾ ਉਹਦਾ ਕੰਮ ਹੀ ਬਣਿਆ ਬਾਈ ਜੇ ਮੇਰਾ ਕੰਮ ਨਾ ਬਣੇ ਮੈਂ ਤਾਂ ਲੰਘ ਜਾਣਾ ਉਹਨਾਂ ਫਿਰ ਓਏ ਉਹਦਾ ਖਾ ਪੀ ਜਾਂਦਾ ਹੋਰ ਹੋਣਾ ਚਲ ਤੁਸੀਂ ਆ ਕਰ ਮੈਨੂੰ ਪੈਟਰੋਲ ਲਿਓ ਬਾਈ ਯਾਰ ਪੈਟਰੋਲ ਪੈਟਰੋਲ ਤਾਂ ਹੈਗਾ ਪਰ ਬਈ ਕੱਢਣ ਨੂੰ ਕੋਈ ਸਾਧਨ ਨਹੀਂ ਸਾਡੇ ਕੋਲ ਹੈਗਾ ਉਹ ਤਾਂ ਕਰ ਲਾਂਗੇ ਆਪਾਂ ਸਾਰਾ ਸਿੰਘੜ ਹੈਗੇ ਆਪਣੇ ਕੋਲੇ ਨਹੀਂ ਮੇਰੇ ਤਾਂ ਆਉਣਾ ਨਾਲ ਲੈ ਹੁੰਦਾ ਮੇਰੇ ਕੋਲ ਸਾਰਾ ਕੁਝ ਤੇ ਸੱਚ ਹਾਂ ਤੈਂ ਸਾਡਾ ਲੜ ਦੇ ਖੜ ਜਾ ਇੱਕ ਮਿੰਟ ਪੈਟਰੋਲ ਛੱਡ ਦੇ ਪਹਿਲਾਂ ਆਪਾਂ घरे बागी पर लानेदार नहीं घरे गया हजे तक की गल टोबे बाग गया ना ना सानू ए इधर चरण चोरन पहला घरे हजे गया नहीं पतंदर मैं घरे बागी पहला
ਤਾਂ ਦੇਖਿਆ ਤਾਂ ਨਹੀਂ ਹੈਗਾ ਹੈ ਇਹ ਤਾਂ ਗਾੜੀ ਬਸ ਭੱਜ ਗਈ ਉਹ ਕਹਿੰਦਾ ਭੋਲੇ ਜਾਂਦਾ ਮੈਂ ਇਹ ਗੱਲ ਕਿਤੇ ਜਾਂਦੀ ਆ ਉਹ ਭਈਆ ਭਰ ਗਈ ਦੇਖੀ ਇੰਨਾ ਤੇਲ ਨਹੀਂ ਹੈਗਾ ਇੱਥੇ ਕੋਈ ਨਾ ਬਸ ਮਰਿਆ ਹੋ ਗਿਆ ਤਾਂ ਮੈਂ ਮੈਨੂੰ ਕੱਟ ਕਰਨੇ ਵੀ ਜਾਣਾ ਹੋਰ ਮੇਰੇ ਯਾਰ ਆਪਣਾ ਕੰਮ ਬਣ ਗਿਆ ਹੈ ਕੋਈ ਨਹੀਂ ਕੋਈ ਨਹੀਂ बोतल बोतल टैंकी भर लूगा रोने की मंगराया वो कहन दी कहता मैं कहना चाहता भुगते हूँ भग इधर गया हूँ इधर ही पही मुड़े ना ही लंघ निशु सारे किते देख लिया किते नहीं लभ्या बापू दाणा मंडी भी जाए हाँ इतने गुरुद्वारे को भी जाए और किते नहीं दिखा मैनू तो बापू दस सारे पिंड च फिर ले भाभी किते नहीं मिले बापू ये दो मिनट आप आराम कर लिए मैं थक गई सारा पिंड गा गा के फिर देख दे अभी मेरा तो सर दुखन लग गया टेंशन ना पता नहीं बापू कितने होगा मंगे गया किधर यार किसे पास भी नहीं गया था की पता प्रौने आ किधर लंग गया कहते टिप्पी किन नहीं पा गया उधर टिप्पी वाले खेतों का नहीं उधर देख आने चल उधर चल दे हूं तो चल गिरा और हूं तो उही पासा रह और हूं उत्तर सुखे सुखे गोहां दा पट्ठा भर ली चंगा ਹੋਰ ਨੀ ਭੈਣੇ ਕਿਵੇਂ ਆ ਠੀਕ ਆ ਭੈਣੇ ਹੋਰ ਤੂੰ ਠੀਕ ਆ ਠੀਕ ਆ ਭੈਣੇ ਹੋਰ ਦੱਸ ਕੀ ਹਾਲ ਵਾਲ ਨੇ ਤੇਰੇ ਠੀਕ ਨੇ ਭੈਣੇ ਹਾਂ ਠੀਕ ਨੇ ਤੂੰ ਸੱਚ ਮੈਂ ਤੈਨੂੰ ਹੋਰ ਗੱਲ ਪੁੱਛਦੀ ਸੀ ਤੜਕੇ ਲੰਬਰਦਾਰਾਂ ਦੇ ਖੌਰੂ ਇਹਨਾਂ ਕਾਹਦਾ ਪੈ ਰਿਹਾ ਸੀ ਖੌਰੂ ਕੀ ਮੈਂ ਤਾਂ ਗੋਹੇ ਨੇ ਗੁਬੇੜਾ ਕਰ ਲਿਆ ਭੈਣੇ ਸਿੱਟਣ ਨੂੰ ਉਹਨਾਂ ਦੀ ਉਹਨਾਂ ਦਾ ਤਰਮਾਸਾ ਦੇਖਦੀ ਰਹੀ ਹਾਂ ਮੈਂ ਤਾਂ ਭੈਣੇ ਚ ਲੜਾਈ ਕੀ ਪਈ ਨਾ ਮੁੰਡਾ ਵਿੱਚੇ ਬੁੜੀ ਵਿੱਚੇ ਮੁੰਡਾ ਵਿੱਚੇ ਬਹੂ ਉਹਨਾਂ ਤਾਂ ਬੁੜੀ ਭੱਜ ਗਿਆ ਕਿਧਰੇ ਉਹਨਾਂ ਦਾ ਗੱਲ ਮੁੱਕਦੀ ਕਰ ਤੂੰ ਕਿੱਥੇ ਵਗ ਗਿਆ ਪਤਾ ਹੀ ਨਹੀਂ ਉਹ ਬੁੜਾ ਕੀ ਕਰੂਗਾ ਨੀਮਾ ਮਰ ਜਾ ਨੀ ਚੱਲ ਵਧੀਆ ਬਣੀ ਊਂ ਤਾਂ ਬਾਲੀ ਲੜਾਕੀ ਤੀ ਫਰੇਕ ਦੀ ਗੱਲ ਚੱਬ ਕੇ ਕਰਦੀ ਤੂੰ ਤਾਂ ਬੁੜਾ ਤਾਂ ਪਤੀ ਨਹੀਂ ਕਿੱਧਰ ਲੰਗੇ ਕਿੱਧਰ ਨਾ ਉਹ ਤਾਂ ਸਾਰਾ ਟੱਪਣ ਮਗਰ ਭੇਜਿਆ ਫਿਰਦਾ ਜੀ ਬੁੜੇ ਦੇ ਹਾਏ ਮੈਂ ਮਰ ਜਾ ਉਹ ਤਾਂ ਬਾਲੀ ਬੈਤਲ ਤੀ ਮੀ ਹੈ ਸੱਚ ਕਦੇ ਕਿਸੇ ਨਾਲ ਅੱਡਾ ਲਾ ਲੈਂਦੀ ਹੈ ਕਦੇ ਕਿਸੇ ਨਾਲ ਅੱਡਾ ਲਾਂਦੀ ਹੈ ਆਓ ਆ ਕੇ ਭੈਣੇ ਨਹੀਂ ਭੈਣੇ ਸੱਚ ਜਿੱਦੇ ਗੁਹਾਰ ਦੇ ਗੋਹਾ ਲਾਵੇਂਗੀ ਮੈਨੂੰ ਬੁਲਾ ਲਈ ਮੈਂ ਆਪੇ ਆ ਜੂੰਗੀ ਚੰਗਾ ਮੈਂ ਗੱਲਾਂ ਕਰਦੀਆਂ ਨੇ ਹੈ ਹੁਣ ਉਲਟੀਆਂ ਭਰੀ ਜਾ ਗੋਹਾ ਵੀ ਬਾਹਰ ਇਕੱਠਾ ਕਰ ਰੱਖਿਆ ਤਾਂ ਇਕੱਠਾ ਤਾਂ ਭੈਣੇ ਮੈਂ ਗੇੜ ਦੇਵਾਂਗੀ ਮੇਰੇ ਪਾਸੇ ਵਾਗੀ ਤੀ ਗੇੜ ਦੇਣੇ ਨਹੀਂ ਪਾਥੀਆਂ ਅੱਛਾ ਅੱਛਾ ਨਹੀਂ ਭੈਣੇ ਗੋਹਾ ਕਿਹੜਾ ਰਹਿੰਦਾ ਹੈ ਐਡਾ ਜਦੋਂ ਆਪਾਂ ਗੋਹਾ ਲਾ ਦਿੰਦੇ ਐਡੇ ਪਾੜ ਖੁੱਲ ਜਾਂਦੇ ਨੇ ਫੁੱਲ ਜਾਂਦੇ ਨੇ ਗੁਹਾਰੇ ਤਾਂ ਗੁਹਾਰੇ ਵੀ ਸੱਚੀ ਨਾ ਪਾਟਣ ਤੇ ਆਏ ਪਏ ਨੇ ਦੇਖ ਲੈ ਮੇਰੇ ਵੀ ਜੀ ਗੱਲਾਂ ਕਰਦੀਆਂ ਨੇ ਇਹਨਾਂ ਨੂੰ ਮੈਂ ਪੁੱਛਦੀਆਂ ਸਮਾਰ ਕੇ ਜਾ ਕੇ ਕੀ ਗੱਲ ਹੈ ਨੀ ਤੈਨੂੰ ਛਿੱਤਰ ਖਾ ਕੇ ਹਰੇ ਸਬਰ ਨਹੀਂ ਆਇਆ ਦੁਬਾਰੇ ਫੇਰ ਪੰਗੇ ਲੈਣ ਨੂੰ ਫਿਰਦੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਗਹਾਣਾ ਜਾ ਕੇ ਖੈਬਰਦੀ ਫਿਰਦੀਆਂ ਤੂੰ ਨਹੀਂ ਭੈਣੇ ਤੂੰ ਹੁਣ ਕਿਉਂ ਆਫਰੀ ਫਿਰਦੀਆਂ ਮੈਂ ਤੈਨੂੰ ਕੀ ਕਿਹਾਗਾ ਤੂੰ ਹੀ ਗੱਲ ਪੈਂਦੀ ਫਿਰਦੀਆਂ ਮੇਰੇ ਤੂੰ ਕੋਈ ਅੱਜ ਦੀ ਗੱਲ ਕਰ ਫਿਰ ਗਹਾਰੇ ਪੱਟੇ ਪਏ ਨੇ ਫਲਾਣਾ ਹੋਇਆ ਪਿਆ ਕੀ ਗੱਲ ਮੈਂ ਤੇਰਾ ਖਾ ਕੇ ਗਹਾਰ ਹੋਈਆਂ ਆਪਣੇ ਘਰ ਦੇ ਸਿਰ ਤੇ ਗਹਾਰ ਹੋਈਆਂ ਨਹੀਂ ਭੈਣੇ ਤੇਰੇ ਤੱਕ ਕਿਸੇ ਨੇ ਨਹੀਂ ਗੱਲ ਛੇੜੀ ਅਸੀਂ ਤਾਂ ਆਪਣੇ ਗੋਹੇ ਦੀ ਗੱਲ ਕਰੀ ਜਾਂਦੇ ਆ ਗੁਹਾਰ ਦਾ ਲਾ ਦਾਨੇ ਆ ਪਾਟ ਜਾਂਦਾ ਲਾ ਦਾਨੇ ਆ ਪਾਟ ਜਾਂਦਾ ਤੈਨੂੰ ਪਤਾ ਵੀ ਧੁੱਪ ਦਾ ਟਾਈਮ ਹੈ ਗੋਹਾ ਨਹੀਂ ਰਹਿੰਦਾ ਹੈਗਾ ਤੈਨੂੰ ਤਾਂ ਆਪਣੇ ਸ਼ੱਕ ਹੋ ਜਾਂਦਾ ਪਤਾ ਨਹੀਂ ਮੇਰੀਆਂ ਗੱਲਾਂ ਕਰਦੇ ਨੇ ਤੇਰੀਆਂ ਗੱਲਾਂ ਸਿੱਖਾ ਤੋਂ ਕਰਾਂਗੇ ਤੂੰ ਤਾਂ ਉਹੀ ਗੱਲ ਪੈਂਦੀ ਫਿਰਦੀ ਆ ਸੱਚੀ ਗੱਲ ਕਹਿਨੀ ਆ ਕਹਿੰਦੀ ਕਿਉਂ ਨਹੀਂ ਨਾ ਤਾਂ ਤੂੰ ਸਾਰੇ ਗੱਲਾਂ ਕਰਦੀ ਨਾ ਜਿਹੜੀ ਕੁੜੀ ਦਾ ਮੇਰੇ ਤੇ ਸਿਰ ਚੜਾ ਕੇ ਭੇਜਦੀ ਕੀ ਗੱਲ ਮੈਂ ਉਹਨੂੰ ਕੀ ਕਿਹਾ ਦੀ ਘਰ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਆ ਮੈਂ ਤੈਨੂੰ ਦੱਸਾਂ ਹੈ ਉਹ ਮੇਰੇ ਨਾਲ ਲੜਨ ਆਈ ਉਹਨੂੰ ਸੰਗ ਨਹੀਂ ਆਏਗੀ ਦੂਜੇ ਪਿੰਡੋਂ ਆ ਕੇ ਉਹਨੇ ਮੇਰੇ ਨਾਲ ਲੜਨ ਆਈ ਹੈ ਨਹੀਂ ਕਾਲਕ ਦੱਸਣੇ ਮੈਂ ਤਾਂ ਤੈਨੂੰ ਉਹੀ ਨਹੀਂ ਮੂੰਹ ਲਾ ਕੇ ਰਾਜੀ ਤੂੰ ਤਾਂ ਲੜਾਈ ਦਾ ਗੱਡਾ ਪਹਿਲਾਂ ਤਾਂ ਆਪਦਾ ਖਸਮ ਲੜ ਕੇ ਘਰੋਂ ਕਰਤਾ ਮੂੰਹ ਆ ਜਾਂਦੇ ਤੈਨੂੰ ਮੇਰੇ ਖਸਮ ਨੂੰ ਆਏ ਨੂੰ ਆਏ ਮੇਰੇ ਖਸਮ ਨੂੰ ਅੰਬ ਲੈਣੇ ਨੇ ਤੂੰ ਜੰਮੇ ਹੱਥ ਮੇਰੇ ਨਹੀਂ ਆ ਮੇਰੇ ਜਮੀ ਹੋਏ ਤੈਨੂੰ ਮਾਰੀ ਮੈਨੂੰ ਕੋਦੇ ਨੂੰ ਉੱਤੇ ਮੇਰੀ ਬਾਤ ਹੋੜੀ ਨਹੀਂ ਆ ਜਾ ਕੇ ਦੇਖੀ ਜਾਨੀ ਐ ਨਹੀਂ ਆ ਜਾ ਕੁੜੀਆ ਜਦੋਂ ਮਾਰਤੀ ਫੇਰਾਂ ਮੈਂ ਕਿ ਤੂੰ ਮੈਂ ਮਰ ਜਾਏ ਨੇ ਫੇਰ ਜੱਫਾ ਪਾ ਲੈਣ ਤਾਂ ਮੈਂ ਦੱਸਦੀ ਆ ਚ ਮੈਂ ਇਸ ਮਾਰਜੇ ਨੂੰ ਇਹਨੇ ਦੁਖੇ ਦੇ ਰੱਖਿਆ ਇਹੀ ਕੰਮ ਹੋ ਗਿਆ ਰੋਜ਼ ਦਾ ਉਹ ਮਰ ਨਹੀਂ ਉਦੋਂ ਕਰ ਲਈ ਕੀ ਕਰੇ ਖਰਚਾ ਨਹੀਂ ਤੂੰ ਨਾ ਮੇ ਜੰਬੜੀ ਫੜ ਲੈ ਜੰਬੜੀ ਫੜ ਕੇ ਜਾ ਮਾਰੀ ਨਹੀਂ ਫੜ ਕੇ ਜਾ ਖਰਚਾ ਨਹੀਂ ਖਰਚਾ ਖਰਚਾ
ਲਿਆ ਮਾਰਤੀ ਲੈ ਛਡਾਵਾਂ ਜਾ ਕੇ ਦੇਖੀ ਲੈ ਖੜ ਜਾ ਨਹੀਂ ਛੱਡ ਦੋ ਕਿਉਂ ਮਾਰੋਗੇ ਇਹਨੂੰ ਗਾਲ ਪੈ ਜੂਗੀ ਛੱਡ ਦੋ ਛੱਡ ਦੋ ਕੋਈ ਨਾ ਨਹੀਂ ਛੱਡ ਦੋ ਰੋਜ਼ ਵੀ ਕੰਮ ਹੋ ਰਿਹਾ ਘਰ ਹੋ ਜਾਂਦਾ ਇਹਦਾ फिर टक्कर मेनू कली मैं फिर पूछूंगी दो हो गया ना मामा तीन ता करके हूँ सिर चढ़ दूंगा मेरे शर्म नहीं आती सोनू भोरा भी कोई नहीं मैं घरे आयो जिन्ना दसा साढ़े बंद थोड़ी गुतनी ना पढ़ाई तुम की जाओ गिया जमी तुम ने शर्म ला रखी है बेशर्म तीवियां ने है हद हो रही है सोडी वाली तो किमें घेरिया कलिया जानिया ने कंजरिया ने बाली भी पट ली मेरी बेशर्म तीवियां हो ना यह जहा जी करता है जे मेरे नाल बुरा लगे मैं थाने का पट दिया मेरे सौकना भी तो सू खड़ाव पुलिस चा मेरी सुने भी कोई मैं तो ऐ कह दूंगा खानी तू ही माड़िया है मेरी कड़ा सुनूंगा वो जो दसूंगी हाई नी मारती ने पुती दिया ने पेड़ी बैठी वाली ने हाय हाय कली कली मेरे सौकना ने नहीं पिछे पिछे बार तो हरेक ही कर जाता मेरे मूर दी आउंदियां फिर देख दी मैं सुबाता तां दी जे बकरे मंगना मेरे सौकना ढा लैंदी कोई नहीं कई तो फसूंगी आईया बाड़ा तो सोड़े नाल ही है मेरा भी रब्बा थक गए ਭਾਬੀ ਵਧੀਆ ਗੱਲ ਹੀ ਆ ਜੇ ਬਾਪੂ ਘਰੇ ਆ ਜੇ ਹਨਾ ਨਹੀਂ ਬਾਪੂ ਤਾਂ ਵਧੀਆ ਗੱਲ ਆ ਜੇ ਪਰ ਮੈਨੂੰ ਤਾਂ ਇਹ ਦੋਨਾਂ ਦੀ ਟੈਨਸ਼ਨ ਪਈ ਆ ਹੋਰ ਸਾਲੇ ਭਣੋਈਏ ਦੀ ਕਿਉਂ ਭਾਬੀ ਨਹੀਂ ਕਿਉਂ ਕੀ ਮੈਂ ਤਾਂ ਐਂ ਡਰ ਹਾਂ ਕਿਤੇ ਪੀਣ ਨਾ ਬਹਿ ਜਾਣ ਖੇਤ ਜਾ ਕੇ ਸਹੀ ਗੱਲ ਆ ਭਾਬੀ ਇਹ ਗੱਲ ਦੀ ਵੀ ਕੋਈ ਤਵਾਰ ਹੀ ਨਹੀਂ ਹੈਗੀ ਫਿਰ ਹੁਣ ਕੀ ਕਰੀਏ ਭਾਬੀ ਨਹੀਂ ਮੈਂ ਤਾਂ ਕਹਿੰਦੀ ਹਾਂ ਆਪਾਂ ਵੀ ਚੱਲਦੇ ਹਾਂ ਖੇਤ ਵੀਰੋ ਤਾਂ ਕਹਿੰਦਾ ਘਰੇ ਭਾਗ ਜਾਓ ਨਹੀਂ ਉਹ ਤਾਂ ਬਹੁਤ ਕੁਛ ਕਹੂਗਾ ਮੈਨੂੰ ਉਹਦਾ ਜਮਾਂ ਵੀ ਭਰੋਸਾ ਨਹੀਂ ਹੈਗਾ ਕੀ ਪਤਾ ਉੱਥੇ ਬੈਠ ਕੇ ਝੁਲਸਣ ਲੱਗ ਜੇ ਆਪਾਂ ਵੀ ਚੱਲਦੇ ਟਿੱਬੀ ਵਾਲੇ ਖੇਤ ਦੇਖੀਓ ਜਿਹੜਾ ਕੁਛ ਹੋਊਗਾ ਚੱਲ ਭਾਬੀ ਚੱਲ ਮੁੜ ਫਿਰ ਛੇਤੀ ਆ ਜਾ ਭਾਬੀ ਬਾਪੂ ਲੱਭਦਾ ਜਾਊਗਾ ਨਾ ਨਹੀਂ ਲੱਭ ਜੂਗਾ ਤੂੰ ਕਾਹਨੂੰ ਟੈਨਸ਼ਨ ਲਿੱਤੀ ਆ ਆਪਾਂ ਵੀ ਜਾ ਕੇ ਦੇਖਦੀ ਹਾਂ ਹੁਣ ਭਾਬੀ ਹੁੰਦੀ ਹੋਈ ਆ ਮਾਂ ਪਿਓ ਦੀ ਟੈਨਸ਼ਨ ਤਾਂ ਪਹਿਲਾਂ ਬੇਬੇ ਨੇ ਦੇਖ ਲਾ ਕੀ ਕੁਛ ਕਰਕੇ ਰੱਖਿਆ ਸੀ ਘਰੇ ਨਹੀਂ ਤੂੰ ਬੇਬੀ ਤਾਂ ਕੋਈ ਗੱਲ ਹੀ ਨਾ ਕਰ ਮੇਰੇ ਤਾਂ ਦਿਮਾਗ ਚੱਕਿਆ ਜਾਂਦਾ ਉਹਦੇ ਨਾਂ ਹੀ ਸੁਣ ਕੇ ਮੇਰੇ ਤਾਂ ਜੀ ਨਹੀਂ ਲੱਗਦਾ ਭਾਬੀ ਕਿਤੇ ਵੀ ਨਹੀਂ ਤੇਰਾ ਕੀ ਮੇਰਾ ਤਾਂ ਆਪ ਇਹ ਹਾਲ ਹੈ ਚੱਲ ਚੁੱਪ ਕਰ ਜਾ ਹੁਣ ਜਾ ਕੇ ਦੇਖੀਏ ਚੱਲ ਭਾਬੀ ਯਾਰ ਕਿੱਧਰ ਗਿਆ ਲਾਣੇਦਾਰਾ ਹੈ ਸਾਰੇ ਕਿਤੇ ਦੇਖਿਆ ਸੀ ਪਹੀ ਮੁੜਿਆ ਤੇ ਉਧਰੋਂ ਉਹ ਹੈ ਗੱਲ ਤਾਂ ਕੋਈ ਨਾ ਕੋਈ ਹੈਗੀ ਆ ਘਰੋਂ ਹੀ ਨਹੀਂ ਆਇਆ ਹੈਗਾ ਉਹ ਮੈਨੂੰ ਕਹਿੰਦਾ ਮੈਂ ਭੋਗ ਤੇ ਜਾਂਦਾ ਮੁੰਡੇ ਕਹਿੰਦੇ ਇਹ ਮੈਸ ਦਿਮਾਗ ਰਾਇ ਦੱਸ ਗੱਲ ਕੀ ਹੈ ਇਹਦੇ ਮਾਂਗਰ ਲੱਗ ਬੁੜੇ ਦੇ ਉਹਨੂੰ ਵੀਰੂ ਹੋਰੋ ਕਿਸ ਨਾਲ ਉਤਕਾਲਿਆ ਹੈ ਨਾ ਉਧਰੋਂ ਗੱਲ ਹੈ ਓਏ ਉਰੇ ਕਾ ਤੋ ਖੜਾ ਤੀ ਪਰੌਣੇ ਆ ਕੋਈ ਨਹੀਂ ਦੱਸ ਜਾ ਵੀ ਕੁਛ ਪਾਲ ਦੇ ਪਾਪਾ ਹਣ ਹੁਣ ਕੀ ਪਾਲੇਗਾ ਤੂੰ ਖੜ ਜਾ ਹਾਏ ਦੇਖ ਓਏ ਉਹ ਕਿੱਧਰ ਲੰਘ ਗਿਆ ਤੈਨੂੰ ਗਿਆ ਆ ਜਾ ਹੁਣ ਓਏ ਆ ਗਿਆ ਇੱਕ ਮਿੰਟ ਖੜ ਜਾ ਹੁਣ ਐਡੀ ਕੀ ਭੈਰ ਮੇਰੇ ਤੈਨੂੰ ਆ ਪਈ ਓਏ
ਮੰਗੇ ਓਏ ਉਰੇ ਆ ਭੱਜ ਕੇ ਆ ਜਾ ਭੱਜ ਕੇ ਆ ਗਿਆ ਭੱਜ ਕੇ ਆ ਜਾ ਭੱਜ ਕੇ ਓਏ ਆ ਕਿਵੇਂ ਲੱਕ ਜਾ ਫੜੀ ਆਉਣਾ ਤੂੰ ਉਹ ਖੜਦਾ ਵੀ ਦੱਸੂਗਾ ਭੱਜ ਕੇ ਉਸ ਖਾ ਲਿਆ ਉਹ ਨਾ ਨਾ ਹੂੰ ਸੋਡੀ ਦੇ ਓਏ ਆਦਾ ਰੰਗੇ ਲਾਤੇ ਤੈਂ ਹੋਰ ਤਾਂ ਹੀ ਤੈਨੂੰ ਕਹਿ ਰਿਹਾ ਸੀ ਵੀ ਆ ਜਾ ਆ ਜਾ ਲੈ ਕਮਾਲ ਕਰਤਾ ਲਿਆ ਫਿਰ ਹੁਣ ਬੈਠੀਏ ਬਸ ਬਹਿ ਜਾ ਸਾਰੀ ਆਪਣਾ ਜਿੱਥੇ ਮਰਜ਼ੀ ਬਹਿ ਜਾ ਓਏ ਉਰੇ ਜੇ ਬਹਿ ਜਾ ਨੇ ਆ ਜਾ ਉਰੇ ਆ ਜਾ ਪਾਣੀ ਦੇ ਲਵੇ ਇੱਥੇ ਹੋ ਜਾ ਇਮਲੇ ਪਾਣੀ ਪੂਣੀ ਵੀ ਘੁੱਟ ਭਰ ਲਿਆ ਕਰਾਂਗੇ ਬਾਅਦ ਚ ਗਲਾਸ ਗਲੂਸ ਉਹ ਵੀ ਲਿਆਉਂਦੇ ਆ ਇਹ ਫੜ ਪਹਿਲਾਂ ਆਏ ਹਾਏ ਓਏ ਲਿਆ ਗਿਰਾਂ ਭੱਜ ਕੇ ਆ ਗਏ ਭਾਬੀ ਦੇਖੀ ਮੈਂ ਤਾਂ ਇਹ ਖੇਤ ਕਦੇ ਨਹੀਂ ਆਈ ਹੈਗੀ ਦੇਖੀ ਮੈਂ ਤਾਂ ਪੈਰ ਦੁਖਣ ਲੱਗ ਗਏ ਨਾਲੇ ਇੰਨੀ ਗਰਮੀ ਹੈਗੀ ਆਪਾਂ ਘਰੇ ਮੁੜ ਚੱਲਦੇ ਹਾਂ ਭਾਬੀ ਨਹੀਂ ਇੰਨੀ ਗਰਮੀ ਕਿੱਥੋਂ ਆ ਹਵਾ ਚੱਲੀ ਤਾਂ ਜਾਂਦੀ ਹੈ ਹਲੇ ਵੀ ਤੈਨੂੰ ਗਰਮੀ ਲੱਗੀ ਜਾਂਦੀ ਹੈ ਨਾਲੇ ਭਾਬੀ ਸਿਖਰ ਦੁਪਹਿਰਾ ਹੋ ਰਿਹਾ ਦੇਖੀ ਹਵਾ ਵੀ ਕਿਵੇਂ ਚੱਲਦੀ ਆ ਜੇ ਕੋਈ ਭੂਤ ਭਾਤ ਆ ਗਿਆ ਫਿਰ ਕੀ ਕਰਾਂਗੇ ਨਹੀਂ ਤਾਂ ਮੈਨੂੰ ਵੀ ਨਾ ਡਰਾਈ ਚੱਲ ਦੇਖੇ ਲਵੇ ਲਾਉਣੇ ਕੋਈ ਵੀ ਨਹੀਂ ਦਿਖਦਾ ਭਾਬੀ ਜੇ ਕੋਈ ਆ ਗਿਆ ਫਿਰ ਤੂੰ ਟਿਕਦੀ ਨਹੀਂ ਹੈਗੇ ਥੱਪੜ ਮਾਰੋ ਚੁੱਪ ਕਰ ਜਾ ਭਾਬੀ ਦੇਖੀ ਮੈਨੂੰ ਲੱਗਦਾ ਆਪਣੇ ਪਿੱਛੇ ਕੋਈ ਆ ਰਿਹਾ ਦੇਖੀ ਇਹ ਨਾ ਕਹਿ ਮੈਨੂੰ ਡਰ ਲੱਗਦਾ ਨਹੀਂ ਬਾਪੂ ਨੂੰ ਲੱਭ ਲਈਏ ਬਸ ਮੈਂ ਤਾਂ ਫਿਕਰ ਹੋਈ ਪਈ ਆ ਭਾਬੀ ਹਵਾ ਦੇਖ ਲਾ ਕਿਵੇਂ ਚੱਲਦੀ ਆ ਮੈਨੂੰ ਡਰ ਬਹੁਤ ਲੱਗ ਰਿਹਾ ਤੂੰ ਘਰੇ ਚੱਲ ਪਾ ਮੈਂ ਕੁੱਟੂ ਤੇਰਾ ਚੁੱਪ ਕਰ ਜਾ ਹੁਣ ਜੇ ਤੂੰ ਹੁਣ ਬੋਲੀ ਜਾਵਾ ਵੀ ਭਾਬੀ ਤੂੰ ਦੇਖ ਮਾੜਾ ਬਾਪੂ ਦਿਖਦਾ ਕਿਤੇ ਨਾ ਭਾਬੀ ਤੂੰ ਪੁੱਤਾਂ ਨੂੰ ਨਾ ਦੇਖ ਬਾਪੂ ਨੂੰ ਦੇਖ ਲਾ ਜਾਂ ਉਹਨਾਂ ਨੂੰ ਦੇਖ ਲਾ ਕਿੱਥੇ ਫਿਰਦੇ ਨੇ ਉਹ ਨਾ ਭਾਬੀ ਕੋਈ ਨਹੀਂ ਦਿਖ ਰਿਹਾ ਲਵੇ ਲਾਉਣੇ ਮੈਨੂੰ ਪਰਾਉਣਾ ਹੋਵੇ ਤਾਂ ਇਹ ਜਿਹਾ ਹੋਵੇ ਤੇਰੇ ਵਰਗਾ ਦੇਖ ਲੈ ਕੰਮ ਕਿਹੜੇ ਫਿਰ ਜਮਾ ਟੈਨਸ਼ਨ ਨਾ ਲੈ ਜਮਾ ਟੈਨਸ਼ਨ ਨਾ ਲੈ ਕੰਮ ਦੇਖ ਲੈ ਕਿਹੜੇ ਫਿਰਦੇ ਤੇ ਯਾਰ ਕਰ ਰਹੇ ਆ ਕਿਹੜੇ ਪਤਾ ਕੀ ਆ ਨਾ ਹੁਣ ਦੇਖ ਬਾਪੂ ਨੂੰ ਭਾਲਣਾ ਹਾਂ ਪਹਿਲਾਂ ਭਾਲਣ ਜੋਗੇ ਹੋ ਜਾਈਏ ਹੋਰ ਮੇਰੀਆਂ ਤਾਂ ਆਪ ਲੱਤਾਂ ਲੱਗ ਗਈਆਂ ਪਤਾ ਕੀ ਆ ਮੇਰਾ ਫਿਰ ਕੁਝ ਸੋਚ ਹੀ ਨਹੀਂ ਹੁੰਦੀ ਫਿਰ ਘੁੱਟ ਘੁੱਟ ਜੀ ਪਾ ਗਈ ਅੰਦਰ ਜ਼ਿਆਦਾ ਨਾਲੇ ਹੁਣ ਵਧੀਆ ਫੇਰਾ ਤੋਰਾ ਹੋ ਜੂਗਾ ਲੱਭ ਕੇ ਮੁੜਾਂਗੇ ਹੁਣ ਲੈ ਦੱਸ ਕਿਹੜੇ ਕਿ ਪਾਵਾਂ ਮਤਲਬ ਪਾਣੀ ਥੋੜੀ ਪਾਉਣਾ ਨਾ ਮੈਂ ਤਾਂ ਬਸ ਚਲੋ ਫੇਰ ਕੀ ਹੁੰਦਾ ਬਸ ਬਸ ਐਤਕੀ ਰੰਗ ਜਿਹਾ ਹੋਰ ਲੋਡ ਜਿਹਾ ਹੋ ਗਿਆ ਸਮਾਨ ਦਾ ਕੀ ਪਤਾ ਕੱਚਾ ਰਹਿ ਗਿਆ ਥੋੜਾ ਜਿਹਾ ਅੱਛਾ ਹੋਰ ਵਿੱਚ ਲਾਣ ਪੈ ਗਿਆ ਥੋੜਾ ਜਿਹਾ ਮੇਰੇ ਤੋਂ ਫੜਾ ਉਹ ਫੜਾ ਤੂੰ ਮਰਾ ਉਹ ਕਿੱਧਰ ਲੰਘਿਆ ਤੂੰ ਸਾਰੇ ਭਾਲ ਲੈ ਮਤਾ ਯਾਰ ਉਹ ਤੂੰ ਉਰੇ ਵੀ ਆ ਗਿਆ ਹੋਏ ਹੈ ਹੋਰ ਆ ਐ ਦੱਸ ਪਹਿਲਾਂ ਮੈਨੂੰ ਹਾਂ ਨਾ ਉਰੇ ਕੀ ਧੱਕੇ ਖਾਣ ਆਇਆ ਤੂੰ ਹੁਣ ਕਿਵੇਂ ਚੱਲ ਪਈ ਉਹ ਤਾਂ ਕਹਿੰਦਾ ਚੱਲਦੀ ਨਹੀਂ ਹੈਗੀ ਉਹ ਤਾਂ ਮੈਨੂੰ ਤੇਰੇ ਸਾਡੇ ਮੁੰਡੇ ਮਿਲੇ ਨੇ ਨਾਲੇ ਦੇ ਉੱਪਰ ਮੁੰਡੇ ਮਿਲੇ ਦੇ ਹਾਂ ਉਹ ਤਾਂ ਕਿਹਾ ਤਾਂ ਨਹੀਂ ਕੁਛ ਉਹਨਾਂ ਨੂੰ ਨਹੀਂ ਨਹੀਂ ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ ਹੈਗਾ ਹਾਂ ਉਹ ਤਾਂ ਮੈਂ ਤੇਲ ਲਿਆ ਪਾ ਕੇ ਉਹਨਾਂ ਤੋਂ ਪਊਏ 'ਚ ਅੱਛਾ ਹਾਂ ਹੁਣ ਤੂੰ ਐਂ ਕਰ ਮੇਰੇ ਮਾਂ ਦਾ ਬੜ ਚੱਲੀਏ ਪਾ ਜਾ ਉਹ ਮੈਂ ਨਹੀਂ ਜਾਂਦਾ ਭਾਈ ਕੀ ਗੱਲ ਆ ਨਹੀਂ ਮੈਂ ਭੋਗ ਤੇ ਜਾਣਾ ਤੈਨੂੰ ਕਿਹਾ ਤਾਂ ਮੈਨੂੰ ਪਤਾ ਤੁਹਾਡੀ ਘਰੋਂ ਮੈਂ ਇਸ ਭੱਜੀ ਹੋਈ ਆ ਘਰੇ ਬਾਗੀ ਵਿੱਚ ਮੈਂ ਤਾਂ ਇਹ ਚੱਲਦੇ ਆਪਾਂ ਕਿਸੇ ਪਾਸੇ ਉਹ ਨਹੀਂ ਮਤਲਬ ਮੈਂ ਭੋਗ ਤੇ ਜਾਣਾ ਮੈਂ ਤਾਂ ਦਮ ਲੈਣ ਲੱਗੇ ਦੀ ਬਿੰਦ ਘੋਰੇ ਹੋਰ ਹੁਣ ਕਮਾਲ ਦੇ ਇਹਨਾਂ ਨੂੰ ਕਿਵੇਂ ਸਮਝਾਵਾਂ ਮੈਂ ਹੋਰ ਉਹ ਤੂੰ ਮੇਰੀ ਗੱਲ ਸੁਣਾ ਮੈਂ ਜਾਣਾ ਮੈਂ ਤਾਂ ਉਹ ਤੂੰ ਮੇਰੇ ਮਾਂ ਕਰਦਾ ਬੈਠਾ ਮੈਨੂੰ ਤੇਰਾ ਪਤਾ ਤਾਂ ਕਿਹੜੇ ਭੋਰੇ ਨਾਲ ਮੈਨੂੰ ਤੇਰਾ ਸਾਰਾ ਪਤਾ ਵੀ ਕੀ ਗੱਲ ਬਾਤ ਆ ਤੂੰ ਮੇਰੇ ਮਾਂ ਕਰਾ ਜਾ ਲੈ ਵੀ ਲੈਣਾ ਤੇ ਰਾਜਾ ਕਰਾਂ ਇਹ ਮੋਟਰ ਆਪਣੇ ਰਿਸ਼ਤੇਦਾਰ ਦੀ ਹਾਂ ਤੈਨੂੰ ਡਰ ਨਹੀਂ ਉਰੇ ਕੋਈ ਵੀ ਹੈ ਮੈਂ ਉਹਨੂੰ ਫੋਨ ਕਰਦਾ ਬੁਲਾਉਣਾ ਕਰਕੇ ਚਾਬੀ ਉਰੇ ਪਈ ਹੋਣੀ ਮਤਲਬ ਦੇਖਦੇ ਹਾਂ ਬਜਾ ਉਰੇ ਮੈਂ ਤੇਰਾ ਚਾਹ ਪਾਣੀ ਦਾ ਸਾਰਾ ਕਰਦਾ ਇੰਤਜ਼ਾਮ ਹੈ ਹਾਏ ਹਾਏ ਹੋਏ ਤੈਨੂੰ ਉਰੇ ਕੋਈ ਫਿਕਰ ਨਹੀਂ ਹੈਗਾ ਦੇਖ ਮੇਰੀ ਹੁਣ ਗੱਲ ਥੱਲੇ ਸਮਾਰ ਕੇ ਬਿਆ ਸਮਾਰ ਕੇ ਪਰਵਾਹ ਨਾ ਕਰਦੀ ਵੀ ਤੂੰ ਮੇਰੇ ਹੁੰਦੇ ਹਾਏ ਹਾਏ ਗੋਡੇ ਦੁਖਦੇ ਨੇ ਰਿਸ਼ਤੇ ਰੁਸ਼ਤੇ ਤਾਂ ਵਾਧੂ ਕਰਾਉਂਦੇ ਆਪਾਂ ਹਾਂ ਜੇ ਕੰਮ ਅੜਿਆ ਦੇਖਿਆ ਆਪਾਂ ਉਹ ਵੀ ਕਰਦੇ ਹਾਂ ਗੱਡਾ ਠੀਕ ਆ ਹੈਂ ਠੀਕ ਆ ਤੇਰਾ ਕੀ ਤੇਰਾ ਮਨ ਮੰਨਦਾ ਕਹਿੰਦਾ ਕਿਸ ਪਾਸੇ ਉਹ ਦੇਖ ਲੈ ਭਾਈ ਤੂੰ ਜਿਵੇਂ ਤੈਨੂੰ ਚੰਗੀ ਲੱਗਦੀ ਹੈ ਸ਼ੁਕਰੀ ਕਰ ਲਾ ਮੈਂ ਤਾਂ ਤੇਰੇ ਕਹਿ ਪ੍ਰਾਂ ਕਰ ਤੂੰ ਬੈਠ ਰਹੇ ਠੀਕ ਆ ਮੈਂ ਨਾਲ ਲੱਗ ਵੀ ਇਹਦਾ ਉਰੀ ਘਰ ਆ ਉਹ ਸਾਹਮਣੇ ਇੱਥੇ ਆਸੇ ਪਿੰਡ ਅੱਛਾ ਮੈਂ ਚਾਹ ਪਾਣੀ ਦੇ ਲੈ ਕਰਨਾ ਚਾਬੀ ਫੜ ਲਿਆ ਮੈਂ ਤੂੰ ਲੈ ਐ ਕਰ ਲੈ ਉਹਦਾ ਮਨ ਕਰੇ ਕੋਰੀ ਇਹ ਜਿਹੇ ਕਿਹੜਾ ਉਰੇ ਕੜੂ ਕਰੋ ਹੁਣ ਚੱਲ ਲਿਆ ਤੂੰ ਚਾਬੀ ਲੈ ਜਾਣਾ ਮੈਂ ਤੂੰ ਬੈਠ ਰਹੇ ਪਾਣੀ ਪੂਰੀ ਜਾ ਖੇਲ ਚ ਪੀ ਰਿਓ ਕੋਈ ਨਾ ਪੀ ਲੂੰ ਤੂੰ ਜਾ ਗਾਹਾਂ ਨਾ ਦੱਸੀ ਕਿਸੇ ਨੂੰ ਨਾਲੇ ਵੀ ਕਿੱਥੇ ਆ ਓਏ ਨਹੀਂ ਮੇਰੇ ਆਪਾਂ ਨੇ ਕੀ ਦੱਸ ਨਾ ਕਰ ਕੋਈ ਮੂੰਹ ਮਾਰ ਦੇਂਗੇ ਤੇ ਤੇਰਾ ਪਤਾ ਨਹੀਂ ਆਹੋ ਐ ਕਰ ਦੇਵਾਂ ਕੁਛ ਖਾਣ ਖੁਣ ਨੂੰ ਨਾ ਜੇ ਹੈਗਾ ਦੇ ਦੇ ਭੋਰਾ ਚੱਬ ਲੂੰਗਾ ਲੈ
छोले खा लीजिए ठीक है। कोई ना कोई मैंने कोई बन के आना हो किसी पास। चंगा फिर ओए आ करी छेती आ जी माड़ा जा मैं तो क्या ते आया बस आहो कते तेरा की पता ओ नहीं नहीं पलान सिटे जाके ओडा दी कदी मंगू ले भी ते आ गया साहब तेरे हुन आप ऐ चल इधर हाय पब्बी गर्मी किन्नी आ किते भी नहीं दिख रहे हैगे नहीं हां कुड़े में ताप नहीं दिख रहे पब्बी आ स्कूटरी अपनी नहीं लगदी ते मेनू भी है नंबर भी होई है पब्बी हाय रब्बा रज्जे बैठे ने पब्बी ए ता चल एन ता आपा दस दिया बैठे ने फिट डके वे आ की करदे इथे बैठे वे शर्म कर लो आ इथे बैठे हो तुस ते बापू नु लभण आए सीगे किथे आ बापू माड़ी मोटी फिकर कर लिया करो बापू दी भी हां फिकर ना कर बंदे तो पुछ ले बीड़ी वाले दो और पुछ लांगे हुण वे केड़े बीड़ी वाले दी गल करदे हो इथे तुसी बापू नु लभण आए सीगे हां हां बापू दा पुछ लिया सारा काम बापू दी सलाह नाल कर रहे हां 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 बापू कुछ नहीं कहना वो कहना कर लो हां पब्बी आ की बॉल मारी जांदे ने कोई सुरत नहीं हैगी इन्हां नु तां नहीं होर मैं तो आप शशो पंच भी इन्हों घरे कि लेके जावा अगे तो बापू इन्हों रेड़े च पाके लै जाता सी अस तो बापू भी नहीं हैगा और पापी हुण की करिए करना करोना की आसी आ जाओ कुट तुसी भी लाओ बैठो आयो आ देगा निशु ही सोटे हो की हुआ कोई नहीं लै लवानी है पेट तक थन तिंदे फेरे दे पर इन देखो हां वे की गल तेरे पीछे सारा ना मैं लड़दी फिरदी है किन्नी बार बेबे तो मैं इन्ना कुछ कह लिया तू नहीं टिकदा जी करदा ना कुत्ता तेनू सीधा हो गया खर्चा तू भी तू भी मरना उठ 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 खड़े दिता होगे सिद्धा मसा मच्छी जल च बसे तेरे कालिया
ਉਹਨੂੰ ਕਰਦਿਆਂ ਫੋਨ ਕਰਤਾਰੇ ਨੂੰ। ਹਾਂ ਚੱਕੋ ਚੱਕੋ ਜਾ ਰਹੀ ਬੈਲ ਜਾ ਰਹੀ। ਹਾਂ ਕਰਤਾਰੇ ਕੀ ਹਾਲ ਆ ਭਾਈ ਤੇਰਾ? ਹਾਂ ਹਾਂ ਕਾਲਾ ਬੋਲਦਾ ਮੈਂ ਧਨੌਲੇ ਵਾਲਾ। ਅੱਛਾ ਉਹ ਤਾਂ ਮੈਂ ਤੇਰੇ ਪਿੰਡ ਵਿੱਚ ਲੰਘਿਆ ਜਾ ਰਿਹਾ ਸੀ ਹੁਣ ਯਾਰ, ਉਹ ਨਾਲੇ 'ਤੇ ਕਹਿੰਦਾ ਇੱਕ ਆਪਣਾ ਕੁੱਤੀ ਸੂਰੀ ਆ ਕੋਈ। ਹਾਂ ਹਾਂ ਉਹ ਕੰਮ ਤਾਂ ਆਇਆ ਮੇਰੇ ਯਾਰ, ਰੋਟੀਆਂ ਦੇ ਪੰਜ ਚਾਰ ਕਪੋਣੇ 'ਚ ਪਾ ਕੇ ਖੜ ਜਾ ਬਾਹਰ 'ਚ ਆ ਗਿਆ ਬਸ ਮੈਂ। ਉਹ ਆਇਆ ਮਹਾਂ ਜਾਨਵਰ ਦਾ ਪੁੰਨ ਹੁੰਦਾ ਹੋਰ ਹੈ ਨਾ, ਠੀਕ ਆ ਆ ਗਿਆ ਬਸ ਮੈਂ। ਬਸ ਚਾਰ ਪੰਜ ਕੁ ਬੰਨਦੇ ਪੌਣੇ 'ਚ, ਮੈਂ ਹੁਣ ਲੈ ਜਾਣਾ ਜਾਂਦਾ ਜਾਂਦਾ, ਮੈਂ ਤਾਂ ਅੱਗੇ ਜਾਣਾ ਹੋਰ, ਮੈਂ ਪਾਲਟੀ ਕੋਲ ਜਾਣਾ ਕਿਸੇ ਕੋਲ। ਠੀਕ ਆ ਓਕੇ ਓਕੇ ਲੈ ਜੀ ਬਣ ਕੇ ਕੰਮ ਤੇਰੇ ਆਪਾਂ। ਪਤਾ ਨਹੀਂ ਕਿਹੜੇ ਵੇਲੇ ਕਿੱਥੇ ਗਈਆਂ ਨੇ, ਨਿਕਲੀਆਂ ਉੱਧੜੀਆਂ, ਹੁਣ ਤੱਕ ਨਹੀਂ ਘਰੇ ਵੜੀਆਂ ਹੈਗੀਆਂ, ਕਦੋਂ ਦੀ ਉਡੀਕਣ ਲੱਗ ਰਹੇ ਉਹਨਾਂ ਨੂੰ ਅੰਦਰ ਵੜ ਕੇ। ਭੱਜ ਆ ਖੜੀ ਆ ਭੈਣ ਤਾਂ, ਨਹੀਂ ਭੈਣੇ ਖਾਸੀ ਵੱਧਦਾ ਵਾ, ਸੜ ਤਾਂ ਨਹੀਂ ਵੱਜੀ ਤੇਰੇ? ਮੈਂ ਤਾਂ ਘਰੇ ਤਾਂ ਹਲਾ ਧਰ ਕੇ ਮਹਾਲੇ ਪਤਾ ਨਹੀਂ ਮੈਂ ਭੈਣ ਦਾ ਜਾ ਕੇ, ਸੜ ਤਾਂ ਨਹੀਂ ਵੱਜੀ ਤੇਰੇ, ਖਾਸੀ ਵੱਧਦਾ ਵੱਧ ਗਿਆ ਤੁਹਾਡਾ ਤਾਂ। ਹੈ ਦੇਖ ਲੈ ਕਿਵੇਂ ਮੈਨੂੰ ਚਤਰਾਈਆਂ ਨਾ ਪੁੱਛਦੇ ਤੌਲੀ ਜੀ, ਹੈਂ ਸਾਰੇ ਤਾਂ ਕੰਡੇ ਤੇਰੇ ਬੀਜੇ ਹੋਏ ਨੇ, ਕੰਨ ਤਾਂ ਤੂੰ ਭਰ ਕਈ ਪਟਵਾਰਨ ਦੇ, ਸਾਰਾ ਸਾਡੇ ਘਰ ਬਾਰੇ ਦੱਸ ਗਈਆਂ, ਮੈਨੂੰ ਤਾਂ ਬੁੜੇ ਕਿੱਥੇ ਵਾ ਗਿਆ ਕਿੱਥੇ ਨਹੀਂ ਗਿਆ, ਹਲੇ ਮੈਨੂੰ ਪੁੱਛਦੀ ਹੈ ਦੇਖ ਲੈ, ਬਾਹਲੀ ਸਤਾਨ ਆਪਦੇ ਆਪ ਨੀ ਭੈਣੇ। ਮੈਂ ਕੀ ਕਿਹਾ ਮੇਰੇ ਵੱਧ ਦੋਸਤ ਲਾਉਂਦੀ ਹੈ ਤੂੰ, ਨਹੀਂ ਹਲੇ ਕਸਰ ਕੀ ਰਹੇਗੀ ਕਹਿਣ 'ਚ, ਹੈਂ ਸਾਰਾ ਤਾਂ ਸਾਡੇ ਘਰ ਦਾ ਤੂੰ ਭੇਤ ਲੈਗੀ, ਨਾਲੇ ਉਹ ਪਟਵਾਰ ਨਾਲ ਮੂੰਹ ਜੋੜ ਜੋੜ ਤੇ ਤੂੰ ਗੱਲਾਂ ਕਰੀ ਸਾਡੀਆਂ ਚੁਗਲੀਆਂ, ਸਾਡੇ ਘਰ ਦਾ ਸਾਰਾ ਭੇਤ ਉਹਨੂੰ ਦਿੱਤਾ ਤੇ ਜਾ। ਤੂੰ ਐਂ ਦੱਸ ਭੈਣੇ ਗੱਲਾਂ ਕੋਈ ਹੋਰ ਵੀ ਕਰ ਸਕਦਾ ਗਾ ਕਿ ਤੇਰੀ ਗੱਲਾਂ ਕਰਦੀਆਂ ਤੀਆਂ, ਤੂੰ ਇਹਨਾਂ ਸ਼ੁਕਰ ਜਾਣ ਤੂੰ ਬਚਾਤੀ ਉਹਨਾਂ ਤੋਂ, ਨਹੀਂ ਤੇਰੇ ਕੁੱਟ ਕੁੱਟ ਕੇ ਮੋਰ ਬਣਾ ਦਿੰਦੀਆਂ। ਲੈ ਕਹਿੰਦੀ ਮੈਂ ਤੈਨੂੰ ਛਡਾਤਾ, ਮੇਰੀ ਗੱਲ ਸੁਣ, ਇਹ ਕੀਤਾ ਮੇਰੇ 'ਤੇ ਕੋਈ ਸਾਨ ਕਰਤਾ ਨਹੀਂ, ਉਹ ਤਾਂ ਮੈਂ ਨਰਮਾਈ ਵਰਤ ਗਈ ਵੀ ਪਿੰਡ ਦੀ ਕੁੜੀ ਆ ਨਾਲ ਵੀ ਮੈਂ ਕਾਹਨੂੰ ਬੋਲਾਂ, ਹੈਂ ਨਹੀਂ ਮੈਂ ਤਾਂ ਉਹਨਾਂ ਦੀ ਰੇਲ ਬਣਾ ਦਿੰਦੀ ਰੇਲ। ਨਹੀਂ ਭੈਣੇ ਤੂੰ ਕਿੱਥੇ ਬਣਾ ਦੀ ਰੇਲ ਉਹਨਾਂ ਦੀ, ਤੇਰੇ ਕਹਿੰਦੇ ਕਿਵੇਂ ਦੋਏ ਮਾਵਾਂ ਤੀਆਂ ਭਾਈ ਭਾਈ ਆ ਤੇ ਜੇ ਮੈਂ ਨਾ ਆਉਂਦੀ ਕੱਚੀ ਨੂੰ ਖਾ ਜਾਂਦੇ ਤੈਨੂੰ। ਦੇਖ ਲੈ ਕਿਵੇਂ ਮੈਨੂੰ ਮੱਤਾਂ ਦਿੰਦੀ ਹੈ, ਕਹਿੰਦੇ ਇਹਨੂੰ ਕੱਚੀ ਨੂੰ ਖਾ ਜਾਂਦੇ, ਕੀ ਗੱਲ ਕੱਚੀ ਖਾਣ ਨੂੰ ਕਿਵੇਂ ਪੇਂਦੂ ਵੇਰਤੀ ਮੈਨੂੰ ਉਹ ਮੂੰਹ 'ਚ ਪਾ ਜਾਂਦੀਆਂ, ਦੁਬਾਰੇ ਆਉਂਦੀਆਂ ਪੁੱਛਦੀ ਮੇਰੇ ਸੌਕੜਾਂ ਨੂੰ, ਮੈਂ ਤਾਂ ਕੁੜੀ ਦੀ ਲਿਹਾਜ਼ ਕਰ ਗਈ ਜਾਂ ਵਗ ਜਾ ਆਪਦੇ ਘਰ ਨੂੰ, ਤੂੰ ਕਿਹੜਾ ਉੱਥੋਂ ਮੱਠੀਆਂ ਲੈ ਕੇ ਵਗ ਜੀ। ਉਹਨਾਂ ਦੇ ਤਾਂ ਜ਼ੋਰ ਨਹੀਂ ਚੱਲੇ, ਮੇਰੇ 'ਤੇ ਜ਼ੋਰ ਚਲਾਉਂਦੀ ਆ, ਉਹਨਾਂ ਦੀ ਚਲਾਉਂਦੀ ਜ਼ੋਰ ਹੈ ਜਾਂ ਤੈਨੂੰ ਮਾਰਦੀਆਂ ਤੀਆਂ ਉਹ, ਨਹੀਂ ਦੁਬਾਰੇ ਟੱਕਰ ਦੇ ਤੂੰ ਚਪੇੜਾ ਨਾ ਖਾ ਕੇ ਵਗ ਜੀ, ਤੂੰ ਜਾ ਤੂੰ ਗਾਹਾਂ ਦੇਖੀ ਹੋਈਆਂ, ਜ਼ਿਆਦਾ ਮਦਦ ਨਾ ਕਰ, ਉਹਨਾਂ ਦੀ ਲੱਗ ਰਹੀ ਹੈ ਮੰਗੂ ਰਿੰਗਣ। ਚੱਲ ਚੱਲ ਤੂੰ ਕੋਈ ਨਾ ਪ੍ਰਧਾਨ ਕੋਲੇ ਆਉਂਗੀ। ਹਾਂ ਜੀ ਪ੍ਰਧਾਨ ਕੀ ਮੇਰੇ ਤੋਂ ਕਰਾ ਦੇਗੀ ਪ੍ਰਧਾਨ, ਲਾ ਕੇ ਆਉਂ ਤੇਰੀ ਸ਼ਿਕਾਇਤ, ਜੇ ਕੋਈ ਤੂੰ ਲਾਵਾਰ ਉਤਰੇ ਲਾਉਂਦੀ ਫਿਰ ਤੂੰ ਪਹਿਲਾਂ ਆਪਦੇ ਬੁੜੇ ਸੰਭਾਲ ਲੈ। ਹਾਂ ਤੁਸੀਂ ਨੇ ਸਾਡੇ ਬੁੜੇ ਤੋਂ ਕਿ ਅੰਬ ਲੈਣੇ ਨੇ, ਤੁਹਾਨੂੰ ਤਾਂ ਆਈ ਆਪਣਾ ਕਿਹੜੇ ਵਰਗੀ ਜਾਵੇ, ਤੁਹਾਨੂੰ ਸਾਡੇ ਬੁੜੇ ਦਾ ਬਿਲ ਆਉਂਦਾ ਹੈ। ਆਹੋ ਆਉਂਦਾ ਵੀ ਲੈ ਜਿਹੀ ਜੇ ਤਾਂ ਛਿੱਤਰ ਖਾਂਦੀ ਹੈ, ਨੀਜੂ ਭਗ ਜਾ ਭਗ ਜਾ ਬੁੜੇ ਤੇ ਮੈਂ ਉਹਨਾਂ ਤੋਂ ਖਾਦੀ ਨਹੀਂ ਕਰਾ, ਤੂੰ ਨਾ ਖਾ ਕੇ ਭਾਜੀ ਛਿੱਤਰ ਮਾਰ ਜਿਹੜੇ ਖਾਂਦੀਆਂ ਖਾਂਦੀਆਂ, ਦੇ ਦਾਂ ਤੈਨੂੰ ਹੁਣ ਮੈਂ ਤੇਲ ਮੱਠੀਆਂ ਦਾ ਜਾਂ ਲੰਘ ਜਾ ਕਿੱਥੇ ਮੱਲੋ ਮੱਲੀ ਗੱਲ ਪੈਂਦੀਆਂ ਨੇ ਆ ਕੇ ਜੀ, ਇਹਨੂੰ ਨਹੀਂ ਛੇੜਦੀ ਉਹ ਵੀ ਆ ਕੇ ਮੈਨੂੰ ਛੇੜਦਾ, ਇੱਥੋਂ ਲੱਗੀਆਂ ਨੇ ਇਹ ਰੋਡੀਆਂ ਜੀਓ ਜੀ ਮੈਨੂੰ ਟੋਕਦੀ ਹੈ ਛਿੱਤਰ ਖਾਂਦੀ ਹੈ, ਵਦੀਨ ਤਾਂ ਮੈਂ ਘਰਦਿਆਂ ਨੇ ਕਰ ਰੱਖੀਆਂ, ਹੈ ਜੇ ਇਹ ਨਹੀਂ ਮੇਰੀ ਸੁਣਦੇ ਤਾਂ ਇਹਨਾਂ ਮੇਰੀ ਲੋਕ ਵੀ ਸੁਣਨੋਂ ਹਟ ਗਏ, ਮੇਰ ਤਾਂ ਮੇਰੀ ਕੋਈ ਕਰਦਾ ਨਹੀਂ, ਬੁੜਾ ਉਹ ਮੈਨੂੰ ਭੱਜ ਭੱਜ ਪੈਂਦਾ, ਬਹੂ ਆ ਉਹ ਭੱਜ ਭੱਜ ਪੈਂਦੀ ਹੈ, ਕਦਰ ਤਾਂ ਮੇਰੀ ਕੋਈ ਕਰਦਾ ਨਹੀਂ, ਤਾਂ ਇਹ ਲੋਕਾਂ ਨੇ ਕਦਰ ਘਟਾ ਰੱਖੀ ਹੈ, ਹੈ ਮੇਰਾ ਤਾਂ ਇਹੋ ਜਿਹੀ ਕਰਦਾ ਖਾਖਾਂ ਪਾੜਦਾ ਮੇਰੇ ਸੁੱਕਣਾਂ ਦੀਆਂ, ਨਵੀਆਂ ਤੋਂ ਨਵੀਆਂ ਗੱਲਾਂ ਕਰਦੀਆਂ ਨੇ ਮੇਰੇ ਕੋਲ ਆ ਕੇ, ਨਵੀਆਂ ਤੋਂ ਨਵੀਆਂ ਨਹੀਂ ਕਰਦੀਆਂ। ਤੁਸੀਂ ਫੜ ਕੇ ਲੱਗੀ? ਹਾਂ ਬਾਬੀ ਆ ਰਹੀ ਆ, ਚਲ ਚਲ ਇੰਨਾ ਮਾੜਾ ਦਿਨ ਚੜਿਆ ਬਾਬੀ ਅੱਜ, ਨਹੀਂ ਹੋਰ ਸੁੱਖ ਨਾ ਚੜੂ ਆ ਦੇ। ਹਾਂ ਵੀਰੇ ਘਰ ਜਾ ਚੁੱਪ ਚੜੂ ਆ, ਵੇ ਤੂੰ ਮਾੜਾ ਦਿਨ ਹੋਰ ਕੀ ਚਾੜੇਗਾ, ਤੂੰ ਚੜੂ ਆ ਚੜੂਗਾ, ਜੇ ਮੇਰਾ ਗੁੱਸਾ ਚੜ ਗਿਆ ਨਾ ਉਹ ਨਹੀਂ ਥੱਲੇ ਉਤਰਨਾ, ਤੈਨੂੰ ਦੱਸਦਾ ਮੈਂ ਥੱਲੇ ਥੱਲੇ ਉਤਰ ਜਾਂਦੇ ਆ ਵੇ, ਆਪਣੇ ਤੇਰੇ ਥੱਲੇ ਉਤਰ ਜਾਣਾ ਨੀਜੂ, ਚੁੱਪ ਕਰਕੇ ਲੈ ਚੱਲੇ ਨਾ ਹੁਣ, ਬਸ ਕੁਛ ਨਾ ਬੋਲ। ਵਾਹਿਗੁਰੂ ਹਾਏ ਓਏ, ਕਿਹੜੇ ਰਸਤੇ ਪੈ ਗਿਆ ਤੂੰ ਦੱਸ, ਜਵਾਕ ਵੀ ਸੋਚ ਕਰਦੇ ਹੋਣਗੇ ਤੇਰੀ ਵੀ ਕਿੱਥੇ ਫਿਰਦਾ ਬਾਪੂ ਕਿੱਥੇ ਨਹੀਂ ਫਿਰਦਾ, ਚੱਲ ਕਰੀ ਜਾਣ ਦੇ ਖੂਹ 'ਚ ਗਿਰਨ ਦੇ ਮੇਰੇ ਉਹਨਾਂ ਨੂੰ, ਪਰ ਅੜੀ ਮੇਰੀ ਵੀ ਆ ਮੈਂ ਘਰੇ ਨਹੀਂ ਆਉਂਦਾ, ਉਹ ਵੀ ਨਹੀਂ ਆਇਆ ਹੈਗਾ ਬਸ਼ਰਮ ਜਿਹਾ, ਹੈਂ ਕਿੰਨਾ ਚਿਰ ਹੋ ਗਿਆ ਉਹਨੂੰ ਉੱਜੜੇ ਨੂੰ, ਵੀ ਐਂ ਨਹੀਂ ਮੈਂ ਉੱਥੇ ਫੱਫੜ ਨੂੰ ਬਿਠਾ ਕੇ ਆਇਆ ਵੀ ਦੇਖ ਤਾ ਲਵਾਂ ਵੀ ਮਰ ਗਿਆ ਕਿ ਜਿਉਂਦਾ, ਉਹ ਜਿੰਦਾ ਅੜਿਆ ਪਿਆ ਕੋਠੇ 'ਚ ਨਹੀਂ ਅੰਦਰ ਪੈ ਜਾਂਦਾ ਵਿੰਚਰ, ਤਾਂ ਚੱਲ ਦੇਖਾਂ ਖੜਾ ਹੋ ਕੇ ਜਿਉਂਦਾ ਉਹ ਕਿਸੇ ਪਾਸੇ, ਮੁੱਦਤਾਂ ਲਾ ਤੀਆਂ ਉਹਨੇ ਤਾਂ ਪਤਾ ਨਹੀਂ ਕਿਹੜੇ ਪਤਾਲ 'ਚ ਉੱਤਰ ਗਿਆ, ਦੱਸ ਪਤਾਲ 'ਚ ਨਹੀਂ ਉੱਤਰ ਗਿਆ, ਦੇਖਾਂ ਗਾਹਾਂ ਨੂੰ ਹੋ ਕੇ ਜਾਊਗਾ। ਸਹੁਰੇ ਨੇ ਸੁੱਕਣੇ ਪਾ ਦਾ, ਸੁੱਕਣੇ ਨਹੀਂ ਪਤਾ, ਕਹਿੰਦਾ ਫੱਫੜਾ ਤੇਰੀ ਰੋਟੀ ਲੈ ਕੇ ਆਉਣਾ ਮੈਂ, ਨਾ ਰੋਟੀ ਲੈ ਕੇ ਆਇਆ ਨਾ ਆ ਪਾਇਆ, ਦੱਸ ਹੈਂ ਹੁਣ ਕਿੱਧਰ ਦੇਖਾਂ ਕਿੱਧਰ ਨਾ ਦੇਖਾਂ, ਇੱਧਰ ਵੀ ਨਹੀਂ ਆਉਂਦਾ ਕਿਸੇ ਪਾਸੇ, ਨਾ ਇੱਧਰ ਵੀ ਨਹੀਂ ਦੀਂਦਾ ਕਿਤੇ, ਚਮਕਦਾ ਨਹੀਂ ਹੈਗਾ, ਹੁਣ ਕਿੱਥੇ ਦੇਖਾਂ ਉਹਨੂੰ ਮੈਂ, ਹੁਣ ਡੀਕੀ ਜਿਹਾ ਖੜਾ, ਹੁਣ ਮੈਂ ਚਾਰ ਪਿੰਡ ਗਾਹਾਂ ਲੰਘ ਜਾਂਦਾ, ਚਲ ਉੱਧਰ ਦੇਖਦਾ ਭਲਾ ਕਿਸੇ ਪਾਸੇ ਨਿਚੂਗਾ ਜੇ ਆਊਗਾ। ਤੁਰਪੋ ਵੀਰੇ
की करिए पप्पी किसे गए किसे जिने तुर पा करे चलना गा करे ना है ये ते हुना सैड ते हो जा इधर आ जा वीरे लोकां नु भी नंगण देना हां सैड ते बैठ जाओ बैठो मेरे बैठना नहीं है करे चलना गा चलो नाले कह ना बैठो सैड ते पप्पी सैड ते की जोर लाए ना ने मैनू की पता बाबी की करदा गुट्टा इन्हां नूं रिटा टा के ਬੀ ਵੀਰੇ ਨੂੰ ਦੇਖ ਲਾ ਹਾਏ ਰੱਬਾ ਨੀ ਆ ਵੇਖ ਜਰਾ ਇੱਧਰ ਨੂੰ ਆ ਜਾ ਮਰ ਲੈ ਬਾਬੀ ਹੋ ਕਿੱਥੇ ਫਸ ਗਿਆ ਓਏ ਹੋ ਮੰਗੇ ਓਏ ਹੋ ਕਿਨੇ ਫੜ ਲਿਆ ਓ ਮੰਗੇ ਆਈ ਓਏ ਬਾਬੀ ਓਏ ਮੰਗੇ ਇਹ ਕੀ ਕਰੀਏ ਨਾ ਦਰ ਛੇੜੀਆਂ ਦਾ ਨਹੀਂ ਵਾਲਾ ਜਾ ਬਾਈ ਚੱਲ ਪਿੱਛੇ ਨਿਕਲ दो घड़ी रोटी लियो नहीं लियो हां खावांगे हां नाले सलाद लियायो गंडे दे नींबू ते काली मिर्च लाके है ना प्रौणे हां स्वाद खीरा खाएंगा खीरा भी खावांगे हां खीरा भी लियायो बिना छलन वाला हुंदा के है ना ठीक आ वे क्यों बदीन करदे हो थड़ी केड़ी मां बैठी हो रे सलाद लई तो पानी रखे है ना ने चल अपना काम बन के रोटी वाले दा हुन देख के आप रोटी लंग जांगे इनु केरा औरों चाबी चुबी दे जांगे इनु कोठे दी आपे रह जाऊगा आरामदारी कर लो चल बह के ओ लाने जरा ओ बफड़ा ओ लाने जरा ओ लाने जरा है ओ किधर लंघ गया है मैं तो बैठा गया मैं बह जा दस किधर लंघ गया है जा इंदा तो लग्या होया ती चाबी तो मैं नाल नहीं फिरदा ते उपर ना बह गया कोठे ते ओ बफड़ा ओ लाने जरा रोटी खा ला जा ना उपर तो है नहीं किसी पासे क्या किधर है जा मैंने तो ऐसी मार दिहाड़ी बन गई टिब गया मैं लगा किसी पास देखा किसी पास इधर जाके उन्हों हाँ हाँ कर देंगे सैट चक देंगे बाद चो लूड़ी आप डर देंगे तू यार गाने ला दो गाने लामा के कोई गाने भी ना मांगे ले चल उन्हें ना नू ये जान वाली हालत जो मेनू तो लग देनी है गे सही है वो सही है लेके जाई हाय रब सोने लग गए सही है सो रहे हो सोया बैठो सोना सोने आ हाय रब ठेके लिते दोनों तुरके जाने लगते नहीं है तो चक के लेके जाना पूगा कोई रेड़ा रूड़ा भी नहीं दिख रहा जी इन्हों सुट के ले जाइए बाबी देखियो जवाक रेड़ी ले आंदा गा रेड़ी च ले चलते हैं नहीं रेड़ी च जाने वाले कितों ने फिर बैठी रह भाभी इतनी फिर नहीं कोई आता है नहीं चल आ जाते पुछ के देख लें खड़ा ला भाभी चल उठ तू रोक खड़ जा रुकी रुकी भाई हाँ जी इन्हों ना लेके जाना सी तेरी रेड़ी च बंद ना जी मेरा पापा वाला दूंगा वीरे कुछ नहीं कहता तेरा पापा तो दे दे रेड़ी ना जी बीरवान के दे देना ते थोड़े टाइम तक असि मोड़ देंगे अज पिछले घर से तू रहना साडे तू कड़े जानदा नहीं सानू असि तोडे घर ही खड़ा आवांगे उतर 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 निनिशु पब्बी इना नु लियाओ जाके इहदे विच पाई इना नु चक्कर दसे कि होले ने विच अक्के इना नु चल उठ
ਕਿਹਾ ਤੁਹਾਨੂੰ ਮੈਂ ਓਏ 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 ਓਹ ਹੈ ਰੱਬਾ ਖੜੋ ਭਾਬੀ ਨੀ ਕਿਵੇਂ ਲੈ ਕੇ ਜਾਈਏ ਨਾ ਹੁਣ ਮੈਨੂੰ ਨਹੀਂ ਪਤਾ ਭਾਬੀ ਇਹ ਪਹਿਲਾਂ ਕੱਖ ਫਿਰ ਕਰਨ ਆ ਜਵਾਬ ਨੂੰ ਵੀ ਦਿੱਤਾ ਚ ਪਾਤਾ ਓ ਖੜ ਜਾ ਹੁਣ ਮੇਰੇ ਭਾਬੀ ਤੂੰ ਬਿਠਾ ਇੱਧਰ ਸਾਡੇ ਨੂੰ ਮੇਰੇ ਨਾਲ ਬੱਚੇ ਇੱਥੋਂ ਬੈਠੋ ਚੱਲ ਚੱਲ ਇਸ਼ੂ ਆਇਆ ਹੁਣ ਉਹਨੂੰ ਵੀ ਚੱਕ ਲੈ ਆਈਏ ਕਿ ਮੈਂ ਸੁੱਤਾ ਉੱਠ ਰਜਾਈ ਕਿੱਥੇ ਆ ਦਿਨੀ ਦਿਨ ਹੋਰ ਜਾਈ ਵੇ ਇੱਧਰ ਆ ਜਾ ਚੋ ਚੱਲ ਬੈਡ ਤੇ ਪਾਉਂਗੇ ਹਾਂ रोटी ला डिकन लग रहा लग गया एक घरे है रिश्तेदार मुर्गे दाना पावे मेरे दाना कहू पा मेरे यार होर पंगा खड़ा हो रहा है ਨਾ ਕੀ ਪੰਗਾ ਖੜਾ ਹੋ ਗਿਆ ਤੈਨੂੰ ਇਹ ਜਾ ਉੱਥੇ ਉਹ ਪੁੱਛਣਾ ਯਾਰ ਬਾਬੇ ਹਾਂ ਯਾਰ ਮੈਂ ਲਿਆ ਜੀ ਕੱਟੀ ਕਰੋ ਗਲੇ ਤੋਂ ਅੱਛਾ ਉਹ ਅੱਜ ਮੈਨੂੰ ਯਾਰ ਉਹ ਮੁੰਡਾ ਮਿਲ ਗਿਆ 2000 ਰੁਪਏ ਰਹਿ ਗਿਆ ਦੀ ਕੱਟੀ ਦਾ ਹਾਂ ਉਹਦਾ ਮੇਰੀ ਸਕੂਟੀ ਖੋ ਕੇ ਲੈ ਗਿਆ ਅੱਜ ਉਹ ਤੇਰਾ ਪੱਲਾ ਹੋ ਜੇ ਕਹਿੰਦਾ ਪੈਸੇ ਰਹਿ ਜਾ ਕੱਟੀ ਲੈ ਜਾ ਆਪਣਾ ਸਕੂਟੀ ਲੈ ਜਾ ਆਪਦੀ ਕਹਿੰਦਾ ਉਹ ਤੂੰ ਵੀ ਮੇਰਾ ਇਹੋ ਜਿਹੇ ਪੁੱਠੇ ਕੰਮ ਬਹੁਤ ਕਰਦਾ ਹਨਾ ਉਹ ਐਂ ਤੇ ਦੁੱਧ ਹੋ ਜਾਂਦਾ ਘਰੇ ਮਾਇਆ ਨਵਾਂ ਧਾਣਾ ਪਲ ਜੂਗਾ ਤਾਂ ਲੈ ਗਿਆ ਦੀ ਮੈਂ ਤਾਂ ਹੁਣ ਆਇਆ ਮੈਂ ਪਿੰਡੋਂ ਪੈਸੇ ਲੈ ਕੇ ਆਉਂਗਾ ਮਣ ਕੇ ਮੈਂ ਤਾਂ ਨਾ ਹੀ ਮੁੜਾ ਜਾ ਤੂੰ ਉੱਥੇ ਬਹਿ ਕੇ ਆਰਾਮਦਾਰੀ ਕਰ ਲਈ ਠੀਕ ਆ ਤੇਰਾ ਭਲਾ ਹੋ ਜੇ ਕਦ ਗਿਆ ਕਦ ਆਇਆ ਮੈਂ ਉਰੇ ਰੋਈਆਂ ਚ ਕਿੱਥੇ ਬੈਠੂ ਕੱਲਾ ਮੇਰੇ ਤੂੰ ਕਿਉਂ ਬਦੀਨ ਕਰਦਾ ਮੈਨੂੰ ਐਂ ਦੱਸਾ ਪਹਿਲਾਂ ਤੂੰ ਹੈ ਐਂ ਕਰ ਹਾਂ ਜੇ ਤੇਰੇ ਕੋਲ ਹੈਗੇ ਨੇ ਪੈਸੇ ਤੂੰ ਦੇ 2000 ਰੁਪਏ ਮੈਂ ਤੈਨੂੰ ਮੋੜ ਦੂੰਗਾ ਲਿਆ ਕੇ ਕੱਲ ਕੋਲੂ ਹੋਰ ਕੀ ਹੈ ਫਿਰ ਮਿਰ ਲਵੇ ਹਾਂ ਉਹ ਮਿਰ ਲਵੇ ਕਿੱਥੇ ਮੋੜ ਨਹੀਂ ਸੁਣਦੀ ਐ ਮਿਰ ਲਵੇ ਤੂੰ ਕਿਉਂ ਦਹਾਂ ਐਂ ਦੱਸ ਮੈਂ ਤਾਂ ਉਹੀ ਟਾਈਮ ਪਾਸ ਕਰਦਾ ਫਿਰਦਾ ਜੇ ਬਣਦਾ ਦੇਖ ਲੈ ਜਿੰਗਾੜ ਕੋਈ ਦੇਖ ਲੈ ਹੋ ਜੂਗਾ ਉਹ ਦੇਖ ਤਾਂ ਲੈਣਾ ਪਤਾ ਮੈਂ ਕਿਵੇਂ ਰੱਖੇ ਤੇ ਦੱਸ ਹੈ ਜਵਾਖਾਂ ਤੋਂ ਲੁਕੋ ਕੇ ਮੈਂ ਆਇਆ ਪਰ ਮੈਂ ਹੁਣ ਪਿੰਡ ਜਾਊਂਗਾ ਕਿੱਥੇ ਜਾਊਂਗਾ ਉੱਥੇ ਹੇਵੜਾਵੜ ਕਰਦਾ ਤੂੰ ਮੈਨੂੰ ਦੇ ਦੇ ਉਹ ਚਿਰ ਚਿਰ ਕਰੀ ਜਾਂਦਾ ਯਾਰ ਤੂੰ ਤਾਂ ਨਾਲੇ ਮੇਰੀ ਗੱਲ ਸੁਣ ਲਾ ਆ ਜੀ ਮੜਿਆ ਟਾਈਮ ਨਾਲ ਤੂੰ ਮੈਂ ਤਾਂ ਗਿਆ ਤੇ ਹੁਣੇ ਆਇਆ ਬਸ ਉਹਦੇ ਮੱਥੇ ਮਾਰੂ ਸਕੂਟਰੀ ਆ ਜਾ ਚੱਕੂਗਾ ਉਹਦੇ ਪੈਸੇ ਆ ਹਾਂ ਆ ਪਿਲਸਾਂ ਮਿਲੀ ਦੀ ਮੈਨੂੰ ਕੱਲ ਆ ਮੈਂ ਨਹੀਂ ਸਦੀ ਕਹਾਂਗਾ ਅਗਲੇ ਤੋਂ ਐ ਲੈ ਲੈ ਫੜਾ ਫੜਾ ਕਰਾ ਹੈਗਾ ਇਹ 2200 ਰੁਪਏ ਆ ਕੋਈ ਨਾ ਦੇਖਦੇ ਆ ਟੁੱਟੇ ਲੈ ਤਾਂ ਖਾਸੀ ਖੁੱਲੇ ਲਈ ਫਿਰ ਹੋਰ ਆ ਕੱਲ ਮਸਾ ਮਹਾ ਚੱਲ ਕਿਸੇ ਕੰਮ ਆ ਜਾਣਗੇ ਮੈਨੂੰ ਕੀ ਪਤਾ ਵੀ ਤੂੰ ਲਜਾਵੇਂਗਾ ਕੋਈ ਨਾ ਚੱਲ ਤੂੰ ਖਾ ਰੋਟੀ ਪਾਣੀ ਇਹਨੇ ਠੀਕ ਆ ਮੈਂ ਬਸ ਗਿਆ ਤੇ ਆਇਆ ਅੱਧੇ ਘੰਟੇ ਚ ਆ ਜੀ ਆ ਜੀ ਮੜਿਆ ਦਮ ਦੇਣੇ ਹੁਣੇ ਆ ਗਏ ਮੈਂ ਤਾਂ ਬਸ ਠੀਕ ਆ ਮੈਂ ਖਾਣਾ ਰੋਟੀ ਠੀਕ ਆ ਕੰਮ ਆਉਣਗਾ ਮੈਨੂੰ ਕੀ ਚਾਹੀਦਾ ਹੋਰ ਚੱਲ ਠੀਕ ਆ ਚੰਗਾ ਮੈਂ ਤਾਂ ਕਰ ਦੂੰ ਚੜ ਭੁੰਡੀਆਂ ਲੈ ਚੰਗੇ ਸੇ ਲੱਗੇ ਤੇਰੀ ਦਾ ਨਾ ਇਹੋ ਜਿਹੇ ਬੰਦੇ ਮਿਲ ਕੀ ਆਂਤਾ ਕਿਉਂ ਕਾਲਾ ਨੋਟ ਪਾੜ ਰੱਖੇ ਚੱਲ ਕੋਈ ਨਾ ਜੱਫੀ ਲੈ ਕੇ ਜੋੜ ਲਾਂਗੇ ਕੋਈ ਨਾ ਨਹੀਂ ਚੰਗੀ ਤਰ੍ਹਾਂ ਲਾ ਦੇ ਧੱਕਾ ਭਾਬੀ ਦੇਖੀ ਮੈਨੂੰ ਤਾਂ ਗਿਲਾ ਆਉਂਦਾ ਲੋਕ ਕੀ ਕਹਿਣਗੇ ਵੀ ਕਿਵੇਂ ਰੇੜੀ ਚਲਾਈ ਜਾਂਦੇ ਨੇ ਕਿੰਨੀ ਸ਼ਰਮ ਆਉਂਦੀ ਆ ਭਾਬੀ ਨੀ ਨੀਸ਼ੂ ਚੁੱਪ ਕਰ ਜਾ ਮੈਨੂੰ ਤਾਂ ਆਪ ਗਿਲਾ ਜੀ ਆਉਂਦੀ ਆ ਬਸ ਉਹ ਧੱਕਾ ਲਾ ਰੇੜੀ ਨੂੰ ਭਾਬੀ ਸਿੱਧਾ ਰੱਖ ਇਹਨੂੰ ਨੀ ਮੈਂ ਬੜੀਆਂ ਰੇੜੀਆਂ ਚਲਾਈਆਂ ਨੇ ਚਲਾ ਕੇ ਬਸ ਇਹਨੂੰ ਘਰੇ ਲੈ ਕੇ ਜਾ ਰਹੀਆਂ ਨਾ ਉਹੀ ਬਹੁਤ ਹੈ ਹਾਏ ਭਾਬੀ ਹਾਂ ਚਾਰ ਮਿਰਚ ਵੀ ਲਿਆ ਚੱਕ ਕੇ ਰੁੱਖੀਆਂ ਚੱਕ ਲਿਆ ਜੱਬਲ ਜਾਣਾ ਹੋਵੇ ਜੇ ਕਿਸੇ ਥਾਂ ਦਾ ਚੱਲ ਖਾ ਲਾ ਜਿੰਨੀਆਂ ਜੇ ਆ ਗਈਆਂ ਹੋਰ ਕੀ ਆ ਸ਼ੁਕਰ ਹੈ ਬਾਬਾ ਨਾਨਕ ਚੱਬਲ ਆਏ ਤਾਂ ਹੋਰ ਕੀ ਆ
ਢਿੱਡ ਤਾਂ ਭਰਨੀ ਆ। ਚਲੋ ਇਤਨੇ ਆ ਜੂਗਾ। ਰੁੱਖੀ ਤਾਂ ਲੰਘਦੀ ਵੀ ਨਹੀਂ ਹੈਗੀ। ਚੱਕੀ ਏ ਬੱਕੀ ਨੂੰ ਹੁਣ ਬੜਾ ਤਾਂ ਵਧੀਆ ਤੇਰਦਾ ਹੈ ਨਾ। ਚੱਲ ਆ ਜਾ ਬੱਕੀ ਕਰਾਂ। ਆ ਜਾ ਕੋਈ ਮੇਰਾ ਸਾਥ ਦੇਗੀ। ਆ ਜਾ ਕਰਾਂ। ਲੰਘ ਜਾਂਦੇ ਹੁਣ ਹੋਰ ਦੇਖਦੇ ਜਾ ਕਿਸੇ ਪਾਸੇ ਹੋਰ ਚੱਲ ਮੋਟਰ 'ਤੇ ਚੱਲਦੇ ਹਾਂ। ਉੱਥੇ ਪਾਣੀ ਤਾਂ ਨਹੀਂ ਪੀ ਲਾਂਗੇ, ਨਾਲੇ ਆਰਾਮਦਾਰੀ ਕਰ ਲਾਂਗੇ। ਚੱਲ ਪਾਬੀ ਸਿੱਧਾ ਰੱਖ ਇਹਨੂੰ। ਨੀ ਰੁਕ ਜਾ, ਮੇਰੇ ਤੇ ਲੱਤਾਂ ਦੁਖਣ ਲੱਗ ਗਈ ਆ, ਮੜਾ ਜਾ ਰੋਕੋ ਇਹਨੂੰ। ਹਾਏ ਰੱਬਾ, ਆ ਗਿਆ ਕਰ, ਰੋੜ ਕੀ ਲੈ ਕੇ ਚੱਲ ਇਹਨਾਂ ਨੂੰ। ਨੀ ਰੋਕ ਲਾ ਦੇ, ਕਿਵੇਂ ਘੂਕ ਸੁੱਤੇ ਆਂਦੇ ਨੇ। ਉੱਠਾ ਚਲਾ ਪਾਪੀ, ਮੂਹਰੋਂ ਨਾ ਖੜੀ ਹੋ ਜੇ। ਇਹ ਪਹਾੜੇ ਨੂੰ ਮੜੇ ਮੈਨੂੰ ਤਾਰਾ ਵੇ, ਉੱਠਦਾ ਨਹੀਂ ਹੈਗਾ। ਉੱਠ, ਟਾਕੀ ਦਾ ਖੋਲ ਦੋ। ਤੂੰ ਦਿਮਾਗ ਦੇ ਟਾਕੀਆਂ ਖੋਲ ਲੈ, ਨਹੀਂ ਜਾ ਕੇ ਫੜ ਭਾਈ ਨੂੰ ਤੈਨੂੰ। ਆਇਆ ਇਹਦੀ ਕਿੱਥੇ ਪਿਣਕ ਲੱਗ ਗਈ। ਮਰਨੇ ਤੁਰਦੇ ਵੀ ਨੀ, ਕੀ ਜ਼ੋਰ ਲਵਾਇਆ। ਆ ਦੇਖ ਲੈ, ਮਰ ਜਾਣਾ ਨੇ ਕੀ ਸ਼ਰਮ ਲਾ ਰੱਖੀ ਐ, ਹੈਂ ਪੰਜਰ ਨੇ ਉਰਿਆ। ਤੇਰੀ ਸਾਹਬ ਦੀ ਗੱਲ ਤਾਂ ਮੈਂ ਬੁਲਾਉਣੀ ਆ। ਮੈਨੂੰ ਸ਼ਰਮ ਨਹੀਂ ਹੈਗੀ, ਐ ਨਹੀਂ ਹੈਗਾ ਵੀ ਬੁੜਾ ਘਰੋਂ ਗਿਆ ਹੋਇਆ। ਹੈਂ ਕੋਈ ਉਹਦੀ ਪੜਤਾਲ ਕਰ ਲਈਏ, ਕੋਈ ਦੇਖ ਲਈਏ। ਇਹਨਾਂ ਨੂੰ ਰੱਜਣ ਦੀ ਹੋ ਰਹੀ ਕੰਜਰ ਨੂੰ ਸਾਰਾ ਦਿਨ। ਇਹੋ ਜਿਹਾ ਜੀ ਕਰਦਿਆ ਮੂੰਹ ਸੇਕਦਿਆਂ ਮਾਰ ਕੇ ਲੱਪੜੇ ਦਾ, ਕਿਸੇ ਕੋਈ ਸੋਚ ਨਹੀਂ, ਕੋਈ ਫਿਕਰ ਨਹੀਂ। ਉਹ ਕਦੋਂ ਦਾ ਘਰੋਂ ਗਿਆ, ਕਿਸੇ ਨੇ ਦੇਖਿਆ ਨਹੀਂ ਮੁੜ ਕੇ। ਆਹ ਕਰਦੀ ਹੈ ਜਿੰਨੇ ਕਾਰੇ ਕਰਦੀ ਹੈ। ਆਹ ਦੇਖ ਲੈ ਤੇਰਾ ਭਾਈ ਕੰਜਰ, ਹਲੇ ਕਹੂਗੀ ਮੇਰੇ ਭਾਈ ਨੂੰ ਕੁਛ ਕਹੇ ਨਾ। ਆਹ ਦੇਖ ਲੈ ਤੇਰੇ ਸਾਹਮਣੇ ਕੀ ਫੁੱਲ ਖਰਿਆਉਂਦਾ ਇਹ। ਨਹੀਂ ਮੈਂ ਕੀ ਕਰਿਆ, ਆ ਤੇਰਾ ਮੁੰਡਾ ਵੀ ਵਿੱਚ ਹੀ ਆ, ਇਹਦੇ ਵੀ ਨਾਲ ਹੀ ਗੁਲ ਖਲਾਏ ਹੋਏ ਨੇ। ਜੇ ਮੇਰੇ ਭਰਾ ਨੂੰ ਕੱਲਾ ਜੇ ਕੰਜਰ ਆ ਕੇ ਸਹੀ ਨਾ ਦਿੰਦਾ ਨਾਲ ਵੇਖ ਕੇ ਪੀਂਦਾ, ਤਾਂ ਮੇਰਾ ਮੁੰਡਾ ਪੀਂਦਾ ਹੈ। ਮੇਰਾ ਮੁੰਡਾ ਤਾਂ ਭੋਰਾ ਨਹੀਂ ਪੀਂਦਾ ਦੀ, ਜਿੱਦਾਂ ਦਾ ਤਾਂ ਮਲਾਂਗੂਰ ਦੇ ਘਰੇ ਰੱਖਿਆ ਉਦੋਂ ਦਾ ਲੱਗਿਆ ਪੀਣੇ। ਅੱਛਾ, ਇਸ ਤੋਂ ਪਹਿਲਾਂ ਪੀਂਦਾ ਨਹੀਂ ਸੀ ਇਹ। ਬੇਬੇ ਬਸ ਕਰੋ, ਬਾਪੂ ਦੀ ਗੌਰ ਕਰ ਲੋ। ਨਹੀਂ ਇਹਨੂੰ ਕਹੋ ਨਾ ਬਾਪੀ ਦੀ ਗੌਰ ਹੈ, ਇਹ ਤਾਂ ਲੜਾਈਆਂ ਕਰਾ ਲੈ ਜਿੰਨੀ ਮਰਜ਼ੀ। ਇਹ ਤਾਂ ਐਡੀ ਗੁੱਠ ਜਿੰਨੀ ਨਾ ਲੁਤਰੋਂ ਲੱਗੀ ਹੋਈ ਹੈ, ਇਹ ਨਹੀਂ ਟਿਕਦੀ। ਨਹੀਂ ਮੇਰੀ ਤਾਂ ਲੁਤਰੋਂ ਲੱਗੀ ਆ, ਇਹਨਾਂ ਨੂੰ ਤਾਂ ਸਮਝਾ ਲਾ। ਇਹ ਸ਼ਰਮ ਨਹੀਂ ਆਉਂਦੀ ਉਰਿਆ ਕੇ ਪੀਂਦੇ ਨੂੰ ਕੰਜਰ ਨੂੰ। ਇਹ ਕੰਜਰ ਸੱਚੀ ਕੰਜਰ, ਚੱਲ ਅੰਦਰ ਬੜ, ਚੱਲ ਚੱਲ ਤੂੰ ਵੀ ਅੰਦਰ, ਚੱਲ ਬੜਾ ਜੈ ਖਾਣੇ ਨੇ ਤਪਾਲੇ ਇੱਕ ਇਹਨਾਂ ਨੇ ਇੱਕ ਇਹਨੇ। ਹੁਣ ਖਿੜਕੀ ਤੋਂ ਅੰਦਰ ਜਾਓਗੇ, ਸ਼ਰਮ ਲਾਹੀ ਆ ਕੰਜਰਾਂ ਨੇ। ਹੋਰਾ ਸ਼ਰਮ ਨਹੀਂ ਹੈਗੀ ਵੀ ਘਰੇ ਬੰਦਾ ਹੈ ਨੀ, ਉਹ ਕਦੋਂ ਦਾ ਘਰੋਂ ਗਿਆ ਨਿਕਲਿਆ, ਉਹਦੀ ਤਾਂ ਕੋਈ ਸੋਚ ਨਹੀਂ। ਰੱਜ ਕੇ ਵਾਈਆਂ ਨਾ ਮਲੰਗ ਹਜੇ ਘਰੇ ਰੱਖਿਆ, ਮੇਰਾ ਸਾਰਾ ਘਰ ਨੇ ਖਰਾਬ ਕਰਤਾ ਇੱਥੇ ਆ ਕੇ ਕੰਜਰ ਨੇ। ਨਾ ਇਹਨੂੰ ਘਰੋਂ ਕਰਦੀ ਹੈ ਕੰਜਰੀ, ਨਾ ਆਪ ਜਾਂਦੀ ਹੈ। ਚੱਲ ਰੋਟੀ ਦਾ ਵਧੀਆ ਦੇ ਗਿਆ, ਢਿੱਡ ਦਾ ਭਰ ਲਿਆ, ਪਤਾ ਨਹੀਂ ਕਿੱਥੇ ਭੌਂਕਣਾ ਪੈਂਦਾ। ਐਂ ਤਾਂ ਚੰਗਾ ਬੰਦਾ ਖਰ ਉਹ, ਨਾਲੇ ਚਾਬੀ ਦੇ ਗਿਆ ਕਹਿੰਦਾ ਫੱਫੜਾ, ਆਰਾਮਦਾਰੀ ਕਰ ਲਈ ਬਿੰਚਾ ਬਾਰ ਖੋਲ ਕੇ। ਚੱਲ ਪੈ ਜਾਂਦੇ ਬਿੰਚਾ ਟੁਰੇ ਬਾਰ ਖੋਲ ਕੇ, ਹੋਰ ਕੀ ਆ, ਦੇਖੀ ਉਹ ਜਿਹੜੀ ਬਣੂਗੀ। ਹੈਂ ਚਾਬੀ ਤੈਨੂੰ ਲੱਗਦੀ ਨਹੀਂ, ਤੈਨੂੰ ਉਹ ਚਾਬੀ ਲੈ ਦੇਖੀ, ਚਾਬੀ ਕਿੱਡੀ ਦੇ ਗਿਆ ਜਿੰਦਾ ਛੋਟਾ ਜਿਹਾ। ਭਲੇ ਮਾਨਸਾ ਤੂੰ ਕੰਮ ਆ ਤੇਰਾ, ਕੋਈ ਇਹਦਾ ਸੋ ਹੈ, ਮੈਨੂੰ ਚਾਬੀ ਐਡੀ ਦੇ ਕੇ ਜਾਂਦਾ, ਇਹਦਾ ਮਿੰਨਤ ਲਾ ਤੈਨੂੰ ਇਹ ਤੇਰ ਗਿਆ, ਕਿਹੜੀ ਚਾਬੀ ਉਹ। ਹੈਂ ਉਹਦਾ ਬੰਦਾ ਤਾਂ ਗਲਤ ਹੀ ਨਿਕਲ ਗਿਆ ਉਹ। ਚੱਲ ਦੇਖਦੇ ਆਪਾਂ ਲੰਘਦੇ ਹਾਂ ਕਿਸੇ ਪਾਸੇ, ਉਰੇ ਨਹੀਂ ਤੇਰਾ ਗੁਜ਼ਾਰਾ ਹੁੰਦਾ ਹੈਗਾ ਹੁਣ। ਚੱਲ ਚੱਲ ਗਾਹਾਂ ਚਾਰ ਪਿੰਡ ਹੋਰ ਲੰਘ ਜਾਂਗੇ ਕਿ ਦੇਖੀ ਜੋ ਉਰੇ ਕਿਹੜਾ ਬੰਨੇ ਹੋਏ ਆਪਾਂ ਇਹਦੇ ਲਵੇ। ਲੈ ਭੱਜਣਾ ਕਾਹਨੂੰ ਆ, ਇੱਥੇ ਬਹਿ ਕੇ ਡੀਕ ਲੈਂਦੇ ਬਿੰਚ ਝੱਟਾ। ਮੈਨੂੰ ਤਾਂ ਲੱਗਦਾ ਉਹ ਚਾਬੀ ਤੈਨੂੰ ਗਲਤ ਕੋਠੇ ਦੀ ਦੇ ਗਿਆ, ਕੋਈ ਹੋਰ ਏ ਫੜਾ ਗਿਆ ਕਾਹਲ ਚ। ਆਏ ਚੱਲ ਬੈਠਿਆ ਹੋਏ, ਆਊ ਕਿਸੇ ਨਾ ਕਿਸੇ ਪਾਸਿਓ ਆ ਜੂਗਾ, ਡੀਕ ਲੈਂਦੇ ਬਹਿ ਕੇ ਦੋ ਮਿੰਟ ਹੋਰ ਕੀ ਆ। ਇਹ ਨਹੀਂ ਕੱਢਦੀ ਇਹਨੂੰ ਘਰੋਂ, ਇਹ ਤਾਂ ਮੈਂ ਕਰਦੀ ਹਾਂ ਇਲਾਜ, ਇਹ ਇੰਨੀ ਹਿੰਮਤ ਕਰੇ ਬਿਨਾਂ ਨਿਕਲਣਾ ਇਹ। ਗੱਲ ਸੁਣਨੀ ਕੁੜੀ ਮੇਰੀ, ਕੀ ਹੋ ਗਿਆ ਬੇਬੇ? ਲੈ ਦੇਖ ਲੈ,
ਐਂ ਕਹਿੰਦੀ ਹੈ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ, ਜਮੀ ਅਣਜਾਣ ਬਣ ਕੇ ਖੜ ਗਈ ਕਿਵੇਂ ਮੈਨੂੰ ਚਾਰਦੀਆਂ ਨੇ। ਕੱਢ ਉਹਨੂੰ ਤੇਰੇ ਭਾਈ ਮੰਦਰੋਂ, ਜਿਹੜਾ ਦਾਰੂ ਪੀ ਕੇ ਅੰਦਰ ਬੜਿਆ ਬੈਠੇਗਾ, ਕੋਈ ਉਦੋਂ ਨਿਕਲੂ ਜਦੋਂ ਕੋਈ ਘਰ ਚ ਕਾਰਾ ਹੋ ਗਿਆ। ਬੇਬੇ ਉਹ ਤਾਂ ਸੌ ਗਏ, ਰੱਜੇ ਤੇ ਬੈਠੇ ਨੇ, ਦੱਸ ਕਿਵੇਂ ਬਾਹਰੇ ਕੱਢ ਦਈਏ। ਬਈ ਆਪਦੇ ਘਰੇ ਜਾ ਕੇ ਨੀਂਦ ਪੂਰੀ ਕਰੀ, ਉਹਨੂੰ ਫੜ ਕੇ ਬਾਹਰ ਤੋਂ ਬਾਹਰ ਲਿਆ, ਨਹੀਂ ਫਿਰ ਮੈਂ ਲੈ ਕੇ ਆਉਂਗੀ। ਹੈ ਮੈਂ ਬਹੁਤ ਦੇਖ ਲਿਆ ਤੁਹਾਡੇ ਕੰਨੀ, ਹੁਣ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਮੈਂ ਤੈਨੂੰ ਦੱਸਾਂ। ਨੀ ਮਾਂ ਐ ਕਾ ਤੋ ਕਰਦੀ ਆ, ਹਲ ਤਾਂ ਬਾਪੂ ਦਾ ਨਹੀਂ ਪਤਾ ਚੱਲਿਆ ਕਿੱਥੇ ਗਿਆ ਕਿੱਥੇ ਨਹੀਂ, ਤੂੰ ਆਪਦੇ ਘੋੜਾ ਵਧਾਲਾ ਵਿੱਚ। ਬਈ ਨਾ ਮੈਨੂੰ ਤੇਰੇ ਬਾਪੂ ਦਾ ਪਤਾ ਨਾ ਘੋੜੇ ਦਾ ਪਤਾ, ਉਹਨੂੰ ਤੋਂ ਬਾਹਰ ਕੱਢ ਦੇ, ਮੈਂ ਤੈਨੂੰ ਬਾਹਰ ਕੱਢ ਕੇ ਸਾਹ ਲਊਂਗੀ, ਮੈਨੂੰ ਉਹਨਾਂ ਚਿਰ ਚੈਨ ਨਹੀਂ ਆਉਂਦੀ ਜਦੋਂ ਜਾਂਦਾ ਨਹੀਂ ਕਰੂੰ। ਬੇਬੇ ਟਿਕ ਜਾ, ਆ ਤੇਰੇ ਮੂਹਰੇ ਹੱਥ ਵਾਂਦੇ ਨਾ ਵਦੀਨ ਕਰ, ਪਹਿਲੀ ਬਹੁਤ ਔਖਿਆ ਮਸਾਂ ਲੈ ਕੇ ਐਂ ਚੱਕ ਉਹਨਾਂ ਨੂੰ ਖੇਤ ਤੋਂ। ਨਾ ਮੈਂ ਕੀ ਵਦੀਨ ਕਰਦੀ ਹਾਂ, ਵਦੀਨ ਤਾਂ ਮੈਨੂੰ ਤੁਸੀਂ ਕਰਦੇ ਹੋ, ਨਾਲੇ ਮੇਰੇ ਸਿਰ ਤੇ ਤੁਸੀਂ ਲੱਤ ਰੱਖਦੇ ਹੋ। ਹੈ ਉਹਨਾਂ ਨੂੰ ਆਏ ਨਹੀਂ ਆਉਂਦੀ ਬਸ਼ਰਮਾ ਨੂੰ ਵੀ ਅਸੀਂ ਦਾਰੂ ਪੀ ਕੇ ਘਰੇ ਆਉਂਦੇ, ਬਾਪ ਤਾਂ ਸਾਡਾ ਘਰੋਂ ਨਿਕਲਿਆ ਫਿਰਦਾ ਹੈ, ਆਪ ਦਾਰੂ ਪੀਂਦੇ ਨੇ। ਜਮੀ ਬਸ਼ਰਮ ਟੋਲਾ, ਬਸ਼ਰਮ ਟੋਲਾ, ਜਮੀ ਸ਼ਰਮ ਨਹੀਂ ਕਿਸੇ ਤੋਂ ਆਉਂਦੀ ਰਹੀ। ਨਿਵਾ ਪੁੱਛਣਾ, ਮੈਂ ਤਾਂ ਬਥੇਰਾ ਰੋਈ ਸੀ ਉਹਨਾਂ ਕੋਲੇ, ਮੈਨੂੰ ਤੇ ਟਿੱਚ ਕਰਕੇ ਨਹੀਂ ਜਾਣਦੇ, ਮੈਂ ਦੱਸ ਕਿਹੜੇ ਖੂਚ ਜਾ ਕੇ ਛਾਲ ਮਾਰਾਂ, ਮੈਂ ਤਾਂ ਆਪ ਤੱਪੀ ਤੋਂ ਪਾਈਆਂ। ਨਹੀਂ ਜੇ ਤੂੰ ਔਖੀ ਹੋਵੇਂ ਫਿਰ ਕਾਹਦੀਆਂ ਗੱਲਾਂ ਨੇ, ਔਖੀ ਤਾਂ ਮੈਂ ਆ, ਮੈਂ ਤੂੰ ਕਾਹਨੂੰ ਔਖੀ ਹੈ, ਤੂੰ ਤਾਂ ਸੌਖੀ ਹੈ। ਕੋਈ ਨਾ ਬੇਬੇ, ਤੂੰ ਠੰਡੀ ਰਹਿ, ਅਸੀਂ ਸਮਝਾ ਦਾਂਗੇ ਟਕਿਆਈ ਨਾਲ, ਤੂੰ ਨਾ ਗਰਮ ਹੋਇਆ ਕਰ, ਮੈਂ ਪਾਣੀ ਲਿਆਉਣੀ ਆ, ਤੂੰ ਬੈਠ ਇੱਥੇ। ਭਾਬੀ ਪਾਣੀ ਲਿਆ ਤੂੰ ਬੇਬੇ। ਮੈਨੂੰ ਪਾਣੀ ਦੀ ਲੋੜ ਨਹੀਂ, ਮੈਨੂੰ ਗੱਲਾਂ ਗੱਲਾਂ 'ਚ ਨਾ ਲਾਓ, ਮੈਂ ਤੈਨੂੰ ਸੁਣ ਕੇ ਨਾ ਕਹਿਤਾ, ਉਹਨੂੰ ਮੁੰਡੇ ਨੂੰ ਬਾਹਰ ਲੈ ਕੱਢ ਕੇ, ਨਹੀਂ ਮੈਂ ਤਾਂ ਨਾ ਸਾਰੇ ਬੀਹੀਵੜ 'ਚ ਪਾ ਕੇ ਰੌਲਾ ਜਲੂਸ ਕਰ ਦੂੰਗੀ, ਭੇਜ ਦੇ ਉਹਨੂੰ ਪਿੰਡ ਰਹੀ ਜੇ ਚੰਗੀ ਚਾਹੁੰਦੀਆਂ ਵਿੱਚ। ਨਹੀਂ ਮਾਂ ਤੂੰ ਦੱਸ ਇੰਨੀ ਕਿਉਂ ਹਿੰਡ ਕਰਦੀ ਹੁੰਦੀ ਆ, ਸ਼ਰਾਬੀ ਹੋ ਰਿਹਾ ਹੁਣ ਗੱਡੀ, ਦੱਸ ਕਿਵੇਂ ਚਲਾਊਗਾ, ਵਗ ਜੂਗਾ ਜਦੋਂ ਉੱਠ ਖੜਿਆ। ਹੋਰ ਮਾਂ ਕੋਈ ਨਹੀਂ, ਭੇਜ ਦਾਂਗੇ ਉਹਨੂੰ, ਠੀਕ ਤਾਂ ਹੋ ਜਾਂਦੇ। ਨਹੀਂ ਉਹ ਤਾਂ ਠੀਕ ਹੋਣੀ ਨਹੀਂ ਹੈਗਾ, ਆ ਦੇਖ ਲੈ ਮਗਰ ਚੰਗਾ ਭਲਾ ਕੰਮ ਕਰਦਾ ਸੀ ਪਹਿਲਾਂ, ਗੱਲ ਕਰਦੇ ਮੇਰੀ ਅੱਖੇ ਲੱਗਦਾ ਸੀ ਉਹਨੇ ਨਾ ਕਬੈੜੇ ਨੇ ਲਾਲ ਆਉਂਗਣਾ, ਆ ਜਾ ਪਰਾਹੁਣਿਆ, ਆ ਜਾ ਜੀਜਿਆ, ਵਿਗਾੜ ਕੇ ਧਰਤਾ ਜਾ, ਮੈਂ ਉਹਦੀ ਪੱਟੀ ਮੇਜ਼ ਕਰਤੀ, ਫੱਟੀ ਪੋਛ ਦੀ, ਕੰਮ ਜੋਗਾ ਨਹੀਂ ਛੱਡਿਆ। ਲੈ ਦੱਸ ਬੇਬੇ ਇਹਨੇ ਕੀ ਵਿਗਾੜਿਆ ਉਹਨੂੰ, ਜਿਹਦਾ ਜੀ ਕਰਦਾ ਸੀ ਨਾ ਉਹਨੇ ਵੀ ਤਾਂ ਹੀ ਪੀਤੀ ਆ, ਇਹਨੂੰ ਕੋਈ ਧੱਕੇ ਨਾਲ ਮੂੰਹ 'ਚ ਨਹੀਂ ਪਾਤੀ, ਸਾਰਾ ਦੋਸ਼ ਤੂੰ ਮੇਰੇ ਭਰਾ ਦੀ ਲਾਈ ਜਾਨੀ ਆ। ਦੇਖ ਲੈ ਉਹਨੂੰ ਨਹੀਂ ਕੋਈ ਗੱਲ ਕਹਿਣ ਦੀ, ਲਗਾੜੇ ਨੂੰ ਤੇਰੇ ਇਹਨਾਂ ਗੱਲਾਂ ਕਰਕੇ ਘਰ 'ਚ ਵਾਧਾ ਵਧਿਆ, ਤਾਂ ਹੀ ਤਾਂ ਕਹਿੰਦਾ ਕਲੇਸ਼ ਨਹੀਂ ਮੁੱਕਦਾ। ਹੈ ਜੇ ਤੂੰ ਉਹਨੂੰ ਇੱਕ ਦੋ ਨਹੀਂ ਕਹਿਣ ਦਿੰਦੀ। ਨਾ ਬੇਬੇ ਇੰਨਾ ਦੱਸ ਕਾਹਤੋਂ ਭੱਖਦੀ ਆ ਤੂੰ, ਪਾਣੀ ਪੂਣੀ ਪੀ ਲਾ, ਠੰਡੀ ਹੋ ਜਾ, ਆਰਾਮ ਰੂਮ ਕਰ ਲਾ, ਬਿਮਾਰ ਹੋ ਜਾਏਗੀ। ਨਹੀਂ ਮੈਨੂੰ ਤਾਂ ਲੋੜ ਨਹੀਂ ਤੁਹਾਡੇ ਪਾਣੀ ਦੀ, ਨਾ ਮੈਨੂੰ ਆਪਦੀ ਬਿਮਾਰੀ ਦੀ ਚਿੰਤਾ, ਮੈਨੂੰ ਤੁਸੀਂ ਕਿੱਦਾਂ ਰਸ ਗਏ ਹੋ, ਮੈਨੂੰ ਪਤਾ ਜਿਹੜੇ ਗੱਲਾਂ ਤੁਸੀਂ ਕਰਦੀ ਹੋ ਨਾ ਉਹ ਮੇਰੇ ਨਹੁੰਾਂ 'ਚ ਪਈਆਂ ਨੇ। ਨਾ ਬੇਬੇ ਮੈਂ ਦੱਸ ਤੈਨੂੰ ਕੀ ਕਹਤਾ, ਆਈ ਆਖਿਆ ਵੀ ਪਾਣੀ ਪੀ ਕੇ ਆਰਾਮ ਕਰ ਲਾ। ਅੱਛਾ ਤੈਨੂੰ ਆਏ ਹੈ ਵੀ ਬੁੜੀ ਸੌਂ ਜੂਗੀ, ਸੌਂ ਕੇ ਸਾਰੀਆਂ ਗੱਲਾਂ ਭੁੱਲ ਜੂਗੀ, ਹੈ ਨਾ। ਨਹੀਂ ਮੈਂ ਭੁੱਲਣ ਵਾਲੇ 'ਚ ਨਹੀਂ ਹੈਗੀ, ਮੈਂ ਤਾਂ ਆਹ ਬੈਠੀ ਹਾਂ ਨਾਕਾ ਲਾਈ, ਸੁਣਦੀ ਹਾਂ ਜਿੰਨਾ ਚਿਰ ਉਹ ਉੱਠਦਾ ਨਹੀਂ ਆ ਉਹਦਾ ਬੋਰੀ ਬਿਸਤਰਾ ਬਾਹਰ ਕੱਢ ਕੇ ਫੇਰ ਸਾਹ ਲਾਉਂਦੀ। ਚੱਲ ਠੀਕ ਆ ਬੇਬੇ, ਤੂੰ ਨਹੀਂ ਟਿਕਦੀ, ਜਿਹੜਾ ਕੁਛ ਕਰਨਾ ਕਰ ਲਾ। ਨਹੀਂ ਨਿਸ਼ੂ ਐਂ ਕਰਦੇ, ਨਾਲ ਤਾਂ ਆਪਾਂ ਸਕੂਟੀ ਲੈਣੇ, ਸੁਣਨੀ ਖੜੀ ਆ, ਨਾਲ ਬਾਪੂ ਨੂੰ ਵੀ ਦੇਖੇ ਕਿੱਥੇ ਆ ਕਿੱਥੇ ਨਹੀਂ। ਆ ਜਾ ਨਿਕਲ ਜਾਓ, ਨਿਕਲ ਜਾਓ, ਦੇਖ ਲੈ ਕਿਵੇਂ ਜੋਟਾ ਬੰਨੇ। ਆਹੋ ਅਸਾਂ ਜਾਣਾ ਹੀ ਆ ਭਾਲਣ, ਫਿਰ ਤੇਰੇ ਤਾਂ ਸਰ ਗਿਆ ਬੈਠ ਕੇ, ਤੈਨੂੰ ਕਿਹੜਾ ਕੋਈ ਫਰਕ ਪੈਂਦਾ, ਕੋਈ ਮਰੇ ਚਾਹੇ ਕੋਈ ਜੀਵੇ, ਬੈਠੀ ਰਹੇ ਤੂੰ ਬਸ ਉਰੇ। ਹਾਂ ਫਰਕ ਪਵੇ ਨਾ ਪਵੇ ਮੇਰੀ ਗੱਲ ਸੁਣ ਲੈ, ਮੈਂ ਤਾਂ ਉਦੀ ਬੂੜੇ ਦਾ ਖਹਿੜਾ ਛੱਡਦਾ ਸੀ ਜਿੱਦੇ ਉਹ ਸੋਡੇ ਕਹਿੰਦਾ ਹੋ ਗਿਆ ਸੀ, ਸੋਡਾ ਮੇਰ ਪੱਖ ਕਰਨ ਲੱਗ ਗਿਆ ਸੀ, ਜਿਹੜੇ ਮਰਜ਼ੀ ਖੂਹ 'ਚ ਡਿੱਗੇ ਜਿਹੜੇ 'ਚ ਨਾ ਡਿੱਗੇ, ਪਰ ਇੱਕ ਗੱਲ ਜ਼ਰੂਰ ਸੁਣ ਲਓ ਮੇਰੀ, ਜੇ ਕੁਛ ਬੂੜੇ ਨੂੰ ਹੋ ਗਿਆ ਨਾ ਸੋਡੀ ਖੈਰ ਨਹੀਂ ਛੱਡਦੀ। ਆ ਦੇਖ ਲੈ ਨਿਸ਼ੂ, ਇਹ ਤਾਂ ਆਪਾਂ ਨੂੰ ਸਾਰੇ ਪਾਸੇ ਮਾਰ ਗਈ, ਨਾਲ ਤਾਂ ਬਾਪੂ ਨੂੰ ਦੇਖ ਕੇ ਰਾਜ਼ੀ ਨਹੀਂ ਹੈਗੀ, ਨਾਲ ਜੇ ਬਾਪੂ ਨੂੰ ਜੇ ਕੁਛ ਹੋ ਗਿਆ ਫਿਰ ਆਪਣੇ ਗੱਲ ਪਾਊਗੀ, ਨਾ ਜੇ ਇੰਨਾ ਹੀ ਹੈ ਜਾਂਦਾ ਉਰੇ ਬੈਠੀ ਕੀ ਕਰਦੀ ਆ, ਜਾ ਕੇ ਭਾਲ ਲੈਣਾ। ਨਹੀਂ ਤੂੰ ਲੰਘ ਜਾ, ਲੰਘ ਜਾ, ਮੈਂ ਤੈਨੂੰ ਦੱਸਾਂ ਕਿਤੇ ਮੈਂ ਉਹ ਛਿੱਤਰ ਨਾ ਖਾ ਕੇ ਖੜ ਜੀ, ਜਾ ਭਾਜਾ, ਵੱਡੀ ਹੁਸ਼ਿਆਰ ਬਣਦੀ ਆਪਦੇ ਆਪ ਨੂੰ, ਜ਼ਿਆਦੇ ਚੰਬਲਦੀ ਹੈ। ਆਹੋ ਹੱਥ ਤਾਂ ਲਾ ਕੇ ਦੇਖ, ਮੈਨੂੰ ਕਹਿੰਦੀ ਆ ਹਲੇ ਜ਼ਿਆਦਾ ਚੰਬਲੀ ਆ, ਆਪ ਕਿਹੜਾ ਘੱਟ ਚੰਬਲੀ ਆ, ਵੱਡੀ ਆਈ ਜ਼ਿਆਦਾ ਭਕਾਈ ਮਾਰਨ ਵਾਲੀ। ਨਹੀਂ ਤੂੰ ਟਿਕਰੀ ਆ ਕਿ ਨਹੀਂ, ਕਿ ਮੈਂ ਕੰਨਾਂ ਤੱਕ ਮੂੰਹ ਪਾਟਿਆ ਤੈਨੂੰ, ਮੈਂ ਦੱਸਦੇ ਸਮਾ ਕੇ, ਹੈ ਤੈ ਬੁੜੀ ਦਾ ਹਲੇ ਦੇਖਿਆ ਨਹੀਂ ਗੁੱਸਾ। ਖੜੋਰੇ ਹੁਣ ਨਾ, ਹੁਣ ਕਾਹਨੂੰ ਭੱਜਦੀਆਂ, ਚੋਪੜਾਂ ਤੈਨੂੰ ਸਮਾਰ ਕੇ, ਮਸਤੀਆਂ ਜਿੱਕੋ ਮੂਹਰੇ ਬੋਲਣ ਮੇਰੇ, ਹੈ ਆਹ ਇੱਕ ਚੱਕ ਦੂੰਗੀ ਘੋਟਾ, ਆ ਜਾ। ਕੋਈ ਨਾ ਕੋਈ ਨਾ, ਦੇਖ ਲਾਂਗੇ ਤੈਨੂੰ ਵੀ ਅੱਗੇ ਅੱਗੇ ਕਿਵੇਂ ਵੱਧਦੀ ਜਾਂਦੀ ਆ, ਅਸੀਂ ਪਹਿਲਾਂ ਬਾਪੂ ਨੂੰ ਭਾਲ ਲਈਏ ਤੇ ਧਾ ਕੇ ਦੇਖਾਂਗੇ। ਚੱਲ ਇਹ ਤਾਂ ਘੋਟਾ ਲੈ ਕੇ ਇੱਥੇ ਆਈ ਇਹਦੀ, ਭੱਜ ਲੈ, ਚੱਲ ਭੱਜ ਲੈ ਵੀ ਨਾ, ਹੁਣ ਖੜ ਗਾ, ਹੁਣ ਕਿਉਂ ਜਾਂਦੀ ਭੱਜੀ, ਆ ਜਾ ਘਰੀ ਆਵੇਂਗੀ ਮੁੜ ਕੇ, ਤਾਂ ਪਾਰੂ ਤੇਰਾ ਸਮਾਰ ਕੇ ਸਿਰ ਤੇਰਾ, ਹਾਏ ਨੀ ਨਾਲੇ ਹੁਣ ਭੱਜ ਗਈ ਖੜੀ ਨੀ ਮੈਦਾਨ ਛੱਡ ਕੇ, ਹਾਏ ਹਾਏ ਇੱਕ ਤਾਂ ਢੂਹੀ ਢੂਹੀ ਜਾਂਦੀ ਹੈ, ਇੱਕ ਉਹ ਪਰਿਵਾਰ ਨਾਲ ਹਲੇ ਹਿਸਾਬ ਕਿਤਾਬ ਰਹਿੰਦਾ ਹੈ, ਉਹਦਾ ਵੀ ਕਰਨਾ ਹੈ, ਉਹਨੂੰ ਐਂ ਹੋ ਗਿਆ ਵੀ ਹਾਂ ਮੈਂ ਖਾਂ ਨਸੀਬੋ ਨੂੰ ਕੁੱਟ ਗਈ, ਕੋਈ ਨਹੀਂ ਹਲੇ
मैं की करा, मेरा केड़ा शौक आ बोलन दा फालतू दा, बस हड़दी नहीं तेरी मां। ओ तो तेनू पता ही है भाभी। नहीं पता दा की करा, सौ लगे आ कंजे क्लेश ना एक दिन मैनू ले ही डुबूगा, मैं कुछ खा के मर जाना। मैं कल तो बोल दी भाभी, नहीं जमा मैनू आपदी ना जवाक वांगू समझदी नहीं हैगी, पता नहीं क्यों। जवाक नू केड़ा अपना जवाक समझदी है भाभी, मैनू भी देख ला मेरे ना की कुछ हुंदा गा। नहीं एक गल कहा, मेरा तो बहुत जी करदा उन्हू मां कहिंदा, पर वह कहलान देना मां लायक ही नहीं हैगी, देख तो ला कि कुछ बोल दी है मैनू। निशु हाँ जी, हूँ दस आप पहले स्कूटी लेके आईए या फिर बापू नू लभन जाइए। भाभी स्कूटरी चक लियाने, फिर आपां नू टिब्बी वाले खेत जाना पूगा। एड्डी दूर फिर जाना पू भाभी? नहीं फिर वो तो जाना ही पूगा, फिर ऐ देख लेंगे ना स्कूटी ते बापू नू लभ लेंगे। चल भाभी चलिए। चल आया जाके फटाफट ले आने। तो पा रखा भाभी सारे ने, नहीं आप ही रह गई बस। ला देख ला कुड़ी भी मगर ला रखी है, वह भी नहीं माँ की सुनती, देखूंगी तेरे भरजाई की लल्लर ला के तोरूगी तेनू, रंग तो तेनू माँ ही लाऊगी जिन्हें तू जम्मी है। छड बे भरावा ना, यह तो सारा दिन स्यापा मुकदा, मैं तो दुध तत्ता करके पीनी हाँ, ये तो उठी नहीं है, किन्ना चेर मैं इन्हें राखी रखूंगी, आपे उठ खड़न जो उठना है, डीकदी इन्ना चेर हो गया। जे जब्बल जहाँ मिल जाए मैनू ना, होर तो कम मैं बाद च करा, वह लत्तां तोड़ा पहला मैं, जरा मेरे ना 2000 की ठगी मार के बन गया कंजरा, उन्होंने पूछे तेन होर कम ही नहीं है कोई, मैं तो मसा 2000 रुपया रखे भी दवाई बूटी लेनी है, है बदीन कर लिया सुर ने बदीन नहीं कर लिया। हाय भाभी भाभी माड़ा टाइम बह के दम ला ला भाभी, बह जा जा मेरा तो सिर दुखन लग गया। नहीं ध्यान ना कुड़ी, मतलब चक्कर चुक्कर जी आने लग गए तेन, बहुत औखा भाभी मैं इतों इन्ना कितने तुरै जाता गा। नहीं हूँ मेनू कड़ा चौ चढ़िया तुरं का, तेन पता तो हैगा जेडे लक्षण करते फिर उन्होंने हम सुधारना भी आ। बह जा भाभी तू मैं। नहीं कोई गल नहीं, बस तू 2 मिनट खड़ जा, आप चल दिया फिर अपने स्कूटी भी लैके आनी आ। उत्तों मौसम भी कहा जा हो रहा भाभी? नहीं मैं लगता मीह मूह पवेगा, मौसम भी खराब होने लग गया, मैं कहनी दवा दब चल दिया, कोई रास्ते च रेड़ा रूड़ा मिल जूगा। चल भाभी होर बैठ के तुरते बनेंगे उन्होंने। भाभी होर नहीं तुरै जाता, कोई ना रास्ते च कोई मिल जूगा, माड़ा हौसला रख। ਉਹ ਕਿੱਧਰ ਦੀ ਜਾਈਏ, ਬੜਾ ਪੰਗਾ ਛਿੜ ਗਿਆ, ਉਹ ਪੁਲ ਤਾਂ ਬਹੁਤ ਦੂਰ ਖੜਿਆ, ਕਿਵੇਂ ਜਾਵਾਂਗੇ ਏਡੀ ਦੂਰ ਤੁਰ ਕੇ, ਮੈਂ ਤਾਂ ਐਂ ਕਹਿੰਦੀ ਵਿੱਚ ਦੀ ਲੰਘ ਜਾਈਏ, ਵਿੱਚ ਦੀ ਵੀ ਨਹੀਂ ਲੰਘਿਆ ਜਾਣਾ ਹੈਗਾ, ਐਂ ਤੀ ਵੀ ਜਾ ਰਹਾਂਗੇ ਟਾਈਮ ਨਾਲ ਮਾੜਾ ਜਿਹਾ, ਉਹ ਉੱਥੋਂ ਹੀ ਦੇਖਦਾ ਗਾਹਾਂ ਦੀ ਚੱਲ ਮਾੜਾ ਜਿਹਾ, ਇਹ ਤਾਂ ਹੁਣ ਕਰਨਾ ਹੀ ਪਊਗਾ ਜਿਹੜਾ ਪੰਗਾ ਛੇੜ ਲਿਆ, ਉੱਥੋਂ ਹੀ ਟੱਪ ਜਾਣਾ, ਚੱਲ ਹੋਰ ਕੀ ਆ। ਚੱਲ ਨਿਸ਼ੂ ਸਕੂਟੀ ਚੱਕ ਲਈ ਆਪਾਂ ਫਟਾਫਟ, ਕਿੰਨਾ ਟਾਈਮ ਦੀ ਸੁਣਨੀ ਖੜੀ ਆ ਉਹ। ਹੋਰ ਭਾਬੀ ਚੱਕੋ ਚੱਕ ਹੀ ਲੈ ਜੇ ਚਾਬੀ ਭਾਬੀ, ਕਿੱਡੀ ਦੂਰ ਆ ਭਾਬੀ ਇਹ ਖੇਤ, ਇੱਕ ਤਾਂ ਨਾ ਇਹਦਾ ਲੋਕ ਜਿਹਾ ਵੀ ਮਸਾ ਖੁੱਲਦਾ, ਪਤਾ ਨਹੀਂ ਇਹ ਕਿਵੇਂ ਲਾ ਕੇ ਜਾਂਦੇ ਨੇ ਇਹ। ਖੁੱਲ ਗਿਆ ਭਾਬੀ? ਹਾਂ ਖੁੱਲ ਗਿਆ। ਰੋਡ ਕੀ ਲੈ ਜਾਂਦੇ? ਹੋਰ ਡਰ ਲੱਗਦਾ ਕਿਤੇ ਸੂਰਜ ਨਾ ਵਗ ਜਾਈਏ। ਇੱਕ ਮਿੰਟ ਧਿਆਨ ਨਾ ਕੁੜੀ, ਇੱਕ ਮਿੰਟ ਭਾਬੀ ਮੇਰੇ ਪੈਰ ਤੇ ਨਾ ਚੜਾ ਦੀ, ਇੱਕ ਮਿੰਟ। ਚੱਲ ਜਿਹੜੀ ਹੁਣ ਲਾਜ ਆ ਕੋਈ ਇਲਾਜ ਨਹੀਂ ਹੈਗਾ, ਆ ਹੈਗਾ ਰਾਹ ਇੱਥੋਂ ਹੀ ਲੰਘ ਜਾਣਾ। ਬਸ 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 ਹੁਣ ਛੱਡ ਦੇ ਤੂੰ। ਚੱਲ ਭਾਬੀ ਨਹੀਂ, ਚੱਲ ਸਿੱਧਾ ਰੱਖ ਭਾਬੀ, ਸਿੱਧਾ ਹੀ ਹੈ, ਚਲਾ ਲਓਗੇ? ਚੱਲ ਬੈਠ ਫਟਾਫਟ। ਚੱਲ ਭਾਬੀ ਭਾਬੀ ਦੇਖ ਕੇ, ਹੋਰ ਇੱਕ ਤਾਂ ਰਸਤਾ ਵੀ ਬਾਹਲਾ ਖਰਾਬ ਆ ਉਹਦਾ, ਨਹੀਂ ਕੀ ਕਰਾਂ ਰਸਤਾ ਬਾਹਲਾ ਖਰਾਬ ਆ। ਭਾਬੀ ਡੇਗ ਨਾ ਦੇਈ ਤੂੰ ਮੈਨੂੰ,
जुत्तियां भगा दे उधर पहला भेजे जाने तेरिया बल्ले 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 ला माड़ा जा देख ला पहला खूंडा ला के कितने ज्यादा डूंगा तो नहीं है कितने हो रे स्यापा छिड़ जे है ना ना ज्यादा डूंगा नहीं है बथेरे टोबे तेरे हुए हाँ कुछ नहीं होंगे जे लांगे जाएंगे कुंडा छिड़ दो बल्ले बल्ले ओहो चल राम भाई तई बचा होना जा इनू कहते ने बेफता बेफता होंगी आ देख ला लोगों दल हो जाए देख अज बचा दे मैनू इतना कपड़े तो सुक जाएंगे एक्ती मरा कपड़े तेरे ओहो बाट घट गई तेरी होर की है हुण बाट नहीं घट गई ओहो कपड़े सुकाउण दे पहला किसी मोटर ते जाके मर जा मेरे साले ते मेरे कोल कहे जे ना बदीन करता कंजरां ने बदीन नहीं करता दस है कि मैं फिरदा भजया मैं कराहे पिया कंजरो तुसीं आप तो बदीन हुए मैं भी बदीन करता तुसीं तो मैं नहीं बदीन करता लोग देख ला किवें घरां च हसदे बसदे फिरदे ने तुसीं आ माड़े लक्षणां ने पटते तुसीं माड़े लक्षण नहीं पटते तुसीं कंजरो ला देख ला चार सवेरे जान बंडी दी है खानी किधर उजड़िया ने हूं तक दिया घरें नहीं मुड़िया है घरों की डीक डीक थक गई कम भी करने वाले पे ने कुछ मांगरे फिरी जाऊंगी घर के कमरा इन्ना कहीं चके धरे गए बुढ़े के बहाने बाहर फिरन की आदत पै रही है आपे आजू जिथे गया की हो गया भाभी ये कदों खड़ा ली निशो बापू कितने लभे ही नहीं है देख सारा देखे आप पिछे भी भाभी बापू ने सारे कितने का देख लिया मैं ऐ कहनी आप नानके ना फोन करके पूछ लिए नहीं नानके बापू की नानके कितने बनती हाँ मैनू लगता कितने मासी को ना भग गया हो बापू भाभी फिर आप अंदरले घर वाली मोटर से देखे होने की पता उत्थे हो नहीं हाँ वही रह ऐ कर दी अपन अंदरले घर वाली मोटर से देखे ना जो उत्थे ना मिले फिर घरे जाके ना फोन करके वेख दिया हाँ भाभी ना हाँ जी चलो नहीं होर चल पा किते बापू उठी रह गया भाभी होर अपा सारे किते देख ली नहीं होता ठीक है मैं क्या चल दिया किते बेबे ने भी गा पा रखा हो बीरे होना तेरे बेबे तो तेनु पता ही है भाभी हैं ਕਿਹੜਾ ਵੇਲਾ ਹੋਗਾ ਕਿਤੇ ਨਹੀਂ ਚਮਕਦੀਆਂ ਹੈਗੀਆਂ ਖਾਨੀ ਕੁੜੀ ਨੂੰ ਕਿੱਥੇ ਤਾਂ ਲੈ ਕੇ ਗਈ ਹੈ ਕਿੱਥੇ ਨਹੀਂ ਪਤਾ ਨਹੀਂ ਕਿਹੜੇ ਖੂਹ 'ਚ ਉਤਰੀਆਂ ਨੇ ਛੱਡ ਪਰਾਂ ਆਪੇ ਆ ਜਾਣਗੀਆਂ ਮੈਂ ਤਾਂ ਉਹਨੂੰ ਠਾਲ ਦੀਆਂ ਮੁੰਡੇ ਨੂੰ ਜਿਹੜਾ ਅੰਦਰ ਰੱਜਿਆ ਪਿਆ ਕੰਜਰ ਆਏ ਨਹੀਂ ਆਉਂਦਾ ਕਿਸੇ ਕੰਮ ਦੀ ਨਹੀਂ ਧੰਦੇ ਦੀ ਨਹੀਂ ਨਾ ਕਿਸੇ ਖੇਤ ਦਾ ਫਿਕਰ ਨਾ ਕਿਸੇ ਡੰਗਰ ਪਸ਼ੂ ਦਾ ਫਿਕਰ ਵੀ ਦੱਸ ਇਹਨਾਂ ਖੋਲਿਆਂ ਨੂੰ ਸਾਂਭੂਗਾ ਕੌਣ ਕੌਣ ਤੁਹਾਡੀ ਖੇਤੀ ਕਰੂਗਾ ਮੌਜਾਂ ਨਾਲ ਅੰਦਰ ਬੜੇ ਪਏ ਹੋ ਕੰਜਰੋ ਕੰਮ ਤਾਂ ਦੇਖ ਲਓ ਕਿਉਂ ਤੁਸੀਂ ਘਰ ਜਾੜਨ ਵਾਲੀਆਂ ਗੱਲਾਂ ਕਰ ਰੱਖੀਆਂ ਨੇ ਦੇਖ ਲਾ ਕਿੱਥੇ ਲੋਕਾਂ ਦੀਆਂ ਮੋਟਰਾਂ 'ਤੇ ਫਿਰਦਾ ਭੜਕਦਾ ਮੈਂ ਲੋਕ ਤਾਂ ਕਹਿਣਗੇ ਬੋਲਾ ਕੋਈ ਇਹ ਦੇਖ ਲਾ ਜਾਇਦਾਦ ਦਾ ਮਾਲਕ ਆ ਕਹਾਉਣਾ ਲੋਕਾਂ ਤੋਂ ਬੋਲਾਂ ਮੈਂ ਕੁਛ ਮਰਜ਼ੀ ਕਹੀ ਜਾਵੇ ਹੋਰ ਕੀ ਆ ਹੁਣ ਤਾਂ ਕਹਿਣਗੀ ਜਦ ਕਰਾਹੇ ਪੈ ਗਿਆ ਲੋਕਾਂ ਨੇ ਤਾਂ ਕਹਿਣੀ ਆ ਕਹੀ ਜਾਣ 'ਤੇ ਹੋਰ ਕੀ ਆ ਲਾਜ ਆ ਕੋਈ ਹੁਣ ਇਹ ਤਾਂ ਆਪਦੀ ਲਾਦ ਮਾੜੀ ਆ ਕਿਸੇ ਦਾ ਕੁਛ ਨਹੀਂ ਹੈਗਾ ਆਪਦੀ ਲਾਦ ਨਹੀਂ ਮਾੜੀ ਹੈਗੀ ਜੇ ਲਾਦ ਚੰਗੀ ਹੋਵੇ ਘਰ ਬਹਿੰਦੇ ਮੌਜ ਨਾਲ ਚਲੇ ਉਹ ਘਰ ਬਹਿੰਦੇ ਉਹ ਕਿਧਰੇ ਭੱਜੇ ਫਿਰਦੇ ਨੇ ਆਤਾ ਤੀਵੀਂ ਦਾ ਵੇੜਾ ਬੈਠਾ ਸਾਰੋ ਤੋਂ ਮਾੜੀ ਗੱਲ ਤਾਂ ਉਹਨੇ ਕਰੀ ਆ ਜੇ ਉਹ ਚੱਜਦੀ ਹੁੰਦੀ ਕਾਹਨੂੰ ਇੰਨੇ ਪੰਗੇ ਛਿੜਦੇ ਉਹਨੇ ਘਰ ਪੱਟਦਾ ਮੇਰਾ ਸੱਚੀ ਗੱਲ ਆ ਤੀਵੀਆਂ ਘਰ ਪੱਟ ਦਿੰਦੀਆਂ ਨੇ ਬਾਈ ਸੱਚੀ ਗੱਲ ਆ ਸਿਆਣਿਆਂ ਦੀ ਹੈ ਨਾ ਕੀ ਇਲਾਜ ਆ ਹੁਣ ਇਸ ਗੱਲ ਦਾ ਕੋਈ ਇਲਾਜ ਨਹੀਂ ਇਹ ਤਾਂ ਪਹਿਲਾਂ ਖੜਕਾ ਕੇ ਰੱਖਦਾ ਜੇ ਮਾੜਾ ਮੋਟਾ ਮੈਂ ਕਾਹਨੂੰ ਆਹ ਲੱਛਣ ਕਰਦੀ ਉਹ ਆਹ ਲੱਛਣ ਨਾ ਕਰਦੀ ਚੱਲ ਤੁਰ ਪਾ ਕਾਹਨੂੰ ਐਵੀਂ ਮਨ ਹੌਲਾ ਕਰੀ ਜਾਂਦਾ ਤੂੰ ਲੰਘ ਚੱਲ ਹੋਰ ਕੀ ਆ ਵਾਹਿਗੁਰੂ ਲੰਘ ਜਾ ਹੋਰ ਕੀ ਲਾ ਹੁਣ ਕਾਹਨੂੰ ਬਾਂ ਬਾਂ ਕਰੀ ਜਾਂਦਾ ਇਹ ਤਾਂ ਆਪਦਾ ਝੁੱਗਾ ਚੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ ਕਿਸੇ ਦਾ ਇਹ 'ਚ ਕੋਈ ਖੋਟ ਨਹੀਂ ਹੈਗਾ
क्यों आप किसी को दोष दईए आपकी खोटा सारा ये ओहो रब्बा मेरे आ कि बेफता च पै गया मैं ना पावे यही जी बेफता च रब किसी बस देखा तो सही लोहड़ा आ गया तीन घंटे हो गए प्यान हल तक जैरो जी पीती हुई नहीं उतरी इन्हों की कि मैनू उतारनी पेगी ओहो मैं मर जा कि बदबू मार दी मर जाना हो जाके मूँह धोला लस्सी तेरे खातर दा मैं लाउनी आ मधाणी आ इधर निकल बाहर बेबे खड़ जा बेबे कोई नहीं बग जूगा मैं आपे भेज दूंगा मैं तां रौनक लगी मेरी गल सुन ले मेरे मुंह ना लग जे तेनु जा रे हेज मार दे ते नाले बग जा मैनु तां लोड नहीं चल चल कमाल बेबे तेरे वाली उई धक्के मारी जाने मैनू नाले मुंडे नूं लग रहे धक्के मारन आई नहीं तू हटदी मैं मारदा माड़ा बाज आई माड़ा जा की करदी आ ओ खड़ जा मासी कुड़ी नूं तां मिल लैण दे साडी नूं की गल 6 महीने हो गए इत्थे बैठे नूं हले बहां आकड़ियां ने कुड़ी नूं मिल लैनियां ओ मासी क्यों गर्म होई जानी आ मेरी भी कोई इज्जत आ मैं भी आपदी भैण नूं मिल के जाऊं बे तेरी इज्जत सवार हैगी पहले तेरे करके बुढ़ा घरों निकल गया हुण मैं निकल जूं तू आपदी इज्जत पल्ले रखी चल आहो सारा कुछ मेरे करके ही हो रहा अरे ओहो जिहड़ियां लड़ाइयां तू लैनी आ तेरे करके हुंदियां ने सब कंजरा तेरे करके आहो मैं लड़दा की उथे गा रहे जाके ओ तेछो दे बकरे सी करौणा की तू इथे बैठे 6 महीने दा मौजां रज के समा नाल इनू ला लना ओ चंगे मैं छोटे फैसले नबड़ाउना ਤੁਸੀਂ ਸਿਰ ਚੜ ਰਹੇ ਹੋ ਦਾਰੂ ਪੀ ਕੇ ਨਬੜਾਂਗਾ ਫੈਸਲੇ ਚੰਗਾ ਡਟ ਕੇ ਮੌਜਣਾ ਪਾਈ ਜਾਣਾ ਅੰਦੇ ਵੜ ਕੇ ਨਾਲੇ ਕੰਜਰ ਲਾ ਰੱਖਿਆ ਇਹ ਵੀ ਕੰਮ ਜੋਗਾ ਤਾਂ ਛੱਡਿਆ ਨਹੀਂ ਦਾਰੂ ਕੀ ਮੈਂ ਆਪ ਪੀਣਾ ਇਹ ਪਲਿਆਉਂਦਾ ਮੈਨੂੰ ਧੱਕੇ ਨਾਲ ਅੱਛਾ ਇਹ ਤਾਂ ਤੇਰੇ ਮੂੰਹ ਚ ਪਾਉਂਦਾ ਸ਼ਰਮ ਨਹੀਂ ਆਉਂਦੀ ਕਿ ਦਿੰਦਾ ਤਾਂ ਹੀ ਪੀਣਾ ਮੈਂ ਹਾਂ ਦੇਖ ਲੈ ਤੂੰ ਹੁਣ ਮੇਰੇ ਕਿ ਨਹੀਂ ਆਗਾ ਦੇਖ ਲਾ ਓਏ ਓਏ ਪਰੌਣਿਆ ਤੂੰ ਹੀ ਤਾਂ ਰੱਖਦਾ ਆਇਆ ਹਿੱਲਾ ਕਰ ਰੱਖਿਆ ਮੈਂ ਤਾਂ ਕਦੋਂ ਦਾ ਜਾਂਦਾ ਸੀ ਬਈ ਜੇ ਤੂੰ ਜਾਂਦਾ ਜਾਂ ਰੋਕਾ ਕੀ ਨਹੀਂ ਸੀ ਜਾ ਭੱਗ ਜਾ ਕਿਵੇਂ ਮੇਰਾ ਦਿਮਾਗ ਖਰਾਬ ਕਰ ਰੱਖਿਆ ਦੋਨੇ ਭੈਣ ਭਾਈਆਂ ਨੇ ਇਹਨਾਂ ਨੇ ਤੀਜਾ ਮੱਗਰ ਮਾਗਰ ਲਾ ਰੱਖਿਆ ਤੁਸੀਂ ਨੇ ਚੱਲ ਹੁਣ ਮੇਰੇ ਨਾਲ ਨਾ ਪਕਾਈ ਮਾਰ ਆਪਣੇ ਆਈ ਮੜਾ ਜਾ ਆ ਛੋਟੀ ਬੁੜੀ ਖਰਖਰਾ ਕਰਾਊਗੀ ਮੇ ਤੋਂ ਹੁਣ ਆਇਆ ਖਰਖਰਾ ਕਰਨ ਵਾਲਾ ਵੀ ਤੂੰ ਬੋਦਿਆਂ ਨੂੰ ਪੜਾ ਲਈ ਮੈਥੋਂ ਤੂੰ ਕਿਹੜਾ ਜਾ ਸਹੀ ਇਥੋਂ ਤੈਨੂੰ ਮੈਂ ਦਿਖਾਉਂ ਫਿਰ ਸੀ ਬੋਦੇ ਰੰਗ ਫੇਰ ਕਾ ਤੋ ਦਿਖਾਏਂਗੀ ਮਾਸੀ ਰੰਗ ਆ ਖੜਿਆ ਹੁਣੇ ਦਿਖਾ ਜਿਹੜੇ ਦਿਖਾਉਣੇ ਨੇ ਫੇਰ ਕਿਨੇ ਦੇਖੀ ਆ ਫੇ ਮੈਂ ਤਾਂ ਤੈਨੂੰ ਇੱਥੇ ਪੈੜ ਨਹੀਂ ਕਰਨ ਦਿੰਦੀ ਤੂੰ ਖੜਨ ਦੀ ਗੱਲ ਕਰਦਾ ਚੱਲ ਨਿਕਲ ਤੋਰ ਐ ਨਹੀਂ ਨਿਕਲਦਾ ਮੈਂ ਮਿਲੇ ਬਿਨਾ ਨਹੀਂ ਜਾਂਦਾ ਆਈ ਪੜੇ ਮੜਾ ਜਾ ਕੀ ਕਰਨ ਲੱਗੀ ਅੰਦਰ ਵੇ ਕਿਹਨੂੰ ਬੋਲ ਮਾਰ ਲੱਗ ਰਿਹਾ ਅੰਦਰ ਉਹ ਹੈ ਨਹੀਂ ਬਾਹਰ ਨਿਕਲੀ ਆ ਕਿਧਰੇ ਉਜੜੀ ਆ ਖਬਰ ਹੈ ਕਦੋਂ ਘਰੇ ਆਊਗੀ ਤੂੰ ਚੱਲ ਆਏ ਨਾ ਕਰ ਮਾਸੀ ਕਿਵੇਂ ਨਾ ਕਰ ਮੇਰੀ ਜ਼ਬਾਨ ਸੰਭਾਲ ਕੇ ਬੋਲ ਕੀ ਗੱਲ ਮੇਰੀ ਜ਼ਬਾਨ ਨੂੰ ਕੀ ਹੋਇਆ ਨਿਕਲਣ ਨੂੰ ਕਿਉਂ ਆਈ ਫਿਰਦੀ ਆ ਫਿਰ ਮਾਰ ਲੈ ਬੋਲ ਕਿੱਥੇ ਆ ਦੇਖਾ ਤੈਨੂੰ ਲੱਭ ਲਾਉਣ ਥਿਆ ਜੂਗੀ ਕਿਤੋਂ ਚੱਲ ਕਿਉਂ ਪਰੋਣੇ ਕਿੱਧਰ ਗਈ ਆ ਪਰੋਣੇ ਨੂੰ ਕੀ ਦੱਸ ਕੇ ਜਾਂਦੀ ਉਹ ਪਰੋਣੇ ਨੂੰ ਪੁੱਛਣਾ ਕਿੱਥੇ ਗਈ ਆ ਉਹ ਚੱਲ ਚੱਲ ਨਾ ਮਿਲ ਕੇ ਜਾਉਂ ਲੈ ਮੇਰੇ ਕੋਲ ਆ ਗਈ ਆ ਮਿਲ ਲੈ ਚੱਕ ਬਾਹਾਂ ਕੜੀਆਂ ਤੇਰੇ ਮਿਲਣ ਨੂੰ ਤਾਂ ਇੱਥੇ ਤਾਂ ਰੋਜ਼ ਰਹਿਣਾ ਇਣਕਦਾ आ जा कुड़िए मैं तो चलिया नाले मेरे कपड़े लिया चक के चल कोई गल नहीं बग जी वीरे हले की होया जानू पहले चाय पी के जाई आ जा अद मेरी गल सुननी की गल चाय पीणु के तेरा बाप इथे बूरी बन के गया थी एदे खत चाय करनू है फेर लागी पकंड करन होई फेर लेगी इन अंदर कड़ी सके मैं बाहर लेके उने भी बग जूगा अंदर लेके फेर तुर पैनी तू इनू जाने नहीं देना ले चाह पानी पिलाना कहदा पखंड है बेबे नहीं पखंडी है होर की है जदों नु जान नु कहनी आ ओदी ले लकड़े कट के मोड़ लेंदी ओनु अंदर मोड़ लियो जे फेर कोई गल नहीं बागजू ए कड़े बगाने थों आया नहीं है बगाने आया होया है जे ए आपदा घर समझदा ने इस घर नु ए पथूर नहीं पौंदे इने ने जिने हुण पाई के घर च ले कहदा पथूर पाए बेबे इने ओई गल गल ते पिछे पै जानी आ चुप कर जानी ज्यादा वकील कोटन दी लोड़ नहीं हैगी चल बे तू जम्मी भी शर्म हो रहेगा है निकलने नहीं करो मैं कुत्ते मंग कदों दी भौंकी जानी आ सोंदा ही नहीं किसे गल नु आ मासी तक्के जे देख के मार हुण सो समझ के हाथ लाई मेनू तो की गल की कर देगा करन नु ता बहुत कुछ कर दूं मैं अच्छा मेरे च की जानी ना ए जाना ते धक्के मारेंगी मुंडे नु नहीं मैं ता ही मारूं धक्के अच्छा हुण मार फिर नहीं तू परे हट जा मार के ना फौड़ा सिर पार दूं कोई लिहाज नहीं मेरे कोल है की किसे दी ना तू मार ता सही देख ही लेनी अज तेनु वड्डी आई नु ओ बस कर भाई मैं ता जान ही जाना ਹੁਣ ਬਗ ਜਾਣਾ ਮੈਂ ਤਾਂ ਤੁਸੀਂ ਕਾਨੂੰ ਹੀ ਮਗਜ ਖਪਾਈ ਕਰਦੇ ਹੋ ਇੱਥੇ ਨਾ ਕੱਲ ਨੂੰ ਕੁਝ ਹੋਰ ਬੋਲੂਗੀ ਅੱਜ ਦੇਖ ਹੀ ਲੈਣੀ ਆ ਆ ਜਾ ਫਿਰ
ਪਾਬੀ ਤੂੰ ਛੱਡ ਪਰ ਇਹਨਾਂ ਨੂੰ ਬਾਪੂ ਬਾਰੇ ਪੁੱਛ ਲੋ ਫੋਨ ਲਾ ਕੇ ਨਾਨਕੇ ਨੀ ਕੀ ਦੇਖੇਂਗੀ ਤੂੰ ਆਈ ਐ ਬੜੀ ਦੇਖਣ ਵਾਲੀ ਕਿਵੇਂ ਚੱਲਦੀ ਇਹਦੀ ਕੈਂਚੀ ਵਾਂਗੂ ਜਵਾਨ ਚਾਬਰ ਚਾਬਰ ਨੀ ਐਂ ਹੀ ਦੇਖੂੰਗੀ ਤੂੰ ਮੇਰੇ ਭਰਾ ਨੂੰ ਕਿਵੇਂ ਘਰੋਂ ਕੱਢਦੀ ਆ ਨੀ ਤੂੰ ਇਹਦੀ ਗੱਲ ਕਰਦੀ ਐ ਕਿਤੇ ਇਹਦੇ ਨਾਲ ਨਾਲ ਮੈਨੂੰ ਤੇਰਾ ਨਾਲ ਸਲਵਟਣਾ ਪੈ ਜੇ ਮਾਰ ਮਾਰ ਨਾ ਚਪੇੜਾ ਮੂੰਹ ਲਾਲ ਕਰ ਦੂੰ ਤੂੰ ਲਵੇ ਤੇ ਲੱਗ ਦੇਖ ਲੈਨੇ ਕੌਣ ਕਿਵੇਂ ਮਾਰਦਾ ਨੀ ਤੂੰ ਚੁੱਪ ਕਰਕੇ ਬਹਿ ਜਾ ਕਿਵੇਂ ਰਬੜ ਵਾਂਗੂ ਵੜੀ ਲੈ ਮੇਰੇ ਮੂੰਹ ਰਹੇ ਖੜੇ ਕੁੜੀ ਮਲੰਗਣੀ ਨਾ ਹੋਵੇ ਤਾਂ ਮੈਂ ਕਹਿੰਦੀ ਆ ਕੀ ਕਹਿਣਾ ਕੀ ਕਹਿਣਾ ਹਾਏ ਮੇਰੇ ਦੇਖੇ ਮੈਂ ਮਾਰਦੀ ਐ ਅਰੇ मार दिया ना ना मार दिया जवान नहीं चलती इनू दीदी तू कि मेरे मूहरे जवान चलानी है हूं कि कर दिया खे खाना चंगा नहीं करा मासी तो मेरे सामने मेरी भैन दे थप्पड़ मार के मैं कहना कानू मेरी भैन का घर खराब करना पर तू करा के हटेंगी हूं हट जा तू पहले तेरे हिसाब किताब करके तोरू जो तू भी चवास मैंने ना तू आए ਵੀਰੇ ਹੁਣ ਕੀ ਬਣੂਗਾ ਕੁਛ ਨੀ ਹੁੰਦਾ ਤੂੰ ਬਸ ਬੈਠੀ ਰਹਿ ਮੈਨੂੰ ਤਾਂ ਪੁੱਛ ਕੇ ਦੇਖ ਲੈ ਮੇਰੇ ਕਿੰਨੀਆਂ ਚੀਸਾਂ ਪੈਂਦੀਆਂ ਨੇ ਮਗਰਾਂ ਮੈਂ ਤੈਨੂੰ ਇੰਨਾ ਕਿਹਾ ਸੀ ਵੀ ਜੇ ਇਹਨੂੰ ਨਾ ਰੱਖ ਲਗਾੜੇ ਨੂੰ ਘਰੇ ਨਾ ਰੱਖ ਸਿਆਣੇ ਬੰਦੇ ਦੀ ਜ਼ਬਾਨ ਨਹੀਂ ਖੜਦੀ ਹੁੰਦੀ ਮੈਂ ਤੈਨੂੰ ਦੱਸਾਂ ਇੰਨਾ ਇੰਨਾ ਕਰਕੇ ਘਰ ਜੋੜਿਆ ਮੈਂ ਜੇ ਮੈਂ ਕਹਿਤਾ ਤੀ ਦੱਸ ਕੀ ਹੋ ਗਿਆ ਸੀ ਫਿਰ ਉਹ ਚੱਲ ਕੋਈ ਨੀ ਬੇਬੇ ਜਿਹੜਾ ਕੁਛ ਹੋ ਗਿਆ ਉਹਦਾ ਹੁਣ ਕੀ ਕਰੀਏ ਹੁਣ ਨਿਸ਼ੂ ਬੇਬੇ ਨੂੰ ਦੁੱਧ ਚ ਹਲਦੀ ਪਾ ਕੇ ਲਿਆ ਮਾੜਾ ਜਾ ਕੋਈ ਨੀ ਬੇਬੇ ਹਲਦੀ ਲਿਆਉਂਦੇ ਦੁੱਧ ਚ ਪਾ ਕੇ ਉਹ ਪੀਲੀ ਸੈੱਟ ਹੋ ਜਾਏ ਸੈੱਟ ਹੋ ਕੇ ਬਹਿ ਜਾ ਨਾਲ ਕੋਈ ਨੀ ਮੈਂ ਮਾੜਾ ਗੁੰਮੜੇ ਹੋਇਆ ਹੋਰ ਕੁਛ ਨੀ ਹੈਗਾ ਸਿਰ ਚ ਚੀਸ ਪੈਂਦੀ ਐ ਐ ਤਾਂ ਬੇਬੇ ਪਊਗੀ ਡਾਂਗ ਵੱਜੀ ਆ ਫਿਰ ਵੀ ਦੱਸ ਮੇਰੀ ਗੱਲ ਸੁਣ ਲੈ ਮੇਰੇ ਪਿੱਠ ਪਿੱਛੇ ਮਾਰ ਗਿਆ ਜੇ ਮੇਰੇ ਸਾਹਮਣੇ ਮਾਰਦਾ ਨਾ ਮਗਰਾ ਮੈਂ ਉਹਦਾ ਸਿਰ ਪਾੜ ਦਿੰਦੀ ਬਰੋਬਰ ਪੜ ਕੇ ਸਾਹਮਣੇ ਆ ਜਾਂਦੇ ਕੇਰਾ ਮੇਰੇ ਮੈਂ ਵੀ ਬਦਲਾ ਲੈ ਕੇ ਚੱਲੂ ਉਹ ਬੇਬੇ ਬਹੁਤ ਹੋ ਗਏ ਬਦਲੇ ਬੁਦਲੇ ਬਸ ਕਰ ਹੁਣ ਬਹਿ ਜਾ ਹੁਣ ਸੈੱਟ ਕਰ ਲੈ ਇਹਨੂੰ ਹਜੇ ਵੀ ਨਹੀਂ ਹਟਦੀ ਕਹਿੰਦੀ ਬਦਲਾ ਲੈ ਕੇ ਹਟੂ ਬਦਲਾ ਲੈ ਕੇ ਹਟੂ ਵੀਰੇ ਹੁਣ ਕੀ ਬਣੂਗਾ ਉਹ ਬਣਨਾ ਬਣਾਉਣਾ ਕੁਛ ਨਹੀਂ ਹੁੰਦਾ ਮੈਂ ਤਾਂ ਪੋਲਾ ਜੀ ਮਾਰਿਆ ਸੀ ਜੇ ਉਹਦਾ ਖਿੱਚ ਕੇ ਮਾਰਦਾ ਉਹਨਾਂ ਦਾ ਪਾਣੀ ਨਹੀਂ ਮੰਗਣਾ ਸੀ ਵੀਰੇ ਮੈਨੂੰ ਤਾਂ ਡਰ ਲੱਗੀ ਜਾਂਦਾ ਉਹ ਡਰ ਲੱਗਣ ਨੂੰ ਕੁਛ ਨਹੀਂ ਹੁੰਦਾ ਇੱਕ ਦੋ ਦਿਨਾਂ 'ਚ ਆਪੇ ਗੱਲ ਠੰਡੀ ਹੋ ਪੈ ਜੂਗੀ ਔਰ ਉਹੀ ਕਿਆ ਰੋਈ ਜਾਂਦੀ ਹੈ ਤੂੰ ਹੁਣ ਕੁਛ ਨਹੀਂ ਹੁੰਦਾ ਮੈਨੂੰ ਡਰ ਲੱਗਦਾ ਡਰ ਨੂੰ ਕੋਈ ਕਿਧਰੇ ਨਹੀਂ ਉਹਦੇ ਗੋਲੀ ਵੱਜੀ ਜੇ ਮਰ ਮੁਰਗੀ ਬਾਈ ਫੇਰ ਉਹ ਨਹੀਂ ਮਰਦੀ ਮੈਨੂੰ ਪਤਾ ਮੈਂ ਦੇਖ ਕੇ ਮਾਰਿਆ ਅੱਛਾ ਤੂੰ ਕਿਹੜਾ ਦੇਖ ਕੇ ਮਾਰਿਆ ਤੂੰ ਤਾਂ ਮਾਰ ਕੇ ਕਹਿੰਦਾ ਭੱਜ ਲਾ ਓਏ ਮੈਨੂੰ ਪਤਾ ਵੀ ਕਿੱਥੇ ਮਾਰਨਾ ਦੀ ਅੱਛਾ ਹਾਂ ਪਤਾ ਨਹੀਂ ਅੱਜ ਤੋਂ ਪਹਿਲਾਂ ਕਿੰਨੇ ਕਿਤੇ ਸਿਰ ਪਾੜੇ ਨੇ ਤੈਨੇ ਉਹ ਕੁਛ ਨਹੀਂ ਹੁੰਦਾ ਇਹ ਜੇ ਰੌਲੇ ਹੁੰਦੀ ਰਹਿੰਦੇ ਨੇ ਘਰਾਂ 'ਚ ਬੇਬੇ ਤਾਂ ਉਹ ਤਾਂ ਹੈਗੀ ਵੀ ਬੜੀ ਕਪੱਤੀ ਆ ਜੇ ਥਾਣੇ ਥੁਣੇ ਵੱਗ ਗਈ ਫੇਰ ਉਹ ਥਾਣੇ ਥੁਣੇ ਆਂਦਾ ਤਾਂ ਮੈਨੂੰ ਸਾਰਾ ਹਿਸਾਬ ਆ ਪਹਿਲਾਂ ਨਹੀਂ ਨਿਬੜਾਇਆ ਤੁਹਾਡਾ ਆਇਆ ਕੁਛ ਨਹੀਂ ਹੁੰਦਾ ਨਾਲੇ ਕੁੜੀਆਂ ਇਹਨਾਂ ਦਾ ਪਾਲੜਾ ਭਾਰੀ ਹੁੰਦਾ ਉਹਨਾਂ ਨੂੰ ਆਪਾਂ 100 ਕੁੰਡੀਆਂ 'ਚ ਵਸਾਵਾਂਗੇ ਔਰ 50 ਪਾ ਦਾਂਗੇ ਉਹਨਾਂ ਦੇ ਪਰਚੇ ਵੀਰੇ ਤੂੰ ਤਾਂ ਬਾਲੇ ਕਾਲੀ ਚੱਲਦਾ 100 ਲੱਗੇ ਵੀਰੇ ਹਾਂ ਦੇਖੀ ਬਾਪੂ ਨਹੀਂ ਲੱਗਦਾ ਰੋਕੀ 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 ਲੱਗਦਾ ਤਾਂ ਉਹੀ ਆ ਹੈ ਗੱਡੀ ਤਾਂ ਆਪਣੀ ਲੱਗਦੀ ਆ ਕਿੱਧਰ ਫਿਰਦੇ ਨੇ ਇਹ ਭੱਜਲਾ ਕੀ ਮੰਗਦਾ ਵੀਰੇ ਬਾਪੂ ਇਹ ਆਪਣਾ ਹੈ ਓ ਮਾਸੜਾ ਓਏ ਬਾਪੂ ਬਾਪੂ ਖੜ ਜਾ ਇਹ ਮਾਸੜਾ ਰੁਕੀ ਰੁਕੀ ਓ ਤੂੰ ਕਿੱਧਰ ਭੱਜਦਾ ਇੱਧਰ ਆ ਜਾ ਮਾੜਾ ਜਿਹਾ ਬਾਰੇ ਓ ਨਾ ਮੱਲ ਮੈਂ ਨਹੀਂ ਘਰੇ ਜਾਂਦਾ ਬਾਬਜੂ ਸੀ ਪੁੱਠੇ ਬਾਬਜੂ ਮੈਂ ਨਹੀਂ ਘਰੇ ਜਾਂਦਾ ਸੁਣੂ ਜਾਂ ਕਿਹੜਾ ਕਹਤਾ ਮੈਂ ਘਰੇ ਹੀ ਜਾਣਾ ਹੈਗਾ ਉਹ ਘਰੇ ਕਾਨੂੰ ਲਿਆਨੇ ਮਾਸੜਾ ਉਹ ਤਾਂ ਆਪ ਘਰੋਂ ਨਿਕਲ ਕੇ ਆਇਆ ਤੈਨੂੰ ਦੱਸਦਾ ਮੈਂ ਘਰੇ ਜਾਣੀ ਨਹੀਂ ਹੈਗਾ ਬਸ ਬਸ ਓਏ ਤੂੰ ਕਾਹਦੇ ਨੂੰ ਇੰਨੇ ਪੁੱਤ ਦੱਸ ਹੈ ਬੋਲੀ ਨਾ ਹੋਵੇਂ ਚੁੱਪ ਕਰ ਜਾ ਓਏ ਕਾਹਦੇ ਨੂੰ ਹੁੰਦੀ ਹੈ ਮੱਲ ਓਏ
ਕੀ ਦੱਸਾਂ ਤੈਨੂੰ ਮਾਸੜਾ ਹੁਣ ਕੀ ਗੱਲ ਕਰ ਤੂੰ ਨਿਬਤ ਚੁੱਪ ਕਰ ਪੈਣਾ ਚੁੱਪ ਕਰ ਜਾ ਪੁੱਤ ਰੋਨੀ ਕਾ ਤੂੰ ਮੈਨੂੰ ਐਂ ਦੱਸ ਹੈ ਦੱਸਦਾ ਤੈਨੂੰ ਕਿਹਨੇ ਕੁਛ ਕਿਹਾ ਮੱਗਰ ਨੇ ਕੁਛ ਕਿਹਾ ਪੁੱਤ ਹੈ ਫਿਰ ਮੰਗੇ ਨੇ ਕੁਛ ਕਿਹਾ ਫਿਰ ਬੋਲੀ ਰੋਨੀ ਕਾ ਤੂੰ ਐਂ ਦੱਸ ਚੁੱਪ ਕਰ ਜਾ ਮੇਰੇ ਦਿਲ ਥੋੜਾ ਕਰਦੇ ਹੁੰਦੇ ਚੁੱਪ ਕਰ ਜਾ ਤੈਨੂੰ ਕਿਹਨਾਂ ਕਹਤਾ ਜਾਂਦਾ ਮੈਂ ਉਹ ਮੰਗੇ ਕਰਾ ਦੇ ਪੁੱਤ ਚੁੱਪ ਮੇਰੇ ਤਾਂ ਆਪ ਦਿਲ ਘਰੀ ਜਾਂਦਾ ਦੱਸ ਮੈਂ ਕੀ ਕਰਾਂ ਮੈਂ ਤਾਂ ਆਪ ਇਫਤਾ ਦਾ ਮਾਰਿਆ ਪਿਆ ਕਰਾ ਦੇ ਚੁੱਪੇ ਨੂੰ ਮਾੜਾ ਮੋਟਾ ਕੀ ਕਰਾਂ ਮਾ ਮਸੜਾ ਇਹਦਾ ਆਪ ਸਾਰੇ ਰਾਹ ਦੀ ਡੁੱਸ ਡੁੱਸ ਕਰਦੀ ਆ ਰਹੀ ਆ ਕਰ ਜਾ ਲੱਗ ਰਿਹਾ ਮੈਂ ਤਾਂ ਕਰ ਜਾ ਪੁੱਤ ਚੁੱਪ ਕਰ ਜਾ ਬਾਪੂ ਹਾਂ ਭਾਈ ਕੀ ਗੱਲ ਆ ਦੱਸ ਮੈਨੂੰ ਦੱਸ ਕੀ ਹੋ ਗਿਆ ਤੈਨੂੰ ਇਹੋ ਜਿਹਾ ਹੈ ਰੋਨੀ ਆ ਤੂੰ ਬਾਪੂ ਉਹ ਬੇਬੇ ਨਾ ਜਵਾਕੋ ਸਹੁਰੇ ਤੁਸੀਂ ਕਾਹਨੂੰ ਬਰਾਬਰੀ ਕਰਨੀ ਤੀ ਬਹੁਤ ਚੰਦਰੀ ਜਨਾਨੀ ਆ ਉਹ ਤਾਂ ਦੱਸ ਨਾਲੇ ਪਤਾ ਉਹਦੇ ਸੁਭਾਅ ਦਾ ਹੈ ਕਿਸੇ ਥਾਂ ਦੇ ਨਾ ਹੋਣ ਦੱਸ ਹੁਣ ਮੈਂ ਕੀ ਕਰਾਂ ਤੁਹਾਨੂੰ ਚਲੋ ਚਲੀਏ ਘਰ ਨੂੰ ਚਲੋ ਮੋੜੋ ਬਾਪੂ ਮੈਂ ਨਹੀਂ ਜਾਣਾ ਘਰੇ ਬੇਬੇ ਮੈਨੂੰ ਮਾਰ ਦੂਗੀ ਉਹ ਬੋਲੇ ਆਈ ਮਾਰ ਦੂਗਾ ਦੇਖ ਮੈਂ ਖੜਿਆ ਤੁਹਾਡੇ ਨਾਲ ਮੇਰੇ ਹੁੰਦੇ ਨਹੀਂ ਮਾਰਦੀ ਹੈਗੀ ਤੁਹਾਨੂੰ ਨਾ ਬਾਪੂ ਮੈਂ ਨਹੀਂ ਜਾਂਦੀ ਘਰੇ ਮੈਂ ਤਾਂ ਪੇਕੇ ਜਾਊ ਮੈਂ ਤਾਂ ਬੀਬੀ ਭਾਪੇ ਕੋਲੇ ਜਾਊ ਆਪਦੇ ਨਾ ਮੱਲਾ ਬੇਇੱਜ਼ਤੀ ਹੋ ਜੂਗੀ ਇਹ ਚ ਨਾਲੇ ਸਾਡੀ ਬੇਇੱਜ਼ਤੀ ਆ ਨਾਲੇ ਤੁਹਾਡੀ ਬੇਇੱਜ਼ਤੀ ਆ ਕਹਿਣਗੇ ਕੁੜੀ ਰੁੱਸ ਕੇ ਆ ਗਈ ਇਹਨਾਂ ਦੀ ਦੱਸ ਨਾ ਨਾ ਮਸੜਾ ਹੁਣ ਸਾਨੂੰ ਜਾਣ ਦੇ ਕੇਰਾ ਫੇਰ ਦੇਖੀ ਜਾਊਗੀ ਉਹ ਨਹੀਂ ਪੁੱਤ ਘਰ ਨੂੰ ਚਲੋ ਐਵੇਂ ਨਹੀਂ ਬੋਲੇ ਬੰਦੇ ਹੁੰਦੇ ਹੈ ਨਾ ਬਾਪੂ ਅਸੀਂ ਤਾਂ ਨਹੀਂ ਜਾਂਦੇ ਨਹੀਂ ਚਲੋ ਪੁੱਤ ਘਰੇ ਚਲੋ ਐਵੇਂ ਨਹੀਂ ਦੇਖ ਮੇਰੀ ਗੱਲ ਮੰਨ ਲਾ ਧੀ ਬਣ ਕੇ ਮੇਰੀ ਚਾਹ ਘਰ ਨੂੰ ਚੱਲ ਦੇਖ ਲਾ ਹੋਰ 20 ਵਾਰੀ ਇੰਨੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ ਘਰਾਂ 'ਚ ਆਪਣੇ ਐਂ ਥੋੜ੍ਹੀ ਭੱਜਦੇ ਹੁੰਦੇ ਨਾਲੇ ਪੇਕਿਆਂ ਨੂੰ ਚਲੋ ਚੱਲੀਏ ਘਰ ਨੂੰ ਮੰਗੇ ਤਾਂ ਸਮਝਾਉਣਾ ਬਾਪੂ ਨੂੰ ਦੇਖ ਮਸੜਾ ਹੁਣ ਤਾਂ ਅਸੀਂ ਆਪਦੇ ਘਰੇ ਜਾਵਾਂਗੇ ਹੁਣ ਤਾਂ ਵਾਧਾ ਬਹੁਤ ਵਧਿਆ ਹੋਇਆ ਉਰੇ ਉਹ ਨਹੀਂ ਮੱਲ ਆਪਣੇ ਘਰੇ ਚੱਲਦੇ ਆਪਾਂ ਨਾ ਨਾ ਮਸੜਾ ਉਰੇ ਜਾਣ ਦਾ ਕੋਈ ਫਾਇਦਾ ਨਹੀਂ ਮਾਮਲਾ ਖਰਾਬ ਆ ਬਹੁਤ ਖਬਰਾਂ ਕੀ ਕੁਝ ਕਰੂਗੀ ਉਹ ਹੁਣ ਸਾਨੂੰ ਜਾਣ ਦੇ ਦੋ ਚਾਰ ਦਿਨਾਂ ਦਾ ਮਾਮਲਾ ਠੰਡਾ ਪੈ ਜੂ ਫੇਰ ਆ ਜਾਗੇ ਅਸੀਂ ਤਾਂ ਹੋਰ ਫੇਰ ਗੱਲ ਨੇੜੇ ਲੱਗ ਜੂਗੀ ਕਿਹੜਾ ਸਾਨੂੰ ਜਾਣ ਦੇ ਚੱਲ ਭਈ ਫਿਰ ਮੈਂ ਵੀ ਤੁਹਾਡੇ ਨਾਲ ਹੀ ਚੱਲੂ ਮੈਂ ਉਰੇ ਕੀ ਕਰੂੰਗਾ ਹੁਣ ਚੱਲ ਬਾਪੂ ਆ ਜਾ ਫੇਰ ਚਲੋ ਚੱਲੀ ਨਾਲ ਹੀ ਚੱਲੂ ਬਾਪ ਹੋਰ ਚਲੋ ਚੱਲੀਏ ਦੇਖੀ ਜਾਊਗੀ ਮੇਰੀ ਜਾਨ ਨੂੰ ਹੈ ਉਹ ਮੈਂ ਤਾਂ ਐ ਕਹਿਤੀ ਮੱਲ ਤੂੰ ਮੈਨੂੰ ਲਾ ਦੇ ਇੱਥੇ ਹੈ ਮੈਂ ਦੇਖਦਾ ਖਬਰ ਸਾਰ ਲੈਣਾ ਕਿਤੇ ਜ਼ਿਆਦਾ ਢਿੱਲੀ ਨਾ ਹੋ ਜੇ ਉਹ ਖਾਓ ਜੂ ਫਿਰ ਦੇਖ ਲਾ ਮਸੜਾ ਜਿਵੇਂ ਤੈਨੂੰ ਠੀਕ ਲੱਗਦਾ ਨਾ ਪੁੱਤ ਲਾ ਦੇ ਮੈਂ ਵਗ ਜਾਣਾ ਘਰੇ ਜਾਂਦਾ ਮੈਂ ਤਾਂ ਮੈਂ ਤੁਹਾਡੇ ਨਾਲ ਕੀ ਕਰੂੰਗਾ ਹੋਰ ਲਾਹੀ ਪੁੱਤ ਮੈਨੂੰ ਲਾ ਦੇ ਰੋਕਦਾ ਮਸੜਾ ਨਾਲੇ ਖਬਰ ਸਾਰ ਦਿੰਦਾ ਰਹੀ ਮੈਨੂੰ ਕੋਈ ਨਾ ਮਤਲਬ ਕੋਈ ਨਾ ਮੈਂ ਤਾਂ ਰੋਗਲਾ ਰੋਗਲੇ ਤੋਂ ਉੱਭੇ ਹੁਣ ਜਾ ਵੜਦਾ ਕੀ ਲੱਗਦਾ ਮੈਨੂੰ ਹਾਂ ਠੀਕ ਚੰਗਾ ਭਾਈ ਆਈ ਹਾਈ ਬਚਾ ਕੇ ਜਾਈ ਮਸੜਾ ਕੋਈ ਨਾ ਮਤਲਬ ਕੋਈ ਨਾ ਚੰਗਾ ਮੈਂ ਲੰਘ ਜਾ ਤੁਸੀਂ ਵਗ ਜਾ ਮੈਂ ਤਾਂ ਲੰਘ ਗਈ ਇੱਥੋਂ ਦੀ ਬਾਪੂ ਆਪਣਾ ਧਿਆਨ ਰੱਖੀ ਕੋਈ ਨਾ ਮਤਲਬ ਕੋਈ ਨਾ ਠੀਕ ਹਾਂ ਚੰਗਾ ਸਹੁਰੇ ਕਿੱਥੇ ਦੱਸ ਮੈਂ ਹੁਣ ਨੂੰ ਲਵੇ ਲੱਗ ਜਾਂਦਾ ਨਵੇਂ ਤੋਂ ਨਵਾਂ ਸਿਆਪਾ ਸਿੜਿਆ ਰਹਿੰਦਾ ਮੈਂ ਤਾਂ ਕਿਹੜੀ ਗੱਲ ਦਾ ਡਰਦਾ ਮਾਰਾ ਭੱਜਿਆ ਤੀ ਆਹ ਹੋ ਰਹੇ ਨਵੀਂ ਬਟੇਰ ਬੀਜਤੀ ਇਹਨਾਂ ਨੇ ਸਹੁਰਿਆਂ ਨੇ ਦੱਸ ਪਤਾ ਨਹੀਂ ਕੀ ਬਣੂਗਾ ਕੀ ਨਾ ਬਣੂਗਾ ਲੋਕਾਂ ਦੀਆਂ ਗੱਲਾਂ ਹੋਣਗੀਆਂ ਗੱਲਾਂ ਤੋਂ ਇਹ ਡਰਦੇ ਨਹੀਂ ਹੈਗੇ ਵੀ ਸਾਡੀਆਂ ਗੱਲਾਂ ਹੁੰਦੀਆਂ ਨੇ ਕੀ ਕਹਿਣਗੇ ਲੋਕ ਸਾਨੂੰ ਕੰਜਰੋ ਤੁਸੀਂ ਟਾਈਮ ਕੱਟ ਲਓ ਮਾੜਾ ਮੋਟਾ ਟਾਈਮ ਨਾ ਕੱਟ ਲਓ ਦੱਸ ਲੋਕ ਤਾਂ ਪਹਿਲੀਂ ਆਪਣੇ 'ਤੇ ਲੱਗਦੇ ਨੇ ਹਾਂ ਪਹਿਲੀਂ ਲੱਗਦੇ ਜਾਣ ਨੂੰ ਪੰਗਾ ਛਿੜ ਗਿਆ ਪੰਗਾ ਨਹੀਂ ਛਿੜ ਗਿਆ ਹੈ ਹੁਣ ਇੱਧਰ ਛੜਕਦਾ ਦੂਰ ਹੈਗਾ ਬਹੁਤ ਟਾਈਮ ਲੱਗ ਜੂਗਾ ਮੈਂ ਤਾਂ ਐਂ ਕਹਿਤੀ ਆ ਪਹੀ ਸਿੱਧੀ ਜਾਂਦੀ ਆ ਇੱਧਰ ਦੀ ਜਾ ਵਗਦੇ ਹਾਂ ਹੋਰ ਕੀ ਕੁਛ ਨਾ ਕੁਛ ਮਿਲ ਜੂਗਾ ਕਹਾਂ ਸੜਕ ਦਾ ਤੈਨੂੰ ਬਹੁਤ ਗੇੜ ਪਊਗਾ ਉਹਦਾ ਘੱਟੋ ਘੱਟ ਮਿਲਾ 5 ਮੀਲ ਹੋਊਗਾ ਤਾਂ ਸਾਰਾ ਦਿਨ ਲੰਘ ਜੂ ਤੂੰ ਐਂ ਲੰਘ ਚਲਾ ਦੇ ਆ ਪਹੀ ਜਾਂਦੀ ਆ ਸਿੱਧੀ ਜਾਊਗੀ ਉੱਥੋਂ ਦੀ ਚੱਲ ਲੰਘ ਜਾਵਾਂਗੇ ਕੁਛ ਸਾਨੂੰ ਮਿਲ ਜੂਗਾ ਉੱਥੇ ਹੋਰ ਕੀ ਇਲਾਜ ਆ ਹੁਣ ਇਹਦਾ ਬਿਪਤਾ ਛਿੜ ਗਈ ਜਿਹੜੀ ਕੱਟਣੀ ਪਊਗੀ ਤੈਨੂੰ ਲੋਕ ਦੇਖ ਲਾ ਕਿਵੇਂ ਧੜਾ ਧੜ ਜੀਰੀਆਂ ਲੱਗ ਰਹੇ ਲਾਉਣ ਆਹ ਸਾਡੇ ਵਾਲਿਆਂ ਦਾ ਸਾਰਾ ਵਾਹਣ ਖਾਲੀ ਪਿਆ ਇਹ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਨੇ ਹੋਰ ਕੋਈ ਗੱਲ ਨਹੀਂ ਹੈਗੀ ਰੱਬ ਕਰੇ ਕਾਹਨੂੰ ਕਿਸੇ ਦੇ ਇਹੋ ਜਿਹਾ ਪੰਗਾ ਪਵੇ ਕਲੇਸ਼ ਤਾਂ ਬਹੁਤ ਮਾੜੀ ਚੀਜ਼ ਆ ਘਰ ਨੂੰ ਜਾੜ ਦਿੰਦਾ ਕਲੇਸ਼ ਹੁੰਦਾ ਜਿਹੜਾ ਇਹ ਸਾਡੇ ਵਾਲੇ ਸੋਚਦੇ ਨਹੀਂ ਹੈਗੇ ਮੈਂ ਇੱਧਰ ਭੱਜਿਆ ਫਿਰਦਾ ਉਹ ਕਿਧਰੇ ਭੱਜੇ ਫਿਰਦੇ ਨੇ ਸਾਰੇ ਟੱਬਰ ਦੀ ਪੜਵਾਟੀ ਪੈ ਰਹੀ ਆ ਦੱਸ ਕੀ ਸਮਝਾਈਏ ਕਿਸੇ ਨੂੰ ਬੇਬੇ ਦੁੱਧ ਪੀ ਲਾ ਹਲਦੀ ਵਾਲਾ ਉਹ ਦੇਖ ਲੈ ਕਿਵੇਂ ਉਹਦੀ ਪੈਰ 'ਚ ਪੈਰ ਧਰ ਦਿੱਤੀ ਭੱਜ ਵੀ ਗਈ ਆਏ ਵੀ ਨਹੀਂ ਦੇਖਿਆ ਵੀ ਬੁੜੀ ਮਰ ਗਈ ਕਿ ਜਿਉਂਦੀ ਹੈ ਨਹੀਂ ਬੇਬੇ
तू फिकर ना कर, सारा कुछ मेरे अंदर आ। भी अंदर तो तेरे मैनू पता है भी सारा कुछ है, पर जे तू अणखी होवेगा ना हूँ एक पासा करके हटी साख मैं तेन बथेरे करा दूंगी पुत्र, ओनू हूँ घरे ना वाड़ी लांडी। देख ला बेबे सियानी व्याणी कोई चंगी मत दे। भाई तेरे नाल तो मेरी कोई गल नहीं, तू तो मेरी बन के नहीं रही। मैं तेन दसा सारा दिन भाभी ने मांग फिरती रही थी, बकरी के मेमने मांगू भाभी भाभी कर दी। तेरी तो उस नाल ही गल है, उस नाल ही हूँ तू रह। ना बेबे मैं तेन की कहा गा, चंगी गल ही कही आ भी तू बाई नूं कहर जी मत देन लगी पई आ, कोई चंगी गल तो की कहनी है। नहीं मैनू तेरे सलाहां की लोड़ नहीं, तू मेरा लवो बग जा। तेरे वर्गी तो मैं कोई देखी नहीं, ती हुंदी है मां दी मेर कराउंदी है, तू कराउनी है भरजाई दी मेर, तू भरजाई दी बन के रहे। ओ कोई नहीं बेबे, जे जी है हुण तू ना ज्यादा गर्म हो। हुण ओहो ज्यौंदा रहे मुंडा जिहड़ा चाड़ लै एडी दूरों, नहीं तुर के आउंदा आथण होइंदा उत्थे, आथण नहीं होइंदा। मैनू भी बारी क्या इनू कंजरी नू भी तू टेके बह जा करा, ना दस तू पंगे लिया करा है। आ हुण बहजू टेक के झग मांगू, देख ला देखदा जाके कितें होर ना चंद चाढ़ता होवे, सुख भी होवे तां चंगा करें जी। मीशू इटले ही गर्म करके बेबे दे गुमड़ हो रहा। ले बापू भी आ गया। क्यों ठीक आ हुण किवें आ, कसरा हले कोई कसरा तां तैं कढ़ातियां। जे तू मेरे कन्नी दा हुंदा देखा होवे मेरे मार जांदा कंजर, तेरी सहना सारे काम बनते ने। जब चंद चढ़ गया हूँ तू घर आ गया, पहले तू घरों भज गया, मैनू तेरा आसरा की होया। तू आपदे लक्षण नाल खानियां, तेरे लक्षण माड़े ने, मैनू नहीं कोई कहिंदा, कोई हवा कन्नी झाक सकदा मेरी कन्नी, तां खानी आ तू जे पुठे पंगे कर दियां। भी बारी कहा तेनू भी तू ना पंगे करा कर पुठे, इहे जे दस चुप करके बैठी राम राम करी जा, रब दा नाम लैण दा टाइम आ तेरा, तैं की लैणा घर दे कम्मां तों, कोई वध करे कोई घट करे तू है। तू जवाखड़ी दे विच फसदियां जाके, मैनू ऐ दस पहला तू क्यों नहीं हटदी हुंदी। तू भी वारी समझाया तेनू मैं, एक करके नहीं मानदी गल मेरी। ओ बापू बेबे तो पहली सिर पाड़ा पिया, तू आपदा रंडी रोणा लेके बह गया हुण मेरे आरा। बे पुत ये उन्होंने कानू माड़ा कहता है, ये तो सारा दिन मेरे सिर से चढ़ता है, तो ही वह मेरे सिर से चढ़ गए। होर होना ना सिर चढ़ा ना, आ मगरू ना कहता कुछ, वह कुड़ी ना कहता, तू पुठे पंगे लैनी है तेनू तां कहना मैं। भी बारी समझाया तेनू, नाले वो मुंडा इसे काम करके रहा थी भी मेरी भैन नू किन्ना माड़ा बोलती है, आ देख ला हुण भुगती चल ले लै अगले ने बदला। हाँ बदला तो लूगी अगला, अगली भैन नू तू चंगा माड़ा बोलती है। आ देख ला मगरा ये कंता भावें मैं अज मर जा, इनू पूरा फर्क नहीं पैंदा, इहा जा सड़िया होया बंदा है। नहीं मैनू तां थी तेरा काम निपड़ गया होना, पर तेनू कानू हुंदा कुछ बोती नू। बे ऐ किवें मैनू कुछ हो जूगा, खुराक खाधिया हुई ने मेरिया, मेरे बाप के घर 20-20 डंगर होंगे थे। मैं तेन दसा 5-5 किलो देसी घ्यो मैं अं पी जाती थी, नाले 12 महीने 30 दिन साढ़े घरों देसी घ्यो की पंजीरी नहीं जाती थी। आहो मैं जानता तेन पंजीरी वाले मैं इस तो उरों छड़ के आती, बाखड़ उरे छड़ जाते ताजी मैं छड़ के आती। बाहर दिया गल्लां की अंत आ, बे कि तू बोरिया छड़ के आता थी है मलंग, जो मैं ब्याही आई हूँ घर सड़िया जी बैठिया थी सारिया फंडर, किसी थले दुद्ध नहीं थी, सारा दिन लोगों के गर्बियां चक्की फिरते रहने दुद्ध नु तलसियां गल्ला मारदा बड़िया बड़िया। वो देख ला मगरा ओए चल भी आउण सारा, मैं ता ही नहीं घरे आउंदा थी, ए ता लड़े बिना रोटी हाजम नहीं आउंदी, अही जिंदरी धीमी है। मैं तैनूं दस्सां गल्ल वे मेरे छोकड़ा पा दो फिर, जमी ना मैनूं बोलण दिओ जे मैं ज्यादे बोलदियां। नहीं आहो ओही ता कम हो रिहा, जे ना हटी तेरे छोकड़ा पाउणा पऊगा छिकड़ा, देख ली तूं। ओ बापू तू ही चुप कर जा हुण, मेरी बेबे ता नहीं चुप करदी, तू बाग जा अंदर हुण। ओ मैं ता चुप्पिया भले मानसा, इहनूं देख ला की मेहणे देण लग रही आ, ना दुद्ध लस्सी दे की मेहणे हुंदे ने, इह ता रब दीआं दातां ने दस। मैं ता इहनां दे घरे देखिआ जी किते वी लवेरियां खड़ियां ने, अज मारदियां गल्लां जिहड़ियां इह। हां बापू जी तुसी क्यों लड़ी जाने हो, चुप कर जाओ। वो मल हड़दी भी आ, जान जान पंगे ले जांदे मेरे नाल, दस जान जान नहीं पंगे ले जांदी आ, पुरानियां गल्लां छेड़ी जांदे गल्ला कोई है दस्सदी। बापू जी ओहो हैगी आ जहर जी हैगी आ, तुसी तो चुप कर जाओ, तो थानू पता ही है। वो मल मैं तां हुण चुप कीती जे हुण तां उरे तक कम आया, नहीं अज नूं कारदार साल भेटना दे दा मैं। हां मैं कदे मेणे देनी आ, उत्थे घरों गया थी भज्जिया, कहिंदा मैं घरे नहीं बड़दा है, नाल फिर घर नूं भज्जिया आया एडी छेड़ के, फिर तूं मैं आके गया थी घर नूं। ਬੇਬੇ ਨੂੰ ਦੇਖ ਆਨੇ ਬਸ ਤੂੰ ਹੀ ਨੀ ਮੰਨਦਾ ਬੈਠੀ ਹੋਣੀ
जे मगर पैगी फिर की करांगे वीरे कुछ नहीं हुंदा एक बारी जा आने आपा भी बापू भी तो हुन बग गया बापू हुंदे नहीं हो कुछ कह सकदी देखी जे ओनु कुछ हो गया आपा तो ही बन्नी दे नूड़े जावांगे मेनू कुड़िए तेरी नहीं समझ आउंदी आ हुन तां बड़े हुंदे कह रही थी भी मैं नहीं आंदी बापू मेनू तां मार दूगी ओहो हुन तू मिंट च बदल गई जाण नू तैयार होगी भाई मैं तां समझ ही नहीं आ रहा मेरे तां चित काऊ माऊ जा करियांदा मैं तां गल ही नहीं समझ रही मैं गल कह की रही हां बस आ मेनू इन्ना पता आ सारा सियापण तेरा पाया होया आहो आही कासर रह गई थी ओदा सारा टब्बर कहंदा थी हुन तू भी कहण लागी नाल मेरा की सियापा पाया होया इह आहो तेरी सियापे ने जे तू ना आंदा ना आ सियापा ही ना पैंदा आहो तैनी बुलाई थी मेनू ओ तां कहंदी थी भी मेरी नणद दा रिश्ता करा दे मेरी जान लड़ी जानी मेरे ਉਹ ਮਗਰਾ ਕਰਾ ਲਾ ਚੁੱਪ ਇਹਨੂੰ ਤੂੰ ਉਹ ਤਾਂ ਬਚ ਵੀ ਗਈ ਮੇਰੇ ਲੋਕ ਹੌਲ ਨਹੀਂ ਹੈਗੀ ਇਹਨੂੰ ਹੁਣ ਚਾੜ ਦੂ ਚਨੋਲ ਤੇ ਦੇਖ ਲੈ ਮੈਂ ਤੂੰ ਕੰਮ ਕਰ ਆਵਦਾ ਕਿਤੇ ਮੈਂ ਤੇਰੇ ਹੋਰ ਨਾਲ ਲੰਬਰਦਾਰੀ ਲੈ ਲਈ ਕਿਵੇਂ ਉਹਨਾਂ ਦੇ ਮਗਰ ਲੱਗਿਆ ਫਿਰਦਾ ਹੈ ਮਲੰਗਰਾ ਹੋਵੇ ਕਿਸੇ ਥਾਂ ਦਾ ਖੜ ਜਾ ਮੈਂ ਤੇਰੇ ਰੱਖ ਦੇ ਦੀ ਮੈਂ ਬਾਪੂ ਬਾਪੂ ਉਹ ਛੱਡ ਦੇ ਮਗਰਾ ਮੈਨੂੰ ਤੂੰ ਛੱਡੀ ਕਰਾ ਬਾਪੂ ਨਹੀਂ ਉਹ ਪੁੱਤ ਮੈਨੂੰ ਨਿਮੇੜਦਾ ਦੇ ਕੰਮ ਕਾਨੂੰ ਬਾਪੂ ਬਦੀਨ ਕਰ ਲੈ ਮੈਂ ਇਹਨੇ ਮਾੜੀ ਤੀ ਮੈਨੇ ਬਦੀਨ ਨਹੀਂ ਕਰ ਲੈ ਗੱਲ ਆ ਕੋਈ ਮੇਰਾ ਛੱਡੀ ਕਰਾ ਬਾਪੂ ਦਾ ਪਹਿਲੀ ਮਰੀ ਪਈਆ ਕਿਉਂ ਗੱਲ ਪਾਏਗਾ ਤੇ ਉਹ ਪਰਾਂ ਨਿਮੇੜ ਦੇ ਕੰਮ ਯਾਰਾ ਮੈਨੂੰ करूगा देखूंगा जब तू कम कर लेगी हाँ वे मैं तो तार नहीं मार दी कम दी जे तेरे मन च होगा भी मोसे बहू लिया मैं भी लिया दी मैं तो मुंडे का रिश्ता दोबारे करना मंजूर दोबारे कर दूंगी पर मैं ओनू नोरे पढ़न दिंदी आहो तरे पैने रिश्ते पहला पता नहीं किवें हो गया जिन्हें तेरिया करतूतां ने तेरे घर कहीं झाकदा नहीं कोई भाल दिया डोले मार दिया गल्लां वे भी बार ना करे कोई मूह है मैं कि मूह करा के तारा लेनिया ने बड़ा आया मैनू समझाउण वाला नहीं आहो तेरा तो सर गया कह के सानू पुछ के देख तेरे कंडे बीजे हुए सानू चुकने पैंदे ने आ कुड़ी दा रिश्ता करना पिया हले की कुछ करना पऊगा वे कर दो ता फिर ना ही चौड़े हो जांदे थे ना सो तो सवा नहीं उड्डी कुछ मणया भी नहीं तू करन भी दे मैं मूरे हट जने फाने मंगू जिथे मर्जी कर दे मैं की तेनू रोक दियां नाले हटदी नहीं बोले बिना भी रोक दियां आ जाओ बापू जी मैं चाह कर दियां तुसी चाह पी लो लै कोई मैं ता ताप मंगू हो रिया दस मैं की करा की करिए बापू ਲੱਗਦਾ ਮੰਗਾ ਵੀ ਆ ਗਿਆ ਗੱਡੀ ਲੈ ਕੇ ਪੰਜਰ ਕਾਇਦ ਨਾਲ ਬਾਅਦ ਆਇਆਗਾ ਉਹ ਦਾ ਚਾਰ ਭਾਂਡੇ ਜੀ ਮਾਂ ਹਾਂ ਆ ਗਈ ਪੁੱਤ ਹਾਂ ਮੈਂ ਹੋਰ ਮੇਰੀ ਧੀ ਕਿਵੇਂ ਆ ਗਈ ਠੀਕ ਠਾਕ ਆ ਲੈ ਦੱਸ ਮੈਂ ਤੇਰੇ ਬਾਪੂ ਨੂੰ ਕਾਇਦ ਨਾਲ ਹੀ ਲੱਗ ਰਿਹਾ ਕਹਿਣ ਮੈਂ ਕਿਹਾ ਮੰਗੇ ਨੂੰ ਕਾਇਦ ਹੋ ਗਿਆ ਇਹਨੂੰ ਅੱਧ ਨਹੀਂ ਪੱਲੇ ਪਾਉਂਦਾ ਜੇ ਕਹਿੰਦੀ ਆ ਭਾਈ ਫੋਨ ਤੇ ਗੱਲ ਕਰਾ ਦੇ ਕੁੜੀ ਨਾਲ ਤਾਂ ਨਹੀਂ ਕਰਾਉਂਦਾ ਹੈਗਾ ਹੈ ਦੱਸ ਉੱਥੇ ਬੈਠ ਗਿਆ ਜਾ ਕੇ ਮੰਗਾ ਵੀ ਹੈ ਨਾਲੇ ਹੋਰ ਗੱਲ ਪੁੱਤ ਆ ਪੁਰਾਣੇ ਕੱਪੜੇ ਪਾ ਕੇ ਆ ਰਹੀ ਆ ਤੈਨੂੰ ਇੰਨੇ ਨੇ ਸੋਹਣੇ ਸੂਟ ਦਿੰਨੇ ਸੀ ਤੇਰੇ ਕੋਲੇ ਕੱਪੜੇ ਨਹੀਂ ਹੈਗੇ ਉਹ ਚੱਲ ਮੈਂ ਤੈਨੂੰ ਦੱਸ ਦਿਆਂ ਤੂੰ ਬੈਠਾ ਕੇ ਪਹਿਲਾਂ ਦੱਸ ਦਿਆਂ ਮਾਤਾ ਬੇ ਸਸਰੀ ਕਰਦੇ ਬੱਚੇ ਪਹਿਲਾਂ ਮੈਨੂੰ ਐ ਦੱਸ ਬੇਸ਼ਰਮ ਭੈਣ ਲਵੇ ਇੰਨੇ ਨੇ ਬੈਠੇ ਕਰਦੇ ਨੇ ਕਾਇਦਨ ਹੋ ਕੇ ਬੈਠੇ ਨੇ ਉੱਥੇ ਤੈਨੂੰ ਲੈ ਵੀ ਤੂੰ ਤਾਂ ਉਹੀ ਜਿਆਦੇ ਬੋਲੀ ਜਾਨੀਆ ਚੱਲ ਆ ਜਾ ਬਹਿ ਕੇ ਗੱਲ ਕਰਦੇ ਆ ਬੇ ਮੈਂ ਨਹੀਂ ਬੋਲਦੀ ਬੋਲਦਾ ਤੇਰਾ ਬਾਪ ਤੀਗਾ ਰੋਜ਼ ਗਾਲਾਂ ਦਿੰਦਾ ਤੀਗਾ ਜਿਰੀ ਕੱਲੇ ਨੇ ਲਾਈ ਆ ਉਹਨੇ ਪਤਾ ਕਿੰਨਾ ਔਖਾ ਹੋ ਰਿਹਾ ਤੀਗਾ ਉਹ ਤਾਂ ਉਹੀ ਔਖਾ ਰਹਿੰਦਾ ਆਹੋ ਔਖਾ ਰਹਿੰਦਾਗਾ ਲਾਏ ਕਰੋ ਪੁੱਤ ਬਾਈਓ ਤੁਸੀਂ ਨਾਲੇ ਐ ਕਰਮਾਂਗੇ ਤੂੰ ਬੈਠ ਨਾ ਪੁੱਤ ਭੈਣ ਦਾ ਸਮਾਨ ਲਾ ਲਾ ਗੱਡੀ ਚੋਂ ਕੱਪੜਾ ਲੀੜਾ ਚੰਗਾ ਮੈਂ ਇਹਨਾਂ ਨੇ ਚਾਹ ਪਾਣੀ ਤੁਹਾਡੇ ਵਾਸਤੇ ਕਰਕੇ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਤੁਹਾਡੇ ਮੂੰਹ ਜੇ ਕਿਵੇਂ ਉਤਰੇ ਪਏ ਨੇ ਕੀ ਗੱਲ ਆ ਗਈ ਬੇ ਤੁਸੀਂ ਬੋਲਦੇ ਕਾਹਤੋਂ ਨਹੀਂ
ਭਾਈ ਸੁੱਖ ਸ਼ਾਂਤੀ ਤਾਂ ਹੈਗੀ ਉੱਥੇ ਨਹੀਂ ਨਹੀਂ ਬੇਬੇ ਕੁਛ ਨਹੀਂ ਹੋਇਆ ਕੋਈ ਗੱਲ ਨਹੀਂ ਹੈਗੀ ਬੇ ਪੁੱਤ ਤੁਸੀਂ ਫਿਰ ਬੋਲਦੇ ਕਾਹਤੋਂ ਨਹੀਂ ਕਾਦੀ ਬੁਲਾਉਣ ਲੱਗ ਰਹੇ ਤੁਹਾਨੂੰ ਤੁਸੀਂ ਚੁੱਪ ਚੁੱਪ ਜੇ ਰਹਿੰਦੇ ਹੋ ਬੇ ਮੰਗੇ ਤੂੰ ਦੱਸ ਪੁੱਤ ਕੀ ਗੱਲ ਆ ਗਈ ਨਹੀਂ ਨਹੀਂ ਬੀਬੀ ਕੋਈ ਗੱਲ ਨਹੀਂ ਹੈਗੀ ਇਹ ਜੀ ਤੈਨੂੰ ਤਾਂ ਉਹੀ ਲੱਗ ਰਿਹਾ ਬੇ ਗੱਲ ਕਿਉਂ ਨਹੀਂ ਹੈਗੀ ਪੁੱਤ ਤੁਸੀਂ ਨੇ ਤਾਂ ਕਹਿਤਾ ਨਹੀਂ ਕੋਈ ਗੱਲ ਨਹੀਂ ਹੈਗੀ ਪੁੱਤ ਮੈਂ ਤੁਹਾਡੇ ਮੂੰਹ ਦੇਖ ਕੇ ਦੱਸ ਰਹੀ ਹਾਂ ਗੀ ਨਾਲੇ ਮੈਂ ਤੁਹਾਡੀ ਮਾਂ ਗੀ ਮਾਂ ਤੋਂ ਕੋਈ ਗੱਲ ਨਹੀਂ ਲੁਕੋ ਸਕਦੇ ਨਾਲੇ ਮੇਰੀ ਧੀ ਕਿਉਂ ਨਹੀਂ ਦੱਸਦੀ ਤੂੰ ਮੈਨੂੰ ਗੱਲ ਦੱਸ ਕੀ ਆ ਮਾਵਾਂ ਧੀਆਂ ਦਾ ਤੇ ਇੱਕ ਪੜਦਾ ਹੁੰਦਾ ਗਾ ਉਹ ਮੰਮੀ ਕੋਈ ਗੱਲ ਨਹੀਂ ਹੈਗੀ ਤੂੰ ਹੀ ਟੈਨਸ਼ਨ ਨਾ ਲੈ ਤੂੰ ਜਾ ਕੇ ਨਾ ਪਾਣੀ ਲਿਆ ਕੇ ਦੇ ਸਾਨੂੰ ਬਹੁਤ ਪਿਆਸ ਲੱਗ ਪਈ ਆ ਹਨਾ ਹੋਰ ਲੈ ਪਾਣੀ ਤਾਂ ਮੈਂ ਪਾਣੀ ਤਾਂ ਮੈਂ ਲਿਆ ਦਿੰਦੀ ਆ ਪੁੱਤ ਪਰ ਤੁਹਾਡੀ ਮਰਜ਼ੀ ਆ ਗੱਲ ਤਾਂ ਜ਼ਰੂਰ ਆ ਕੋਈ ਚੱਲ ਮੈਂ ਪਾਣੀ ਲੈ ਕੇ ਆਉਂਦੀ ਹਾਂ ਹੁਣ ਮੰਮੀ ਦਾ ਕੀ ਕਰੀਏ ਆਪਾਂ ਓਏ ਹੋ ਜਾਊਗਾ ਸਾਰਾ ਗੁੱਸਾ ਦੱਸਾਂਗੇ ਹੌਲੀ ਹੌਲੀ ਟਕਿਆਈ ਨਾਲ ਦੱਸਾਂਗੇ ਨਾਲ ਤੈਨੂੰ ਪਤਾ ਉਹਦਾ ਸੁਭਾਅ ਕਿੰਨਾ ਤਲਕਾ ਜੋ ਤਾਂ ਮੈਨੂੰ ਪਤਾ ਪਰ ਦੱਸਣਾ ਤਾਂ ਹੁਣ ਪੈਣਾ ਹੀ ਆ ਲੈ ਜੇ ਇਹਨੂੰ ਹੁਣ ਦੱਸਤਾ ਇਹ ਤਾਂ ਹੁਣ ਵੱਜੂਗੀ ਉੱਥੇ ਜਾ ਕੇ ਨਾਲੇ ਦੇਖ ਲੈ ਕਿੰਨਾ ਮੁੱਦਾ ਗਰਮ ਆ ਹੈ ਜੋ ਉਹ ਤਾਂ ਠੀਕ ਆ ਹੁਣ ਕਹਿ ਕੀ ਗਈਆਂ ਮਾਂ ਵੀ ਕੱਪੜੇ ਕੱਢ ਲਓ ਦੱਸ ਕੀ ਗਈ ਮੈਂ ਕੋਈ ਨਾ ਹੌਲੀ ਹੌਲੀ ਦੱਸਾਂਗੇ ਆਪਾਂ ਠੰਡੇ ਮਤੇ ਨਾਲ ਗੱਲ ਹੋਰ ਨਹੀਂ ਤਾਂ ਜ਼ਿਆਦਾ ਵਾਧਾ ਵੱਧ ਜਾਊਗਾ ਚੁੱਪ ਕਰ ਚੁੱਪ ਲੱਗ ਗਿਆ ਆ ਲਓ ਬਾਪੂ ਜੀ ਚਾਹ ਪੀ ਲਓ ਲਿਓ ਭਾਈ ਜਿਉਂਦੇ ਰਹੋ ਲਿਸ਼ੂ ਪੁੱਤ ਦੇਖੀ ਮਾੜਾ ਜਿਹਾ ਮੈਨੂੰ ਐਂ ਲੱਗ ਰਿਹਾ ਤਾਪ ਚੜ੍ਹ ਰਿਹਾ ਹੁੰਦਾ ਹਾਂ ਬਾਪੂ ਤੁਹਾਨੂੰ ਤਾਂ ਬੁਖਾਰ ਹੋ ਰਿਹਾ ਮੈਂ ਲਿਆਉਣੀਆਂ ਗੋਲੀਆਂ ਅੰਦਰ ਨਹੀਂ ਪੁੱਤ ਉਰੇ ਬੈਠ ਗੋਲੀ ਨਹੀਂ ਲਿਆਉਣੀ ਤੂੰ ਐਂ ਕਰ ਮੈਨੂੰ ਖੇਸ ਲਿਆ ਚੱਕ ਕੇ ਅੰਦਰ ਮਾੜਾ ਜਿਹਾ ਖੇਸ ਨਾ ਕੀ ਹੋਊਗਾ ਬਾਪੂ ਹੋਰ ਖੇਸ ਉੱਪਰ ਲੈ ਕੇ ਮੈਂ ਬਾਹਰ ਕੱਢੂੰਗਾ ਤਾਪ ਨੂੰ ਬਈ ਹੋਰ ਠੀਕ ਆ ਬਾਪੂ ਮੈਂ ਲਿਆਉਣੀ ਹਾਂ ਲਿਆ ਚੱਕ ਕੇ ਅੱਜ ਤਾਂ ਉੱਥੇ ਡਲਿਆਂ 'ਚ ਪੈ ਕੇ ਲਟਕੇ ਕੱਢ ਦਿੰਦੇ ਇਹ ਤਾਂ ਗੱਲੇ ਕੁਛ ਨਹੀਂ ਹੈ ਹੁਣ ਉੱਤਰ ਜੂਗਾ ਹਾਏ ਹਾਏ ਵੇ ਮੇਰਾ ਤਾਂ ਸਿਰ ਪਾਟੀ ਜਾਂਦਾ ਹੈ ਕੀ ਕਰਾਂ ਸਿਰੇ ਵਾਲਾ ਦੁਖਦਾ ਹੈ ਵੇ ਮਗਰਾ ਕੀ ਹੋ ਗਿਆ ਹਾਂ ਬੇਬੇ ਵੇ ਮਗਰਾ ਵੇ ਮੇਰਾ ਤਾਂ ਸਿਰ ਵਾਲਾ ਪਾਟੀ ਜਾਂਦਾ ਵੇ ਇਹਨਾਂ ਨਾਲ ਕੁੱਤਿਆਂ ਨਾਲ ਕੁੱਤੇ ਵਾਲੀ ਭਕਾਈ ਕਰਕੇ ਮੇਰਾ ਵੀ ਮਗਜ ਪਾਟਣ ਵਾਲਾ ਹੋ ਗਿਆ ਮੈਂ ਕੀ ਕਰਾਂ ਮੈਨੂੰ ਕੋਈ ਗੋਲੀ ਬੂਟੀ ਲਿਆ ਕੇ ਦੇ ਦੇ ਲਿਆਉਣਾ ਬੇਬੇ ਤੇਰੇ ਵਾਸਤੇ ਮੈਂ ਕੋਈ ਗੋਲੀ ਗੱਪਾ ਲਿਆਉਣਾ ਮੈਂ ਵੇ ਉਦੋਂ ਲਿਆਏਗਾ ਜਦ ਮੈਂ ਸਿਵਿਆਂ ਚੱਲ ਵਸੀ ਲਿਓ ਭਾਈ ਉਹ ਪੁੱਤੇ ਤਾਂ ਸਾਡੇ ਤਜਰਬੇ ਕਰੇ ਹੋਏ ਨੇ ਤੁਸੀਂ ਤਾਂ ਮਾੜਾ ਜਿਹਾ ਤਾਪ ਚੜ੍ਹਿਆ ਡਾਕਟਰ ਦੇ ਭੱਜ ਲੈਣ ਨੂੰ ਦੱਸ ਆ ਦੇਖੀ ਕੰਬਲ ਲੈ ਕੇ ਸਾਰਾ ਤਾਪ ਭੱਜੂਗਾ ਬਾਹਰ ਹੋਰ ਹੁਣ ਨਿਸ਼ੂ ਪੇਪੇ ਦਾ ਸਿਰ ਦੁਖਣ ਲੱਗ ਰਿਹਾ ਕੋਈ ਗੋਲੀ ਲਿਆ ਕੇ ਦੇ ਉਹਦਾ ਜਿਹੜੇ 7 ਵਜੇ ਮੇਰਾ ਜ਼ਿਆਦਾ ਦੁਖਣ ਲੱਗ ਗਿਆ ਸਿਰ ਉਹਦੇ ਨਾਲ ਹੋਣਾ ਕੋਈ ਨਾ ਵੀਰੇ ਮੈਂ ਲਿਆਉਣੀ ਉਹ ਬਾਪੂ ਆ ਤਾਂ ਕੀ ਗਰਮੀ ਜੁੱਬੜ ਲੈ ਰੱਖਿਆ ਉਈ ਤੈਨੂੰ ਪਾਗਲ ਹੋ ਰਿਹਾ ਆ ਲੈ ਭਾਈ ਗੋਲੀ ਨਾਲੇ ਬਾਪੂ ਨੂੰ ਤਾਂ ਤਾਪ ਚੜਿਆ ਪਿਆ ਬਾਪੂ ਨੇ ਤਾਂ ਖੇਸ ਲੈ ਰੱਖਿਆ ਗਾ ਹੈ ਬੁਖਾਰ ਹੋ ਰਿਹਾ ਉਹ ਬਾਪੂ ਤੂੰ ਕਿਤੇ ਬੋਲਾ ਤਾਂ ਨਹੀਂ ਹੋ ਰਿਹਾ ਕਦੇ ਕੰਬਲਾਂ ਨਾਲ ਬੁਖਾਰ ਉਤਰਦਾ ਤੂੰ ਕੋਈ ਗੋਲੀ ਗੱਪਾ ਲੈ ਮੇਰੇ ਯਾਰ ਓਏ ਆਹੋ ਮੈਂ ਤਾਂ ਆਪੇ ਬੋਲਾ ਹੋ ਰਿਹਾ ਹਾਲੇ ਮਾੜਾ ਜਿਹਾ ਨਹੀਂ ਕੁਝ ਦੁਖਣ ਦਿੰਦੇ ਠੂ ਡਾਕਟਰ ਦੇ ਹੈ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਆਹ ਫੇਲ ਹੋ ਰਹੇ ਹੋ ਕੰਜਰੋ ਫੇਲ ਹੀ ਹੋ ਰਹੇ ਤੁਸੀਂ ਚੰਗਾ ਮੈਂ ਤਾਂ ਬੇਬੇ ਨੂੰ ਦੇਖਦਾ ਜਾ ਕੇ ਸਿਰ ਦੁਖ ਰਿਹਾ ਉਹਦਾ ਓਏ ਉਹਨੂੰ ਕੁਛ ਨਹੀਂ ਹੋਇਆ ਓਏ ਮਾਲਾ ਉਹ ਤਾਂ ਚਲੇਤਰ ਕਰਦੀ ਆ ਉਹ ਬਹੁਤ ਆ ਭਜਾਤੀ ਉਹਨੇ ਹੁਣ ਉਹਨੂੰ ਕੰਮ ਜਡਾਵਾਂਗੇ ਫਿਰ ਪਤਾ ਲੱਗੂ ਉਹਨੂੰ ਦੇਖੀ ਹਾਲ ਤਾਂ ਤੂੰ ਲੈ ਬੇਬੇ ਗੋਲੀ ਲੈ ਲਾ ਵੇ ਤੇਰਾ ਬਾਪ ਕੀ ਕਹਿੰਦਾ ਸੀ ਉਹਨ ਤਾਂ ਕੀ ਕਹਿਣਾ ਬੇਬੇ ਵੇ ਮੈਨੂੰ ਸਭ ਸੁਣਦਾ ਮਗਰਾ ਮੇਰੇ ਮੋਰ ਵਰਗੇ ਕੰਨ ਨੇ ਹੈ ਕਹਿੰਦਾ ਸੀ ਢੰਗ ਕਰਦੀ ਹੈ ਉਹ ਕੀ ਗੱਲ ਢੰਗ ਤਾਂ ਉਹ ਆਪ ਕਰਦਾ ਮਲੰਗੜਾ ਨਾਂ ਰਹਿੰਦਾ ਮੇਰਾ ਗੋਲੀ ਲੈ ਲਾ ਤੂੰ ਮੰਮੀ ਬਣ ਗਈ ਚਾਹ ਹਾਂ ਪੁੱਤ ਬਣ ਗਈ ਚਾਹ ਬਸ ਮੈਂ ਲਿਆਉਣੀ ਆ ਪਾ ਕੇ ਬਹਿ ਜਾਓ ਤੁਸੀਂ ਲੈ ਪੁੱਤ ਲੈਣੇ ਤੁਸੀਂ ਚਾਹ ਪੀ ਲਓ ਮੈਂ ਡੰਗਰ ਪਸ਼ੂਆਂ ਦਾ ਦੇਖ ਲਾਂ ਠੀਕ ਹੈ ਮੰਮੀ ਹਾਂ ਮੰਗੇ ਮੈਨੂੰ ਤਾਂ ਘਰੇ ਬੇਬੇ ਦਾ ਫਿਕਰ ਲੱਗਿਆ ਪਿਆ ਉਹ ਫਿਕਰ ਉਹੀ ਨਾ ਕਰਿਆ ਕਰ ਤੂੰ ਤੇਰੇ ਫਿਕਰਾਂ ਨੇ ਉਰੇ ਤੱਕ ਲਿਆ ਤੇ ਅੱਛਾ ਦੱਸ ਮੇਰਾ ਕੀ ਕਸੂਰ ਹੈ ਡਾਂਗ ਤੂੰ ਮਾਰੀ ਆ ਕੁਛ ਨਹੀਂ ਹੁੰਦਾ ਮੈਂ ਆਪੇ ਸਾਂਭ ਲੂੰਗਾ ਜੇ ਮੈਂ ਮਾਰੀ ਆ ਡਾਂਗ ਉਦੋਂ ਉਹੀ ਟੈਨਸ਼ਨ ਲਈ ਜਾਂਦੀ ਆ ਜੇ ਕੁਛ ਹੋ ਗਿਆ ਨਾ ਤੈਨੂੰ ਪਤਾ ਮੁੜੀ ਤਾਂ ਆਪਣੀ ਹੈਗੀ ਬਾਲਿਕ ਪੱਤੀ ਆ ਉਹ ਕੁਛ ਨਹੀਂ ਹੁੰਦਾ ਤੂੰ ਚਾਹ ਪੀ ਪਹਿਲਾਂ ਮੇਰੇ ਕਿੱਥੋਂ ਨੰਗੂਗੀ ਇਹ ਚਾਹ ਹੁਣ ਲਾ ਡੰਗਰਾਂ ਦਾ ਨਿਬੜ ਗਿਆ ਨੀਰੇ ਦਾ ਆਪੇ ਖਾ ਲੈਣਗੇ ਹੁਣ ਮੇਰੀ ਸੋਚ ਨਿਬੜ ਗਈ ਹੁਣ 2 ਮਿੰਟ ਬੈਠ ਕੇ ਜਵਾਕਾਂ ਨਾਲ ਗੱਲ ਕਰਦੀ ਹੈਗੀ ਘਰਦੀ ਆਈ ਆ ਕੁੜੀ 2 ਮਿੰਟ ਬੈਠਿਆ ਵੀ ਨਹੀਂ ਗਿਆ ਮੰਗੇ ਆਪਣੀ ਤਾਂ ਬੇਬੇ ਦਾ ਸੁਭਾਅ ਵੀ ਬੜਾ ਗਰਮ ਆ ਤੇ ਬਾਪੂ ਦਾ ਸੁਭਾਅ ਵੀ ਬੜਾ ਗਰਮ ਆ ਸਾਰਾ ਕੁਛ ਨਾ ਤੇਰੇ ਹੀ ਕਰਿਆ ਕਰਾਇਆ ਹੁਣ ਦੱਸ ਕੀ ਕਰਾਂਗੇ
कुछ नहीं अंदर आ गल तो जरूर आ कोई ऐ करती हाँ अंदर जाके पुछदी हाँ घबराहट जो हो जाता मैं तो आप हाय हाय पीली पुत जा हाँ भी जावा पीली पुत मेरी गल सुन मैनू गल दस एक देख तुसी लकोने मेरे तो गल देख लको तो पुत रही नहीं होंगी है ना नाले जे कोई गल आ पुत तू मैनू दस सकदी हाँ मैं तेनू पहला भी कहा तो भी माँ तो कोई पढ़ता नहीं होंगे नाले एक गल होर पुत किते कोई राज तो नहीं कोई तकलीफ होई कोई वो दस दो चल पुत प्रौना लड़ पिया होना मेला का तू ता नहीं दस दी मैनू भी कितने मेरे प्रौने गाला ना दे मेरी माँ प्रौना लड़ पिया पुत घरें तेन कोई चीज़ नहीं लिया के दें दे कोई गल तो हैगी पुत को लड़ाई पढ़ाई होगी होनी वे मंगे तू दस दे पुत ये तो हूँ चुप करी बैठी हैगी दस मैं की करा नाले जे गल दसोंगे पुत फिर मसला हल होगा है ना आए हूँ चुप गुड़प बैठे रहोंगे आए हूँ मैनू की पता लगेगा भी की गल हैगी तुम तो दोनों मूँह तारी बैठे हो उदों के कद ही लग रही मैं थोड़े नाल पकाई करना है दसो मेरा पुत मैनू की गल आगी देख मैनू भी घबराहट हो रही है दसी मेरी धी की गल आगी दस मेरी धी लाडो राणी बाली सियानी हैगी की गल हो गई है दस मेरा पुत की गल आ बे मंगे दस दे मेरी जान सुखदी है पुत बीबी हुण तेतों की लकोवा हाय मैं मर जा बे टुट पैणिया आ की करे तुसी ये तो हैगी थी तत्ती हैगी थी तू ये ना भी तेज निकल दो चंदे चढ़ता मैं मर जा जेड़ी गल का डर थी ओ ही करे आए लै बीबी हुण तू भी मगर पैगी पता किन्नी हरामबड़ा इन्हां दी बुढ़ी और मम्मी मैनूं जमा जोण नहीं दिंदी पूरी हाड़ी आ हाड़ी सस नहीं हैगी ओ तो डैण है नीति ए कुड़ियां नूं तां नीमा हो के रहना पैंदा ਨਾਲੇ ਤੈਨੂੰ ਕੀ ਪਤਾ ਈਆਂ ਜਾਂ ਗੱਲਾਂ ਦਾ ਬੀਬੀ ਮੈਂ ਨਹੀਂ ਇਹਨੂੰ ਨੀਵਾਂ ਹੋ ਕੇ ਰਹਿਣ ਦਿੰਦਾ ਉਹ ਤਾਂ ਹੋਰੇ ਕੁੜੀਆਂ ਨੇ ਜਿਹੜੀਆਂ ਨੀਵਾਂ ਹੋ ਕੇ ਰਹੀ ਜਾਂਦੀਆਂ ਨੇ ਬੇ ਪੁੱਤ ਬੁੜੀ ਦਾ ਕੀ ਹੈਗਾ ਪਤਾ ਨਹੀਂ ਦੋ ਚੁੰਨੀਆਂ ਪਾੜੂਗੀ ਪਤਾ ਨਹੀਂ ਨਾ ਨਾਲੇ ਜਮਾਈ ਤੇ ਸਹੁਰਾ ਕਿੰਨੇ ਚੰਗੇ ਨੇ ਜੀ ਤੋਂ ਬਿਨਾਂ ਨਹੀਂ ਗੱਲ ਕਰਦੇ ਨਾਲੇ ਉਹ ਕੁੜੀ ਆ ਨਣਦ ਜਿਹੜੀ ਦੋ ਸਾਲਾਂ ਨੂੰ ਆਪਦੇ ਸਹੁਰੇ ਵਗ ਜੂਗੀ ਵਿਚਾਰੀ ਕੌਣ ਆਉਣ ਦੇਊਗਾ ਉਹਨੂੰ ਰੋਜ਼ ਮੰਮੀ ਉਹ ਤਾਂ ਹੈਗੀ ਆ ਮੇਰੀ ਨਣਦ ਤਾਂ ਚੰਗੀ ਬਸ ਆ ਬੁੜੀ ਦਾ ਹੀ ਸੀ ਆਪਾਂ ਬਸ ਉਹੀ ਤਾਂ ਗੱਲ ਆ ਬੀਬੀ ਬਾਕੀ ਦਾ ਸਾਰਾ ਪਰਿਵਾਰ ਗਊ ਵਰਗਾ ਕੱਲੀ ਉਹ ਬੁੜੀ ਆ ਜਿਹੜੀ ਮਰੀਕੀ ਢੱਠੇ ਵਰਗੀ ਆ ਚਾਰੇ ਪੈਰ ਚੱਕ ਕੇ ਪੈ ਜਾਂਦੀ ਆ ਗੈਲ ਅਗਲੇ ਘਣੀ ਬੇ ਪੁੱਤ ਉਹ ਹੀ ਨਾ ਪਾਰਾ ਵਧਾਇਆ ਕਰ ਠੰਡਾ ਰਹਿਆ ਕਰਨ ਵਾਲੇ ਮਾੜਾ ਮੋਟਾ ਉਹ ਠੰਡਾ ਤਾਂ ਬਹੁਤ ਰਹਿ ਲਿਆ ਬੀਬੀ ਆ ਗਈ ਤੀ ਅੱਜ ਤਾਂ ਜਾੜ ਥੱਲੇ ਉਹ ਐ ਨਹੀਂ ਪਤਾ ਉਹਦਾ ਘੋਗਾ ਚਿੱਤ ਹੋਏ ਨਾ ਗਿਆ ਹੋਵੇ ਬੇ ਐ ਨਹੀਂ ਬੋਲਿਆ ਕਰਦੇ ਰੁੜ ਜਾਣਿਆ ਆਪਾਂ ਕਿੱਥੇ ਜਾਵਾਂਗੇ ਨਾਲੇ ਕੋਈ ਨਾ ਪੁੱਤ ਧੀ ਵਾਲੇ ਆ ਨਿਮਦੇ ਆਈ ਚੱਲ ਚੰਗਾ ਤੁਸੀਂ ਐਂ ਕਰੋ ਆਰਾਮ ਕਰ ਲਓ ਇਹਨੇ ਮੈਂ ਕੰਮ ਧੰਦਾ ਕਰਦੀ ਹਾਂ ਨਾਲੇ ਉਵੇਂ ਲੱਗਦਾ ਚੁੱਪ ਕਰਕੇ ਕਿੱਥੇ ਬਹਿ ਜਾਵਾਂਗੇ ਕੋਈ ਗੱਲਬਾਤ ਕਰਦੀ ਹਾਂ ਕਹਿੰਦੀ ਹਾਂ ਤੇਰੇ ਬਾਪੂ ਨੂੰ ਮੈਂ ਦੇਖਦੀ ਹਾਂ ਭਲਾ ਸੋਚ ਨਾ ਕਰੀਓ ਕੋਈ ਨਾ ਚਿੰਤਾ ਨਾ ਕਰੋ ਹੁਣ ਤੁਸੀਂ ਪੈ ਜਾਓ ਕੁਛ ਨਹੀਂ ਹੁੰਦਾ ਰਾਮ ਕਰ ਲਾ ਤੂੰ ਬਾਪੂ ਜੀ ਠੀਕ ਹੋ ਤੁਸੀਂ ਹਾਂ ਠੀਕ ਹੈ ਪੁੱਤ ਠੀਕ ਹੈ ਹੁਣ ਤਾਂ ਚਾਹਦਾ ਬੇੜਾ ਹੋ ਰਿਹਾ ਮਤਲਬ ਲਾਦਾ ਢੰਗ ਹਨਾ ਹਾਂ ਬਾਪੂ ਕੋਈ ਨਾ ਮੈਂ ਕਰਦੀ ਆ ਚਾ ਉਹ ਨਹੀਂ ਪੁੱਤ ਬੈਠ ਤੈਨੂੰ ਕੀ ਲੋੜਾ ਬੋਲੀਏ ਕਰਨ ਦੀ ਹੈ ਆਪੇ ਕਰੂ ਹੁਣ ਖਾਊਗੀ ਧੱਕੇ ਹੋ ਫਿਰ ਸਿੱਧੀ ਹੋਊਗੀ ਨਾਲੇ ਮਣਾ ਮਟਾ ਹੋ ਐਵੇਂ ਨਾ ਤੂੰ ਮੇਰੇ ਫਿਰਿਆ ਕਰ ਕੰਮ ਚ ਠੀਕ ਹੈ ਆਪੇ ਕਰਨ ਦੇ ਉਹਨੂੰ ਹੋਰ ਹੁਣ ਹਾਂ ਤੂੰ ਪੜ ਲਾ ਵੇ ਕੇ ਉੱਥੇ ਉਹਦਾ ਹਾਏ ਲਾਏ ਕਰਦੀ ਆ ਹੁਣ ਮੁੰਡੇ ਨੂੰ ਤਾਂ ਕਿੱਥੇ ਕਹੂੰਗੀ ਥੱਕਿਆ ਹੋਇਆ ਪੈ ਜਾਣਾ ਉਹਨੂੰ ਆਰਾਮ ਕਰ ਲੈਣ ਦੇ ਨਾਲੇ ਦਾ ਬਾਪ ਸਾਰਾ ਦਿਨ ਪਕਾਈ ਕਰਦਾ ਰਹਿੰਦਾ ਹਰਾ ਡੇ ਕੇ ਹੌਲੀ ਹੌਲੀ ਥੱਬਿਆਂ ਨਾਲ ਉੱਥੇ ਕੁੱਟ ਦਿੰਦੀ ਆ ਮਸ਼ੀਨ 'ਤੇ ਤੂੰ ਆਏ ਆ ਸੋਚਣ ਵਾਲੀ ਗੱਲ ਆ ਜਿਹੜਾ ਸੁਰਮਾ ਪਾ ਕੇ ਆਏ ਨੇ ਕੱਢਣਾ ਤਾਂ ਪਊਗਾ ਧੀ ਵਾਲੇ ਆ ਨਿਮਦੇ ਆਏ ਧੀ ਵਾਲੇ ਚੱਲ ਐਂ ਕਰਦੇ ਆ ਹੁਣ ਸੋਚੇ ਤੋਂ ਕੀ ਬਣਦਾ ਗਾ ਦੇਖਦੇ ਹਾਂ ਕੋਈ ਗੱਲਬਾਤ ਕਰਦੇ ਹਾਂ ਲਾਉਂਦੇ ਹਾਂ ਲਵੇ ਗੱਲ ਨੂੰ ਐਂ ਜੇ ਠੰਡੀ ਹੋ ਜਾਣਦੀ ਗੱਲ ਇੱਕ ਦੋ ਦਿਨਾਂ ਨੂੰ ਫੋਨ ਫਾਨ ਕਰਕੇ ਚੱਲ ਕਰਦੇ ਹਾਂ ਗੱਲ ਪ੍ਰਾਹੁਣੇ ਨਾਲੇ ਗੱਲ ਕਰ ਲਾਂਗੇ ਨਰਮਾ ਪ੍ਰਾਹੁਣਾ ਹਾਏ ਹਾਏ ਓਹੋ ਹੁਣ ਤਾਂ ਪਿਆ ਵੀ ਤੇ ਹਰਾ ਪਰਾਂ ਉਰਾਂ ਕਰ ਦੂੰਗੀ ਇਹ ਚੱਲ ਕੁੜਦੀ ਹਾਂ ਪਹਿਲਾਂ ਡੇਗਦਾ ਸਾਰਾ ਹਾਂ ਰੱਬ ਨੇ ਇੱਕ ਕਣੀਆਂ ਲੱਗ ਗਿਆ ਆਪਾਂ ਨੂੰ ਤਾਂ ਠੰਡ ਕਰਤੀ ਚੱਲ ਐਂ ਕਰਦੀ ਹਾਂ ਹਰਾ ਦਾ ਫੇਰ ਡੇਗ ਲੂੰਗੀ ਪਹਿਲਾਂ ਜੀਰੀ ਚੱਕਾਂ ਜੀਰੀ ਭੇਜਣ ਲੱਗ ਰਹੀ ਆ ਮਸਾਂ ਸੁੱਕੀ ਤੇਗੀ
ना घरे कोई खड़ता आप तो जमा नहीं डक्का तोड़ता कम का इतने करना पैदा मम्मी हाँ पुत मैं गल करनी सी तेरे नाल हाँ पुत गल कर की करनी है मैं ए दस हाँ आ मंगा घरे भी दारू पींदा ना पुत घर ने कदे दारू पीती नहीं हैगी की गल की दसा मां जरूस कड रखे इन्हें तो सौ का उत दारू पींदा तीगा नहीं की दसा ये तो यदा जीजा रोज डक लेंदे सीगे किन्नी बार तेनू खेत चो ना रेड़े च पा के लेके आया सी नहीं मैं मर जा मैं तो पुत इन्होंने तपा ली एक तेरा प्यो घरें का डक्का नहीं तोड़ता कम का सारा कम डंगर पशुओं का सारा मैं कर दी हैगी भी माड़ा मोटा कम कर ले कोई फिर मां होर कौन करता अपना कम खेतों का पुत बंदा रख रखे एक महीने ते हुण सुख नाल 15 किले जमीन दे ने तेनू पता तो है गया नहीं मां की करिए कर कर आही से आपा चल कोई ना पुत मेरी गल सुन लै जीरी चका मेरे नाल अंदर रखा दे कणियां आ रही ने नाले पुत मेरी गल सुन तू ना फोन फान कर ला पुत तेरे सहुरिया नाले कोई ना कुछ नहीं होंदा ससा तो मिट्टी दियां मान नहीं होंदियां फिर की होंदा गा नौरे रखवा दे नहीं मां मैं नहीं करती मैं तो डर लगता ना पुत डर ना हो तेन खादी है कोई गल नहीं निम जा पुत फिर की गल आ गई कुछ नहीं होंगे नहीं मां तो खादी है पुछना बड़ा पंगा सिड़ा चल मैं ही करूंगी गल मैं ही करूंगी ठंडा है काम तू भी देख के गल करी कितने तेरी मगर ना पै जाए कुछ नहीं कहती हैगी मैनू जा तू अंदर बह जा कणिया पैदा ने मैं टेकदा हरा जा चके बेबे पे तू आराम कर ला मैं माड़ा इधर जाया वा फिर बुढ़ी दी याद बेनू तो कानू आउंदी है बुढ़ी दी याद मैनू तो लगदा तेनू दारू दी याद आउंदी होनी है दारू आए तां मैं लवे भी नहीं खड़दा बीबी तू की कही जानी है बे आहो शर्म तां नहीं आउंदी कहिंदे नू नाले लवे खड़न तेन की लोड़ा तू तो उठी बह दारूए दे लवे बे कंजरा भैन दे घरे जाके उ कोई दारू पीना हों अजकल पानी का गिलास नहीं पीता हों अगला है तेनू किने कहता भी मैं दारू पीना मैंने आ कुड़ी जी भर दी कन्न ए नहीं कुछ पचता मैंने उरे भी खाऊगी छित्र मेरे तो बे कन्न लाद पुठे सीधी हाँ कंजरा दारू की मुस्क तो तेरे मुँह च हूं तक मार दी हैगी मैं भी कहा पता नहीं कितों आ मुस्क दारू दी इन्हें बे शर्म होनी चाहिए माड़ी मोटी कंजरा तेनू नहीं मां ਇਹਨੂੰ ਕਾਹਨੂੰ ਸ਼ਰਮ ਆਉਂਦੀ ਆ ਇਹ ਤਾਂ ਬਸ਼ਰਮ ਆ ਸਿਰੇ ਦਾ ਇਹਦੀ ਚਮਲਾਉਟ ਤਾਂ ਨਾ ਮੈਂ ਮਿੰਟ 'ਚ ਤਾਰ ਦੂੰਗੀ ਜਦੋਂ ਪੈ ਨਾ ਪੁੱਠੇ ਹੱਥ ਦੇ ਮਿੰਟ 'ਚ ਹੋ ਜਾਏਗਾ ਸਿੱਧਾ ਬੱਚਾ ਬਣਿਆ ਠੁੱਕਦਾਰੀ ਦਾ ਨਾਲੇ ਮੇਰੀ ਗੱਲ ਸੁਣਨੀ ਕੁੜੀਏ ਹੋਰ ਤਾਂ ਹੋਰ ਮੈਂ ਤਾਂ ਦਾਲ ਤਾਂ ਫੇਰ ਚੀਰੂੰਗੀ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਮੇਰੇ ਤਾਂ ਕਾਹੂ ਮਾਹੂ ਜਿਹਾ ਕਰੀ ਜਾਂਦਾ ਜਿੱਤ ਨਾਲੇ ਮੈਨੂੰ ਘਬਰਾਹਟ ਜਿਹਾ ਹੋਈ ਜਾਂਦਾ ਗਾ ਕੁੜੀ ਕਿਤੇ ਤੁਹਾਡੀ ਬੁੜੀ ਨੂੰ ਤਾਂ ਨਹੀਂ ਕੁਛ ਹੋ ਗਿਆ ਹਾਂ ਕਰ ਪੁੱਤ ਫੋਨ ਕਰਕੇ ਦੇਖ ਤੂੰ ਪਹਿਲਾਂ ਨਹੀਂ ਮਾਂ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਕਾਲੀ ਕਾਲ 'ਚ ਫੋਨ ਵੀ ਘਰੇ ਰਹਿ ਗਿਆ ਨਹੀਂ ਕੋਈ ਨਾ ਖੜ ਜਾ ਮੈਂ ਮੁੰਡੇ ਤੋਂ ਲੈਣੀ ਆ ਟੈਲੀਫੋਨ ਬੇ ਮੁੰਡਿਆ ਵੀ ਨਹੀਂ ਸਾਫ ਕਰਦਾ ਇਹਨੂੰ ਇਹ ਵੀ ਬੁੜਬੁੜ ਕਰਦਾ ਫਿਰ ਜਾਂਦਾ ਬੇ ਮੇਰੀ ਗੱਲ ਸੁਣ ਬੇ ਟੈਲੀਫੋਨ ਦੇ ਤੇਰਾ ਮਾੜਾ ਜਾ ਕੀ ਕਰਨਾ ਸੋਨੇ ਬੇ ਉਹ ਬੁੜੀ ਨੂੰ ਫੋਨ ਕਰਕੇ ਪੁੱਛਣਾ ਵੀ ਠੀਕ ਆ ਕਿ ਨਾ ਠੀਕ ਆ ਸੋਚ ਜੀ ਲੱਗ ਰਹੀ ਮੈਨੂੰ ਤਾਂ ਘਬਰਾਹਟ ਹੋਈ ਜਾਂਦਾਗਾ ਓਏ ਉਹਨੂੰ ਕੁਛ ਨਹੀਂ ਹੋਇਆ ਜੇ ਉਹਨੂੰ ਕੁਛ ਹੋਇਆ ਹੁੰਦਾ ਹੁਣ ਨੂੰ ਸਨੇਹਾ ਆ ਜਾਂਦਾ ਬੇ ਤੂੰ ਹੀ ਨਾ ਬੋਲੀ ਜਾ ਆ ਟੈਲੀਫੋਨ ਫੜਾਉਰਾ ਕੱਟ ਕੇ ਓਏ ਤੁਸੀਂ ਉਹੀ ਉਹਨੂੰ ਸਿਰ ਚਾੜੋਗੇ ਕੁਛ ਨਹੀਂ ਹੋਇਆ ਉਹਨੂੰ ਨਹੀਂ ਮੈਂ ਮਰ ਜਾ ਬੇ ਕੱਲ ਨੂੰ ਤੂੰ ਮੈਨੂੰ ਕਹਿ ਦੇਗਾ ਵੀ ਸਿਰ ਚੜ ਰਹੀ ਆ ਮੈਂ ਕਿਹੜੀ ਗੱਲ ਕਹਿਣੀ ਆ ਫੜਾਉਰਾ ਟੈਲੀਫੋਨ ਲੈ ਫੜਾ ਤੁਸੀਂ ਤਾਂ ਬੁੜੀਆਂ ਹੜਦੀਆਂ ਨਹੀਂ ਹੈਗੀਆਂ ਲੈ ਕਰ ਲੈ ਗੱਲ ਲੈ ਨਹੀਂ ਕਰ ਫੋਨ ਸੇ ਦੇਣੇ ਕਿਹੜਾ ਉਹ ਜੋ ਆਖੋ ਫੋਨ ਆ ਰਿਹਾ ਉਹ ਤੁਹਾਡਾ ਭਾਈ ਦੇਖੋ ਮੜਾ ਚੱਕੋ ਕੌਣ ਬੋਲੀ ਜਾਂਦਾ ਕਰਦਾ ਇਹ ਚੂ ਚੂ ਲੱਗ ਰਿਹਾ ਆ ਗਈ ਬਾਪੂ ਜੀ ਚੱਕ ਲਓ ਭਾਈ ਚੱਕ ਲਓ ਹੇ ਰਾਮ ਜੀ ਹੈਲੋ ਹਾਂ ਹੈਲੋ ਨਿਸ਼ੂ ਕੀ ਬਾਤ ਹੋ ਗੱਲਾਂ ਮਾਰੀ ਪਹਿਲਾਂ ਐ ਦੱਸ ਬੇਬੇ ਕਿਵੇਂ ਆ ਹੈ ਬੇਬੇ ਹਾਂ ਭਾਬੀ ਠੀਕ ਆ ਪਰ ਬੇਬੇ ਦੇ ਨਾ ਮੱਥੇ 'ਚ ਗੁੰਮੜ ਜਿਹਾ ਹੋ ਰਿਹਾ ਹੈਗਾ ਹੈ ਐਂ ਤਾਂ ਠੀਕ ਹੋਣੀ ਆ ਬਾਲੀ ਸੱਟ ਤਾਂ ਨਹੀਂ ਲੱਗੀ ਕਿਤੇ ਨਾ ਹੂੰ ਜ਼ਿਆਦਾ ਨਹੀਂ ਹੈਗਾ ਭਾਬੀ ਪਰ ਹੁਣ ਤੁਸੀਂ ਕਿੱਥੇ ਹੋਗੇ ਮੈਂ ਤਾਂ ਪਿੰਡਾ ਚਲ ਚੰਗਾ ਫਿਰ ਗੱਲ ਕਰਦੀ ਹਾਂ ਕੁੜੀ ਕਿਵੇਂ ਆ ਬੁੜੀ ਠੀਕ ਵੀ ਆ ਜ਼ਿਆਦਾ ਸੱਟ ਤਾਂ ਨਹੀਂ ਹੈਗੀ ਪੁੱਤ ਠੀਕ ਆ ਮੀ ਹੁਣ ਠੀਕ ਆ ਹਾਂ ਕਿਉਂ ਪੈ ਗਈ ਕਾਲ ਜੇ ਠੰਡ ਹੁਣ ਬੇ ਕੰਜਰਾ ਬਸ ਕਰ ਤੇਰੀ ਪਵਾੜੇ ਬੀਜੇ ਹੋਏ ਨੇ ਇਹ ਓਏ ਐ ਨਹੀਂ ਮਰਦੀ ਉਹ ਮਾਤਾ ਉਹਦਾ ਲਵੇ ਲਵੇ ਸਾਰੀਆਂ ਗਮੰਡਣਾ ਤੇ ਦਬਕਾ ਰੱਖਦੀ ਆ ਅੱਛਾ ਹਾਂ ਬੇ ਕਾਨੂ ਮਰੇ ਜੇ ਮਰ ਗਈ ਆਪਣੇ ਪ੍ਰਾਉਣੇ ਨੂੰ ਖਰਚਾ ਆਊਗਾ ਨਾਲੇ ਤਾਂ ਆਪਾਂ ਨੂੰ ਇੰਨੇ ਸੂਟ ਲਜਾਣੇ ਪੈਣਗੇ ਨਾਲੇ ਉਹਨੂੰ ਜਲੇਬੀਆਂ ਕਰਨੀਆਂ ਪੈਣਗੀਆਂ ਉਹ ਜਲੇਬੀਆਂ ਦਾ ਤਾਂ ਖਰਚਾ ਮੈਂ ਉੱਠ ਲੂੰ ਮਰੇ ਤਾਂ ਸਹੀ ਉਹ ਬੂ ਮੈਂ ਮਰ ਜਾ ਰੁੜ ਜਾਣਾ ਲੈ ਦੇਖ ਲਾ ਕਹਿੰਦਾ ਜਲੇਬੀਆਂ ਮੈਂ ਕਰ ਦੂੰਗਾ ਲਿਆ ਮੇਰਾ ਫੋਨ ਫੜਾ ਦੇ ਫੋਨ
फोन की हो गया थी, जान हो गई। पता नहीं किन्ना गल्ला मार रहा जेड़ा फोन दी ऐप वसाही पै गई। बस कर नी, आ ना बोल, तू भी एदी साइड लिया कर, मुंडा गा मेरा। ला आ दाल तो हो भी तैयार, ले मैं दाल धर दी जाके, आ जा खड़ी हो जा हुण इत्थों, कम कर ला कोई, आ टिफिन चक ले साफ कर दांगे। ओ कौन थी भई, आखो ਭਾਬੀ ਸੀ ਬਾਪੂ ਜੀ। ਭਾਬੀ ਦੀ ਬਈ? ਹਾਂਜੀ ਠੀਕ ਆ ਬਈ, ਉਹ ਤਾਂ ਹੈ। ਹਾਂ ਠੀਕ ਆ, ਬੇਬੇ ਬਾਰੇ ਪੁੱਛਦੇ ਸੀਗੇ। ਅੱਛਾ ਹਾਂਜੀ, ਪਿੰਡ ਵਾਗੀ ਬਈ ਹੁਣ? ਹਾਂ ਪਿੰਡ ਵਾਗੇ ਬਾਪੂ ਜੀ ਉਹ। ਚਲੋ ਭਾਈ ਉਹਨਾਂ ਦੀ ਮਰਜ਼ੀ ਆ, ਜਿਵੇਂ ਉਹਨੂੰ ਚੰਗਾ ਲੱਗਦਾ। ਅਰੇ ਭਾਈ ਅਮਨਾ ਤੂੰ ਕਾਹਨੂੰ ਆਈ, ਲੈ ਚੱਲ ਤਾਂ ਹੁਣ ਬਾਹਰ ਨੂੰ ਵਗ ਗਿਆ। ਉਹਨੂੰ ਪੁੱਛਦੇ ਆ ਸਦ ਰੋਈ ਨੂੰ, ਜੇ ਉਹ ਕਰਕੇ ਦੇਊਗੀ ਚਾਹ ਦੀ ਘੁੱਟ, ਉਹ ਕਿਹੜਾ ਛੇਤੀ ਆਖੇ ਲੱਗ ਜਾਂਦੀ ਹੈ, ਉਹ ਕਿਹੜਾ ਸੁਣਦੀ ਹੈ ਛੇਤੀ। ਉਹ ਪੁੱਤਾ ਉਹ ਆ ਰਹੀ ਆ, ਓਏ ਮੜੇ ਕਰੜੀ ਹੋ ਜਾ ਤੂੰ, ਚੰਗਾ ਆਪੇ ਚਾਹ ਕਰੂਗੀ ਉਹ। ਆਹੋ ਕੋਈ ਨਾ ਬਾਪੂ ਜੀ, ਆਪਾਂ ਤਾਂ ਕਰਡੀ ਆਂਗੇ। ਚਾਹ ਚੂ ਕਰ ਲੈ, ਨਾਲੇ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਕੇ ਵਿੱਚ ਭੋ ਰੱਖ ਕੇ ਉਹ ਪਾ ਦੀ। ਬੇਬੇ ਮੇਰਾ ਤਾਂ ਸਿਰ ਬਾਲਾ ਦੁਖੀ ਜਾਂਦਾ, ਤੂੰ ਖੜ ਜਾ ਘੰਟਾ ਕੁ, ਮੈਂ ਫਿਰ ਕਰ ਦੂੰ ਚਾਹ। ਮੇਰੇ ਤਾਂ ਹੱਡ ਪੈਰ ਦੁਖੀ ਜਾਂਦੇ ਨੇ, ਚਾਹ ਦੀ ਘੁੱਟ ਕਰ ਲੈ, ਨਾਲੇ ਮੇਰਾ ਤਾਂ ਸਰੀਰ ਅਜੇ ਜਮੀ ਨਹੀਂ ਕੰਮ ਕਰਦਾ। ਮੈਂ ਕੀ ਗੱਲ, ਤੂੰ ਕੋਈ ਦੌੜ ਲਾ ਕੇ ਆ ਵੀ ਤੇਰਾ ਤਾਂ ਨਹੀਂ ਸਰੀਰ ਕੰਮ ਕਰਦਾ? ਤੂੰ ਤਾਂ ਚੁੱਪ ਕਰਕੇ ਪਿਆ ਹੀ ਰਹਿ, ਜੇ ਨਾ ਬੋਲੇ ਤਾਂ ਠੀਕ ਹੈ, ਤੇਰੇ ਨਾਲ ਤਾਂ ਮੇਰੀ ਕੋਈ ਗੱਲ ਨਹੀਂ। ਕਰ ਕੁੜੀ ਉੱਠ ਕੇ ਚਾਹ ਦੀ ਘੁੱਟ ਕਰ ਬਾਈ। ਬੇਬੇ ਖੜ ਜਾ ਤੂੰ, ਤੈਨੂੰ ਮੈਂ ਕਿਹਾ ਮੇਰਾ ਸਿਰ ਦੁਖ ਰਿਹਾ ਗਾ। ਨਹੀਂ ਸਿਰ ਚ ਕਿਤੇ ਗੋਲਾ ਵੱਜਿਆ, ਕਿਵੇਂ ਬੈਠੀਏ ਮਾਂ ਕਰ ਲਾਈ, ਮੇਰੀ ਅੱਖਾਂ ਹੀ ਨਹੀਂ ਲੱਗਣਾ। ਲੈ ਬੇਬੇ ਮਾਂ ਕਰ ਦੱਸ ਕਾਹਦੇ ਨੇ ਗੇ, ਸਿਰ ਦੁਖ ਰਿਹਾ ਮੇਰਾ। ਐਂ ਤਾਂ ਹੈ ਨਹੀਂ ਵੀ ਬੁੜੀ ਦੇ ਸਿਰ 'ਚ ਸੱਟ ਵੱਜ ਰਹੀ ਹੈ, ਕੋਈ ਤੇਲ ਮਸਾਲੇ ਦੀ ਬੋਰ ਮਾਲਸ ਕਰ ਦਈਏ, ਸਮਾਂ ਬਰੋਬਰ ਮੇਰੀ ਆਪਦਾ ਸਿਰ ਬੰਨ ਕੇ ਬਹਿਗੀ। ਬੇਬੇ ਕਿਉਂ ਨਹੀਂ ਟਿਕਣ ਦਿੰਦੀ ਹੈਗੀ, ਕਰ ਲੂੰਗੀ ਜਦੋਂ ਠੀਕ ਹੋ ਗਈ, ਨਹੀਂ ਆਪਦਾ ਆਪ ਕਰ ਲਾ। ਉਹ ਕੋਈ ਨਾ ਕਰ ਲੂਗੀ, ਇਹਦਾ ਸਿਰ ਦੁਖਦਾ ਜਵਾਖੜੀ ਦਾ, ਕਿਉਂ ਗੈਲ ਪੈ ਰਹੀ ਹੈ ਇਹਦੇ। ਨਹੀਂ ਮੈਂ ਵੀ ਤੇਰੇ ਮੂੰਹੋਂ ਆਹੀ ਗੱਲ ਕਹਾਂਗੀ ਤੀ, ਮੈਂ ਕੀ ਤੂੰ ਵੱਢਣੀ ਆਹੀ ਜੇ ਲਮਟੀਗਾ, ਸਮਾਂ ਕੋਲੇ ਬੈਠਾ ਕੁੜੀ ਨੂੰ ਚਮਾਈ ਜਾਂਦਾ, ਮੱਤ ਤੈਨੂੰ ਕੀ ਦੇਣੀ ਤੀ, ਪਹਿਲਾਂ ਬਹੂ ਚਮਲਾਤੀ, ਉਹ ਮੇਰੇ ਸਿਰ 'ਤੇ ਚੜਾਤੀ, ਕਾਸੇ ਜੋਗਰੇ ਨਹੀਂ ਛੱਡੇ ਹੈਗੇ ਨੇ, ਚੌਰੇ ਨੇ, ਸਮਾਂ ਪੁੱਠੀਆਂ ਮੱਤਾਂ ਦੇਊਗਾ, ਸਿੱਧੀ ਤਾਂ ਜਵਾਕ ਨੂੰ ਕੀ ਦੇਣੀ ਹੈ, ਕੋਲੇ ਪਿਆ ਪੁੱਤਾਂ ਦੇਖ ਲਾ ਉਹਦਾ ਯਾਰਾ। ਤੈਨੂੰ ਕਿਹਾ ਤੀ ਮੈਂ ਕਿ ਤਾਂ ਸਿੱਧੀ ਕਰ ਦਾਂਗੇ, ਤੂੰ ਤੀਰ ਵਾਂਗੂ ਦੇਖੀ ਤਾਂ, ਤੂੰ ਬਸ ਇਹੀ ਸਲਾਹ ਰੱਖੀ ਬਸ। ਦੇਖ ਲੈ ਕਿਵੇਂ ਪਿਓ ਤੀ ਦੰਦੀਆਂ ਕੱਢਣ ਲੱਗ ਰਹੇ ਨੇ, ਕੋਈ ਨਾ ਜਿੰਨੀਆਂ ਮੇਰੇ ਨਾਲ ਕਰਦੇ ਤੁਹਾਡੇ ਮੂਹਰੇ ਹੋਣਗੀਆਂ, ਤੁਸੀਂ ਕਰ ਲਓ ਇੱਕ ਬੇ ਮਗਰਾ। ਹਾਂ ਬੇਬੇ ਬੇ ਤੂੰ ਹੀ ਕਰ ਲੈ ਬੁਕਣਾ ਘੁੱਟਾ, ਮੈਨੂੰ ਤਾਂ ਖੋਹੀ ਲੱਗੀ ਪਈ ਹੈ। ਤੂੰ ਕਰਕੇ ਨਹੀਂ ਦਿੱਤੀ ਉਹਨਾਂ ਨੇ ਚਾਹ? ਉਹ ਤਾਂ ਕਹਿੰਦੀ ਮੇਰਾ ਸਿਰ ਦੁਖਦਾ, ਮੈਂ ਤੈਨੂੰ ਦੱਸਾਂ ਉਹ ਤਾਂ ਆਖੇ ਲੱਗ ਜਾਂਦੀ, ਤੇਰਾ ਬਾਪ ਹੈ ਕੰਜਰ, ਉਹੀ ਔਗਾ ਲਾਈ ਜਾਂਦਾ, ਉਸੇ ਨੇ ਪਹਿਲਾਂ ਬਹੂ ਨੂੰ ਔਗਾ ਲਾ ਲਾ ਕੱਢੀਆਂ ਨੇ, ਨੌਂ ਲਾਉਂਦੇ ਨੇ ਮੇਰਾ, ਏਕਾ ਕਰ ਰੱਖਿਆ ਇਹਨਾਂ ਨੇ ਸਾਰਿਆਂ ਨੇ, ਮੇਰੀ ਮਿੱਟੀ ਬਦੀਨ ਕਰਕੇ, ਮੈਂ ਤੈਨੂੰ ਦੱਸਾਂ। ਉਹ ਬੇਬੇ ਊਂ ਤਾਂ ਮੈਂ ਕਹਿੰਦਾ ਤੀ ਮੈਂ ਡਾਕਟਰ ਕੋਲ ਜਾ ਕੇ ਆਉਣਾ ਤੀ। ਬਈ ਜੈਨੂੰ ਖਾਵੀ ਤੇਰੇ ਡਾਕਟਰ, ਚਾਹ ਕਰਕੇ ਲਿਆ ਪਹਿਲਾਂ। ਚੱਲ ਕਰਦਾ ਮੈਂ, ਲੈ ਮੰਜਾ ਸ਼ਾਮੇ ਕਰ ਲਾ ਇੱਧਰ ਮੈਂ। ਇਹ ਕੁੜੀਏ ਮੈਂ ਤੈਨੂੰ ਐਂ ਕਹਿਣ ਤੀ ਬੇਬੇ ਨੂੰ ਚਾਹ ਕਰ ਦਿੰਦੀ ਥੋੜ੍ਹੀ ਜੀ। ਬਾਈ ਮੇਰਾ ਤਾਂ ਸਿਰ ਦੁਖ ਰਿਹਾ, ਮੈਂ ਬੇਬੇ ਨੂੰ ਵੀ ਪਹਿਲਾਂ ਇਹੀ ਗੱਲ ਕਹੀ ਆ, ਮੈਂ ਤਾਂ ਆਰਾਮ ਕਰਦੀ ਹਾਂ। ਦੇਖ ਰਿਹਾ ਮੈਨੂੰ ਤੂੰ ਕਿਹੜਾ ਆਰਾਮ ਕਰਦੀ ਆ, ਮੈਨੂੰ ਕਰਨੀ ਪਊਗੀ। ਉਹ ਮਗਰ ਆ ਉਰੇ, ਉਹ ਮੱਲ ਮੜਾ ਜਾ, ਉਹ ਖੜ ਜਾ, ਮੈਂ ਚਾਹ ਧਰਨਾ ਪਹਿਲਾਂ ਬੇਬੇ ਨੂੰ। ਐਂ ਗੱਲ ਸੁਣ ਬਈ, ਉਹ ਕੀ ਗੱਲ ਆ, ਉਰਾਂ ਤੋਂ ਬਾਹਰ ਆ ਜਾ, ਉੱਥੇ ਮਾਰੀ ਜਾਂਦਾ ਹਾਕਾਂ ਖੜਾ। ਆ ਗਿਆ ਬਾਹਰ ਆ ਗਿਆ, ਹੋਰ ਹੁਣ? ਹਾਂ ਕੀ ਹੋ ਗਿਆ ਹੁਣ ਤੈਨੂੰ? ਉਹ ਵਿਹਲਿਆ ਜਾ ਕੇ ਮਾੜੇ, ਉਹਦੀ ਤਰੀਕ ਦੇ ਕਿੰਨੀ ਕੁ ਰਹਿੰਦੀ ਆ, ਹੋਰ ਭਰਿਆ ਮੰਗ ਜਾ ਕੇ, ਫਿਰ ਲੈ ਜਾ ਕੇ ਤੈਨੂੰ ਦੇਖਦਾ ਹੋਰ।